ਤੁਸੀਂ ਚੰਗੀ ਗਾਇਕੀ ਚੰਗੇ ਗੀਤ ਸੁਣਨਾ ਚਾਹੁੰਦੇ ਆ ਅੱਜ ਵੀ ਉਸੇ ਤਰ੍ਹਾਂ ਦੇ, ਕਿਉਂਕਿ ਅਸੀਂ ਆਪਣਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਅਸੀਂ ਇੰਗਲੈਂਡ 'ਚ ਰਹਿੰਦੇ ਹਾਂ ਪਰ ਅਸੀਂ ਆਪਣੇ ਰੂਟਸ ਐਂਡ ਕਲਚਰ ਨਹੀਂ ਛੱਡਿਆ। ਸੋ ਉਹਦੇ ਕਰਕੇ ਜੋ ਸਾਡਾ ਫੋਕ ਮਿਊਜ਼ਿਕ ਸੀਗਾ, ਜੋ ਸਾਡੀਆਂ ਪੁਰਾਣੀਆਂ ਤਰਜ਼ਾਂ ਪੁਰਾਣੀਆਂ ਗੱਲਬਾਤ, ਉਹ ਅਸੀਂ ਆਲਵੇਜ਼ ਲਿਆਉਂਦੇ ਰਹੇ ਲੋਕਾਂ ਦੇ ਸਾਹਮਣੇ। ਤੇ ਹੁਣ ਮੈਂ ਜਿਹੜਾ ਗੀਤ ਨਵਾਂ ਲੈ ਕੇ ਆਇਆ ਉਹ ਸਾਰੀ ਦੁਨੀਆ 'ਚ ਐਵਰੀਵੇਅਰ ਨੰਬਰ 1 ਚੱਲ ਰਿਹਾ, ਬੈਸਟ ਸੌਂਗ ਇਸ ਸਾਲ ਦਾ ਬਣਿਆ, ਨਿਊਯਾਰਕ 'ਚੋਂ ਮੈਨੂੰ ਅਵਾਰਡ ਮਿਲਿਆ ਜੀ। ਸੋ ਇਹ ਗਾਣਾ ਜਿਹੜਾ ਸੀਗਾ ਇਹ ਜਿਹਨਾਂ ਨਹੀਂ ਸੁਣਿਆ ਮੈਂ ਹੁਣ ਫੇਰ ਤੁਹਾਨੂੰ ਤੁਹਾਡੇ ਸਾਹਮਣੇ ਤਾਜ਼ਾ ਕਰ ਦਿੰਦਾ ਕਿ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆ, ਆਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆ, ਵੀ ਤੇਰੀਆਂ ਅੱਖਾਂ ਹਾਏ ਨੀ ਕੀ ਦੱਸਾਂ, ਉਹ ਤੇਰੀਆਂ ਇੰਨੀਆਂ ਸੋਹਣੀਆਂ ਅੱਖਾਂ, ਅੱਖਾਂ ਵੇਖਣਾ ਚਾਹੁੰਦੇ ਲੱਖਾਂ ਨੀ ਅੱਖਾਂ ਕਿਉਂ ਛਪਾਉਣੀਆਂ, ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆ। ਕਿਆ ਬਾਤ ਹੈ, ਕਿਆ ਬਾਤ ਹੈ, ਲਾਜਵਾਬ ਚੀਜ਼ ਜਿਹਨੂੰ ਕਹਿੰਦੇ ਆ ਜਦੋਂ ਜੇ ਜੇ ਤੁਹਾਨੂੰ ਸੁਣ ਕੇ ਜਦੋਂ ਤੁਸੀਂ ਅਹਿਸਾਸ ਕਰਦੇ ਹੋ। ਮੈਂ ਜ਼ਿਕਰ ਇਸੇ ਗਾਣੇ ਦੇ ਨਾਲ ਜੁੜਿਆ ਇਸ ਲਿਹਾਜ਼ ਨਾਲ ਕਰਨਾ ਚਾਹੁੰਦਾ ਸੀ ਮਲਕੀਤ ਜੀ ਕਿ ਬਹੁਤ ਸਾਰੇ ਗਾਣੇ ਕੁੜੀਆਂ 'ਤੇ ਬਣਦੇ ਆ, ਕੁੜੀਆਂ ਦੀ ਖੂਬਸੂਰਤੀ ਨੂੰ ਬਿਆਨ ਕਰਦੇ ਆ, ਮੁੰਡਿਆਂ ਦੀ ਖੂਬਸੂਰਤੀ ਨੂੰ ਬਿਆਨ ਕਰਦੇ ਆ। ਜਦੋਂ ਤੁਸੀਂ ਕੋਈ ਗਾਣਾ ਕੰਪੋਜ਼ ਕਰਦੇ ਹੋ ਉਸਨੂੰ ਪ੍ਰਜੈਂਟ ਕਿਵੇਂ ਕਰਨਾ ਉਸਦਾ ਇੱਕ ਤਰੀਕਾ ਹੁੰਦਾ। ਮੈਨੂੰ ਇਸੇ ਦੇ ਨਾਲ ਜੁੜਿਆ ਤੁਹਾਡਾ ਇੱਕ ਗਾਣਾ ਯਾਦ ਆਉਂਦਾ, ਇੱਕ ਗਾਣਾ ਤੁਸੀਂ ਗਾਇਆ ਸੀ ਕਿੰਨੀ ਸੋਹਣੀ ਲੱਗੇ ਜਦੋਂ ਹੱਸੇ ਘੂਰੀ ਵੱਟ ਕੇ ਨੀ ਲੰਘ ਜੇ ਨੀਵੀਆਂ ਪਾ ਕੇ। ਸੋ ਉਹ ਵੀ ਗਾਣਾ ਇੱਕ ਇੱਕ ਮੁਟਿਆਰ ਦੀ ਖੂਬਸੂਰਤੀ ਨੂੰ ਬਿਆਨ ਕੀਤਾ ਗਿਆ ਸੀ ਔਰ ਕਾਲੀ ਐਨਕ ਦੇ ਜ਼ਰੀਏ ਵੀ ਇੱਕ ਖੂਬਸੂਰਤੀ ਨੂੰ ਬਿਆਨ ਕੀਤਾ। ਮੈਂ ਇਹ ਸਵਾਲ ਤੁਹਾਡੇ ਤੋਂ ਇਸ ਲਈ ਕਰ ਰਿਹਾ ਕਿ ਅੱਜ ਕੱਲ੍ਹ ਬਹੁਤ ਸਾਰੇ ਗਾਇਕ ਜਿਹੜੇ ਐਸੇ ਨੇ ਉਹ ਇਹਨਾਂ ਚੀਜ਼ਾਂ 'ਤੇ ਫੋਕਸ ਨਹੀਂ ਕਰਦੇ, ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਰੱਖਦੇ। ਜੇ ਕਿਸੇ ਦੀ ਖੂਬਸੂਰਤੀ ਨੂੰ ਬਿਆਨ ਕਰਨਾ ਵੀ ਹੈ ਤਾਂ ਉਹ ਕਈ ਵਾਰੀ ਕਿਤੇ ਨਾ ਕਿਤੇ ਅਸ਼ਲੀਲਤਾ ਵਾਲੇ ਪਾਸੇ ਚਲਾ ਜਾਂਦਾ ਜਾਂ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਚਲਾ ਜਾਂਦਾ ਕਿ ਤੁਸੀਂ ਪਰਿਵਾਰ 'ਚ ਬਹਿ ਕੇ ਨਹੀਂ ਸੁਣ ਸਕਦੇ। ਮੈਂ ਜਿਹਨਾਂ ਦੋਨੇ ਗਾਣਿਆਂ ਦਾ ਜ਼ਿਕਰ ਕੀਤਾ ਕੁੜੀਆਂ ਵੀ ਜੇ ਉਹਨੂੰ ਸੁਣਦੀਆਂ ਤਾਂ ਉਹ ਪ੍ਰਾਊਡ ਫੀਲ ਕਰਦੀਆਂ। ਹਾਂਜੀ ਬਿਲਕੁਲ ਜੀ, ਔਰ ਇਹ ਗੀਤ ਜਿਹੜਾ ਕਾਲੀ ਐਨਕ ਨਾਲ ਲਾਇਆ ਕਰ ਰਹੇ ਮੇਰਾ ਖਿਆਲ ਸਭ ਤੋਂ ਵੱਧ ਕੁੜੀਆਂ ਨੇ ਹੀ ਜ਼ਿਆਦਾ ਮਸ਼ਹੂਰ ਕੀਤਾ ਜੀ। ਔਰ ਬਿਲਕੁਲ ਜਿਵੇਂ ਕਿੰਨੀ ਸੋਹਣੀ ਲੱਗੇ ਉਹ ਮੇਰੇ ਕਾਲੀ ਟਾਈਮ ਦਾ, ਅਸੀਂ ਉਦੋਂ ਗਾਣੇ ਲਿਖ ਕਿਉਂਕਿ ਮੈਂ ਖੁਦ ਗਾਣੇ ਲਿਖਦਾ ਉਦੋਂ ਦੇ ਉਹ ਗਾਣੇ ਲਿਖੇ ਆ, ਇਹ ਜਿਹੜਾ ਗੀਤ ਅਸੀਂ ਹੁਣ ਲਿਖਿਆ ਸੀ। ਹਾਂ ਬਿਲਕੁਲ, ਜਿਹੜੀ ਨਵੀਂ ਪਨੀਰੀ ਥੋੜੀ ਜਿਹੀ ਇਸ ਪੱਖੋਂ ਹਟਦੀ ਜਾ ਰਹੀ ਆ, ਪਰ ਮੈਂ ਉਹਨਾਂ ਨੂੰ ਆਲਵੇਜ਼ ਇਸ ਗੱਲ ਦੀ ਸਲਾਹ ਦਿੰਦਾ ਹੁੰਦਾ ਕਿ ਚੰਗੀ ਵਾਇਡਿੰਗ ਤੁਸੀਂ ਜੇ ਲੈ ਕੇ ਆਓਗੇ ਗੀਤ ਜਿਹੜੇ ਆ ਉਹ ਤੁਹਾਡੇ ਦਿਲ ਨੂੰ ਛੂਹਣੇ ਚਾਹੀਦੇ ਆ। ਗੀਤਾਂ ਦੀ ਜਿਹੜੀ ਵਾਇਡਿੰਗ ਆ ਉਹ ਤੁਸੀਂ ਐਸਾ ਗੀਤ ਹੁਣ ਤੁਸੀਂ ਜਦੋਂ ਅਸੀਂ ਰਿਕਾਰਡ ਕਰਦੇ ਹਾਂ, ਜਦੋਂ ਮੈਂ ਸਟੂਡੀਓ 'ਚ ਰਿਕਾਰਡ ਕਰਕੇ ਆਉਣਾ ਤਾਂ ਮੇਰੇ ਬੱਚੇ ਮੇਰੀ ਵਾਈਫ ਘਰ 'ਚ ਬੈਠੇ ਵੇਟ ਕਰਦੇ ਹੁੰਦੇ ਆ ਕਿ ਤੁਸੀਂ ਅੱਜ ਕੀ ਰਿਕਾਰਡ ਕੀਤਾ। ਜਦੋਂ ਤੁਸੀਂ ਉਹਨਾਂ ਨੂੰ ਸੁਣਾਉਂਦੇ ਆ ਜੇ ਕਈ ਵਾਰੀ ਉਹ ਕਹਿੰਦੇ ਨਹੀਂ ਇਹ ਤੁਹਾਡੇ ਇਮੇਜ ਨਾਲ ਨਹੀਂ ਜਾਂਦਾ, ਜਾਂ ਜੀ ਟਿਊਨ ਚੇਂਜ ਕਰੋ, ਜਾਂ ਢੋਲ ਥੋੜਾ ਹੋਰ ਚਾਹੀਦਾ। ਸੋ ਪਹਿਲੋਂ ਮੈਂ ਮੇਰੇ ਕਹਿਣ ਦਾ ਮੰਨ ਲਓ ਕਿ ਜਦੋਂ ਘਰੋਂ ਗਾਣਾ ਪਾਸ ਹੁੰਦਾ ਫੇਰ ਹੀ ਤੁਸੀਂ ਉਹਨੂੰ ਰਿਲੀਜ਼ ਕਰੋ, ਪਹਿਲੋਂ ਜਦੋਂ ਤੁਸੀਂ ਘਰ ਗਾਣਾ ਸੁਣਾ ਸਕਦੇ ਆ ਇਹਦਾ ਮਤਲਬ ਫਿਰ ਉਹ ਅਸ਼ਲੀਲ ਨਹੀਂ ਹੋਊਗਾ, ਉਹ ਗਾਣਾ ਸਾਰੀ ਪਰਿਵਾਰ ਨੂੰ ਸਾਰੀ ਫੈਮਿਲੀ ਨੂੰ। ਜਿਹੜਾ ਸ਼ੋਅ ਬਿਜ਼ਨਸ ਆ, ਸ਼ੋਅ ਬਿਜ਼ਨਸ ਵੀ ਬਰਾੜ ਸਾਹਿਬ ਕਿ ਜਿਹੜਾ ਜਾਂ ਤੁਸੀਂ ਇਸੇ ਤਰ੍ਹਾਂ ਜਦੋਂ ਸ਼ੋਅ ਕਰਨੇ ਆ ਜਦੋਂ ਸ਼ੋਅ ਕਰਨੇ ਉਹ ਵੀ ਇਕੱਲੇ ਜੰਕਸ਼ਨਾਂ ਦੇ ਨਾਲ ਸ਼ੋਅ ਨਹੀਂ ਹੋ ਸਕਦੇ, ਸਾਰੀ ਫੈਮਿਲੀ ਸਾਰਾ ਪਰਿਵਾਰ ਚਾਹੀਦਾ ਹੈ ਤਾਂ ਕਿ ਥੀਏਟਰ ਭਰੇ ਜਾਣ, ਤਾਂ ਕਿ ਜਿਹੜੇ ਸਟੇਡੀਅਮ ਭਰੇ ਹੋਣ। ਸੋ ਮੈਂ ਜਦੋਂ ਕੋਈ ਗਾਣਾ ਰਿਕਾਰਡ ਕਰਦਾ ਮੈਂ ਕੋਸ਼ਿਸ਼ ਕਰਦਾ ਕਿ ਇਹ ਸਾਰੇ ਪਰਿਵਾਰ ਦੇ ਲਈ ਹੋਵੇ ਔਰ ਸਾਰੇ ਪਰਿਵਾਰ ਨੂੰ ਕਿਸੇ ਏਦਾਂ ਨਾ ਹੋਵੇ ਕਿ ਬਾਹਰ ਜਾ ਕੇ ਗਾਣਾ ਮੁੰਡਿਆਂ ਕੁੜੀਆਂ ਨੂੰ ਇਕੱਲਿਆਂ ਨੂੰ ਸੁਣਨਾ ਪਵੇ, ਇਕੱਠੇ ਬੈਠ ਕੇ ਗਾਣਾ ਸੁਣ ਸਕਣ, ਏਦਾਂ ਦੀ ਵਰਡ। ਬਿਲਕੁਲ ਮਲਕੀਤ ਜੀ, ਦੇਖੋ ਹਿੱਟ ਹੋਣਾ ਤਾਂ ਕੋਈ ਵੀ ਇੱਕ ਗਾਣਾ ਕਿਸੇ ਨੂੰ ਹਿੱਟ ਕਰਾ ਦਿੰਦਾ। ਬਹੁਤ ਸਾਰੇ ਐਸੇ ਗਾਇਕ ਨੇ ਜਿਨ੍ਹਾਂ ਨੇ ਸੁਪਰ ਹਿੱਟ ਗਾਣਾ ਦਿੱਤਾ ਪਰ ਉਸ ਤੋਂ ਬਾਅਦ ਕਿਤੇ ਨਜ਼ਰ ਨਹੀਂ ਆਏ। ਆਪਣੇ ਆਪ ਨੂੰ ਅਸਟੈਬਲਿਸ਼ ਕਰਕੇ ਰੱਖਣਾ ਔਰ ਇੰਨੇ ਸਾਲਾਂ ਤੱਕ ਨਾ ਸਿਰਫ ਅਸਟੈਬਲਿਸ਼ ਕਰਨਾ ਬਲਕਿ ਉਹ ਮਿਆਰ ਜਿਹੜਾ ਹੈ ਗਾਇਕੀ ਦਾ, ਜਿਹੜਾ ਲੈਵਲ ਹੈ ਉਸ ਨੂੰ ਵੀ ਲੈਵਲ ਤੋਂ ਉੱਪਰ ਹੀ ਲੈ ਕੇ ਜਾਣਾ, ਚਾਰ ਦੰਦੇ ਹੇਠਾਂ ਨਹੀਂ ਲੈ ਕੇ ਆਉਣਾ। ਸੋ ਕਿੰਨਾ ਕੁ ਟਫ ਤੁਹਾਡੇ ਲਈ ਇਹ ਤਜਰਬਾ ਰਿਹਾ, ਐਕਸਪੀਰੀਅੰਸ ਰਿਹਾ? ਜੇ ਮੈਂ ਤੁਸੀਂ 86 ਦਾ ਗਾਣਾ ਸੁਣਾਇਆ ਗੁੜ ਨਾਲੋਂ ਇਸ਼ਕ ਮਿੱਠਾ ਤੇ ਅੱਜ 2022 'ਚ ਜੇ ਆਪਾਂ ਸੁਣੀ ਜਾਂਦੇ ਹਾਂ। ਹਾਂ ਬਿਲਕੁਲ ਜੀ, ਕਿਉਂਕਿ ਜਦੋਂ ਗੀਤ ਕੋਈ ਤੁਹਾਡਾ ਹਿੱਟ ਹੋ ਜਾਂਦਾ ਨਾ ਤੇ ਉਸ ਤੋਂ ਬਾਅਦ ਕਲਾਕਾਰ ਦੀ ਜ਼ਿੰਮੇਵਾਰੀ ਰਿਸਪੋਂਸੀਬਿਲਟੀ ਹੋਰ ਵੱਧ ਜਾਂਦੀ ਹੈ ਜੀ, ਕਿਉਂਕਿ ਇਸ ਗੀਤ ਤੋਂ ਉੱਪਰ ਦਾ ਗੀਤ ਕੀ ਲੈ ਕੇ ਆਉਣਾ, ਇਹ ਤੋਂ ਵਧੀਆ ਗੀਤ ਹੋਰ ਕੀ ਕਰਨਾ। ਜਿਹੜੇ ਗੀਤ ਨੇ ਉਹ ਸਿਰਫ ਜਾਂ ਏਦਾਂ ਕੁੜੀਆਂ ਮੁੰਡਿਆਂ ਦੇ ਜਾਂ ਏਦਾਂ ਦੇ ਨਹੀਂ ਹੋਣੇ ਚਾਹੀਦੇ ਸਾਨੂੰ। ਸਾਡੇ ਜਿਹੜੀ ਪਰਿਵਾਰਕ ਗੀਤ ਜਿਵੇਂ ਮਾਵਾਂ ਠੰਡੀਆਂ ਛਾਵਾਂ ਜਾਂ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ, ਬਾਪੂ ਦਾ ਗਾਣਾ, ਪਰਿਵਾਰਕ ਗਾਣੇ ਜਿਹੜੇ ਮੈਂ ਤਾਂ ਜਿਹੜੇ ਰਿਸ਼ਤੇ ਨਾਤੇ ਸੀ ਉਹਨਾਂ ਨੂੰ ਜੋ ਮਾਮਾ ਬੜਾ ਗ੍ਰੇਟ, ਸਾਡਾ ਚਾਚਾ ਬੜਾ ਗ੍ਰੇਟ,
ਜਦੋਂ ਤੁਸੀਂ ਵਿਆਹ ਤੇ ਜਾਂ ਜਦੋਂ ਤੁਸੀਂ ਪ੍ਰਾਈਵੇਟ ਪਾਰਟੀ ਤੇ ਗਾਉਂਦੇ ਆ ਤੇ ਐਵਰੀਬਾਡੀ ਵਾਂਟ ਡਾਂਸ ਕਰਨਾ ਚਾਹੁੰਦੇ ਆ, ਸੋ ਓਦਾਂ ਦੇ ਗੀਤ ਥੋੜਾ ਜਿਹਾ ਸਬਜੈਕਟ ਤੋਂ ਹਟ ਕੇ ਵੀ ਗੀਤ ਲਾਉਣੇ ਚਾਹੀਦੇ ਆ, ਤਾਂ ਕਿ ਏਦਾਂ ਨਾ ਹੋਵੇ ਕਿ ਆਪਣੀਆਂ ਹੀ ਸਿਫਤਾਂ ਦੇ ਵਿੱਚ ਆਪਣੇ ਗਾਣੇ 'ਚ ਕਰੀ ਚੱਲੋ, ਜਾਂ ਮੇਰੇ ਕੋਲ ਇਹ ਚੀਜ਼ਾਂ ਆ ਜਾਂ ਮੇਰੇ ਕੋਲ ਉਹ ਚੀਜ਼ਾਂ ਨੇ। ਇਹ ਚੀਜ਼ਾਂ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ, ਲੋਕਾਂ ਦੀ ਫੀਲਿੰਗ ਦੇ ਨਾਲ ਜਿਹੜਾ ਬੰਦਾ ਗਾਊਗਾ, ਜਿਹੜਾ ਵਧੀਆ ਤੋਂ ਵਧੀਆ ਵਰਡਿੰਗ ਲੈ ਕੇ ਆਊਗਾ। ਜਿੰਦ ਮਾਹੀ ਜੇ ਚੱਲਿਓ ਪਰਦੇਸ਼, ਕਦੀ ਨਾ ਭੁੱਲੀ ਆਪਣਾ ਦੇਸ਼, ਆਪਣੀ ਬੋਲੀ ਆਪਣਾ ਭੇਸ। ਦੇਖੋ ਇੰਗਲਿਸ਼ ਫਿਲਮ ਬੈਂਡਿਟ ਲਾਈਕ ਬੇਕਮ ਵਿੱਚ ਵੀ ਉਹ ਗੀਤ ਆਇਆ, ਔਰ ਦੇਖੋ ਕੈਸਾ ਗੀਤ ਉਹਨਾਂ ਨੇ ਵੀ ਚੁੱਕਿਆ ਕਿ ਮੰਨ ਲਓ ਜਿਹੜਾ ਬਿਲਕੁਲ ਸਾਡੇ ਕਲਚਰ ਦੇ ਨਾਲ ਸੀਗਾ। ਸੋ ਜਦ ਤੁਸੀਂ ਚੰਗੀ ਵਰਡਿੰਗ, ਚੰਗਾ ਗੀਤ, ਚੰਗੇ ਸਬਜੈਕਟ ਤੇ ਗਾਣਾ ਲੈ ਕੇ ਆਓਗੇ, ਉਹ ਲੰਮੇ ਕਹਿੰਦੇ ਹੁੰਦੇ ਲੰਮੇ ਟਾਈਮ ਤੇ ਚੱਲੂਗਾ। ਦੈਟਸ ਵਾਈ ਮੇਰੇ ਖਿਆਲ ਨਾਲ ਅਸੀਂ ਕੋਸ਼ਿਸ਼ ਕੀਤੀ ਕਿ ਸ਼ੁਰੂ ਤੋਂ ਜਿਵੇਂ ਮਲਕੀਤ ਜੀ ਤੁਸੀਂ ਗਾਣਿਆਂ ਦਾ ਜ਼ਿਕਰ ਕਰਦੇ ਹੋ, ਕਹਿੰਦੇ ਜਦੋਂ ਗਾਇਕ ਤੁਹਾਡੇ ਨਾਲ ਜੁੜਿਆ ਹੋਵੇ ਇੱਕ ਐਸ ਪੱਧਰ ਦਾ, ਤੇ ਉਦੋਂ ਲਾਹਾ ਲੈ ਲੈਣਾ ਚਾਹੀਦਾ ਪੰਜਾਬੀ ਦੇ ਵਿੱਚ। ਸੋ ਤੁਸੀਂ ਜਿਵੇਂ ਜਿਵੇਂ ਜ਼ਿਕਰ ਕਰਦੇ ਹੋ ਤਾਂ ਸਾਡਾ ਜੀ ਕਰਦਾ ਵੀ ਇਸ ਗਾਣੇ ਨੂੰ ਜਿਹੜਾ ਤੁਸੀਂ ਜਿੰਦ ਮਾਹੀ ਵਾਲਾ ਜ਼ਿਕਰ ਕੀਤਾ, ਅੱਜ ਵੀ ਨਵੇਂ ਸਾਲ ਤੇ ਗੁੜ ਨਾਲੋਂ ਇਸ਼ਕ ਮਿੱਠਾ ਜਿੰਦ ਮਾਹੀ ਵਰਗੇ ਗੀਤ ਚੱਲਦੇ ਆ, ਜੇ ਤੁੰਬੀ ਤੇ ਮਾੜਾ ਜਾਂ ਉਸੇ ਤਰੀਕੇ ਨਾਲ ਸੁਣਾ ਸਕੋ ਜਿਵੇਂ ਸ਼ੁਰੂਆਤ ਕੀਤੀ ਸੀ। ਹਾਂ ਬਿਲਕੁਲ ਜੀ, ਸਾਡਾ ਯਾਰ ਜਿੰਦ ਮਾਹੀ ਜੇ ਚੱਲਿਓ, ਜਿੰਦ ਮਾਹੀ ਜੇ ਚੱਲਿਓ ਪਰਦੇਸ, ਕਦੀ ਨਾ ਭੁੱਲੀ ਓਏ, ਕਦੀ ਨਾ ਭੁੱਲੀ ਆਪਣਾ ਦੇਸ, ਆਪਣੀ ਬੋਲੀ ਓਏ, ਆਹ ਆਪਣੀ ਬੋਲੀ ਤੇ ਆਪਣਾ ਫੇਸ, ਵੇ ਇੱਕ ਪਲ ਬਹਿ ਜਾਣਾ, ਇੱਕ ਪਲ ਬਹਿ ਜਾਣਾ ਮੇਰੇ ਕੋਲ, ਤੇਰੇ ਮਿੱਠੜੇ ਹੀ ਓਏ, ਉਹ ਤੇਰੇ ਮਿੱਠੜੇ ਹੀ ਲੱਗਦੇ ਬੋ, ਕਿਆ ਬਾਤ ਹੈ, ਕਿਆ ਬਾਤ ਹੈ। ਰੜਕ ਕਹਿੰਦੇ ਉਹੀ ਹੈ ਅੱਜ ਵੀ ਆਵਾਜ਼ ਦੇ ਵਿੱਚ, ਜਿਹੜੀ ਰੜਕ ਹੁੰਦੀ ਹੈ ਨਾ ਇੱਕ, ਉਹ ਰੜਕ ਨਹੀਂ ਬਦਲੀ। ਮੈਂ ਕਈ ਲੋਕ ਸਵਾਲ ਪੁੱਛਦੇ ਨੇ ਕਿ ਮਲਕੀਤ ਸਿੰਘ ਜੀ ਖਾਂਦੇ ਕੀ ਨੇ, ਤੁਸੀਂ ਐਵਰ ਯੰਗ, ਤੁਹਾਡੇ ਨਾਂ ਦੇ ਨਾਲ ਜੁੜਿਆ ਹੋਇਆ। ਮੈਂ ਜਦੋਂ ਨਿੱਕਾ ਜਿਹਾ ਸੀ 10 ਸਾਲ ਦਾ, ਤੁਸੀਂ ਉਦੋਂ ਵੀ ਇਹੋ ਜਿਹੇ ਸੀ, ਤੇ ਅੱਜ ਸਾਡੀ ਉਮਰ ਕਿੰਨੀ ਹੋ ਗਈ ਹੈ, ਤੁਸੀਂ ਅੱਜ ਵੀ ਉਹੋ ਦੇ ਉਹੋ ਜਿਹੇ ਪਏ ਹੋ। ਇਹ ਬਹੁਤ ਵਧੀਆ ਗੱਲ ਤੁਸੀਂ ਪੁੱਛੀ ਜੀ, ਕਿਉਂਕਿ ਮੈਂ ਸਮਝਦਾ ਇਹ ਤੁਹਾਡਾ ਪਿਆਰ ਆ, ਇਹ ਤੁਹਾਡਾ ਸਤਿਕਾਰ ਆ, ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਕੋਈ ਗਾਣਾ ਹਿੱਟ ਹੁੰਦਾ ਨਾ, ਜਦੋਂ ਕਿ ਤੁਸੀਂ ਕਿਸੇ ਬਿਜ਼ਨਸ ਵਿੱਚ ਵੀ ਜਦੋਂ ਤੁਸੀਂ ਕਿਸੇ ਕੋਈ ਕੰਮ ਕਰਦੇ ਆ ਜੀ, ਉਹ ਬੰਦੇ ਦੀ ਉਮਰ ਵਧਾ ਦਿੰਦਾ। ਜਿਵੇਂ ਹੁਣ ਤੁਸੀਂ ਕਾਲੀ ਐਨਕ ਦੇ ਨਾਲ, ਮੈਨੂੰ ਲੱਗਦਾ ਮੇਰੇ 15 ਸਾਲ ਹੋਰ ਮੈਨੂੰ ਯੰਗ ਕਰ ਦਿੱਤਾ, ਕਿਉਂਕਿ ਤੁਹਾਨੂੰ ਇੱਕ ਖੁਰਾਕ ਹੈ, ਤੁਹਾਡਾ ਚਿਹਰਾ, ਹਾਂਜੀ ਤੁਹਾਡਾ ਚਿਹਰਾ ਬੋਲਦਾ ਵੀ ਤੁਹਾਡੇ ਅੰਦਰ ਕਿੰਨੀ ਇੱਕ ਖੁਸ਼ੀ ਆ, ਤੁਹਾਡੇ ਅੰਦਰ ਤੁਸੀਂ ਕਿੱਦਾਂ ਕਦੇ ਮਤਲਬ ਹੈ ਨਾ, ਤੁਹਾਡਾ ਬਿਜ਼ਨਸ ਕਿੱਦਾਂ ਦਾ ਚੱਲ ਰਿਹਾ। ਸੋ ਮੈਨੂੰ ਲੱਗਦਾ ਕਿ ਉਹ ਤੁਸੀਂ ਜਦੋਂ ਵੀ ਮੈਂ ਕੋਈ ਗਾਣਾ ਕੱਢਦਾ ਰਿਹਾ, ਤੁਸੀਂ ਉਹਨੂੰ ਪਿਆਰ ਸਤਿਕਾਰ ਦਿੰਦੇ ਆ, ਔਰ ਮੈਨੂੰ ਲੱਗਦਾ ਰਿਹਾ ਕਿ ਹਾਂ ਮੇਰੇ ਸਰੋਤੇ ਮੇਰੇ ਨਾਲ ਜੁੜੇ ਨੇ, ਇਹੋ ਜਿਹਾ ਗਾਣੇ ਹੋਰ ਚਾਹੁੰਦੇ ਨੇ, ਮੈਂ ਹੋਰ ਲਿਆ ਕੇ ਆਵਾਂ, ਉਹ ਚੀਜ਼ ਮੈਨੂੰ ਲੱਗਦਾ ਕਿ ਹਮੇਸ਼ਾ ਯੰਗ ਰੱਖਦੀ ਆ, ਔਰ ਹਮੇਸ਼ਾ ਹੀ ਉਹ ਤੁਹਾਡੇ ਚਿਹਰੇ ਤੋਂ ਬੋਲਦੀ ਆ ਗੱਲ ਕਿ ਤੁਹਾਡਾ ਕੰਮ ਵਧੀਆ ਚੱਲ ਰਿਹਾ। ਹੁਣ ਕਿਸੇ ਅੱਗੇ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ? ਹਾਂ ਬਿਲਕੁਲ ਜੀ, ਅਗਲਾ ਪ੍ਰੋਜੈਕਟ ਅਸੀਂ ਉਹਦਾ ਨਵੇਂ ਸਾਲ ਤੇ ਕਰਨਾ ਸੀ, ਕਿਉਂਕਿ ਨਵੇਂ ਸਾਲ ਤੇ ਆ ਹੁਣ ਵੀ ਮੈਂ, ਮੈਨੂੰ ਲੱਗਦਾ ਕਹਿੰਦਾ ਕੱਪੜੇ ਪਾ ਕੇ ਮੈਂ ਬੈਠਾ ਸੀ, ਕਿਉਂਕਿ ਸਾਡਾ ਹੁਣ ਲੰਡਨ ਸ਼ੋਅ ਆ, ਚੰਗੇ ਮੌਕੇ ਤੁਸੀਂ ਮੈਨੂੰ ਫੜਿਆ, ਐਂਡ ਅੱਜ ਰਾਤ ਨੂੰ ਇੱਥੇ ਪਲੇ ਕਰ ਰਹੇ, ਕਿਉਂਕਿ ਰੋਜ਼ ਹੀ ਪ੍ਰੋਗਰਾਮ ਹੁੰਦੇ ਆ, ਕਿਉਂਕਿ ਸਾਡੇ ਇੱਥੇ ਕ੍ਰਿਸਮਸ ਦੀਆਂ ਹੁਣ ਛੁੱਟੀਆਂ ਨੇ, ਐਵਰੀ ਡੇ ਸ਼ੋਅ ਹੁੰਦੇ ਆ, ਸੋ ਉਹਦੇ ਕਰਕੇ ਬਿਜ਼ੀ ਬਹੁਤ ਸੀਗੇ। ਅਸੀਂ ਨਵੇਂ ਸਾਲ ਤੇ ਨਵਾਂ ਗੀਤ ਲੈ ਕੇ ਆਉਣਾ ਸੀਗਾ, ਲੇਕਿਨ ਹੁਣ ਅਸੀਂ ਲੋਹੜੀ ਦੇ ਨੇੜੇ ਤੇੜੇ ਮਤਲਬ 2 ਹਫ਼ਤੇ ਤੱਕ ਨਵਾਂ ਗੀਤ ਰਿਲੀਜ਼ ਕਰਾਂਗੇ, ਔਰ ਉਹ ਵੀ ਸਰੋਤਿਆਂ ਨੂੰ ਪਸੰਦ ਆਊਗਾ। ਕੋਸ਼ਿਸ਼ ਤਾਂ ਬੰਦਾ ਹਰ ਕੋਈ ਕਰਦਾ ਕਿ ਮੈਂ ਵਧੀਆ ਗੀਤ ਲੈ ਕੇ ਆਵਾਂ, ਚੰਗਾ ਲੈ ਕੇ ਆਵਾਂ, ਪਰ ਸਰੋਤਿਆਂ ਦੀ ਪਸੰਦ ਉਹਨਾਂ ਨੇ ਕੀ ਕਰਨਾ ਉਹਨਾਂ ਤੇ ਡਿਪੈਂਡ ਕਰਦਾ, ਪਰ ਮੈਂ ਨਵਾਂ ਗੀਤ ਜਿਹੜਾ ਉਹ 2 ਹਫ਼ਤੇ ਤੱਕ ਨਵਾਂ ਲੈ ਕੇ ਆਊਂ। ਚਲੋ ਮੈਂ ਵਾਪਸ ਉਸ ਚੀਜ਼ ਤੇ ਆਉਣਾ, ਜਿਹੜੀ ਪਛਾਣ ਜਿਹਨੇ ਤੁਹਾਨੂੰ ਵਰਲਡ ਵਾਈਡ ਮਸ਼ਹੂਰ ਕੀਤਾ, ਜਿਹੜੇ ਗੀਤ ਨੇ ਤੂਤਕ ਤੂਤਕ ਤੂਤੀਆਂ, ਅੱਜ ਵੀ ਬਹੁਤ ਲੋਕ ਜੇ ਕੋਈ ਬਲਕੀਤ ਸਿੰਘ ਦੇ ਨਾਂ ਨੂੰ ਇੱਕਦਮ ਨਾ ਪਛਾਣ ਸਕੇ ਤਾਂ ਜਦੋਂ ਕੋਈ ਤੂਤਕ ਤੂਤਕ ਤੂਤੀਆਂ ਦਾ ਜ਼ਿਕਰ ਕਰਦਾ ਤਾਂ ਫਿਰ ਤੁਰੰਤ ਪਛਾਣ ਆਈ, ਫਿਲਮਾਂ ਤੱਕ ਬਣ ਚੁੱਕੀਆਂ। ਬਾਲੀਵੁੱਡ ਦੀ ਇੱਕ ਫਿਲਮ ਬਣੀ ਸੋਨੂ ਸੂਦ ਹੋਰਾਂ ਦੀ, ਉਸਦਾ ਨਾਮ ਰੱਖਿਆ ਗਿਆ ਤੂਤਕ ਤੂਤਕ ਤੂਤੀਆਂ। ਸੋ ਕਿਸ ਤਰੀਕੇ ਨਾਲ ਮਹਿਸੂਸ ਕਰਦੇ ਹੋ ਜਦੋਂ ਚੀਜ਼ਾਂ ਤੁਹਾਨੂੰ ਉਸ ਲੈਵਲ 'ਤੇ ਲੈ ਜਾਂਦੀਆਂ, ਮਹਾਰਾਣੀ ਐਲਿਜ਼ਾਬੈਥ ਤੋਂ ਸਨਮਾਨ ਮਿਲਦਾ, ਗੋਲਡਨ ਸਟਾਰ ਦਾ ਨਾਮ ਮਿਲਦਾ, ਸੋ ਕੀ ਤੁਹਾਡੇ ਅੰਦਰ ਇਹ ਚੀਜ਼ ਭਾਵਨਾਵਾਂ, ਕਿਸ ਤਰੀਕੇ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ?
ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ ਲੱਗਦਾ। ਇਹੀ ਮੈਂ ਗੱਲ ਪਹਿਲੋਂ ਕਿਵੇਂ ਕਹੀ ਸੀ ਕਿ ਇਹ ਸਰੋਤਿਆਂ ਦਾ ਪਿਆਰ ਆ, ਸਰੋਤਿਆਂ ਦਾ ਸਤਿਕਾਰ ਹੈ ਜੀ। ਐਂਡ ਜਦੋਂ ਸੋਨੂੰ ਸੂਦ ਨੇ ਮੈਨੂੰ ਫੋਨ ਕੀਤਾ ਬੰਬੇ ਤੋਂ ਕਿ ਭਾਜੀ ਅਸੀਂ ਤੂਤਕ ਤੂਤੀਆਂ ਗਾਣਾ ਜਿਹੜਾ ਉਹ ਫਿਲਮ 'ਚ ਲੈਣਾ ਚਾਹੁੰਦੇ ਹਾਂ, ਉਸ ਤੋਂ ਬਾਅਦ ਫਿਰ ਜਦੋਂ ਮੈਂ ਉਹਨਾਂ ਨੂੰ ਗਾਣਾ ਦਿੱਤਾ ਐਂਡ ਦੇ ਸਨ ਕਿ ਅਸੀਂ ਇਹਦਾ ਟਾਈਟਲ ਹੀ ਬਣਾਉਣਾ ਚਾਹੁੰਦੇ ਹਾਂ, ਸੋ ਮੇਰੇ ਗੀਤਾਂ ਦੇ ਟਾਈਟਲ ਬਣੇ ਤੂਤਕ ਤੂਤਕ ਤੂਤੀਆਂ, ਫਿਰ ਮਰ ਗਿਆ ਲੋਕੋ, ਗਿੱਪੀ ਗਰੇਵਾਲ ਦੀ ਪੰਜਾਬੀ ਸਾਡੀ ਫਿਲਮ ਸੀ ਉਹਦਾ ਗੀਤ ਆਇਆ, ਹੋਰ ਬਹੁਤ ਸਾਰੇ ਗੀਤ ਹੈ ਜਿਹਨਾਂ ਦਾ ਟਾਈਟਲ ਬਣਿਆ, ਔਰ ਉਹ ਤੁਹਾਨੂੰ ਚੰਗਾ ਬਹੁਤ ਲੱਗਦਾ, ਬਹੁਤ ਵਧੀਆ ਲੱਗਦਾ ਕਿ ਤੁਹਾਡੀ ਕੁਛ ਪ੍ਰਾਪਤੀ ਹੈ, ਤੁਹਾਡੇ ਲੋਕ ਜਿਹੜੇ ਆ ਤੁਹਾਨੂੰ ਪਿਆਰ ਕਰਦੇ ਆ। ਹੋਰ ਵੀ ਇੱਕ ਦੋ ਹੋਰ ਫਿਲਮਾਂ ਆ ਰਹੀਆਂ ਜਿਹੜੇ ਆਪਣੇ ਗੀਤਾਂ ਦੇ ਉੱਤੇ ਟਾਈਟਲ ਦੇ ਉੱਤੇ ਹੋਰ ਆਉਣਗੀਆਂ। ਸੋ ਤੂਤਕ ਤੂਤਕ ਤੂਤੀਆਂ ਇੱਕ ਵਾਰੀ ਮੈਂ ਤੁਹਾਡੇ ਤੋਂ ਜ਼ਰੂਰ ਸੁਣਨਾ ਚਾਹੂੰਗਾ ਸਾਡੇ ਦਰਸ਼ਕਾਂ ਦੇ ਲਈ ਖਾਸ ਤੌਰ ਤੇ। ਬਿਲਕੁਲ ਜੀ, ਇਹ ਤੋਂ ਬਗੈਰ ਤਾਂ ਕੋਈ ਇੰਟਰਵਿਊ ਜਾਂ ਕੋਈ ਸ਼ੋਅ ਜਿਹੜਾ ਉਹ ਮੈਨੂੰ ਸੋਚਦਾ ਵੀ ਉਹ ਕੰਪਲੀਟ ਨਹੀਂ ਹੁੰਦਾ ਦੋ ਤਿੰਨ ਵਾਰੀ। ਸ਼ੁਕਰੀਆ ਹੁਣ ਕਾਲੀ ਐਨਕ ਨੇ ਇਹਦੇ ਉੱਤੇ ਥੋੜਾ ਜਿਹਾ ਕਹਿੰਦੇ ਨੇ ਰੋਹ ਪਾਇਆ ਤੂਤਕ ਤੂਤਕ ਤੂਤੀਆਂ ਤੇ, ਲੇਕਿਨ ਇਹ ਗਾਣਾ ਟੱਕਰ ਦਿੱਤੀ ਹੈ ਸੀਗਾ ਇਹ ਉਸ। ਹਾਂਜੀ ਬਿਲਕੁਲ ਟੱਕਰ ਦਿੱਤੀ, ਔਰ ਇਹ ਗਾਣਾ ਕਿਉਂਕਿ ਲੋਕਾਂ ਦੇ ਬਹੁਤ ਹੀ ਦਿਲ ਵਿੱਚ ਵਸਿਆ ਹੋਇਆ, ਕਿਉਂਕਿ ਇਹ ਗਾਣਾ ਉਸ ਟਾਈਮ ਦਾ ਆਇਆ ਜਦੋਂ ਮੀਡੀਆ ਨਹੀਂ ਸੀਗਾ। ਸਹੀ ਗੱਲ, ਜਦੋਂ ਜਿਸ ਟਾਈਮ ਅਸੀਂ ਕੋਈ ਕੋਈ ਤੁਸੀਂ ਦੇਖੋ ਅੱਜ ਵਿਊ ਦਾ ਜ਼ਮਾਨਾ ਹੈ, ਉਦੋਂ ਲੋਕਾਂ ਨੇ ਇਸ ਗਾਣੇ ਨੂੰ ਖਰੀਦਿਆ 40 million ਐਲਬਮ ਜਿਹੜੀ ਆ ਉਹ ਸਾਡੀ ਵਰਲਡ ਰੈਕੋਰਡ ਹੈ, ਇਹ ਵੀ ਬੈਸਟ ਸੈਲਿੰਗ ਭੰਗੜਾ ਆਰਟਿਸਟ ਇਨ ਦਾ ਵਰਲਡ ਗਿਨਸ ਬੁੱਕ ਆਫ ਰੈਕੋਰਡ ਚ, ਇਹ ਵੀ ਮੇਰੇ ਹਿੱਸੇ ਆਇਆ ਕਿ ਜਿਹੜਾ ਬਰਾੜ ਸਾਹਿਬ ਜਿਹੜਾ ਇਹ ਗੀਤ ਹੈ ਇਹ ਵਿਊ ਦੇ ਹਿਸਾਬ ਨਾਲ ਨੀ ਇਹ ਵਿਕਿਆ, ਤੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਇੰਨਾ ਕੋਈ ਗਾਣਾ ਵਿਕਣਾ ਹੀ ਨੀ, ਕਿਉਂਕਿ ਹੁਣ ਤਾਂ ਮਿਊਜ਼ਿਕ ਵਿਕਦਾ ਹੀ ਨੀ ਹੈਗਾ, ਹੁਣ ਸਿਰਫ ਦੇਖਿਆ ਜਾਂਦਾ ਜਾਂ ਵਿਊ ਹੀ ਆ। ਕਿਉਂਕਿ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ ਵੀ ਰੀਲ ਰੀਲ, ਮੈਂ ਜਦੋਂ ਰੀਲ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਸੀ ਇੱਕ ਸ਼ਬਦ ਕਿ ਰੀਲ ਅੱਜ ਵੀ ਰੀਲ ਹੈ ਤੇ ਉਸ ਵੇਲੇ ਵੀ ਰੀਲ ਸੀ, ਉਸ ਵੇਲੇ ਰੀਲ ਸੀ ਜਿਹੜੀਆਂ ਵਿਕਦੀਆਂ ਸੀ, ਖਰੀਦਦੇ ਸੀ ਉਹ ਰੀਲਾਂ ਖਰੀਦ ਕੇ ਉਹ ਗਾਣੇ ਸੁਣੇ, ਤੇ ਅੱਜ ਰੀਲ ਬਣਦੀ ਹੈ, ਅੱਜ ਇੰਸਟਾਗ੍ਰਾਮ ਰੀਲ ਦਾ ਜ਼ਿਕਰ ਹੁੰਦਾ, ਤਾਂ ਅੱਜ ਉਹਨਾਂ ਰੀਲਾਂ ਤੇ ਯਾਨੀ ਮਲਕੀਤ ਸਿੰਘ ਉਸ ਰੀਲ ਤੇ ਵੀ ਛਾਏ ਰਹੇ ਆ ਜਿਹੜੀਆਂ ਉਦੋਂ ਕੈਸਟਾਂ ਜਿਹਨੂੰ ਕਹਿ ਦਿੰਦੇ ਸੀ ਤੇ ਅੱਜ ਦੀ ਰੀਲ ਤੇ ਵੀ ਛਾਏ ਹੋਏ ਆ। ਮੈਂ ਕਹਿੰਦਾ ਇੰਨੀਆਂ ਰੀਲਾਂ ਮੈਨੂੰ ਲੱਗਦਾ ਨੀ ਵੀ ਇੰਨੇ ਥੋੜੇ ਟਾਈਮ ਚ ਇੰਨੀਆਂ ਰੀਲਾਂ ਕਿਸੇ ਨੇ ਬਣਾਈਆਂ ਹੋਣਗੀਆਂ, ਮੈਨੂੰ ਲੱਗਦਾ ਕਿ ਕੁੜੀਆਂ ਨੇ ਤਾਂ ਫੱਟੇ ਹੀ ਚੱਕਦੇ, ਥੈਂਕ ਯੂ ਵੈਰੀ ਮੱਚ ਰੀਲਾਂ ਬਣਾਉਣ ਵਾਲੇ। ਔਰ ਆਪਾਂ ਆਉਂਦੇ ਜੀ ਫਿਰ ਤੂਤਕ ਤੂਤੀਆਂ ਤੇ। ਹਾਂਜੀ ਜੀ, ਤੂਤਕ 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 ਤੂਤੀਆਂ ਹਈ ਜਮਾਨੋ, ਤੂਤਕ 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 ਤੂਤੀਆਂ ਹਈ ਜਮਾਨੋ, ਨੀ ਆ ਜਾ ਤੂਤਾਂ ਵਾਲੇ ਖੂਹ ਤੇ ਹਈ ਜਮਾਨੋ, ਉੱਥੇ ਗੱਲਾਂ ਕਰੀਏ ਮੂੰਹ ਤੇ ਹਈ ਜਮਾਨੋ, ਤੂਤਕ 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 ਤੂਤੀਆਂ। ਅੱਛਾ ਇੱਕ ਤੁਸੀਂ ਮਾਂ ਵਾਲੇ ਗੀਤ ਦਾ ਜ਼ਿਕਰ ਕੀਤਾ ਸੀ ਜਦੋਂ ਆਪਾਂ ਕਹਿ ਰਹੇ ਮੇਰੇ ਮਾਂ ਮੇਰੀ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ, ਪੱਕੀਆਂ ਰੋਟੀਆਂ ਉਹ, ਕਿਉਂਕਿ ਇਹ ਰੰਗ ਹੁੰਦੇ ਆ ਗਾਇਕੀ ਦੇ ਅਲੱਗ ਅਲੱਗ ਫਲੇਵਰ ਹੁੰਦਾ, ਜੇ ਤੁਸੀਂ ਸੁਣਦੇ ਹੋ ਤਾਂ ਉਹ ਇੱਕਦਮ ਤੁਹਾਨੂੰ ਇੱਕ ਦੂਸਰੇ ਫਲੇਵਰ ਦੇ ਵਿੱਚ ਲੈ ਜਾਂਦਾ, ਤੁਹਾਡੇ ਇਮੋਸ਼ਨਸ ਇੱਕਦਮ ਚੇਂਜ ਹੋ ਜਾਂਦੇ ਆ, ਤੁਸੀਂ ਉਸਨੂੰ ਉਸ ਮਾਨਸਿਕਤਾ ਦੇ ਨਾਲ ਸੁਣਦੇ ਹੋ। ਸੋ ਮੈਂ ਚਾਹੂੰਗਾ ਦੋ ਲਾਈਨਾਂ ਉਸ ਗੀਤ ਦੀਆਂ ਜ਼ਰੂਰ ਸਾਡੇ ਦਰਸ਼ਕਾਂ ਲਈ। ਬਿਲਕੁਲ ਜੀ, ਜਦੋਂ ਬੰਦਾ ਪ੍ਰਦੇਸ਼ ਜਾਂਦਾ, ਪ੍ਰਦੇਸ਼ ਜਾਂ ਤੁਸੀਂ ਜਦੋਂ ਘਰ ਤੋਂ ਬਾਹਰ ਜਾਂਦੇ ਆ ਤੇ ਘਰੋਂ ਬਾਹਰ ਜਾ ਕੇ ਤੁਸੀਂ ਸਭ ਤੋਂ ਵੱਧ ਆਪਣੇ ਪਰਿਵਾਰ ਨੂੰ ਮਿਸ ਕਰਦੇ ਆ, ਸਪੈਸ਼ਲੀ ਆਪਣੀ ਮਾਂ ਨੂੰ, ਆਪਣੀ ਮਾਂ ਨੂੰ ਉਹਦੇ ਬਣਾਇਆ ਹੋਇਆ ਖਾਣਾ, ਜੋ ਸਾਡੀ ਮਾਂ ਰੋਟੀ ਬਣਾ ਸਕਦੀ ਆ, ਮੈਂ ਸਮਝਦਾ ਉਹ ਸਾਨੂੰ 5-star ਹੋਟਲ ਚੋਂ 7-star ਹੋਟਲ ਚੋਂ ਨਹੀਂ ਮਿਲ ਸਕਦੀ, ਕਿਉਂਕਿ ਜੋ ਸਾਡੀ ਮਾਂ ਜਿਹੜੀ ਜਿਹੜਾ ਆਟਾ ਜਦੋਂ ਗੁੰਨਦੀ ਨਾ, ਜਦੋਂ ਆਟਾ ਗੁੰਨਦੀ ਆ ਉਹਦੇ ਨਾਲ ਜਿਹੜਾ ਪਿਆਰ ਗੁੰਨਿਆ ਜਾਂਦਾ ਉਹ ਦੁਨੀਆਂ ਚ ਕਿਤੋਂ ਨਹੀਂ ਮਿਲਦਾ। ਬਿਲਕੁਲ ਬਿਲਕੁਲ, ਤੇ ਉਹ ਮਾਂ ਦੇ ਹੱਥਾਂ ਦੀਆਂ ਰੋਟੀਆਂ ਹਰ ਬੰਦਾ ਜਿਹੜਾ ਉਹ ਬਹੁਤ ਮਿਸ ਕਰਦਾ। ਔਰ ਇਹ ਵੀ ਗੀਤ ਮੈਂ ਸਮਝਦਾ ਇਹਨੇ ਵੀ ਜਿਹੜੇ ਲੈਂਗੁਏਜ ਦੇ ਸਾਰੇ ਬੈਰੀਅਰ ਤੋੜੇ ਸੀ, ਕਿਉਂਕਿ ਮਾਂ ਤਾਂ ਸਾਰਿਆਂ ਨੂੰ ਪਿਆਰੀ ਹੁੰਦੀ ਹੈ, ਬਿਲਕੁਲ ਇਵਨ ਗੋਰੇ ਵੀ ਇਹਨੂੰ ਲਾਈਕ ਕਰਦੇ ਆ, ਕਿਉਂਕਿ ਮਾਂ ਤਾਂ ਮਾਂ ਹੀ ਆ, ਚਾਹੇ ਕੋਈ ਬੰਗਾਲੀ ਹੈ, ਚਾਹੇ ਕੋਈ ਮਤਲਬ ਕਿਸੇ ਵੀ ਮਤਲਬ ਧਰਮ ਦਾ ਬੰਦਾ, ਉਹਨਾਂ ਨੇ ਸਾਰਿਆਂ ਨੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ, ਤਾਂ ਮੈਂ ਜ਼ਰੂਰ ਦੋ ਲੈਣਾ ਤੁਹਾਡੇ ਨਾਲ ਸ਼ੇਅਰ ਕਰਦਾ। ਵੇਖ ਲਈ ਬਲੈਤ ਯਾਰੋ ਵੇਖ ਲਈ ਬਲੈਤ, ਗੋਰਿਆਂ ਰੰਗਾਂ ਦੇ ਵਿੱਚ ਦਿਲ ਨੇ ਬੁਲੈ, ਵਨ ਸੁਵਨੇ ਖਾਣੇ ਖਾ ਕੇ ਨੂਡਲ ਬਰਗਰ ਖਾ ਕੇ ਫਿਰ ਵੀ ਦਿਲ ਨੀ ਭਰਦਾ, ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ, ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ, ਮਾਵਾਂ ਠੰਡੀਆਂ ਸ਼ਾਮਾਂ, ਮਾਵਾਂ ਠੰਡੀਆਂ ਸ਼ਾਮਾਂ, ਮਾਵਾਂ ਠੰਡੀਆਂ ਸ਼ਾਮਾਂ,
चलो असीं शो तो पहले ही थोनू चार्ज ते करता, थोड़ी देर तुसीं जाना होएगा, मैं आखिरी एक दो मिनट लेने हैं। मलकीत सिंह जी, अज दे अज दी गायकी च तुसीं जे कोई मैं चीज़ कहां भी थोनू आ मिसिंग लगती है या कोई चीज़ थोनू पसंद नहीं या थोनू ऐ लगता है कि नहीं यार आ चीज़ नहीं होनी चाहिए, की है वो? देखो मैनू सारे ही, मैं सारे का म्यूजिक सुनता, शुरू तो ही सुनता, पहलों भी जिवें सदीक साहब सी, माणक साहब सी, सारिया नू सुनदे आए आ जी। क्योंकि हर आर्टिस्ट को भी मैं यही एडवाइस देना चाहूंगा कि हमेशा ही अपना ही ना म्यूजिक सुनो, जा अपनी ही सिफता ना करो, दूजिया दी भी करो, दूजिया नू भी सुनो, ताकि थानू पता लगता कि आने वाले समय च की हो रहा, किदां दा म्यूजिक चल रहा, जरूर सुनना चाहिए। मुंडे बहुत सोहना काम कर रहे हैं इस टाइम से, पर मैं म्यूजिक डायरेक्टर भी मुंडिया सिंगर भी यह कहना चाहूंगा कि अज साडे म्यूजिक दे विचों ढोलकी तपला जेड़े साडी चीज जेड़ा साडा ढोल वह बहुत मिस हो रहा जी। असी मॉडर्न जेडे स्पैशली असी बाहर बैठे असी यूज कर रहे हैं उसे ढड सरंगी एवरीथिंग, लेकिन इंडिया वाले थोड़ा जा मॉडर्न करने की कोशिश करते हैं और मैनू लगता कि ओरी सानू कोई जरूरत नहीं है। जदों मैं इंग्लैंड आया मैं मॉडर्न म्यूजिक जेड़ा इत्थे गोरियां नू चेंज करके पंजाबी म्यूजिक वाल लैके आया, मैं उन्हां नू असी उन्हां क्लबां दे विच उन्हां उन्हां थावां दे विच असी प्ले किया जिथे कि लिखिया हुंदा सी कि वी इंडियन अलाउड नहीं सी हुंदे, असी उन्हां नू सोल्ड आउट किया ढोलां दे जोरां नाल। और हुण दी जिहड़ी गायकी है उहदे विच वाइडिंग वल बहुत घट ध्यान दिता जांदा और जेडे साडे इंस्ट्रूमेंट जेडे साडे पंजाबी साज ने उन्हां नू होर लैके आना चाहिए ताकि साडी जिहड़ी असी लोकां नू प्राउड फील कर सकीए। असी जदों यूरोप में शो करते हैं तो वह सानू तां सद्दे ने गोरियां च शो करते हैं जे वह कहते हैं कि इंडियन इंडियन बंदे सानू चाहिए और तू सानू इंडियन इंस्ट्रूमेंट सुनाओ, जिवें हुण तूंबी अलगोजे वह बहुत पसंद करते हैं, इन इन चीजा नू होर मोहरे लैके आओ ताकि असी प्राउड फील कर सकीए कि साडा यह साडा म्यूजिक आ। चलो बड़ी बड़ी मेहरबानी, बड़ा धन्नवाद मलकीत सिंह जी, तुसीं समां कढ़िया साडे नाल जुड़े, जांदे जांदे नवें साल दी वधाई, दर्शकां नूं की कहना चाहोगे एक गीत दे नाल? थैंक यू वेरी मच जी, और मेरे वल्लों तुहानूं सारयां नूं जिथों तक भी मेरी आवाज आ रही तुसीं सुन रहे हो देख रहे हो न्यूज 18 दे सारे स्रोतियां नूं दर्शकां नूं बहुत बहुत प्यार भरी सत श्री अकाल और बहुत बहुत तुहाडा धन्नवाद और नवां साल बहुत बहुत तुहानूं मुबारकां नवे साल दियां और इस साल जिहड़ा तुहाडा कोई नहीं काम होया परमात्मा अगले साल चो पूरा करे। तुसीं हमेशा चढ़दियां कलां च रहो, हमेशा हसदे नचदे ते गाउंदे रहो, मैं तां इही अरदास करदा इही दुआ करदा तुसीं हमेशा चढ़दी कलां च रहो और काली ऐनक नूं बहुत तुसीं प्यार दित्ता, थैंक यू वेरी मच, उहदे नाल ही आपां समाप्ति करदे जी। ओ काली ऐनक ना लाया करनी तू पहला ही सोहणिया, काली ऐनक ना लाया करनी तू पहला ही सोहणिया, तेरी अखां ऐनकी दसां ओ तेरी ऐनियां सोहणियां अखां, अखां वेखणा चाहुंदे अखां क्यों छपोनियां, काली ऐनक ना लाया करनी तू पहला ही सोहणिया। क्या बात है, क्या बात है, थैंक यू, बहुत शुक्रिया, मेहरबानी मलकीत सिंह जी, समा कढ़िया साडे नाल जुड़े, काफी गल्लां बातां होईयां, बहुत बहुत धन्नवाद। ਤਾਂ ਮਲਕੀਤ ਸਿੰਘ ਦੇ ਨਾਲ ਜੁੜੇ ਕੁਛ ਤਜਰਬੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਾਂਝੇ ਕੀਤੇ ਨੇ। ਗਾਇਕੀ ਦਾ ਐਡਾ ਲੰਬਾ ਸਫ਼ਰ, ਕਿਸ ਤਰੀਕੇ ਨਾਲ ਗੋਲਡਨ ਸਟਾਰ ਦਾ ਸਫ਼ਰ ਉਹਨਾਂ ਨੇ ਤੈਅ ਕੀਤਾ ਉਸ ਵੇਲੇ ਜਦੋਂ ਪੁਰਾਣੇ ਰਵਾਇਤੀ ਸਾਜ਼ ਸੀ ਔਰ ਅੱਜ ਵੀ ਉਹਨਾਂ ਸਾਜ਼ਾਂ ਦੀ ਵਰਤੋਂ ਕਰਨ ਨੂੰ ਤਰਜੀਹ ਦਿੰਦੇ ਨੇ ਔਰ ਪੰਜਾਬੀ ਗਾਇਕੀ ਦੇ ਵਿੱਚ ਇੱਕ ਮੁਕਾਮ ਜਿਸ ਨੂੰ ਬਣਾ ਕੇ ਰੱਖਣਾ ਬਹੁਤ ਵੱਡਾ ਚੈਲੰਜ ਹੁੰਦਾ ਹੈ। ਮਲਕੀਤ ਸਿੰਘ ਨੇ ਇਸ ਚੈਲੰਜ ਨੂੰ ਬਾਖੂਬੀ ਨਿਭਾਇਆ ਹੈ। ਖ਼ਬਰਾਂ ਅਸੀਂ ਲਗਾਤਾਰ ਤੁਹਾਨੂੰ ਨਿਊਜ਼ 18 'ਤੇ ਦਿਖਾਉਂਦੇ ਰਹਾਂਗੇ, ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਹੋਣੀ। हेडलाइंस प्रेजेंटेड बाय पेट सफा आयुर्वेदिक चूर्ण, पेट सफा तो हर रोग दफा। हेडलाइंस प्रेजेंटेड बाय पेट सफा आयुर्वेदिक चूर्ण, पेट सफा तो हर रोग दफा। 67+ किसका आधार नहीं होता, ये राजनीतिक चीजें हैं, हो सकता है विपक्ष जो है उस चीज को किसी और रूप को लेके जाने की कोशिश कर रहा हो। निष्पक्ष जांच होनी चाहिए और जांच मैं करवाऊंगा भी, क्योंकि मेरी छवि को खराब किया गया है।
खैर इस मामले च कितनी सच्चाई है इतना जांच का विषय है, पर छेड़छाड़ के इल्जामों के नाल हरियाणा की सियासत दे विच नवा चैप्टर जरूर खुल गया है। हालांकि इल्जामों नूं नकारिया जा रहा संदीप सिंह दे वल्लों, हरियाणा के खेड मंत्री ने संदीप सिंह हॉकी के वड्डे स्टार रहे ने पूरे देश दे लई, पर जदों एक महिला दे वल्लों कोच दे वल्लों इस तरीके दे इल्जाम लगाए जाण फिर फर्क तां पैंदा। उधर कोरोना के खतरे के विचाले चीन सने छे देशों तो आने वाले मुसाफरां ते अगले हफ्ते तो सख्ती वधाई जाण दी तैयारी कर ली गई। सेहत मंत्रालय ने चीन जापान दक्षिणी कोरिया हांगकांग थाईलैंड ते सिंगापुर तो आने वाले पैसेंजर जिले 1 जनवरी तो नैगेटिव RT-PCR की टैसट रिपोर्ट जरूरी कर दी है। इन्हां पैसेंजर्स नूं यात्रा तो पहला अपनी रिपोर्ट एयर सुविधा पोर्टल के उत्ते अपलोड करनी होगी। यह रिपोर्ट यात्रा के दिन तो 72 घंटे पुरानी हो सकती है। खदशा जताया जा रहा है कि जनवरी के मध्य तक भारत विच कोरोना के मामले बढ़ सकते हैं। पिछले ट्रेंड्स के एनालिसिस तो बाद यह मनिया जा रहा है कि अगले 40 दिन देश के लिए मुश्किल हो सकते हैं। देश के विच कोरोना की एक होर लहर आ सकती है। अजिहे च सारे सूबे और केंद्र शासित प्रदेशों के विच सेहत सहूलतावां की समीक्षा की जा रही है। दरअसल अजिहा देखा गया कि ईस्ट एशिया को प्रभावित करने के 30 तो 35 दिन बाद ही भारत विच नवी लहर पहुंची है। एक ट्रेंड रहा है जिसके आधार के उत्ते हुण दावा किया जा रहा है। ਤਾਂ ਟ੍ਰੈਂਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਪਹਿਲੀ ਤੇ ਦੂਜੀ ਲਹਿਰ ਦਾ ਜਿਸ ਤਰੀਕੇ ਨਾਲ ਪੂਰਾ ਟ੍ਰੈਂਡ ਰਿਹਾ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਐਕਸਪਰਟਸ ਨੇ ਉਹ ਇਹ ਦੱਸ ਰਹੇ ਨੇ ਕਿ ਅਗਲੇ 40-45 ਦਿਨ ਬਹੁਤ ਅਹਿਤਿਆਤ ਵਰਤਣ ਦੇ ਦਿਨ ਨੇ। ਅੱਗੇ ਵਧਦਿਆਂ ਚੋਣ ਕਮਿਸ਼ਨ ਨੇ ਘਰ ਤੋਂ ਦੂਰ ਰਹਿਣ ਵਾਲੇ ਵੋਟਰਸ ਦੇ ਲਈ ਰਿਮੋਟ ਵੋਟਿੰਗ ਸਿਸਟਮ ਤਿਆਰ ਕਰ ਲਿਆ। रिमोट इलैक्ट्रॉनिक वोटिंग मशीन यानी RVM की मदद के नाल हुण घर तो दूर किसी दूजे शहर ते सूबे दे विच रहण वाला वोटर विधानसभा ते लोकसभा चोणां दे विच वोट कर सकेगा, यानी वोटिंग दे लई उस नूं अपने घर तो नहीं जाना पएगा। कमिशन 16 जनवरी नूं सारे सियासी पार्टियां नूं इस RVM दा लाइव डेमोन्स्ट्रेशन देवेगा। कमिशन ने 16 जनवरी नूं सारियां सियासी पार्टियां नूं सद्दिया है, वह इस RVM सिस्टम नूं पार्टियां नूं दिखाएगा। इस तों बाद उहनां दे सुझाव मंगे जाणगे ते फिर लागू करन दी प्रक्रिया अगे वधाई जाएगी। 2023 जम्मू कश्मीर तो इलावा देश के 9 सूबे विधानसभा चोणा होनिया ने, 2024 चोणा भी होनगियां। RVM सिस्टम का लागू होना डेमो सियासी पार्टियां ते चोण प्रक्रिया नाल जुड़े लोगों की राय के उत्ते भी निर्भर करता है। RVM का इस्तेमाल दूजे सूबे नौकरी कर रहे लोग प्रवासी मजदूर कर सकेंगे। इसका मतलब यह नहीं होगा कि वह घर बैठे वोट पा सकेंगे। कमिशन दी इस सहूलत का लाभ चुकन दे लई वोटिंग दे दिन रिमोट वोटिंग स्पॉट दे उत्ते पहुंचना होवेगा। देश दे विच करीब 45 करोड़ लोग अजिहे ने जो अपना घर अते शहर छड़ के दूजे सूबियां दे विच रह रहे ने। ਤਾਂ ਜੇਕਰ ਤੁਸੀਂ ਵੀ ਕਿਸੇ ਦੂਸਰੇ ਸ਼ਹਿਰ ਦੇ ਵਿੱਚ ਨੌਕਰੀ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਪਣੇ ਵੋਟ ਹੱਕ ਦਾ ਇਸਤੇਮਾਲ ਉਸ ਸ਼ਹਿਰ ਦੇ ਵਿੱਚ ਹੀ ਰਹਿ ਕੇ ਕਰਨ ਨੂੰ ਮਿਲੇ। ਹਾਲਾਂਕਿ ਇਸ ਦੇ ਲਈ ਮਨਜ਼ੂਰੀ ਤੇ ਇੱਕ ਸਹਿਮਤੀ ਬਣਨੀ ਜ਼ਰੂਰੀ ਹੈ। ਉਧਰ ਸ਼ਿਮਲਾ ਦੀ 28 ਸਾਲ ਦੀ ਕੁੜੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਹੋਏ ਗੈਂਗ ਰੇਪ ਦੇ ਮਾਮਲੇ 'ਚ ਦੂਜੇ ਮੁਲਜ਼ਮ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ। एक मुलजम परमिंदर नूं पुलिस ने पहला ही गिरफ्तार कर लिया है। दोवां दे उत्ते इल्जाम है कि इन्होंने कुड़ी नूं नौकरी दा झांसा दे के शिमला तो बुलाया सी अते फिर सैक्टर 39 दे विच अपने फ्लैट दे विच रख के उस दे नाल गैंग रेप किया। विक्टिम को इन्होंने एक तरीके से ल्योर किया था, इन्होंने जॉब के देने के बहाने जो है जो सब की उसको हमने कल पकड़ा है, इसने इसको जॉब देने के बहाने जो है इसको हिमाचल से बुलाया था और कुछ दिनों के बाद में फिर उन्होंने इस तरीके की घटना इसके साथ की। पुलिस ने सेक्टर 39 के फ्लैट तो नशे के लिए इस्तेमाल किए जाने वाला कुछ समान भी बरामद कर लिया है। दोनों लड़के जो हमने गिरफ्तार किए हैं, जिस जगह से गिरफ्तार किए हैं वहां से कोई इस तरीके का वैसा कॉन्ट्राबैंड तो नहीं मिला है, बट कॉन्ट्राबैंड को यूज करने वाला सामान मिला है, जैसे सिरिंजेस मिली हैं, कुछ इस तरीके के एल्यूमिनियम फॉइल मिले हैं, तो ऐसा लग रहा है कि ये शायद ड्रग एडिक्ट भी हो सकते हैं। कुड़ी ने गैंगरेप की शिकायत 26 दिसंबर को दी थी, पहला मुलजम उसी दिन गिरफ्तार कर लिया गया सी, दोवें पंजाब के रहने वाले दसे जा रहे हैं। तो नौकरी का झांसा दे के इस रेप की वारदात को अंजाम दिता गया सी, दोवें मुलजम पुलिस की हुण गिरफ्त दे विच ने। अगली खबर फरीदाबाद तो, फरीदाबाद दे विच 7 साल की मासूम बच्ची दे नाल रेप किया गया ते उस तों बाद उसका कतल कर दिता गया।
ਮੁਲਜ਼ਮ ਨੇ ਬੱਚੀ ਦੇ ਕਤਲ ਤੋਂ ਬਾਅਦ ਲਾਸ਼ ਨੂੰ ਅਰਾਵਲੀ ਦੇ ਜੰਗਲ ਦੇ ਵਿੱਚ ਸੁੱਟ ਦਿੱਤਾ ਜਿੱਥੋਂ ਬਰਾਮਦ ਬੱਚੀ ਦੀ ਲਾਸ਼ ਕੀਤੀ ਗਈ ਹੈ। ਮਾਮਲਾ 27 ਤਰੀਕ ਦਾ ਹੈ। ਪੁਲਿਸ ਨੂੰ ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸੀਸੀਟੀਵੀ ਦੇ ਵਿੱਚ ਮੁਲਜ਼ਮ ਨਜ਼ਰ ਆਇਆ, ਜਿਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਫਿਰ ਰਾਜ਼ ਉਗਲ ਦਿੱਤੇ। प्राइमरी तौर पर एक्सेप्ट किया है कि उसके साथ गलत काम किया है और सेक्शन 6 पॉक्सो एक्ट हमने इसीलिए ईजाद करी है उसके अंदर, और डेड बॉडी हमने अरावली के जंगलों से उसी की निशानदेही पर मुलजिम के रिकवर करी है। इस मामले च गिरफ्तार मुलजम मासूम नु पहला तो जानदा सी। मासूम दा परिवार कुछ दिन पहला तक मुलजम दे घर किराए दे उत्ते रहंदा सी। यानी कि बच्ची दा जानकार सी जिस दे उत्ते रेप दे इल्जाम लगे ने। बच्चियां जदों अपने जानकारां दे विचाले भी सुरक्षित ना रहन, 7 साल दी बच्ची नाल रेप हो जावे, उसका कतल कर दिता जावे, फिर फर्क तब पैंदा है। उधर लुधियाणा दे भीड़ भाड़ वाले समराला चौक दे विच कुछ व्यक्तियां ने एक कार दे विच तकरीबन 60 लाख रुपए चोरी कर ले। ते चोरां ने कार दा पिछली ताकी दा शीशा तोड़िया ते पैसे अंदर लुधियाणा च 22 साल नौजवान की नशे की ओवरडोज नाल मौत। पिता ने सरकार नू लाई गुहार, नौजवान नू बचाउण लई चक्के जान कदम। नवांशहर च नाकेबंदी दौरान फोर्ड तो बरामद हुई 1 किलो हैरोइन, दो नौजवान किते गिरफ्तार, निशानदेही ते 7.5 लाख की नकदी भी बरामद। फिरोजपुर के पिंड मंसूर देवा वासियों की पहलकदमी, पिंड च किसी भी तरह का नशा ना विकन लई पाया गया मता, नशा वेचण वालियां खिलाफ होएगी सख्त कार्रवाई। सोनीपत के नैशनल हाईवे ते बाइक सवारा ने परिवार ते कीता हमला, पिता ते पुत्रां समेत 4 लोग गंभीर जख्मी, इंस्टाग्राम ते पाई पोस्ट नू लै के दस्या जा रहा है विवाद। जलंधर च शमशान भूमि रोड ते स्विफ्ट कार ने बाइक सवार नू दी बहस तो बाद विगड़ी स्थिति, कार सवार ने बाइक नू मारी टक्कर, दोनों वाहनों का नुकसान। बठिंडा च लोगों ने एक नौजवान नू बनाया बंधक, खंभे नाल बन के कीती कुटमार, नौजवान ते चोरी दे सी इल्जाम। अमृतसर च जून च हुई नौजवान की हत्या के मामले च परिवार ने की प्रेस कॉन्फ्रेंस, केस वापस लैण लई धमकाए जान दे लाए इल्जाम, मुलजमां की गिरफ्तारी ना होने ते पुलिस खिलाफ मोर्चा खोलन की दित्ती चेतावनी। सोहाणा के पिंड रायपुर च एक लड़की नाल फोन ते छेड़छाड़ के मामले नू लैके दो धिरां च टकरा, एक दूजे ते कीती पत्थरबाजी, चलाए डंडे, दो महिलावां सने 6 लोग जख्मी। गुराया की लड़की गुरप्रीत कौर ने दुबई तो पंजाब सरकार नू लाई गुहार, जल्द वतन वापसी की कीती मंग, एजेंट दे चांसे चाके 7 महीनों तो दुबई च फसी है गुरप्रीत। हुशियारपुर के टांडा उड़मुड़ रेलवे स्टेशन तो प्रवासी मजदूर का बच्चा चोरी, अपाहिज महिला ते साथी ते बच्चा चोरी के इल्जाम। नवांशहर की बहराम पुलिस ने दो वक् वक् केसां च दो नौजवानों नू कीता गिरफ्तार, दो पिस्टल ते 8 जिंदा कारतूस बरामद। फरीदाबाद बेकाबू होकर फ्लाईओवर तो हेठां लटकिया तेज रफ्तार डंपर, फ्लाईओवर दे दी रेलिंग नू तोड़ के अध विचाले लटकिया डंपर, क्रेन दी मदद नाल लाया हेठां। हुशियारपुर च पुलिस ने 82 साल बजुर्ग महिला दे कतल मामले च एक मुलजम नू कीता गिरफ्तार, 3 दी भाल जारी, कुछ दिन पहला महिला ते तेजधार हथियारां नाल कुछ लोगों ने किया सी हमला। फरीदकोट की मॉडर्न जेल च समान सुटन वाले 3 नौजवान जेल गार्ड ने किए काबू, सुटे गए समान चो 4 मोबाइल बरामद, पुछगिछ तो बाद हवालातियां तो भी मोबाइल जब्त। अमृतसर च धरियां रह गई विआह दीआं तैयारियां, एक दिन पहला लड़की का विआह तो इनकार, कहा लड़के परिवार नू 2 महीने पहला विआह ना करन दी दित्ती सी इतला। सोनीपत च सीएम फ्लाइंग ने किया एक्शन, जगदीशपुर पिंड च नजायज शराब नाल भरिया कैंटर फड़िया, चंडीगढ़ तो लियांदी जा रही सी शराब। मानसा पुलिस ने नाकेबंदी दौरान नौजवान नू 3 पिस्तौलां सने कीता काबू, कबड्डी दा नैशनल खिडारी दस्या जा रहा नौजवान, पुलिस वल्लों कीती जा रही है जांच। गुरदासपुर दे पिंड तिब्बड़ च किसानी जमीनां नू लै के वध्या विवाद, किसान ते पुलिस आमो सामने, जमीन एक्वायर करन लई आई मशीनरी किसानां ने रोकी लाया धरना। मलोट च घर च कल्ली औरत नू बंदी बना के बदमाशा ने की 8 लाख रुपए ते सोने की लुट, इलाके च दहशत का माहौल। खन्ना दी अनाज मंडी दीआं 7-8 दुकानां च चोरी, दुकानां दे शटर तोड़ के लखां दा कैश, कीमती दस्तावेज ते होर समान लैके फरार होए चोर, सीसीटीवी तस्वीरां खंगाल रही है पुलिस। लुधियाणा की मौजपुरा मार्केट च कपड़े की दुकान नू लगी अग, शॉर्ट सर्किट दस्या जा रहा कारण, दुकान दीआं 4 मंजिलां सड़ के सुआ।
पठानकोट च ठेका मुलाजमान ने सरकार के खिलाफ खोलिया मोर्चा, वादा खिलाफी दे लाए इल्जाम, मंगा ना मन्ने जान ते संघर्ष तेज करन दी चेतावनी। राजपुरा के शंभू बैरियर से ट्रक यूनियन का प्रदर्शन, वड्डी गिणती च ट्रक ओपरेटर ने नैशनल हाईवे किया जाम, अपनियां मंगां नूं लैके धरने ते डटे ने ट्रक ओपरेटर। रामपुरा के पिंड गिल कलां वासियां ने कला ग्रिड के बाहर लाया धरना, पिंड च कई घंटे बिजली ठप किए जाने का विरोध, कहा ग्रिड लाने लई जमीन दिती तां पिंड नूं बिजली सप्लाई का भी हक बनता है। बरनाला च ठेका मुलाजमान का डीसी दफ्तर के बाहर प्रदर्शन, डीसी दफ्तर चो 24 मुलाजमान के बर्खास्त किए जाने जताया रोस, मुलजमान की मुड़ बहाली की की मांग। पे ग्रेड वधाउण नूं लैके अंबाला च पटवारियां ने डीसी दफ्तर के बाहर लाया धरना, सुनवाई ना होने ते अनमिथे समय लई हड़ताल से जाने की चेतावनी। नवे साल के मद्देनजर पठानकोट पुलिस ने वधाई चौकसी, बॉर्डर से सुरक्षा फोर्स च वाधा, हर वाहन की की जा रही है चैकिंग। जलंधर च ट्रैफिक नियमों की उलंघना करने वालों से सख्त एक्शन, वाहनों से पुलिस पंजाब पुलिस का फर्जी स्टिकर लाने वालों के कट्टे चलान। गुरदासपुर की सरकारी गऊशाला का बुरा हाल, पशुओं लई ना चारा ते ना ही शैड, बीमारियों तो सांभ संभाल ना होने ते गऊआं दी दियां लगातार हो रही ने मौत। मोगा च भाजपा वालों प्रधानमंत्री के माता नूं भेंट की गई श्रद्धांजलि, 2 मिनट का मौन रख के शांति की गई कामना। पंजाबी कलाकार गिप्पी गरेवाल परिवार समेत सचखंड श्री हरिमंदर साहब हुए नतमस्तक, शिंदा गुरपेज गरेवाल समेत भाणजे भाणजी भी नाल सन मौजूद, सरबत दे भले दी कीती अरदास। जलालाबाद सरहदी पिंड दे विकास कार्यां दा जायजा लैण पहुंचा जम्मू कश्मीर तो सरपंचां दा वफद, बरीकी नाल विकास कार्यां दी कीती परख, क्या अपने इलाकियां च अपनाई जाएगी अजिही विकासशीलता। ते गल भारतीय क्रिकेट खिडारी रिशभ पंत की, रिशभ पंत अज एक हादसे का शिकार हो गए। रिशभ पंत की गड्डी डिवाइडर तोड़ के सड़क नाल टकरा के पलट गई और उस तो बाद उस गड्डी नूं अग लग गई, काफ़ी तेज़ रफ्तार सी और दस्या जा रहा है कि उनिंदरे दे चलते ये घटना वापरी, ये हादसा वापरिया, रिशभ पंत की अख लग गई और उनिंदरे दे चलते ये एक्सीडेंट हो गया। BCCI ने इस पर बयान दिता है कि रिशभ के सिर गोडे और पिठ ते सट्टां लगियां ने और रिशभ पंत दे सिर ते 2 कट लगे ने, सज्जे गुट पैर अंगूठे ते भी सट दे निशान ने। अग लग गई सी कार नूं तुरंत, पर राहगीरां दी मदद नाल रिशभ पंत नूं हस्पताल पहुँचाया गया और मौके ते रिशभ पंत गड्डी दा शीशा तोड़ के बाहर निकले सी। हस्पताल च जेरे इलाज पिया व्यक्ति भारतीय क्रिकेट टीम का खिडारी रिशभ पंत है, जो वीरवार की रात हरिद्वार के रुड़की च सड़क हादसे का शिकार हो गया। पंत दिल्ली तो अपने घर रुड़की जा रहा है कि रस्ते च उन्हां दी गड्डी बेकाबू हो गई और डिवाइडर नाल जा टकराई। हादसा इन्ना भयानक सी कि मौके ते ही गड्डी नूं अग लग गई अते पंत गड्डी दा शीशा तोड़ के खुद नूं बाहर कढ़न च कामयाब रहे, जिस तों बाद मौके ते लोक इकट्ठे हो गए अते उन्हां नूं देहरादून दे निजी हस्पताल च दाखिल करवाया गया। इस हादसे दी CCTV फुटेज भी सामने आई है। हादसे च रिशभ पंत की जान बच गई पर ओह गंभीर जख्मी हो गए। रिशभ दे मत्थे हथ अते पैरां ते सट्टां लगियां ने। रिशभ पंत का भी रुड़की के पास एक एक्सीडेंट हुआ है और उनको चोट आई है, उनको वहाँ से देहरादून के लिए शिफ्ट किया जा रहा है, हायर जिस सब सेंटर को रिफ़र किया गया है और हम पूरी उनकी निगरानी कर रहे हैं। सभी जैसे मैं स्वयं जानकारी ले रहा हूँ और उनको शिफ्ट किया जा रहा है। उधर प्रधानमंत्री नरेंद्र मोदी ने रिशभ पंत के एक्सीडेंट से दुख जताया और ट्वीट करके उन्हां दी छेती सेहतयाबी की कामना की। इस सड़की हादसे च पंत जख्मी जरूर हो गए, हुण देखदे आं कि वह कितनी छेती रिकवर होकर मुड़ मैदान च वापस परतदे ने। ब्यूरो रिपोर्ट, न्यूज 18 पंजाब। रिशभ पंत सड़क हादसे च गंभीर जख्मी होए। हादसे दौरान जिन्हां 2 नौजवानों ने पंत नूं कार चों बाहर कढ़िया वह करनाल दे पिंड बलला दे रहण वाले ने। दोवें नौजवान सुशील ते परमजीत हरियाणा रोडवेज दे ड्राइवर ने। उन्हां दस्या कि जिस समय यह हादसा वापरिया उस वेले उत्थों लंघ रहे सी, उन्हां दियां अखां दे सामने
यह हादसा वापरिया ते उस तो बाद उना ने ऋषभ पंत नू गड्डी चो बाहर कढ़िया। भारतीय टीम के क्रिकेटर ऋषभ पंत का आज रुड़की के पास एक्सीडेंट हो जाता है, लेकिन हरियाणा रोडवेज के चालक और परिचालक उनके लिए भगवान बनकर आते हैं। हमारे साथ इस समय परमजीत मौजूद हैं जो परिचालक हैं, और साथ ही साथ हमारे साथ सुशील मौजूद हैं जो उस बस के चालक थे। सुशील जी, क्या कुछ घटनाक्रम हुआ था और आप तो ऋषभ पंत के लिए भगवान बनकर आए? ऐसा है जी, जब हम नारसन गुरुकुल स्टॉपेज के पास पहुंचे 50 से 60 मीटर पहले, हमने देखा कि एक दिल्ली साइड से गाड़ी आ रही है, कार है, पता नहीं टेम्पो है, आ रही है, वो उसकी लाइटें ऐसे डगमगा रही थी। मैंने परमजीत, मेरा कनेक्टर आगे ही बैठा था फ्रंट सीट पे, मैं बोला परमजीत गई एक्सीडेंट होगा। हमें ये नहीं पता था कि ये गाड़ी डिवाइडर कूद कर हमारी साइड में आ जाएगी भाई, क्योंकि गाड़ी आ रही थी। वो जैसे डिवाइडर कूद के 100 मीटर पहले वो हमारी साइड में आई और उसने तीन पलटे खाए, वो फिर सीधी होकर हमारी साइड में होगी, बस की साइड में ही। मैं कहा भाई अब तो कोई नहीं बच सकता, कि ये तो हादसा होना ही होना है बिल्कुल भी। तो जैसे ही हुआ मैंने देखा कि भैया थोड़ा, क्योंकि वो फासला था 50 मीटर का 60 मीटर का, तो वो कनेक्टर साइड में चल रही थी थोड़ी ही। मैं कहा ये तो कनेक्टर साइड में गाड़ी जा रही है, गई है, कार है। मैंने उसी टाइम, क्योंकि मेरी गाड़ी भी 40 की स्पीड में थी, मैंने तुरंत ड्राइवर साइड में थोड़ी गाड़ी की कटाई करी, थोड़ी ही कटते मेरी गाड़ी अपने उस पे स्पेस पे आ गई, क्योंकि जगह हो गई वहाँ। वो सीधी निकल कर डिवाइडर को तोड़ती हुई दिल्ली साइड। आग आपके सामने लगी, आपने आग में से बाहर निकाला? आग तो पहले ही जैसे ही वो पलटी खा रही थी, चिंगारियाँ उससे निकलनी शुरू हो गई थी, और वो चिंगारियाँ सिर्फ डग्गी से थी। मैं कह दूँ कि बोनट से आ रही थी, बोनट से नहीं थी वो जो डग्गी थी ना, क्योंकि पीछे से चिंगारियाँ होकर रोड से की सटके ना पलटी लाई ना, उस टाइम चिंगारियाँ निकल रही थी, इतनी आग नहीं थी। जब हमने गाड़ी से वो निकाला उसके बाद भी थोड़ी थोड़ी आग थी। जब आपको पता था वो ऋषभ पंत है, किस तरीके से मदद हम तो सिर्फ इंसानियत की मदद कर रहे थे। हमें कोई क्रिकेटर है, ठीक है, बहुत अच्छी बात है, हमने एक देश के प्लेयर को बचाया है, बहुत अच्छी बात है भाई। इस हरियाणा रोडवेज को गर्व है आज पूरे हरियाणा रोडवेज को, कि भाई एक हमारे कर्मचारी ने एक इंडिया के खिलाड़ी को बचाया। कैसे आपने मदद की परमजीत जी, जब आप कूद के गए, और कितनी वहां पर सिचुएशन थी, कैसी सिचुएशन थी? सर डिग्गी में थोड़ी थोड़ी आग लग चुकी थी और आधा शरीर बाहर था आधा अंदर था। हमने उसको बाहर खींच के दोनों ने निकाला और डिवाइडर पे लिटाया। तब वो अनकॉन्शियस था, मतलब उसको होश नहीं था। तो तब मैंने सुशील को बोला भाई अंदर देख, कोई गाड़ी में कोई और तो नहीं फंसा है। तभी वो सुशील तो चला गया, तभी वो मेरे को बोलता नहीं अंदर कोई नहीं है, तो मैं ही हूँ अकेला, मैं ही गाड़ी ड्राइव कर रहा था। तो मैंने इसको आवाज़ दे के बुलाया भाई आ जा। तो मैंने उसको पूछा जोर ज़बरदस्ती से, भाई आप मतलब कौन हो, कहाँ से हो, ऐसे कैसे? वो बोला मेरी नींद की झपकी लग गई है, मेरी गाड़ी पलट गई, मतलब नींद की झपकी लगने से पलटी है, ये हादसा नींद की झपकी लगने से ही हुआ है, और मैं भारतीय क्रिकेटर ऋषभ पंत हूँ, इंडियन टीम का प्लेयर। कोई और होता तो भी आप मदद कर? बिल्कुल, हमारे को तब तक तो पता ही नहीं था, उसका पूरा चेहरा खून से धसा हुआ था, पूरे फेस पे चोट लगी हुई थी उसके, पता नहीं तो सर से खून निकला। उनकी माँ से भी बात करने का प्रयास किया? हाँ, उनकी माँ से बात करने का प्रयास किया गया, फोन किसी सवारी के फोन से मैंने फोन किया था, तो वो स्विच ऑफ आया, उसने पंत ने ही खुद अपनी माता जी का नंबर बताया था, तो वो फोन स्विच ऑफ आया था। तो परिवार वालों से जब आपने ये बात जिक्र की तो कैसा उन्होंने आपको कहा कि बहुत अच्छा काम करके आए हैं? बस सर माता पिता को गर्व है। ਰਫੂ ਚੱਕਰ ਹੋ ਗਏ ਤੇ ਰੌਬਰੀ ਉਸ ਸਮੇਂ ਹੋਈ ਜਦੋਂ ਮੋਹਾਲੀ ਚ ਰਹਿੰਦੇ ਇੱਕ ਸ਼ੈਲਰ ਕਾਰੋਬਾਰੀ ਦਾ ਕਰਿੰਦਾ ਲੁਧਿਆਣਾ ਤੋਂ ਪੈਸੇ ਇਕੱਠੇ ਕਰ ਰਿਹਾ ਸੀ ਤੇ ਜਦੋਂ ਇੱਕ ਫਰਮ ਦੇ ਵਿੱਚੋਂ ਪੈਸੇ ਲੈਣ ਵੜਿਆ ਤਾਂ ਚੋਰਾਂ ਨੇ ਪਿੱਛੇ ਪਈ ਪੇਮੈਂਟ ਦੇ ਉੱਤੇ ਹੱਥ ਸਾਫ਼ ਕਰ ਦਿੱਤਾ। ਚੰਡੀਗੜ੍ਹ ਤੋਂ ਵੀ ਸਾਡੇ ਰੌਬਰੀ ਹੋ ਗਈ ਹੈ ਜੀ। ਗੱਡੀ ਕਿਹਦੀ ਹੈ ਤੇ ਰੌਬਰੀ ਕਿਹਦੇ ਨਾਲ ਹੋਈ ਹੈ? ਇਹ ਤਾਂ ਦੋ ਸੀ, ਉਹ ਡਰਾਈਵਰ ਨਾਲ ਹੋਈ ਹੈ। ਚੋਰੀ ਦੀ ਇਤਲਾਹ ਕੰਟਰੋਲ ਰੂਮ ਰਾਹੀਂ ਪੁਲਿਸ ਦੇ ਕੋਲ ਪਹੁੰਚੀ ਤਾਂ ADC ਸਣੇ ਤਮਾਮ ਵੱਡੇ ਅਧਿਕਾਰੀ ਜਾਂਚ ਦੇ ਵਿੱਚ ਲੱਗ ਗਏ। ਹਾਲਾਂਕਿ ਪੁਲਿਸ ਨੇ CCTV ਵੀ ਖੰਗਾਲੇ ਨੇ, ਪਰ ਪੁਲਿਸ ਦੇ ਹੱਥ ਅਜੇ ਤੱਕ ਲੱਗਿਆ ਕੁਝ ਨਹੀਂ। ਮਾਮਲਾ ਸਾਹਮਣੇ ਆਇਆ ਹੈ ਕਿ ਜਿਹੜਾ ਬੰਦਾ ਹੈਗਾ ਉਹ ਬਾਹਰ ਤੋਂ ਆਇਆ ਸੀਗਾ, ਪੇਮੈਂਟ ਇੱਥੇ ਇਕੱਠਾ ਕਰ ਰਿਹਾ ਸੀਗਾ, ਉਸ ਤੋਂ ਬਾਅਦ ਯਹਾਂ ਪੇ ਥੈਫਟ ਹੋਇਆ ਹੈ, ਉਹੀ ਸਾਰਾ ਆਪਾਂ ਵੈਰੀਫਾਈ ਕਰ ਰਹੇ ਹਾਂ। ਕਿੰਨੇ ਦੀ ਥੈਫਟ ਹੋਈ? ਇਹ ਹੁਣ ਤੱਕ ਕਲੀਅਰ ਨਹੀਂ ਹੋਇਆ, ਆਪਾਂ ਉਹਨਾਂ ਦੇ ਜਿਹੜੇ ਵੀ ਉਨਕੀ ਡਾਕੂਮੈਂਟ ਤੇ ਬਿੱਲ ਵਗੈਰਾ ਉਹ ਸਾਰੇ ਚੈੱਕ ਕਰ ਰਹੇ ਹਾਂ, ਹੁਣ ਪ੍ਰੋਸੈਸ ਆਨ ਹੈ ਤੇ ਵੀ ਆਰ ਵੈਰੀਫਾਈਂਗ ਦੈਟ।
ਇਹ ਪੂਰਾ ਘਟਨਾਕ੍ਰਮ 5 ਮਿੰਟ ਦੇ ਵਿੱਚ ਹੀ ਵਾਪਰ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਚੋਰ ਸੀਸੀਟੀਵੀ ਦੇ ਵਿੱਚ ਨਹੀਂ ਆਏ ਹਾਲਾਂਕਿ ਹੁਣ ਪੁਲਿਸ ਜਾਂਚ ਦੇ ਵਿੱਚ ਕੀ ਕੁਝ ਆਉਂਦਾ ਇਹ ਦੇਖਣਾ ਜ਼ਰੂਰ ਹੋਵੇਗਾ ਅੱਗੇ ਵਧਦੇ ਹਾਂ ਇਸ ਸਮੇਂ ਇੱਕ ਵੱਡੀ ਖਬਰ ਆ ਰਹੀ ਹੈ ਉਸ ਦਾ ਰੁਖ ਕਰਦੇ ਹਾਂ ਪੰਜਾਬ ਪੁਲਿਸ ਦਾ ਡੀਐਸਪੀ ਗ੍ਰਿਫਤਾਰ ਕਰ ਲਿਆ ਗਿਆ ਡੀਐਸਪੀ ਗ੍ਰਿਫਤਾਰ ਕੀਤਾ ਹੈ ਸੀਬੀਆਈ ਨੇ ਮਾਮਲਾ ਹੈ ਰਿਸ਼ਵਤ ਦਾ ਤੇ ਮਾਮਲਾ ਹੈ ਕਰੀਬ 50 ਲੱਖ ਰੁਪਏ ਦਾ ਇਹ ਵੱਡੀ ਖਬਰ ਹੈ ਇਸ ਸਮੇਂ ਪੰਜਾਬ ਪੁਲਿਸ ਦਾ ਡੀਐਸਪੀ ਗ੍ਰਿਫਤਾਰ ਕੀਤਾ ਗਿਆ ਨਾਮ ਹੈ ਅਮਰੋਜ ਸਿੰਘ 2 ਸਾਲ ਪੁਰਾਣੇ ਰਿਸ਼ਵਤ ਕਾਂਡ ਦੇ ਵਿੱਚ ਸੀਬੀਆਈ ਨੇ ਗ੍ਰਿਫਤਾਰੀ ਕੀਤੀ ਹੈ ਡੀਐਸਪੀ ਅਮਰੋਜ ਸਿੰਘ ਗ੍ਰਿਫਤਾਰ ਹੋਇਆ ਤੇ ਉਸਦਾ ਰੀਡਰ ਵੀ ਕਾਬੂ ਕਰ ਲਿਆ ਗਿਆ ਡੀਐਸਪੀ ਦੇ ਉੱਤੇ 50 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਨੇ ਤੇ ਗ੍ਰਿਫਤਾਰੀ ਤੋਂ ਬਾਅਦ ਡੀਐਸਪੀ ਨੂੰ ਅਦਾਲਤ ਨੇ 3 ਦਿਨ ਦੀ ਰਿਮਾਂਡ ਦੇ ਉੱਤੇ ਵੀ ਭੇਜ ਦਿੱਤਾ ਹੈ ਕਾਬਲੇ ਗੌਰ ਵੀ ਹੈ ਕਿ ਰਿਸ਼ਵਤ ਕਾਂਡ ਸਮੇਂ ਕਿਉਂਕਿ 2 ਸਾਲ ਪੁਰਾਣਾ ਮਾਮਲਾ ਹੈ ਤਾਂ ਉਸ ਸਮੇਂ ਡੀਐਸਪੀ ਦੀ ਪੋਸਟਿੰਗ ਅਮਰੋਜ ਸਿੰਘ ਦੀ ਪੋਸਟਿੰਗ ਜ਼ੀਰਕਪੁਰ ਦੇ ਵਿੱਚ ਸੀ ਯਾਨੀ ਚੰਡੀਗੜ੍ਹ ਦੇ ਨੇੜੇ ਸੀ ਜ਼ੀਰਕਪੁਰ ਦੇ ਵਿੱਚ ਸੀ ਔਰ ਜੀਂਦ ਅਤੇ ਕੈਥਲ ਦੇ 2 ਲੋਕ ਵੀ ਕਾਬੂ ਕੀਤੇ ਗਏ ਨੇ ਤਾਂ ਇੱਕ ਵੱਡੀ ਖਬਰ ਹੈ ਡੀਐਸਪੀ ਲੈਵਲ ਦਾ ਅਧਿਕਾਰੀ ਰਿਸ਼ਵਤ ਕਾਂਡ ਦੇ ਵਿੱਚ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਔਰ ਕਰੀਬ 2 ਸਾਲ ਪੁਰਾਣਾ ਇਹ ਕੇਸ 3 ਦਿਨ ਦੀ ਰਿਮਾਂਡ ਦੇ ਉੱਤੇ ਡੀਐਸਪੀ ਅਮਰੋਜ ਸਿੰਘ ਦਾ ਰੀਡਰ ਵੀ ਕਾਬੂ ਕਰ ਲਿਆ ਗਿਆ ਹੈ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਹੋਰ ਵੀ 2 ਮੁਲਜ਼ਮ ਕਾਬੂ ਕੀਤੇ ਗਏ ਨੇ ਜੀਂਦ ਅਤੇ ਕੈਥਲ ਦੇ ਉਹ ਰਹਿਣ ਵਾਲੇ ਦੱਸੇ ਜਾ ਰਹੇ ਨੇ ਯਾਨੀ ਕਿ ਪੂਰੇ ਰਿਸ਼ਵਤ ਕਾਂਡ ਦਾ ਕਨੈਕਸ਼ਨ ਹਰਿਆਣਾ ਦੇ ਨਾਲ ਵੀ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਡੀਐਸਪੀ ਅਮਰੋਜ ਸਿੰਘ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ ਹੈ ਸੀਬੀਆਈ ਨੇ ਅਰੈਸਟ ਕੀਤਾ ਸੀਬੀਆਈ ਨੇ ਗ੍ਰਿਫਤਾਰ ਕੀਤਾ 50 ਲੱਖ ਰੁਪਏ ਦੀ ਰਿਸ਼ਵਤ ਦਾ ਪੂਰਾ ਮਾਮਲਾ ਹੈ ਹੁਣ ਖਬਰ ਫਲਾਈਟ ਦੀ ਫਲਾਈਟ ਦੇ ਵਿੱਚ ਹੋਈ ਫਾਈਟ ਦੀ ਥਾਈ ਸਮਾਈਲ 에ਅਰਵੇਜ਼ ਦੀ ਫਲਾਈਟ ਦੇ ਵਿੱਚ ਮੁਸਾਫਰਾਂ ਦੇ ਵਿਚਾਲੇ ਕੁੱਟਮਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਖੂਬ ਵਾਇਰਲ ਹੋ ਰਿਹਾ ਹੈ ਖੂਬ ਹੱਥੋਂ ਪਾਈ ਥੱਪੜੋ ਥੱਪੜੀ ਹੁੰਦੇ ਹੋਏ ਵੀ ਫਲਾਈਟ ਦੇ ਅੰਦਰ ਮੁਸਾਫਰ ਨਜ਼ਰ ਆਏ ਸੈਕਿੰਡ ਦੀ ਇਸ ਕਲਿੱਪ ਦੇ ਵਿੱਚ 2 ਲੋਕਾਂ ਨੂੰ ਆਪਸ ਦੇ ਵਿੱਚ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ ਇਸ ਵਿਚਾਲੇ ਇੱਕ ਫਲਾਈਟ ਅਟੈਂਡੈਂਟ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਪਹਿਲਾ ਸ਼ਖਸ ਆਪਣਾ ਚਸ਼ਮਾ ਉਤਾਰਦਾ ਹੈ ਅਤੇ ਦੂਜੇ ਸ਼ਖਸ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੰਦਾ ਹੈ ਦੇਖਦੇ ਹੀ ਦੇਖਦੇ ਉਸਦੇ ਦੋਸਤ ਵੀ ਵਿਵਾਦ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਇਸ ਤੋਂ ਬਾਅਦ 4 ਤੋਂ 5 ਲੋਕ ਇਕੱਠਾ ਹੋ ਕੇ ਸ਼ਖਸ ਨੂੰ ਘੇਰ ਲੈਂਦੇ ਨੇ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਸ਼ਖਸ ਦੇ ਵਾਲ ਫੜ ਕੇ ਉਸ ਨੂੰ ਥੱਪੜ ਮਾਰਦਾ ਹੈ ਫਲਾਈਟ ਅਟੈਂਡੈਂਟ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੀ ਰਹੀ ਪਰ ਕਾਮਯਾਬ ਨਹੀਂ ਹੋ ਸਕੀ ਇਹ ਫਲਾਈਟ ਬੈਂਕਾਕ ਤੋਂ ਕੋਲਕਾਤਾ ਆ ਰਹੀ ਸੀ ਵੀਡੀਓ 27 ਦਸੰਬਰ ਦਾ ਦੱਸਿਆ ਜਾ ਰਿਹਾ ਹੈ ਪੂਰੀ ਘਟਨਾ ਨੂੰ ਇੱਕ ਮੁਸਾਫਰ ਨੇ ਆਪਣੇ ਫੋਨ ਦੇ ਵਿੱਚ ਵੀ ਰਿਕਾਰਡ ਕਰ ਲਿਆ ਖੈਰ ਖੂਬ ਝਗੜਾ ਹੋਇਆ ਹੈ ਕੁਝ ਦਿਨ ਪਹਿਲਾਂ ਵੀ ਇੱਕ ਏਅਰ ਹੋਸਟੈਸ ਦੇ ਨਾਲ ਝਗੜੇ ਦੀ ਜਾਂ ਕਹੀਏ ਕਿ ਵਿਵਾਦ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਸੀ ਅੱਗੇ ਵਧਦੇ ਹਾਂ ਆਪਣੇ ਨਿੱਜੀ ਵਾਹਨਾਂ ਦੇ ਉੱਤੇ ਸਰਕਾਰੀ ਸਟਿੱਕਰ ਲਗਾ ਕੇ ਵੀਆਈਪੀ ਫਿਲਿੰਗ ਲੈਣ ਵਾਲਿਆਂ ਦੀ ਹੁਣ ਖੈਰ ਨਹੀਂ ਤੇ ਫਿਰ ਭਾਵੇਂ ਸਟਿੱਕਰ ਪੰਜਾਬ ਪੁਲਿਸ ਵਾਲਾ ਹੀ ਕਿਉਂ ਨਾ ਹੋਵੇ ਤੇ ਪੁਲਿਸ ਨੇ ਹੁਣ ਅਜਿਹੇ ਲੋਕਾਂ ਦੇ ਖਿਲਾਫ ਸਖਤੀ ਦੇ ਹੁਕਮ ਜਾਰੀ ਕੀਤੇ ਨੇ ਲੁਧਿਆਣਾ ਦੇ ਵਿੱਚ ਵਰਦੇ ਮੀਂਹ 'ਚ ਪੁਲਿਸ ਐਕਸ਼ਨ 'ਚ ਨਜ਼ਰ ਆਈ ਤੇ ਨਿੱਜੀ ਵਾਹਨਾਂ ਤੋਂ ਸਟਿੱਕਰ ਉਤਾਰ ਦਿੱਤੇ ਗਏ ਪੁਲਿਸ ਮੁਤਾਬਕ ਆਮ ਲੋਕ ਹੀ ਨਹੀਂ ਕਈ ਗੈਰ ਸਮਾਜਿਕ ਤੱਤ ਵੀ ਇਹਨਾਂ ਸਟਿੱਕਰਾਂ ਦੀ ਦੁਰਵਰਤੋਂ ਕਰਦੇ ਨੇ ਜਿਸ ਕਾਰਨ ਹੁਣ ਨਿੱਜੀ ਗੱਡੀਆਂ ਤੇ ਸਟਿੱਕਰ ਨਹੀਂ ਲੱਗਣ ਦਿੱਤੇ ਜਾਣਗੇ ਜਾਂ ਪੁਲਿਸ ਦੇ ਸਟਿੱਕਰ ਆ ਆਰਮੀ ਦੇ ਸਟਿੱਕਰ ਆ ਜਾਂ ਕੋਈ ਵੀ ਕਿਸੇ ਸਰਕਾਰੀ ਵਿਭਾਗ ਦੇ ਸਟਿੱਕਰ ਲਾ ਕੇ ਜਿਹੜੇ ਮੁਲਾਜ਼ਮ ਘੁੰਮ ਰਹੇ ਆ ਜਾਂ ਵੀਆਈਪੀ ਸਟਿੱਕਰ ਲਾ ਕੇ ਪ੍ਰਾਈਵੇਟ ਵਿਅਕਤੀ ਘੁੰਮ ਰਹੇ ਆ ਉਸ ਸੰਬੰਧੀ ਜਿਹੜੇ ਹੁਕਮ ਪਾਸ ਹੋਏ ਸੀ ਸੀਨੀਅਰ ਅਫਸਰਾਂ ਵੱਲੋਂ ਅੱਤਵਾਦੀ ਜਿਹੜੇ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਆ ਉਸ ਸੰਬੰਧੀ ਵੀ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਵੀ ਵੀਆਈਪੀ ਸਟਿੱਕਰ ਆ ਜਾਂ ਪੁਲਿਸ ਸਟਿੱਕਰ ਆ ਗੱਡੀਆਂ ਦੀ ਚੈਕਿੰਗ ਥਰੋਲੀ ਕੀਤੀ ਜਾ ਰਹੀ ਹੈ ਹੁਣ ਫਿਲਿੰਗ ਬੇਸ਼ੱਕ ਵੀਆਈਪੀ ਦੀ ਛੱਡ ਵੀਵੀਆਈਪੀ ਵਾਲੀ ਲਵੋ ਪਰ ਸਟਿੱਕਰ ਸਿਰਫ ਉਹ ਲਗਾਓ ਜਿਸ ਨੂੰ ਪੁਲਿਸ ਅਤੇ ਕਾਨੂੰਨ ਮਾਨਤਾ ਦਿੰਦਾ ਹੋਵੇ ਨਹੀਂ ਤਾਂ ਫਿਰ ਪੁਲਿਸ ਕਾਰਵਾਈ ਦੇ ਲਈ ਤਿਆਰੀ ਕਰਕੇ ਹੀ ਗੱਡੀ ਦੇ ਵਿੱਚ ਘਰੋਂ ਬਾਹਰ ਨਿਕਲੋ ਖੈਰ ਜੇਕਰ ਗੱਡੀ ਦੇ ਉੱਤੇ ਸਟਿੱਕਰ ਹੈ ਤਾਂ ਖੁਦ ਹੀ ਉਤਾਰ ਦਵੋ ਕਿਉਂਕਿ ਜੇ ਪੁਲਿਸ ਉਤਰਵਾਏਗੀ ਤਾਂ ਨਾਲ ਚਲਾਨ ਵੀ ਕੱਟੇਗੀ ਖੈਰ ਜਿਹੜੀ ਵੀਆਈਪੀ ਫਿਲਿੰਗ ਸਟਿੱਕਰਾਂ ਦੇ ਜ਼ਰੀਏ ਲੈ ਰਹੇ ਸੀ ਉਹਨਾਂ ਨੂੰ ਹੁਣ ਇਹ ਸਟਿੱਕਰ ਤਾਂ ਹਾਈ ਸਕਸੈਸ ਰੇਟ ਗਵਰਨਮੈਂਟ ਅਪਰੂਵਡ ਦੇ ਯੈਲੋ इस न्यूज़ हेडलाइंस के प्रायोजक कनाडा दे पीआर लई अप्लाई करो बिना आईएलटीएस दे हाई सक्सेस रेट गवर्नमेंट अप्रूव्ड द येलो ली
हेडलाइंस प्रेजेंटेड बाय पेट सफा आयुर्वेदिक चूर्ण, पेट सफा तो हर रोग दफा। हेडलाइंस प्रेजेंटेड बाय पेट सफा आयुर्वेदिक चूर्ण, पेट सफा तो हर रोग दफा। तीन चैनल्स 15 क्योंकि जेकर लग्या होया वीआईपी वाला स्टिकर या फिर कोई अजिहा स्टिकर जो वैलिड नहीं है, फिर उस दे नाल फर्क तां जरूर पएगा, चलान वाला फर्क। उधर पट्टी दे पिंड बैठे भैणी दे विच घरेलू जमीनी विवाद नूं लैके एक 75 साला बुजुर्ग महिला दी कुटमार कीती। झगड़ा 15 मरले थां दे उत्ते कब्जे दा है, जिसका जो बुजुर्ग महिला ने विरोध किया तब दूजी धिर ने बुजुर्ग की ना उम्र देखी ते ना ही उसके नाल रिश्ता, पहला रेड़े तो हेठां सुटिया अते फिर थप्पड़ां दी बरसात कर दिती। पीड़ित बुजुर्ग के मुताबिक उसका 8 महीने पहला अपने द्योर के बेटे दे नाल इसे जमीन नूं लैके सौदा तय होया सी, जिसकी तहसीलदार दफ्तर दे विच लिख लिखाओ भी हुई, पर कुछ दिन बाद सौदा रद्द हो गया ते हुण उसका भतीजा तहसीलदार दफ्तर वाले पेपर वापस करन तो इनकार कर रहा है। ਸਾਡੇ 7 ਲੱਖ ਮੈਂ ਜ਼ਮੀਨ ਗਹਿਣੇ ਪਾ ਕੇ ਦਿੱਤੀ ਆ, ਇਹਨੇ ਆਖਿਆ ਵੀ ਆਪਾਂ ਨਿਸ਼ਾਨ ਨੂੰ ਥਾਂ ਨਹੀਂ ਲੈਣ ਦੇਣਾ, ਫਿਰ ਮੇਰੇ ਨਾਲ ਸੌਦਾ ਇਹਨੇ ਕਰ ਲਿਆ 10,000 ਰੁਪਇਆ ਇਹਨੇ ਮੈਨੂੰ ਦਿੱਤਾ, ਕਾਗਜ਼ ਨਹੀਂ ਇਹਨੇ ਮੈਨੂੰ ਪੁਰਾਣੇ ਦਿੱਤੇ, ਅੱਜ ਮਾਤਾ ਦਿੰਦਾ ਪਾ ਕੇ ਦਿੰਦਾ ਉਹ ਪੁਰਾਣੇ ਕਾਗਜ਼ ਮੈਂ ਘਰ ਵੀ ਲੈਣ ਜਾਂਦੀ ਰਹੀ ਹਾਂ, ਇਹਨੇ ਕਾਗਜ਼ ਨਹੀਂ ਮੈਨੂੰ ਦਿੱਤੇ ਰੁਪਇਆ 7,500, 7 ਲੱਖ ਇਹਦੇ ਹੱਥ 'ਚ ਧਰਿਆ ਅਤੇ ਇਹਨੇ ਗਾ ਨਿਸ਼ਾਨ ਦੇ ਹੱਥ ਧਰਿਆ। जबकि बुजुर्ग के भतीजे के मुताबिक उसने यह थां 9.5 लाख रुपए के बुजुर्ग माता के बेटे तो खरीदी है ते इसे आधार के उत्ते वह थां ते कब्जा कर रहा है, जबकि मामला पहला ही पुलिस के कोल है, जिसने दोवें धिरां नूं 7 जनवरी नूं थाने पहुंचने दे हुण आदेश दिते ने। उन्हां नूं थाने दरखास्तां दी दराफ्त वास्ते दोनों पार्टियों नूं बुलाया गया सी, जिन्हां ने इत्थे आण के लिखती 1-7-23 दा टाइम लैके गए भी जां तां असीं पिंड फैसला राजीनामा कर लवांगे नहीं तां असीं फिर 1-7 नूं हाजिर हो जावांगे। हालांकि कुटमार मामले च पुलिस दे कोल कोई भी शिकायत पहुंची नहीं ते फिलहाल झगड़े तो बाद दोवें धिरां दे कुछ लोग हस्पताल च भर्ती ने। खैर जदों जमीन दा मामला होवे विवाद ना वधे कि अपनी चाची बुजुर्ग चाची नूं कुट दित्ता जावे, उस दे नाल कुटमार घर दीआं महिलावां वल्लों बेशक कीती गई होवे, फिर फर्क तां पैंदा है। उधर माछीवाड़ा दे पिंड झाड़ साहिब दे विच इक कमरे दे विचों इक महिला ते इक शख्स दी लाश मिली, जिस दे नाल सनसनी फैली। बलविंदर कौर दे नाल नजायज संबंध सन। खदशा जताया गया है कि दोवां दी मौत नेड़े बल दी अंगीठी दे विचों गैस चढ़न दी वजह दे नाल हुई, पर मृतक दे परिवार ने कोल्ड स्टोर दे मालिक दे उत्ते कतल दा इल्जाम लगाया अते गिरफ्तारी दे लई जम के हंगामा भी किया। इन्हें मेरा बाप मार के वो सबूत देखो, वो मार के टाकी खुली है नंगा करके पाता, उपरों अग लाने की कोशिश की भी हाँ अग ला दिए, कह दिए साडे घरे आ गया, कहना ओदा कुंडा ही नहीं खोलता। कौन नैब सिंह कौन है? ओ आज पैल का मालिक है, पैलस भी बंद करो, ये आलू स्टोर भी बंद करो। जबकि स्टोर मालिक ने मृतक परिवार के इल्जामों को नकार दिया, मामले की निरपक्ष जांच की मांग की। मृतक जसवीर सिंह कोल्ड स्टोर के नाल बने कमरे दे विच रहिंदा सी अते दोवां दीआं लाशां अद्धियां सड़ियां होईआं सन, फिलहाल मामला जांच अधीन है। अगली खबर है हरियाणा तो, हरियाणा के करनाल दे विच खुदकुशी का एक दुखद अते हैरान कर देने वाला मामला सामने आया। टिकी बाल चढ़ना बड़ी समस्या है, इस कारण की कोई अपनी जान भी दे सकता है। यह सवाल इसलिए क्योंकि करनाल के 17 साल के एक विद्यार्थी ने सिर्फ इसलिए मौत को गले लगा लिया क्योंकि वह सिर के बाल चढ़न की समस्या तो परेशान सी। जैसे कि इस प्रकार से बाल उड़ जाते हैं तो वो बच्चा इसी बात को लेके थोड़ा सा परेशान था और
उसको कई बार काउंसलिंग भी की, घर वालों ने समझाया भाई ये ठीक नहीं है, कोई ये तो जेनेटिक ऐसा भी को है और कोई अकेले को नहीं है। नौजवान पंकज पिंड पिंगली का रहने वाला सी ते परिवार ने वाल चढ़न की समस्या नू जमांदरू दस्या, जबकि मौके ते पहुंची पुलिस ने पोस्टमार्टम तो बाद लाश नू वारसां दे हवाले कर दिता। वाल वधिया दिखते विच सिर्फ एक हिस्सा हो सकते ने, ते जे वाल झड़ रहे ने ता शायद यह इन्नी वड्डी समस्या नहीं कि कोई खुदकुशी कर लवे। ਡਾਕਟਰਾਂ ਦੇ ਮੁਤਾਬਕ ਹੈਰੀਡੀਟਰੀ ਇਹ ਪ੍ਰੋਬਲਮ ਹੁੰਦੀ ਹੈ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਹੋਰ ਦੇ ਬਾਲ ਬਜ਼ੁਰਗਾਂ ਦੇ ਜੇਕਰ ਵਾਲ ਝੜਦੇ ਨੇ ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਇਹ ਦਿੱਕਤ ਹੋਵੇ। ਪਰ ਸਵਾਲ ਇੱਥੇ ਵੀ ਹੈ ਕਿ ਇਹ ਮਾਮਲਾ ਸਿਰਫ ਵਾਲ ਝੜਨ ਕਰਕੇ ਖੁਦਕੁਸ਼ੀ ਦਾ ਹੈ ਜਾਂ ਫਿਰ ਇਸ ਦੇ ਪਿੱਛੇ ਕਹਾਣੀ ਕੁਝ ਹੋਰ ਹੈ। ਅਗਲੀ ਖਬਰ ਪਟਿਆਲਾ ਤੋਂ, ਪਟਿਆਲਾ ਤੇ ਨਾਭਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਨਸ਼ੇ ਦੀ ਇੱਕ ਵੱਡੀ ਖੇਪ ਸਣੇ ਦੋ ਤਸਕਰਾਂ ਨੂੰ ਕਾਬੂ ਕੀਤਾ। पुलिस ने गुप्त सूचना के आधार के उत्ते नाभा पटियाला रोड से नाका लगाया ते एक हरियाणा नंबर की शक्की गड्डी नूं रोक के चैक किया गया, जिस दे विच पुलिस नूं 10 किलो अफीम बरामद करन च कामयाबी मिली। दो बंदे राउंडअप किए, यह हरियाणा नंबर गड्डी च आ रहे थे, दोनों बंदे कैथल एरिए दे रहण वाले ने हरियाणे दे, ते इन्हां पासों सानूं 10 किलोग्राम ओपीएम अफीम जिहड़ी आ रिकवर होई। पुलिस ने गड्डी च सवार दो नशा तस्करां नूं मौके ते ही काबू कर लिया, जिन्हां ते पहलां भी एनडीपीएस एक्ट दे करीब चार मामले दर्ज ने। जिहड़ी एक बहुत वड्डी मात्रा च कमर्शियल क्वांटिटी हैगी है, इह रणवीर सिंह ते कुलदीप सिंह नाम दे दो व्यक्ति ने, इन्हां ते पहलां भी एनडीपीएस एक्ट दे चार मुकदमे दर्ज आ। इन्हां नूं अरैसट करके असीं फॉरवर्ड एंड बैकवर्ड लिंकेजेस असीं इन्वेस्टिगेट कर रहे हैं। मुलजमान की पहचान रणबीर सिंह उर्फ सोनी ते कुलदीप सिंह वासी कैथल दे वजो हुई है। उधर पुलिस इस रिकवरी नूं वड्डी कामयाबी दे रूप दे विच देख रही है। अगली खबर दा रुख करदे हां, खबर है समाणा तों। समाणा दे पिंड अजीमगढ़ दे विच करंट लगण दे नाल इक न्यूज़ नेटवर्क इस न्यूज़ हेडलाइंस के प्रायोजक वीजा गुरु गौरव तलवार पे ऑल फी आफ्टर वीजा। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਤਾ ਰਿਹਾ ਗ੍ਰਿਫਤਾਰੀ ਦਾ ਖਰਚਾ। ਨਿਊਜ਼ 18 ਤੇ ਬੋਲੇ, ਮੈਨੂੰ ਅੰਦਰ ਕਰਨ ਦੇ ਸਰਕਾਰ ਲੱਭ ਰਹੀ ਹੈ ਤਰੀਕੇ, ਮੇਰੇ ਬੈਂਕ ਖਾਤੇ ਤੇ ਜਾਇਦਾਦ ਦੀ ਜਾਂਚ ਹੋ ਰਹੀ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਮੋਹਾਲੀ ਦੇ ਮੇਅਰ ਅਮਰਜੀਤ ਸਿੱਧੂ ਨੂੰ ਅਹੁਦੇ ਤੋਂ ਹਟਾਇਆ। ਸਿੱਧੂ ਤੇ ਆਪਣੀ ਹੀ ਕੋਆਪਰੇਟਿਵ ਸੁਸਾਇਟੀ ਨੂੰ ਵਿਕਾਸ ਟੈਂਡਰ ਦੇਣ ਦੇ ਇਲਜ਼ਾਮ। खुफिया अलर्ट तो बाद चप्पे चप्पे ते पुलिस दी चौकसी, सरहदी इलाकों दे विच खास निगरानी, नाके लगवा के वाहनों दी कीती जा रही चैकिंग। रिश्वत अते शोषण दे इल्जामां दे विच गिरफ्तारी आईजी आशीष कपूर दे खिलाफ सख्त कार्रवाई दी मंग। पीड़ित महिला ने राजपाल दे नाल कीती मुलाकात, पंजाब पुलिस ते ठीक कार्रवाई ना करन दे भी इल्जाम। हरियाणा के खेड मंत्री से छेड़छाड़ के इल्जाम लगाने वाली महिला कोच ने एसएसपी चंडीगढ़ को दी शिकायत। मंत्री संदीप सिंह के खिलाफ कार्रवाई की मांग, कहा मैनू सोशल मीडिया के उत्ते मिल रही ने धमकियां। भयानक सड़क हादसे के बाल बाल बचे क्रिकेटर ऋषभ पंत, रुड़की नेड़े डिवाइडर के टकराने तो बाद कार नूं लगी अग। पंत के सिर गोडे और पिठ के लगियां सट्टां। प्रधानमंत्री मोदी की माता हीराबा पंच तत्तां दे विच विलीन, प्रधानमंत्री ने दित्ती अग्नि। हीराबा ने 100 साल की उम्र दे विच लए आखिरी सांस। सत श्री अकाल, स्वागत है, गौरव शुक्ला मैं हाँ तुहाडे नाल हाजर हाँ खबरों का प्राइम टाइम लैके। प्राइम टाइम दे विच अज सब तो पहला गल साबका मुख्यमंत्री चरणजीत सिंह चन्नी की। साबका सीएम नूं डर सता रहा है, डर सता रहा, खदशा सता रहा है गिरफ्तारी का। जी हाँ, सीएम चन्नी ने, साबका सीएम चन्नी ने गलबात की न्यूज़ 18 के नाल
ਤੇ ਖਦਸ਼ਾ ਜਤਾਇਆ ਕਿ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਨਿਊਜ਼ 18 ਦੇ ਉੱਤੇ ਚਰਨਜੀਤ ਸਿੰਘ ਚੰਨੀ ਨੇ ਵੱਡੀ ਸਟੇਟਮੈਂਟ ਦਿੱਤੀ ਅਤੇ ਕਿਹਾ ਕਿ ਮੈਨੂੰ ਅੰਦਰ ਕਰਨ ਦੇ ਤਰੀਕੇ ਲੱਭੇ ਜਾ ਰਹੇ ਨੇ, ਮੇਰੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ, ਮੇਰੇ ਬੈਂਕ ਅਕਾਊਂਟ ਫਰੋਲੇ ਜਾ ਰਹੇ ਨੇ, ਸਰਕਾਰ ਮੇਰੇ ਪਿੱਛੇ ਪਈ ਹੋਈ ਹੈ। ਤਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕੀਤੀ ਨਿਊਜ਼ 18 ਦੇ ਨਾਲ ਐਕਸਕਲੂਸਿਵ ਤੇ ਉਸਦੇ ਵਿੱਚ ਖਦਸ਼ਾ ਜਤਾਇਆ ਕਿ ਮੈਨੂੰ ਗ੍ਰਿਫਤਾਰੀ ਦਾ ਖਦਸ਼ਾ ਹੈ ਤੇ ਗ੍ਰਿਫਤਾਰ ਮੈਨੂੰ ਕਰਨ ਦੇ ਲਈ ਤਰੀਕੇ ਤੇ ਬਹਾਨੇ ਲੱਭੇ ਜਾ ਰਹੇ ਨੇ। ਪੂਰਾ ਮਾਮਲਾ ਕੀ ਹੋਵੇ ਤੁਹਾਨੂੰ ਦੱਸਦੇ ਹਾਂ। ਦਰਅਸਲ ਬਠਿੰਡਾ ਦੇ ਇੱਕ ਸ਼ਖਸ ਨੇ ਟੂਰਿਜ਼ਮ ਡਿਪਾਰਟਮੈਂਟ ਦੇ ਦੋ ਅਫਸਰਾਂ ਦੇ ਖਿਲਾਫ ਵਿਜੀਲੈਂਸ ਨੂੰ ਇੱਕ ਸ਼ਿਕਾਇਤ ਦਿੱਤੀ ਹੈ, ਜਿਸ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਪਿਛਲੇ ਸਾਲ 19 ਨਵੰਬਰ ਨੂੰ ਚਮਕੌਰ ਸਾਹਿਬ ਦੇ ਵਿੱਚ ਪ੍ਰਬੰਧਿਤ ਦਾਸਤਾਨੇ ਸ਼ਹਾਦਤ ਸਮਾਗਮ 'ਚ ਕਰੋੜਾਂ ਦਾ ਘੁਟਾਲਾ ਹੋਇਆ। ਇਸ ਦੌਰਾਨ ਚੰਨੀ ਸੂਬੇ ਦੇ ਮੁੱਖ ਮੰਤਰੀ ਸੀ ਅਤੇ ਟੂਰਿਜ਼ਮ ਡਿਪਾਰਟਮੈਂਟ ਵੀ ਉਹਨਾਂ ਦੇ ਕੋਲ ਹੀ ਸੀ, ਤਾਂ ਉਸ ਨੂੰ ਲੈ ਕੇ ਪੂਰੇ ਖਦਸ਼ਾ ਤੇ ਪੂਰੇ ਤੁਸੀਂ ਕਹਿ ਸਕਦੇ ਹੋ ਕਿ ਇਲਜ਼ਾਮ ਲਗਾਏ ਗਏ ਨੇ ਤੇ ਇਸ ਵਿਚਾਲੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸਾਬਕਾ ਸੀਐਮ ਦੀ। ਤਾਂ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਤਰੀਕੇ ਲੱਭ ਰਹੇ ਨੇ। ਸੁਣਵਾਨੇ ਆ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ। ਵਿਜੀਲੈਂਸ ਜਿਹੜਾ ਇੱਕ ਮਾਮਲੇ ਦੀ ਜਾਂਚ ਕਰ ਰਹੀ ਹੈ, ਕਹਿ ਰਹੇ ਨੇ ਕਿ ਬੇਟੇ ਦੀ ਮੈਰਿਜ ਦਾ ਜਿਹੜਾ ਖਰਚਾ ਵਾ ਉਹ ਚੁੱਕਿਆ ਤੁਸੀਂ ਇਸਤੇਮਾਲ ਕੀਤਾ ਸਰਕਾਰੀ ਫੰਡ ਤੋਂ, ਔਰ ਇਸ ਦੀ ਸ਼ਿਕਾਇਤ ਆਈ ਹੈ। ਏਦਾਂ ਜੀ ਕੋਈ ਇੱਕ ਸ਼ਿਕਾਇਤ ਨਹੀਂ ਇਹਨਾਂ ਨੇ ਲੈਣੀ ਮੇਰੇ ਖਿਲਾਫ਼, ਪਤਾ ਨਹੀਂ ਕਿੰਨੇ ਕਾਰਵਾਈਆਂ ਅਜੇ ਬਾਅਦ ਖੋਲੀ ਬੈਠੇ ਆ ਤੇ ਖੋਲਣਾ ਹੈ। ਮੈਂ 3 ਮਹੀਨੇ ਮੰਤਰੀ ਰਿਹਾ 70 ਸਾਲਾਂ ਦੇ ਵਿੱਚ, 3 ਮਹੀਨੇ ਇਹਨਾਂ ਦੇ ਉੱਪਰ ਭਾਰੀ ਪਿਆ ਹੋਇਆ ਤੇ ਹਰ ਗੱਲ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਹੈ ਤੇ ਕਿਸੇ ਤਰੀਕੇ ਨਾਲ ਅੰਦਰ ਦੇਣਾ ਚਾਹੁੰਦੇ ਆ। ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਬੇਟੇ ਦਾ ਵਿਆਹ 10 ਅਕਤੂਬਰ ਨੂੰ ਹੋਇਆ, ਇਹ ਫੰਕਸ਼ਨ ਉਸ ਤੋਂ 1 ਮਹੀਨਾ 10 ਦਿਨ ਬਾਅਦ ਲਗਭਗ ਸੀਗਾ ਜਦ ਮੇਰੇ ਬੇਟੇ ਦਾ ਵਿਆਹ ਹੋਇਆ, ਉਦੋਂ ਇਸ ਫੰਕਸ਼ਨ ਦਾ ਨਾਂ ਤੇ ਵੀ ਨਹੀਂ ਸੀ ਕਿ ਇੱਦਾਂ ਦਾ ਕੋਈ ਫੰਕਸ਼ਨ ਵੀ ਹੋਣਾ। ਇਹ ਬਿਲਕੁਲ ਹੀ ਬੇਬੁਨਿਆਦ ਐਵੇਂ ਬਿਨਾਂ ਮਤਲਬ ਤੇ ਜੋੜ ਘਸੋੜ ਕੇ ਮੈਨੂੰ ਕਿਤੇ ਨਾ ਕਿਸੇ ਤਰੀਕੇ ਨਾਲ ਅੰਦਰ ਦੇਣਾ ਚਾਹੁੰਦੇ। ਜਿੱਦਣ ਦਾ ਮੈਂ ਬਾਹਰੋਂ ਆਇਆ ਪਹਿਲਾਂ ਵੀ ਚੀਕਾਂ ਮਾਰੀ ਗਈ ਕਿ ਬਾਹਰ ਤੋਂ ਆਉਂਦਾ ਨਹੀਂ ਹੈ। ਅਸਲੀ ਗੱਲ ਇਹ ਹੈ ਕਿ ਇਹਨਾਂ ਨੇ ਬਦਲਾਖੋਰੀ ਨੀਤੀ ਦੇ ਨਾਲ ਇੱਕ ਨਹੀਂ ਪਤਾ ਨਹੀਂ ਇਹੋ ਜਿਹੇ ਕਿੰਨੇ ਜੇ ਹੋਰ ਕੇਸ ਖੋਲਣਗੇ। ਮੇਰੀਆਂ ਸਾਰੀਆਂ ਪ੍ਰੋਪਰਟੀਆਂ ਚੈੱਕ ਹੋ ਰਹੀਆਂ, ਮੇਰੇ ਦਸਤਾਵੇਜ਼ ਚੈੱਕ ਹੋ ਰਹੇ ਆ, ਮੇਰੇ ਬੈਂਕਾਂ ਦੇ ਵਿੱਚ ਘੁੰਮਦੇ ਫਿਰਦੇ ਆ, ਮੇਰੇ ਇੱਥੇ ਤਹਿਸੀਲਾਂ ਕਚਹਿਰੀਆਂ 'ਚ ਘੁੰਮਦੇ ਫਿਰਦੇ ਮੇਰੇ ਖਿਲਾਫ਼, ਪੂਰਾ ਜਿਸ ਤਰ੍ਹਾਂ ਪੂਰੀ ਵਿਜੀਲੈਂਸ ਮੇਰੇ ਖਿਲਾਫ਼ ਲਗਾਈ ਹੋਈ ਹੈ। ਤਾਂ ਕੋਈ ਐਸੀ ਗੱਲ ਨਹੀਂ, ਜੇ ਅੰਦਰ ਵੀ ਕਰਨਗੇ ਤਾਂ ਮੈਂ ਉਹਦੇ ਵਾਸਤੇ ਹਰ ਤਰੀਕੇ ਨਾਲ ਤਿਆਰ ਹਾਂ। ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਕੋਈ ਵੀ ਪੈਸਾ ਹਰਾਮ ਦੇ ਬਰਾਬਰ ਹੈ, ਜੇ ਕਿਸੇ ਨੇ ਖਾਧਾ ਹੋਵੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੋ ਹੀ ਨਹੀਂ ਸਕਦੀ। ਇਹ ਸਾਰਾ ਤਫਾਂਗ ਰਚਿਆ ਗਿਆ। ਵਜ੍ਹਾ ਕੀ ਲੱਗਦੀ ਕਿ ਕਿਉਂ ਇਸ ਤਰੀਕੇ ਨਾਲ ਤੁਹਾਡੇ ਨਾਲ ਕੀਤਾ ਜਾ ਰਿਹਾ? ਇਹ ਕਰਨਾ ਹੀ ਹੈ ਇਹਨਾਂ ਨੇ, ਤਾਂ ਇਹ ਬਜੀਤ ਹੈ ਕਿਸੇ ਤਰੀਕੇ ਨਾਲ ਅੰਦਰ ਦੇਣ ਵਾਸਤੇ, ਪਰ ਮੈਂ ਫੇਸ ਕਰਨ ਨੂੰ ਤਿਆਰ ਹਾਂ। ਤਾਂ ਸਾਬਕਾ ਸੀਐਮ ਦੇ ਵੱਲੋਂ ਇਸ ਜ਼ਿਕਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਇਸ ਤਰੀਕੇ ਨਾਲ ਤਰੀਕੇ ਲੱਭੇ ਜਾ ਰਹੇ ਨੇ। ਸਿੱਧਾ ਰੁਕ ਕਰਦੇ ਹਾਂ ਪੰਕਜ ਕਪਾਹੀ ਸਾਡੇ ਨਾਲ ਨੇ, ਸਾਡੇ ਸਹਿਯੋਗੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਨਾਲ। ਪੰਕਜ, ਕੀ ਕੁਝ ਇਸ ਪੂਰੀ ਗੱਲਬਾਤ ਦਾ ਨਿਚੋੜ ਕੱਢਿਆ ਜਾਵੇ? ਕਿਉਂ ਖਦਸ਼ਾ ਜਤਾਇਆ ਜਾ ਰਿਹਾ ਸਾਬਕਾ ਸੀਐਮ ਦੇ ਵੱਲੋਂ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਤਰੀਕੇ ਲੱਭੇ ਜਾ ਰਹੇ ਨੇ? ਇੱਕ ਸ਼ਿਕਾਇਤ ਬਠਿੰਡਾ ਵਾਲੀ ਦਾ ਜ਼ਿਕਰ ਹੋ ਰਿਹਾ, ਕਿ ਕੋਈ ਹੋਰ ਕਿਸੇ ਜਾਣਕਾਰੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ? ਪੰਕਜ, ਬਿਲਕੁਲ ਗੁਰਮ, ਚਰਨਜੀਤ ਸਿੰਘ ਚੰਨੀ ਦੀ ਜਿਹੜੀ ਸ਼ਿਕਾਇਤ ਹੋਈ ਹੈ ਉਸ ਨੂੰ ਇਸ ਵੇਲੇ ਵਿਜੀਲੈਂਸ ਜਿਹੜੀ ਹੈ ਉਸਦੀ ਵੈਰੀਫਿਕੇਸ਼ਨ ਚੱਲ ਰਹੀ ਹੈ, ਉਸ ਜਾਂਚ ਦੇ ਉੱਤੇ ਇਸ ਵੇਲੇ ਵੈਰੀਫਿਕੇਸ਼ਨ ਕੀਤਾ ਜਾ ਰਿਹਾ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਜਾਣਿਆ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਸਰਕਾਰ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਜਾ ਰਹੀ ਹੈ, ਉਹਨਾਂ ਦੇ ਬੈਂਕ ਅਕਾਊਂਟ ਦੇਖੇ ਜਾ ਰਹੇ ਆ, ਉਹਨਾਂ ਨੂੰ ਜੇਲ੍ਹ ਜਿਹੜੀ ਹੈ ਉਹ ਹੋ ਸਕਦੀ ਹੈ। ਇਸ ਤਰੀਕੇ ਦੇ ਜਦੋਂ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਬਸ ਜਾਣਿਆ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਆਪਣਾ ਪਰਸ ਪੂਰਦੇ ਹੋਏ ਇਸ ਬਾਬਤ ਨਜ਼ਰ ਆਏ। ਦੂਜੇ ਪਾਸੇ ਵਿਜੀਲੈਂਸ ਸੋਰਸਿਸ ਜਾਣਕਾਰੀ ਦੇ ਰਹੇ ਨੇ ਕਿ ਇਸ ਪੂਰੀ ਸ਼ਿਕਾਇਤ ਨੂੰ ਗੰਭੀਰਤਾ ਦੇ ਨਾਲ ਇਸ ਵੇਲੇ ਵਿਜੀਲੈਂਸ ਦੀ ਟੀਮ ਜਿਹੜੀ ਉਹ ਦੇਖ ਰਹੀ ਹੈ, ਇਸਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਇਹ ਕਲੀਅਰ ਹੋਏਗਾ ਕਿ ਜਾਂਚ ਹੋਣੀ ਚਾਹੀਦੀ ਹੈ ਜਾਂ ਕਿਸ ਤਰੀਕੇ ਦੇ ਨਾਲ ਇਸ ਪੂਰੇ ਕੇਸ ਦੇ ਵਿੱਚ ਅਗਲੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲੇਗੀ। ਸ਼ੁਕਰੀਆ ਪੰਕਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ। ਤਾਂ ਇਸ ਇਨਵੈਸਟੀਗੇਸ਼ਨ ਦਾ ਜ਼ਿਕਰ ਹੋ ਰਿਹਾ ਕਿ ਜਿਹੜੀ ਸ਼ਿਕਾਇਤ
ਬਠਿੰਡਾ ਦੇ ਵਿੱਚ ਇੱਕ ਸ਼ਖਸ ਨੇ ਦਿੱਤੀ ਹੈ ਉਹ ਵਿਜੀਲੈਂਸ ਕਿਵੇਂ ਉਸ ਪੂਰੇ ਮਾਮਲੇ ਦੇ ਵਿੱਚ ਅੱਗੇ ਜਾਂਚ ਕਰਦੀ ਹੈ। ਹਾਲਾਂਕਿ ਇਲਜ਼ਾਮਾਂ ਨੂੰ ਸਾਬਕਾ ਸੀਐਮ ਨਕਾਰਦੇ ਹੋਏ ਨਜ਼ਰ ਆ ਰਹੇ। ਹੁਣ ਅੱਗੇ ਵਧਦਿਆਂ ਦਿਨ ਦੇ ਵਿੱਚ ਜਿਹੜੀ ਵੱਡੀ ਪੋਲੀਟੀਕਲ ਅਪਡੇਟ ਆਈ ਉਹ ਮੋਹਾਲੀ ਤੋਂ ਵੀ ਆਈ, ਜਿੱਥੇ ਮੇਅਰ ਦੀ ਹੀ ਛੁੱਟੀ ਕਰ ਦਿੱਤੀ ਗਈ। ਅਮਰਜੀਤ ਸਿੱਧੂ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸਥਾਨਕ ਸਰਕਾਰਾਂ ਵਿਭਾਗ ਨੇ ਇਹ ਐਕਸ਼ਨ ਲਿਆ। ਸਿੱਧੂ ਦੇ ਉੱਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲੱਗੇ ਨੇ। ਸਿੱਧੂ ਦੇ ਆਪਣੀ ਕੋਆਪਰੇਟਿਵ ਸੁਸਾਇਟੀ ਨੂੰ ਟੈਂਡਰ ਦੇਣ ਦਾ ਇਲਜ਼ਾਮ ਹੈ। 19 ਨਵੰਬਰ ਨੂੰ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। 15 ਦਿਨ ਦੇ ਅੰਦਰ ਜਵਾਬ ਮੰਗਿਆ ਗਿਆ ਸੀ। ਅਮਰਜੀਤ ਸਿੰਘ ਸਿੱਧੂ ਸਾਬਕਾ ਮੰਤਰੀ ਅਤੇ ਮੌਜੂਦਾ ਬੀਜੇਪੀ ਲੀਡਰ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ ਔਰ ਅਮਰਜੀਤ ਸਿੱਧੂ ਨੇ ਵੀ ਬੀਜੇਪੀ ਜੁਆਇਨ ਕਰ ਲਈ ਸੀ ਅਤੇ ਵੱਡਾ ਐਕਸ਼ਨ ਉਹਨਾਂ ਦੇ ਉੱਤੇ ਹੋਇਆ। ਮੇਅਰ ਦੀ ਕੁਰਸੀ ਤੋਂ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਜਾਣਕਾਰੀ ਇਹ ਵੀ ਹੈ ਕਿ ਉਹਨਾਂ ਦੀ ਮੈਂਬਰਸ਼ਿਪ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਤਾਂ ਮੋਹਾਲੀ ਦੇ ਮੇਅਰ ਨੂੰ ਹਟਾ ਦਿੱਤਾ ਗਿਆ। ਸਿੱਧੂ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਨੇ ਕਿ ਇੱਕ ਟੈਂਡਰ ਜੋ ਆਪਣੀ ਹੀ ਇੱਕ ਕੋਆਪਰੇਟਿਵ ਸੁਸਾਇਟੀ ਜੋ ਇਲਜ਼ਾਮ ਲੱਗੇ ਨੇ ਕਿ ਕੋਆਪਰੇਟਿਵ ਸੁਸਾਇਟੀ ਖੁਦ ਹੀ ਉਸਨੂੰ ਹੀ ਟੈਂਡਰ ਦੇ ਦਿੱਤਾ ਗਿਆ ਤਾਂ ਇਸ ਤਰੀਕੇ ਨਾਲ ਤਾਂ ਨਹੀਂ ਹੋ ਸਕਦਾ। ਖੈਰ ਜੇ ਇਲਜ਼ਾਮ ਲੱਗੇ ਨੇ ਤਾਂ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਔਰ ਜੋ ਜ਼ਿਕਰ ਕੀਤਾ ਜਾ ਰਿਹਾ ਕਿ ਜਾਂਚ ਹੋਏਗੀ। ਖੈਰ ਇਹ ਵੀ ਤੁਹਾਨੂੰ ਦੱਸ ਦਈਏ ਕਿ 19 ਨਵੰਬਰ ਨੂੰ ਅਮਰਜੀਤ ਸਿੱਧੂ ਨੂੰ ਇੱਕ ਨੋਟਿਸ ਭੇਜਿਆ ਗਿਆ ਸੀ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਅਤੇ ਉਸ ਨੋਟਿਸ ਦੇ ਜ਼ਰੀਏ 15 ਦਿਨਾਂ ਦੇ ਵਿੱਚ ਜਵਾਬ ਮੰਗਿਆ ਗਿਆ ਸੀ। ਕਾਰਨ ਦੱਸੋ ਨੋਟਿਸ ਸੀ ਉਹ ਅਤੇ ਉਸ ਤੋਂ ਬਾਅਦ ਹੁਣ ਇਹ ਕਾਰਵਾਈ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਨਾਲ ਹੀ ਉਹਨਾਂ ਦੀ ਜਿਹੜੀ ਕੌਂਸਲਰ ਦੀ ਜਿਹੜੀ ਮੈਂਬਰਸ਼ਿਪ ਹੈ ਬਤੌਰ ਕੌਂਸਲਰ ਉਹ ਵੀ ਰੱਦ ਕਰ ਦਿੱਤੀ ਗਈ ਹੈ, ਯਾਨੀ ਕਿ ਉਹਨਾਂ ਨੂੰ ਕੌਂਸਲਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ। ਰੁੱਖ ਕਰਦੇ ਮਨੋਜ ਰਾਠੀ ਇਸ ਸਮੇਂ ਸਾਡੇ ਨਾਲ, ਸਾਡੇ ਸਹਿਯੋਗੀ ਮੋਹਾਲੀ ਤੋਂ ਜੁੜ ਰਹੇ ਨੇ। ਮਨੋਜ, ਕੀ ਕੁਛ ਤੁਹਾਡੇ ਕੋਲ ਜਾਣਕਾਰੀ, ਕਿਉਂ ਹੋਇਆ ਐਕਸ਼ਨ, ਕਿਹੜਾ ਟੈਂਡਰ, ਕਿੰਨੇ ਦਾ ਸੀ ਟੈਂਡਰ, ਜੋ ਇਲਜ਼ਾਮ ਲੱਗ ਰਹੇ ਨੇ, ਕੀ ਕੁਛ ਜਾਣਕਾਰੀ? ਦੇਖੋ ਇਹਦੇ ਵਿੱਚ ਇਹ ਪਹਿਲਾਂ ਇਹ ਥੋੜੇ ਦਿਨ ਪਹਿਲਾਂ ਦਾ ਮਾਮਲਾ ਹੈ, ਇੱਕ ਅਚਾਨਕ ਨਹੀਂ ਹੋਇਆ। ਇਹਦੇ ਵਿੱਚ ਕਈ ਚੀਜ਼ਾਂ ਸੀ, ਜਿਹੜਾ ਹੁਣ ਨੋਟਿਸ ਆਇਆ ਉਹਦੇ ਵਿੱਚ ਜਿਹੜੀ ਸਾਫ਼ ਤੌਰ ਤੇ ਲਿਖਿਆ ਗਿਆ ਸੀਗਾ ਕਿ ਇੱਕ ਮੁਨਸਿਪਲ 1976 ਦੀ ਜਿਹੜੇ ਹੈਗੇ ਐਕਟ ਉਲੰਘਣਾ ਕੀਤੀ ਗਈ ਹੈ। ਹੁਣ ਉਲੰਘਣਾ ਕੀ ਕੀਤੀ ਗਈ ਹੈ ਇਹਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਿਓ ਕਿ ਅਮਰਜੀਤ ਸਿੰਘ ਸਿੱਧੂ ਜੀਤੀ ਸਿੱਧੂ ਇਹ ਬਲਬੀਰ ਸਿੱਧੂ ਜਿਹੜੇ ਐਕਸ ਹੈਲਥ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੇ ਭਰਾ ਨੇ ਤੇ ਉਹਨਾਂ ਦੀ ਜਿਹੜੀ ਹੁਣ ਉਲੰਘਣਾ ਜਿਹੜੀ ਹੈਗੀ ਹੈ 1976 ਦੀ ਧਾਰਾ 63 ਦੀ ਉਲੰਘਣਾ ਕਰਨ ਵਾਸਤੇ ਕਈ ਚੀਜ਼ਾਂ ਜਿਹੜੀ ਹੈਗੀ ਕੋਈ ਕਮਿਊਨਿਟੀ ਜਿਹੜੀ ਉਹਦੇ ਵਿੱਚ ਠੀਕ ਹੈ। ਮਨੋਜ ਤੁਹਾਡੀ ਆਵਾਜ਼ ਬਹੁਤ ਕਲੀਅਰ ਨਹੀਂ ਆ ਰਹੀ ਹੈ, ਮੈਂ ਟੀਮ ਨੂੰ ਕਹਾਂਗਾ ਕਿ ਇੱਕ ਵਾਰ ਦੁਬਾਰਾ ਮਨੋਜ ਦੇ ਨਾਲ ਜੇਕਰ ਗੱਲਬਾਤ ਹੋ ਸਕੇ ਤਾਂ। ਜਿਸ ਤਰੀਕੇ ਨਾਲ ਮਨੋਜ ਦੱਸ ਰਹੇ ਨੇ ਕਿ ਮਾਮਲਾ ਪੁਰਾਣਾ, ਇਸ ਤੋਂ ਪਹਿਲਾਂ ਕਰੀਬ 1.5 ਮਹੀਨਾ ਪਹਿਲਾਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ, 15 ਦਿਨਾਂ ਦੇ ਵਿੱਚ ਜਵਾਬ ਮੰਗਿਆ ਗਿਆ ਸੀ ਸਿੱਧੂ ਦੇ ਕੋਲੋਂ ਅਤੇ ਹੁਣ ਐਕਸ਼ਨ ਲੈ ਲਿਆ ਗਿਆ ਔਰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਵੱਡੀ ਖਬਰ ਇਸ ਕਰਕੇ ਵੀ ਹੈ ਕਿਉਂਕਿ ਮੇਅਰ ਦੇ ਅਹੁਦੇ ਦੇ ਉੱਤੇ ਇਹ ਉਹ ਸ਼ਖਸ ਨੇ ਜੋ ਪਹਿਲਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹਨਾਂ ਦੇ ਭਰਾ ਨੇ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ। ਔਰ ਕਾਬਲੇ ਗੌਰ ਇਹ ਵੀ ਹੈ ਕਿ ਜੋ ਜ਼ਿਕਰ ਅਸੀਂ ਕਰ ਰਹੇ ਹਾਂ ਕਿ ਮੋਹਾਲੀ ਦੇ ਮੇਅਰ ਦੇ ਅਹੁਦੇ ਤੋਂ ਹਟਾਇਆ ਗਿਆ ਅਤੇ ਨਾਲ ਹੀ ਡਿਸਕੁਆਲੀਫਾਈ ਉਹਨਾਂ ਨੂੰ ਕਰ ਦਿੱਤਾ ਗਿਆ ਜੋ ਉਹਨਾਂ ਦੀ ਕੌਂਸਲਰਸ਼ਿਪ ਸੀ, ਯਾਨੀ ਕਿ ਜਿਹੜਾ ਕੌਂਸਲਰ ਜਿੱਤ ਕੇ ਆਏ ਹੋਏ ਸੀ ਹੁਣ ਕੌਂਸਲਰ ਵੀ ਨਹੀਂ ਨੇ ਅਤੇ ਦੂਜੇ ਪਾਸੇ ਮੇਅਰ ਦੇ ਅਹੁਦੇ ਤੋਂ ਤਾਂ ਹਟਾਈ ਦਿੱਤਾ ਗਿਆ। ਮਨੋਜ, ਉਮੀਦ ਹੈ ਤੁਹਾਡੀ ਆਵਾਜ਼ ਕਲੀਅਰ ਆਏਗੀ ਸਾਡੇ ਤੱਕ। ਮਨੋਜ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ? ਦੇਖੋ ਗੌਰਵ, ਇਹਦੇ ਵਿੱਚ ਕਹਿ ਸਕਦੇ ਕਿ ਜਿਹੜੀ ਲੈਟਰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ, ਲੋਕਲ ਬਾਡੀ ਜਿਹੜੀ ਹੁੰਦੀ ਹੈ ਉਹਨਾਂ ਵੱਲੋਂ ਜਿਹੜੀ ਕੱਢੀ ਗਈ ਹੈ, ਜੇਕਰ ਤੁਸੀਂ ਆਵਾਜ਼ ਬਿਲਕੁਲ ਸੁਣ ਰਹੇ ਹੋ ਮੇਰੀ, ਤਾਂ ਇਹ ਬਹੁਤ ਇੰਪੋਰਟੈਂਟ ਜਿਹੜੀ ਹੈ ਇਹਦੇ ਵਿੱਚ ਚੀਜ਼ ਲਿਖੀ ਗਈ ਹੈ ਮੇਅਰ ਅਮਰਜੀਤ ਸਿੰਘ ਸਿੱਧੂ ਵੱਲੋਂ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਮਰਪ੍ਰੀਤ ਕੋਆਪਰੇਟਿਵ ਸੁਸਾਇਟੀ ਲਿਮਿਟ ਇਹ FNCC ਦੇ ਮੈਂਬਰ ਸੀਗੇ ਤੇ ਇਹਨਾਂ ਨੇ ਆਪਣੇ ਸਵਾਰਥ ਵਾਸਤੇ ਕਈ ਚੀਜ਼ਾਂ ਜਿਹੜੀਆਂ ਕੀਤੀ ਹੈ, ਕਈ ਵਿਕਾਸ ਦੇ ਜਿਹੜੇ ਟੈਂਡਰ ਹੈ ਉਹ ਅਲਾਟ ਜਿਹੜੇ ਹੈਗੇ ਉਹ ਪਰਸਲੀ ਕੀਤੇ ਹੈ। ਕਿੰਨੇ ਕੁ ਕਰੋੜ ਦੇ ਟੈਂਡਰ ਨੇ ਮੈਨੂੰ ਇਸ ਬਾਰੇ ਪਤਾ ਲੱਗਿਆ ਹੋਵੇ? ਦੇਖੋ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਹੈਗੀ ਇਲਜ਼ਾਮ ਜਿਹੜੇ ਆ ਲੱਗੇ ਹੋਏ ਨੇ ਤੇ ਹੁਣ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਤੇ ਜਿਹੜੇ ਲੋਕਲ ਬਾਡੀ ਦੇ ਜਿਹੜੇ IAS ਅਫਸਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ। ਜਿਹੜਾ
ਗਿਆ ਗੌਰਵ, ਇਹਦੇ ਵਿੱਚ ਕਈ ਚੀਜ਼ਾਂ ਲਿਖੇ ਕਿ ਆਪਣੇ ਸਵਾਰਥ ਵਾਸਤੇ ਉਹਨਾਂ ਨੇ ਕਈ ਟੈਂਡਰ ਜਿਹੜੇ ਅਲਾਟ ਕੀਤੇ ਸੀਗੇ, ਉਹਦੇ ਵਿੱਚ ਉਹਨਾਂ ਤੋਂ ਜਵਾਬ ਜਿਹੜਾ ਹੈਗਾ ਉਹ ਮੰਗਿਆ ਸੀਗਾ, ਲੇਕਿਨ ਉਹ ਜਵਾਬ ਨਹੀਂ ਦੇ ਪਾਏ, ਜਿਸ ਕਰਕੇ ਅੱਜ ਇੱਕ ਵੱਡਾ ਫੈਸਲਾ ਕਹਿ ਸਕਦੇ, ਬਹੁਤ ਵੱਡਾ ਫੈਸਲਾ ਹੈ ਕਿ ਜਿਹੜਾ ਮੇਅਰਸ਼ਿਪ ਹੈ ਕੌਂਸਲਰ ਜਿਹੜੀ ਹੈਗੀ ਉਹਨਾਂ ਦੇ ਪਦ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਘਪਲੇਬਾਜ਼ੀ ਵਾਲੇ ਇਲਜ਼ਾਮ ਵੀ ਲੱਗਦੇ ਨੇ। ਦੇਖੋ ਇਹਦੇ ਵਿੱਚ ਹਾਲਾਂਕਿ ਹਜੇ ਲੋਕਲ ਬਾਡੀਜ਼ ਵੱਲੋਂ ਜਿਹੜਾ ਲੈਟਰ ਕੱਢਿਆ ਗਿਆ, ਖਾਸ ਤੌਰ ਸਿਰਫ ਇਹੀ ਲਿਖਿਆ ਗਿਆ ਇਹਦੇ ਵਿੱਚ ਕਿ ਜਿਹੜਾ ਹੈਗਾ ਇਹਨਾਂ ਨੂੰ ਕੌਂਸਲਰ ਤੇ ਮੇਅਰ ਪਦ ਬਰਖਾਸਤ ਕੀਤਾ ਜਾਂਦਾ। ਹਾਲਾਂਕਿ ਹੁਣ ਇੰਟਰਨਲੀ ਇਨਕੁਆਇਰੀ ਹੁੰਦੀ ਹੈ ਨਹੀਂ ਹੁੰਦੀ ਹੈ, ਹੁਣ ਇਹ ਜਿਹੜਾ ਡਿਸਾਈਡ ਕੀਤਾ ਜਾਏਗਾ, ਲੇਕਿਨ ਇਸ ਤੋਂ ਵੀ ਜਲਦੀ ਅਪਡੇਟ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ, ਅਫਸਰਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ, ਲੇਕਿਨ ਇਸ ਤਰ੍ਹਾਂ ਦਾ ਇਨਕੁਆਇਰੀ ਦਾ ਵਾਸਤਾ ਅਜੇ ਕੋਈ ਲੈਟਰ ਜਿਹੜਾ ਉਹ ਨਹੀਂ ਕੱਢਿਆ ਗਿਆ। ਗੌਰਵ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਪੂਰੇ ਮਾਮਲੇ 'ਚ ਅਪਡੇਟ ਤੁਹਾਨੂੰ ਦੇ ਰਹੇ ਹਾਂ, ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਕੌਂਸਲਰ ਸ਼ਿਪ ਜਿਹੜੀ ਉਹਨਾਂ ਦੀ ਸੀ ਮੈਂਬਰਸ਼ਿਪ ਨਗਰ ਨਿਗਮ ਦੀ ਮੈਂਬਰਸ਼ਿਪ ਉਸਨੂੰ ਵੀ ਬਰਖਾਸਤ ਕਰ ਦਿੱਤਾ ਗਿਆ, ਉਸ ਤੋਂ ਵੀ ਯਾਨੀ ਕਿ ਹੁਣ ਕੌਂਸਲਰ ਵੀ ਨਹੀਂ ਨੇ। ਸਿੱਧੂ ਔਰ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ, ਸਾਬਕਾ ਮੰਤਰੀ ਨੇ, ਮੌਜੂਦਾ ਸਮੇਂ ਦੇ ਵਿੱਚ ਬੀਜੇਪੀ ਦੇ ਵਿੱਚ ਨੇ, ਅਤੇ ਸਭ ਦੇ ਵਿਚਾਲੇ ਇੱਕ ਵੱਡਾ ਐਕਸ਼ਨ ਲਾਜ਼ਮੀ ਤੌਰ 'ਤੇ ਨਜ਼ਰ ਆਉਂਦਾ। ਅਗਲੀ ਖਬਰ ਦਾ ਰੁਖ ਕਰਦੇ ਹਾਂ, ਪੰਜਾਬ ਦੇ AIG ਆਸ਼ੀਸ਼ ਕਪੂਰ ਦੇ ਉੱਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਗਵਰਨਰ ਦੇ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਤਾਂ ਕਿ ਸਾਰੀ ਸੱਚਾਈ ਸਾਹਮਣੇ ਆਵੇ ਅਤੇ ਉਹਨਾਂ ਦੇ ਨਾਲ ਇਨਸਾਫ ਹੋਵੇ। ਰਾਜਭਵਨ ਪੰਜਾਬ ਇਨਸਾਫ ਦੀ ਉਮੀਦ ਦੇ ਵਿੱਚ ਇੱਕ ਮਹਿਲਾ ਇੱਥੇ ਰਾਜਪਾਲ ਦੇ ਨਾਲ ਮਿਲਣ ਪਹੁੰਚੀ ਸੀ। ਦਰਅਸਲ ਮਹਿਲਾ ਦਾ ਇਲਜ਼ਾਮ ਪੰਜਾਬ ਦੇ AIG ਆਸ਼ੀਸ਼ ਕਪੂਰ ਦੇ ਉੱਤੇ ਹੈ, ਉਸਦਾ ਕਸਟੋਡੀਅਲ ਰੇਪ ਕਰਨ ਦਾ। ਮਾਮਲਾ 2016 ਦਾ ਹੈ। ਪੀੜਤ ਦੇ ਮੁਤਾਬਿਕ ਆਸ਼ੀਸ਼ ਕਪੂਰ ਨੇ ਪਹਿਲਾਂ ਉਸਦੇ ਨਾਲ ਜ਼ਬਰਦਸਤੀ ਜੇਲ੍ਹ ਦੇ ਵਿੱਚ ਸੰਬੰਧ ਬਣਾਏ ਅਤੇ ਜਦੋਂ ਪ੍ਰੈਗਨੈਂਟ ਹੋ ਗਈ ਤਾਂ ਕਪੂਰ ਨੇ ਉਸਦਾ ਅਬੋਰਸ਼ਨ ਕਰਵਾ ਦਿੱਤਾ। ਸਰ ਵੈਸੇ ਤਾਂ ਮਾਮਲਾ 2016 ਕਾ ਹੈ, ਜਬ ਮੈਂ ਅੰਮ੍ਰਿਤਸਰ ਜੇਲ੍ਹ ਮੇ ਥੀ, ਇੱਕ ਅੰਡਰ ਟ੍ਰਾਇਲ, ਇੱਕ 420 ਕੇ ਕੇਸ ਮੇ, ਕਿ ਵੋ ਵਹਾਂ ਪੇ ਸੁਪਰੀਟੈਂਡੈਂਟ ਥੇ ਸਰ, ਵਹਾਂ ਪੇ ਇਨ੍ਹੋਂ ਨੇ ਮੇਰਾ ਫਿਜ਼ੀਕਲ ਟੌਰਚਰ, ਮੇਰਾ ਰੇਪ ਕੀਆ, ਐਂਡ ਆਈ ਗੋਟ ਪ੍ਰੈਗਨੈਂਟ, ਤੋ ਜਬ ਇਨਕੋ ਲਗਾ ਕਿ ਇਹ ਪ੍ਰੈਗਨੈਂਟ ਹੋ ਗਈ ਹੈ, ਤੋ ਇਨ੍ਹੋਂ ਨੇ ਮੇਰਾ ਬੇਲ ਕਰਵਾਇਆ। ਮਹਿਲਾ ਦਾ ਕਹਿਣਾ ਹੈ ਕਿ ਜਦੋਂ ਇਸ ਦੇ ਬਾਰੇ ਵਿੱਚ ਉਸਨੇ ਆਵਾਜ਼ ਚੁੱਕੀ ਤਾਂ ਉਸਦੇ ਸਾਰੇ ਪਰਿਵਾਰ ਤੇ ਝੂਠਾ ਕੇਸ ਕਰ ਦਿੱਤਾ ਗਿਆ। ਮੇਰੀ ਮੰਮੀ ਪੇ, ਮੇਰੇ ਭਾਈ ਪੇ, ਸਭ ਕੇ ਉੱਪਰ ਸਰ ਉਹਨਾਂ ਨੇ ਝੂਠੀ FIR ਕਰਾਈ ਸਿਰਫ ਮੇਰੀ ਆਵਾਜ਼ ਕੋ ਬੰਦ ਕਰਨੇ ਕੇ ਲਈ। ਮਹਿਲਾ ਦਾ ਕਹਿਣਾ ਕਿ ਮਾਮਲੇ ਨੂੰ ਲੈ ਕੇ ਜੇਲ੍ਹ ਤੋਂ ਲੈਟਰ ਲਿਖ ਕੇ ਵੀ ਸ਼ਿਕਾਇਤ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। ਜਬ ਇਹ ਹੁਆ ਮੈਂ ਜੇਲ੍ਹ ਕੇ ਅੰਦਰ ਸੇ ਮੈਨੇ ਕੈਪਟਨ ਸਰ ਕੋ ਵੀ ਮੇਲ ਕੀਆ, ਲੈਟਰ ਲਿਖੇ, ਹੈਂਡ ਰਿਟਨ ਲੈਟਰਸ ਹੈ ਮੇਰੇ, ਕੈਪਟਨ ਅਮਰਿੰਦਰ ਸਿੰਘ CMCO, ਹਾਂਜੀ, ਔਰ ਸੁਪਰੀਮ ਕੋਰਟ, ਹਾਈ ਕੋਰਟ, DGP, ਐਵਰੀਵੇਅਰ ਸਰ, ਹਰ ਚੀਜ਼ ਕੋ ਬੋਲਾ, ਲੇਕਿਨ ਵੋ ਹਰ ਚੀਜ਼ ਦਬਾ ਲੇਤਾ ਥਾ ਸਰ। ਸਰ ਮੇਰੀ 181 ਪੇ ਵੀ ਕੰਪਲੇਂਟ ਹੈ, ਜੋ ਆਪ ਇੱਕ ਵੂਮੈਨ ਸੈੱਲ ਹੋਤਾ ਹੈ, ਜੋ ਉਸਕੋ ਵੀ ਕੰਪਲੇਂਟ ਕੀਆ ਹੁਆ ਹੈ ਸਰ। ਮਹਿਲਾ ਮੁਤਾਬਕ AIG ਨੇ ਉਸਨੂੰ ਘਰ ਵੀ ਲੈ ਕੇ ਦਿੱਤਾ ਸੀ, ਇਸ ਦੇ ਨਾਲ ਹੀ ਮਹਿਲਾ ਦੇ ਕੋਲ ਕਰੋੜਾਂ ਰੁਪਏ ਵੀ ਉਹ ਰੱਖ ਜਾਂਦਾ ਸੀ। ਕਿੰਨੇ ਦਿਨ, 10 ਤੋਂ 15 ਕਰੋੜ, 10 ਕਰੋੜ ਜਾਂ 15 ਕਰੋੜ ਤੁਹਾਡੇ ਘਰ ਰਿਹਾ? 15 ਕਰੋੜ ਮੇਰੇ ਘਰ ਰਿਹਾ, 3.5 ਕਰੋੜ ਕੀ ਤੋ ਕੋਠੀ ਵੀ ਦਿਲਾਈ ਹੈ, ਜਿਸਕੀ ਮੈਨੇ ਬਤਾਇਆ ਹੁਆ ਹੈ ਸਰ, ਔਰ ਉਨਕਾ 26 ਲੱਖ ਮੈਨੇ ਅਕਾਊਂਟ ਸੇ ਮੈਨੇ ਯੂਜ਼ ਕੀਆ ਹੁਆ ਹੈ, ਉਹ ਸਭ ਔਨ ਰਿਕਾਰਡ ਹੈ ਸਰ। ਇਸ ਤਰੀਕੇ ਦੇ ਨਾਲ ਆਸ਼ੀਸ਼ ਕਪੂਰ ਦੇ ਸੰਪਰਕ ਦੇ ਵਿੱਚ ਆਏ, ਇਲਜ਼ਾਮ ਬਹੁਤ ਸਾਰੇ ਲਗਾਏ ਨੇ ਕਿ ਘਰ ਦੇ ਅੰਦਰ 10 ਤੋਂ 15 ਕਰੋੜ ਰੁਪਇਆ ਵੀ ਰਿਹਾ ਹੈ, ਔਰ ਕਿਸ ਤਰੀਕੇ ਦੇ ਨਾਲ ਕਸਟੋਡੀਅਲ ਰੇਪ ਕੀਤਾ, ਅਬੋਰਸ਼ਨ ਜਿਹੜਾ ਉਹ ਹੋਇਆ। ਇਸ ਵੇਲੇ ਆਸ਼ੀਸ਼ ਕਪੂਰ ਪਹਿਲਾਂ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਪਹਿਲਾਂ ਹੀ ਜਿਹੜਾ ਉਹ ਵਿਜੀਲੈਂਸ ਦੀ ਰਡਾਰ ਦੇ ਉੱਤੇ ਨੇ, ਜੇਲ੍ਹ ਦੇ ਵਿੱਚ ਬੰਦ ਨੇ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਪੈ, ਨਿਊਜ਼ 18 ਚੰਡੀਗੜ੍ਹ। ਤਾਂ ਆਸ਼ੀਸ਼ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ। ਰਾਜਪਾਲ ਦੇ ਨਾਲ ਪੀੜਤਾਂ ਨੇ ਮੁਲਾਕਾਤ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਹਰਿਆਣਾ ਦੀ ਮਹਿਲਾ ਕੋਚ ਤੇ ਖੇਡ ਮੰਤਰੀ ਸੰਦੀਪ ਸਿੰਘ ਦੇ ਵਿਚਾਲੇ ਛਿੜਿਆ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਮਹਿਲਾ ਕੋਚ ਨੇ ਖੇਡ ਮੰਤਰੀ ਦੇ ਖਿਲਾਫ ਚੰਡੀਗੜ੍ਹ ਦੀ SSP ਨੂੰ ਸ਼ਿਕਾਇਤ ਵੀ ਦੇ ਦਿੱਤੀ ਹੈ, ਜਦਕਿ ਖੇਡ ਮੰਤਰੀ ਮਹਿਲਾ ਕੋਚ ਦੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਨੇ। ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਸਵਾਲਾਂ ਦੇ ਵਿੱਚ ਨੇ ਇੱਕ ਮਹਿਲਾ ਕੋਚ ਦੇ ਵੱਲੋਂ ਖੇਡ ਮੰਤਰੀ ਦੇ ਖਿਲਾਫ ਛੇੜਛਾੜ ਕਰਨ, ਦਬਾਅ ਪਾਉਣ, ਡਰਾਉਣ ਧਮਕਾਉਣ ਅਤੇ ਸਰਕਾਰੀ ਦਸਤਾਵੇਜ਼ਾਂ ਦੀ ਗੋਪਨੀਯਤਾ ਤੋੜਨ ਦੇ ਗੰਭੀਰ ਇਲਜ਼ਾਮ ਲਾਏ ਗਏ ਨੇ। इनसे काफी कॉन्वर्सेशन हुई है इंस्टाग्राम पे, स्नैपचैट पे, मैंने इन्हें बार बार बोला है कि सर सॉरी, इन्होंने मुझे पहले फ्रेंडशिप के लिए प्रपोज किया,
फिर उन्होंने मुझे एक एज ए गर्लफ्रेंड, और ये हमेशा ये वो कॉन्फिडेंशियल फाइनल लिस्ट है जो हरियाणा गवर्नमेंट ने ओएसपी में स्पोर्ट्स पर्सन को फाइनल किया था कि जॉब के लिए कौन फाइनल किए गए हैं, और ये वही लिस्ट है सेम ये की है। ये देखिए आप टाइमिंग, ये मेरा फोन झूठ नहीं बोल रहा है, ये 13 मई का है, 2:37 PM उनकी मेरे चैटिंग, मेरी जो चैटिंग थी स्नैपचैट पे उस पर ये उन्होंने मुझे भेजा था। तो सर इन्होंने मेरे पैर पे हाथ रखा और बोले कि तुम क्यों पंगे कर रही हो, ये हाथ पैर तोड़ा रही हो, तुम मुझे खुश रखो मैं तुम्हें खुश रखूंगा। और इन्होंने मेरे साथ उस टाइम मिसबिहेव करने की कोशिश की, लाइक छीना झपट्टी, और इन्होंने मेरा टी शर्ट भी फाड़ दिया उस टाइम। और मुझे काफी फोन करवाए जा रहे हैं कि आप कॉम्प्रोमाइज के लिए आप क्या चाहती हैं, तो मेरी सेल्फ रिस्पेक्ट और मेरी डिग्निटी के सामने कोई चीज बेटर नहीं करती, ना मुझे कोई पैसे से मतलब है, मुझे सिर्फ मेरे लिए जस्टिस चाहिए, कोई एक डिजर्विंग आदमी वहां पे उस जगह पे होना चाहिए जो अपनी पावर का मिसयूज ना करे। महिला कोच ने इन इल्जामों तो बाद खेड मंत्री संदीप सिंह के खिलाफ चंडीगढ़ की SSP दे कोल शिकायत दर्ज करवा दिती है अते मुख्यमंत्री मनोहर लाल तक पहुंच करन दी गल कही है। मैं कोशिश करूंगी कि भूपेंद्र हुड्डा सर से मैं कोशिश करूंगी, और मैं CM सर से भी मैं टाइम लेने की पूरी कोशिश करूंगी, सरकार मेरा पक्ष सुने और मेरा साथ दे, क्योंकि मैं इस देश की बेटी हूँ, स्टेट की बेटी हूँ, डेफिनेटली वो मुझे टाइम भी देंगे और मेरी बात भी सुनेंगे। जूनियर महिला कोच के इल्जामों के विचाले खेड मंत्री संदीप सिंह ने महिला कोच से ही सवाल खड़े करदिया इन सारे इल्जामों को सियासत तो प्रेरित दसिया। बेसलेस और किसका आधार नहीं होता, ये राजनीतिक चीजें हैं, हो सकता है विपक्ष जो है उस चीज को किसी और रूप को लेके जाने की कोशिश कर रहा हो। निष्पक्ष जांच होनी चाहिए और जांच मैं करवाऊंगा भी, क्योंकि मेरी छवि को खराब किया गया है। खेड मंत्री ते जूनियर महिला कोच दे विचाले चल रही इल्जाम तराशियां दे विचाले हरियाणा खेड विभाग दी डिप्टी डायरेक्टर ने दावा किया है कि खेड मंत्री दे खिलाफ इल्जाम लाने वाली महिला कोच ने उन्हां दे नाल भी बदतमीजी की सी, पर वो चाहते ने कि इस मसले की गंभीरता दे नाल जांच होनी चाहिए है। मैंने एक दो बार उसको बोला भी कि बहन आपसे रिक्वेस्ट है, आपको जो टाइम दिया गया है आप उस पे आए। उसने मेरे से झगड़ना स्टार्ट किया तो उन्होंने यही बोला मेरे को कि नहीं मेरा मन मर्जी जब करेगा तब आऊंगी, ये वो है। मैं किसी भी कोच से, महिला कोच से या जेंट से कभी भी उनका व्यवहार गलत नहीं आया मेरे सामने, और ना ही कभी किसी प्लेयर का आया। तो आप दोनों पक्षों का सुने और जो सही फैसला है प्लीज वो सामने लेके आए। महिला कोच दे वल्लों खेड मंत्री ते इल्जाम लाउण अते पुलिस ते कोल शिकायत दर्ज करवाउणा गंभीर मसला है। मामला इसलिए भी अहम हो जाता है क्योंकि खेड मंत्री संदीप सिंह खुद कौमांतरी पद्धर के खिडारी रहे ने अते जो कुछ भी हो रहा है वह खेड जगत के लिए निराशाजनक है। पंचकूला तो तारा ठाकुर के नाल ब्यूरो रिपोर्ट न्यूज 18। इल्जामों नू सिरे तो बेशक संदीप सिंह दे वल्लों नकारिया जा रहा होवे, पर जांच का विषय तो जरूर है जो एक महिला कोच दे वल्लों इस तरीके के इल्जाम लगाए जा रहे हो। हुण अगे वधदे हां, अगली खबर दा रुख करदे हां। प्रधानमंत्री नरेंद्र मोदी की माता हीराबा मोदी का 100 साल की उम्र देहांत हो गया। प्रधानमंत्री मोदी ने नमक खान के नाल उन्होंने अंतिम विदाई दी, अहमदाबाद के अंतिम संस्कार किया गया। देश के प्रधानमंत्री नरेंद्र मोदी की प्रेरणा स्रोत उन्हां दी माता हीराबा मोदी का शुक्रवार सवेरे करीब 3:30 देहांत हो गया। अहमदाबाद के एक हस्पताल दे विच उन्होंने आखिरी सां ले। 100 साल की उम्र भोग के हीराबा इस दुनिया नूं अलविदा कह गए। हर पासे उन्हां दे देहांत दे उत्ते दुख जाहर किया गया, श्रद्धांजलि दिती गई। प्रधानमंत्री मोदी ने ट्विटर से उन्हां दी तस्वीर सांझी करते हुए भावुक लाइनां भी लिखियां, लिखा कि परमात्मा दे चरणा च शुभ सदी की समाप्ति। प्रधानमंत्री मोदी अहमदाबाद पहुंचे, मां हीराबा नूं श्रद्धांजलि दिती ते फिर उन्हां दी अर्थी नूं मोटा दिता। अहमदाबाद दे सैक्टर 30 दे शमशान घाट दे विच हीराबा दा अंतिम संस्कार होया। प्रधानमंत्री मोदी ने मृतक देह नूं मुख अग्नि दिती। इस मौके PM काफी भावुक नजर आ रहे सन। उधर राष्ट्रपति द्रौपदी मुर्मू ने ट्वीट करके लिखा कि प्रधानमंत्री नरेंद्र मोदी की मां हीराबा का 100 साल का संघर्षमई जीवन भारतीय आदर्शों का प्रतीक है। राहुल गांधी ने भी हीराबा नूं श्रद्धांजलि दिती अते लिखा कि इस औखे समय से मैं प्रधानमंत्री मोदी अते उन्हां दे परिवार दे नाल अपनी डूंघी संवेदना अते प्यार प्रगट करदा हाँ।
मुख्यमंत्री भगवंत मान ने भी दुख जाहर करते हुए लिखा, एक मां का जिंदगी तो चले जाना जीवन की सब तो वड्डी ना पूरी होने वाली कमी है। उथी वक्-वक् सियासी धिरां दे आगुआं ने डूंघे दुख का प्रगटावा किया। आज पूरा विश्व उस माता को प्रणाम कर रहा है जिन्होंने एक महान सपूत को जन्म दिया था। आज उस मां को हम श्रद्धांजलि अर्पित कर रहे हैं। वो प्रधानमंत्री के लिए दुआ करती थी, वो देश के लिए दुआ करती थी और उनकी दुआओं का असर आज पूरा विश्व पूरी दुनिया देख रही है। भक्ति तपस्या और कर्म की त्रिवेणी आदरणीय प्रधानमंत्री जी की माता जी जिन्होंने उन्हें गढ़ा, एक ऐसा व्यक्तित्व गढ़ा जो राष्ट्र के लिए काम करता है। मोदी जी उस माँ को बार बार सलाम। उस माँ को नमन करता हूँ जिस माँ ने देशभक्त और एक इस प्रकार से समर्पित व्यक्तित्व जो हमारे देश के प्रधानमंत्री श्री नरेंद्र मोदी जी हैं उनको जन्म दिया। हीराबा का जन्म 18 जून 1923 नू होया सी। उन्हां दे पांच बेटे ने, एक बेटी है। गांधीनगर दे रायसन च वो अपने छोटे बेटे दे नाल रहिंदे सन। जिक्र खास है कि प्रधानमंत्री मोदी की मां होने के बावजूद उन्होंने अपना जीवन बहुत ही सादगी दे नाल बिताया। 100 साल की उम्र उन्होंने एक आम नागरिक की तरह लाइन दे विच लग के गुजरात चोणां दे विच वोट पाई। प्रधानमंत्री मोदी समय समय से उन्होंने मिलन गांधीनगर पहुँचते सन ते उन्हां तों प्रेरणा लैंदे। उन्हां दी जिंदगी दे विच इह कदे ना पूरा होण वाला घाटा है। ब्यूरो रिपोर्ट, न्यूज 18। पिंड दे विच कुछ घरां दी लाइट खराब सी ते इल्जाम ने कि बिजली मुलाजमां ने कश्मीर सिंह सने चार व्यक्तियों नूं लोहे दी पौड़ी लैके आउण दे लई कहा सी ते घोड़ी तारां दे नाल टकरा गई जिस दे विच तीन व्यक्ति बाल बाल बच गए पर कश्मीर सिंह दी मौत हो गई। इन्हां दी वजह तों बिजली वालिआं दी तों डैथ चिट्टा। पेट सफा आयुर्वेदिक चूर्ण, पेट सफा तो हर रोग दफा। हेडलाइंस प्रेजेंटेड बाय पेट सफा आयुर्वेदिक चूर्ण, पेट सफा तो हर रोग दफा। ਹੁਣ ਵੀ ਉਹਨਾਂ ਦਾ ਕਸੂਰ ਹੈ। ਇਹ ਗਰੀਬ ਆਦਮੀ ਨੂੰ ਘੋੜੀ ਰੇੜਨ ਤੇ ਨਾਲ ਲਿਆ ਰਹੇ ਸਨ, ਉੱਪਰੋਂ ਲੈਣ ਲੱਗ ਗਏ ਜੀ, ਇਹਦੀ ਡੈਥ ਹੋ ਗਈ, ਆਪ ਉਹ ਕਾਰਾਂ ਭਜਾ ਕੇ ਤੋਂ ਨਿਕਲ ਗਏ ਨੇ। इलाका वासियों मुताबिक बिजली महकमे के कुछ मुलाजम खुद पिछे होके कश्मीर सिंह ਨੂੰ ਅੱਗੇ ਕਰ ਦਿੰਦੇ ਨੇ। ਉਧਰ ਪੁਲਿਸ ਨੇ ਬਿਆਨ ਦੇ ਆਧਾਰ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਕਸ਼ਮੀਰ ਸਿੰਘ ਅਜੀਮਗੜ੍ਹ ਕੇ ਹੈ ਰਹਿਣੇ ਵਾਲੇ ਤੇ ਮਜ਼ਦੂਰ ਆਦਮੀ ਵਿਚਾਰੇ ਇਸ ਤੋਂ ਕੰਡ ਲੱਗੇ, ਇਸਕੀ ਮੌਤ ਹੋ ਗਈ ਹੈ, ਜੋ ਵੀ ਅੱਗੇ ਕਾਰਵਾਈ ਜਾਰੀ ਹੈ। ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਬਿਜਲੀ ਮੁਲਾਜ਼ਮ ਨੇ ਘੋੜੀ ਮੰਗਵਾਈ ਤਾਂ ਲਾਈਨ ਬੰਦ ਕਿਉਂ ਨਹੀਂ ਕਰਵਾਈ ਗਈ ਤੇ ਲੋਹੇ ਦੀ ਘੋੜੀ ਹੀ ਕਿਉਂ? ਖੈਰ ਜਾਂਚ ਤੋਂ ਬਾਅਦ ਹੀ ਸਭ ਕੁਝ ਸਾਫ਼ ਹੋਣ ਦੀ ਉਮੀਦ ਹੈ। अगली खबर का रुख करते हैं। कैथल के गुला चीका इलाके दे विच पुलिस ने एक गैर कानूनी नशा मुक्ति केंद्र के उत्ते छापा मारा। ते पुलिस अते सेहत विभाग की टीम ने नशा मुक्ति दे वलों नशा मुक्ति केंद्र च गैर कानूनी तौर पर रखे 32 व्यक्तियों नूं रिहा करवाया जिन्हों बाद दे विच हस्पताल च भर्ती करवाया गया। यह सारे नौजवान पंजाब अते हरियाणा के ही दसे जा रहे ने। प्रति नौजवान तो हर महीने 12 to 15 हज़ार रुपए इलाज के लिए वसूले जा रहे सन। तोड़ लगती ही तंग हुंदा ही, फिर वो लेटनिया लेंदा ही, तंग करदा ही, फिर उन्हें कुटदे हन। चार भरा अंदर आ जाने, उन्हें डांग लैनी, चार भरावां ने लत्तां बाहां फड़नियां ही। छापेमारी गुप्त सूचना के आधार से की गई। गैर कानूनी तरीके नाल चल रहे इस नशा छुड़ाओ केंद्र से मामला दर्ज कर लिया गया है।
ਹੁਣ ਗੱਲ ਕਰਦੇ ਹਾਂ ਇੱਕ ਰੇਲਵੇ ਫਾਟਕ ਦੀ ਜੀ ਹਾਂ ਖਬਰ ਹੈ ਪਠਾਨਕੋਟ ਦੇ ਸੁਜਾਨਪੁਰ ਤੋਂ ਜਿੱਥੇ ਕਰੀਬ 45,000 ਲੋਕ ਇੱਕ ਰੇਲਵੇ ਫਾਟਕ ਤੋਂ ਤੰਗ ਆ ਚੁੱਕੇ ਨੇ पठानकोट सुजानपुर रोड के उत्ते पैंदा है रेलवे फाटक 24 घंटियां दे विच्चों इल्जाम ने कि 12 घंटे तक बंद ही रहिंदा है। बिजी रेलवे क्रॉसिंग है जिस कारण लोगों नूं मुश्किलां दा सामना करना पैंदा है। मरीज नूं पठानकोट लेके जाना होवे जां फिर किसी ने दफ्तर वल कूच करना होए पहला इस फाटक दे उत्ते रुक के हाजिरी जरूर भरनी पैंदी है। जदों भी कोई बीमार मरीज नूं पठानकोट लेके लोग जांदे ने उन्हां दे अगे जिहड़ा फाटक जिहड़ा हमेशा बंद ही रहिंदा है। 24 ਘੰਟਿਆਂ ਵਿੱਚ ਘੱਟੋ ਘੱਟ 12 ਘੰਟੇ 13 ਘੰਟੇ ਜਿਹੜਾ ਫਾਟਕ ਬੰਦ ਹੀ ਰਹਿੰਦਾ। ਇਹ ਫਾਟਕ ਦੀ ਇੰਨੀ ਲੋਕਾਂ ਨੂੰ ਪਰੇਸ਼ਾਨੀ ਹੈ ਜਿਹੜੇ ਸਾਡੇ ਬੱਚੇ ਸਕੂਲਾਂ 'ਚ ਜਾਂਦੇ ਨੇ ਉਹ ਫਾਟ ਕਰਕੇ ਲੇਟ ਹੋ ਜਾਂਦੇ ਨੇ। ਇਹ ਸਭ ਤੋਂ ਵੱਧ ਪੀੜਤ ਨੇ ਸਕੂਲਾਂ ਕਾਲਜਿਸ ਦੇ ਵਿੱਚ ਜਾਣ ਵਾਲੇ ਵਿਦਿਆਰਥੀ ਜਿਨ੍ਹਾਂ ਨੂੰ ਰੋਜ਼ਾਨਾ ਜਾਣਾ ਹੁੰਦਾ ਹੈ ਤੇ ਰੋਜ਼ ਹੀ ਫਾਟਕ ਦੀ ਮਿਹਰਬਾਨੀ ਦੇ ਨਾਲ ਉਹ ਸਕੂਲ ਕਾਲਜ ਲੇਟ ਪਹੁੰਚਦੇ ਨੇ। ਜਦ ਵੀ ਮੈਂ ਸਵੇਰ ਜਾਂਦਾ ਹਾਂ ਸਟੱਡੀ ਕਰਨ ਦੇ ਲਈ ਔਰ ਫਾਟਕ ਰੇਲਵੇ ਕ੍ਰੋਸ ਕਰਨ ਮੇ ਨਾ ਬਹੁਤ ਦਿੱਕਤ ਹੁੰਦੀ ਹੈ। ਉਹ ਹਮੇਸ਼ਾ ਹੀ ਬੰਦ ਰਹਿੰਦਾ ਹੈ ਫਾਟਕ ਜਾਵੇਂ ਲੇਟ ਹੋ ਜਾਂਦਾ ਹੈ ਕਾਲਜ ਵਗੈਰਾ ਜਾਣੇ ਕੇ ਲੀਏ ਉਹ ਉਧਰ ਲੈਕਚਰ ਮਾਰੇ ਡਿਊ ਪੜ ਜਾਂਦੇ ਹੈ। ਲੋਕਾਂ ਨੇ ਕੇਂਦਰ ਸਰਕਾਰ ਤੋਂ ਇਸ ਰੇਲਵੇ ਫਾਟਕ ਤੇ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਲੋਕਾਂ ਦਾ ਕੀਮਤੀ ਸਮਾਂ ਜ਼ਾਇਆ ਨਾ ਜਾਵੇ। ਤਾਂ ਕਦੋਂ ਬਣਦਾ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਉਸ ਦੇ ਉੱਤੇ ਵੀ ਨਜ਼ਰ ਰਹੇਗੀ। ਉਧਰ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਡ ਤੋਂ ਬਾਅਦ ਮੌਸਮ ਨੇ ਕਰਵਟ ਲਈ ਹੈ ਜਿਸ ਨੇ ਕਿਸਾਨਾਂ ਦੇ ਚਿਹਰੇ ਦਾ ਰੰਗ ਹੋਰ ਸੁਹਾਵਾ ਕਰ ਦਿੱਤਾ। ਤੇ ਪੰਜਾਬ ਦੇ ਵਿੱਚ ਕਈ ਥਾਈਂ ਵੀਰਵਾਰ ਨੂੰ ਹਲਕੀ ਬੂੰਦਾਬਾਂਦੀ ਹੋਈ ਤੇ ਕਿਸਾਨਾਂ ਦੇ ਚਿਹਰੇ ਖਿੜੇ ਨਜ਼ਰ ਆਏ। ਫਿਰੋਜ਼ਪੁਰ ਦੇ ਵਿੱਚ ਸਬਜ਼ੀ ਲਾਉਣ ਵਾਲੇ ਕਿਸਾਨਾਂ ਨੇ ਮੀਂਹ ਨੂੰ ਸਬਜ਼ੀਆਂ ਦੇ ਲਈ ਦੇਸੀ ਘਿਓ ਵਰਗਾ ਦੱਸਿਆ। ਤੇ ਇਹ ਜਿਹੜੀ ਬਾਰਿਸ਼ ਬਹੁਤ ਚੰਗੀ ਉਹਦੇ ਵਾਸਤੇ, ਜੇ ਜ਼ਿਆਦਾ ਪੈਂਦੀ ਇੱਕ ਦੋ ਚਾਰ ਦਿਨ ਤੇ ਫਿਰ ਨੁਕਸਾਨ ਹੁੰਦਾ ਹੈ। ਜਿਹੜੀ ਕਣਕ ਹੈ ਉਹਦੇ ਵਾਸਤੇ ਬਾਰਿਸ਼ ਬਹੁਤ ਚੰਗੀ ਹੈ। ਗਰੋਥ ਕਰੇਗੀ, ਤੰਦ ਪੈਗੀ ਤਾਂ ਕਣਕ ਪਟਾਰਾ ਜ਼ਿਆਦਾ ਕਰਾਵੇਗੀ। ਕਿਸਾਨਾਂ ਮੁਤਾਬਕ ਹਲਕੇ ਮੀਂਹ ਦੇ ਨਾਲ ਫਸਲਾਂ ਨੂੰ ਬੇਹੱਦ ਫਾਇਦਾ ਮਿਲੇਗਾ ਤੇ ਫਸਲਾਂ ਦੀ ਪੈਦਾਵਾਰ ਵੀ ਦੂਣੀ ਚੋਣੀ ਹੋਵੇਗੀ। ਕਹਿੰਦੇ ਨੇ ਜੋ ਤੁਰ ਗਏ ਜਹਾਨ ਤੋਂ ਕਦੇ ਮੁੜਦੇ ਨਹੀਂ, ਪਰ ਯਾਦਾਂ ਦੇ ਫਲਕ ਤੇ ਸਿਤਾਰੇ ਬਣ ਕੇ ਟਿਮਟਮਾਉਂਦੇ ਰਹਿੰਦੇ ਨੇ। ਪੰਜਾਬੀ ਸੰਗੀਤ ਦੀ ਦੁਨੀਆ ਦੇ ਅਸਮਾਨ ਦਾ ਇੱਕ ਚਮਕਦਾ ਸਿਤਾਰਾ ਸਾਲ 2022 ਵਿੱਚ ਮੌਤ ਦੇ ਹੱਥਾਂ ਨੇ ਪੰਜਾਬੀਆਂ ਤੋਂ ਖੋਲਿਆ ਤੇ ਜਦੋਂ ਨਵਾਂ ਸਾਲ 2023 ਦਸਤਕ ਦੇ ਰਿਹਾ ਤਾਂ ਕਿੰਨੇ ਹੀ ਲੋਕ ਅਜਿਹੇ ਨੇ ਜੋ ਇੱਕੋ ਸਵਾਲ ਪੁੱਛ ਰਹੇ ਨੇ ਕਿ ਆਖਿਰ ਕਿਵੇਂ ਮਨਾਈਏ ਸਿੱਧੂ ਬਿਨਾ ਨਵਾਂ ਸਾਲ। ਸਾਲ 2022 ਵਿਦਾ ਲੈ ਰਿਹਾ ਹੈ ਅਤੇ ਪਿੱਛੇ ਛੱਡ ਕੇ ਗਿਆ ਕਈ ਤਸਵੀਰਾਂ। ਤਸਵੀਰਾਂ ਵਿੱਚ ਬਹੁਤ ਕੁਝ ਅਜਿਹਾ ਕੈਦ ਹੋ ਗਿਆ ਜੋ ਸਿਰਫ ਤਸਵੀਰਾਂ ਵਿੱਚ ਹੀ ਰਹਿ ਗਿਆ ਯਾਦ ਬਣ ਕੇ। ਸੰਗੀਤ ਦੀ ਦੁਨੀਆ ਦਾ ਇੱਕ ਸਿਤਾਰਾ ਵੀ ਇਹਨਾਂ ਤਸਵੀਰਾਂ ਦੇ ਵਿੱਚ ਹੈ, ਸ਼ੁਭਦੀਪ ਸਿੰਘ ਸਿੱਧੂ, ਸਿੱਧੂ ਮੂਸੇਵਾਲਾ। ਮਈ 2022 ਦਿਨ ਐਤਵਾਰ ਦਾ ਸੀ ਅਤੇ ਜ਼ਿਆਦਾਤਰ ਲੋਕ ਆਪਣੇ ਆਪਣੇ ਘਰਾਂ ਛੁੱਟੀ ਦਾ ਆਨੰਦ ਮਾਣ ਰਹੇ ਸਨ। ਇਸ ਸਭ ਦੇ ਵਿਚਾਲੇ ਮਾਨਸਾ ਦੇ ਨੇੜੇ ਪਿੰਡ ਮੂਸਾ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਵੀ ਆਪਣੀ ਹਵੇਲੀ ਵਿੱਚ ਮੌਜੂਦ ਸੀ। ਦੋਸਤਾਂ ਦੇ ਨਾਲ ਨੇੜਲੇ ਪਿੰਡ ਵਿੱਚ ਕਿਸੇ ਪਰਿਵਾਰਕ ਮੈਂਬਰ ਦਾ ਹਾਲ ਚਾਲ ਜਾਣਨ ਦੇ ਲਈ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਸਿੱਧੂ ਤੁਰ ਪਿਆ। ਬੁਲੇਟ ਪਰੂਫ ਬਣਵਾਈ ਗੱਡੀ ਫੋਰਚੂਨਰ ਦਾ ਟਾਇਰ ਪੰਚਰ ਸੀ, ਸੋ ਥਾਰ ਵੀ ਜਾਣ ਦਾ ਪਲਾਨ ਬਣਾਇਆ। ਥਾਰ ਵਿੱਚ ਸੀਟਾਂ ਹੀ 4 ਸਨ, ਸੋ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਕਹਿ ਦਿੱਤਾ ਕਿ ਨੇੜੇ ਹੀ ਜਾਣਾ ਹੈ, ਸੋ ਤੁਸੀਂ ਵੀ ਰਹਿਣ ਦਿਓ। ਹਵੇਲੀ ਤੋਂ ਸਿੱਧੂ ਬਾਹਰ ਆਇਆ ਤਾਂ ਚਾਹਣ ਵਾਲੇ ਖੜੇ ਸਨ, ਫੈਨਸ ਨੂੰ ਵੇਖਿਆ ਤਾਂ ਸਿੱਧੂ ਵੀ ਰੁਕ ਗਿਆ। ਬਾਕੀ ਦਿਨਾਂ ਦੇ ਵਾਂਗ ਜਿਵੇਂ ਕਦੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਸੀ ਕੀਤਾ। ਭਾਵੇਂ ਬੱਚਾ ਹੋਵੇ ਜਾਂ ਜਵਾਨ, ਹਰ ਕਿਸੇ ਨੂੰ ਆਪਣਤ ਨਾਲ ਮਿਲਣਾ ਇਹ ਉਸਦਾ ਸੁਭਾਅ ਹੀ ਸੀ। ਪਰ 29 ਮਈ ਨੂੰ ਸਿੱਧੂ ਦੀ ਹਵੇਲੀ ਦੇ ਬਾਹਰ ਮੌਜੂਦ ਇਹਨਾਂ ਫੈਨਸ ਵਿੱਚ ਹੀ ਮੌਜੂਦ ਸਨ ਦੋ ਅਜਿਹੇ ਚਿਹਰੇ ਜਿਹੜੇ ਪਿਛਲੇ ਕਈ ਦਿਨਾਂ ਤੋਂ ਗੇੜੀਆਂ ਲਾ ਰਹੇ ਸਨ ਤੇ ਕਈ ਚੀਜ਼ਾਂ ਤੇ ਨਜ਼ਰ ਰੱਖੇ ਹੋਏ ਸਨ।
ਹਾਲਾਂਕਿ ਸਿੱਧੂ ਇਸ ਸਭ ਤੋਂ ਅਣਜਾਣ ਸੀ। ਇਹ ਦੋਵੇਂ ਸਨ ਸੰਦੀਪ ਕੇਕੜਾ ਅਤੇ ਉਸ ਦਾ ਸਾਥੀ ਨਿੱਕੂ। ਦੋਵਾਂ ਨੇ ਫੈਨਸ ਦੀ ਭੀੜ ਵਿੱਚ ਸ਼ਾਮਿਲ ਹੋ ਕੇ ਸੈਲਫੀਆਂ ਕਲਿੱਕ ਕੀਤੀਆਂ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਿੱਧੂ ਦੇ ਨਾਲ ਨਾ ਤਾਂ ਉਸਦੇ ਗਨਮੈਨ ਨੇ ਅਤੇ ਨਾ ਹੀ ਉਹ ਕੋਈ ਵੱਡਾ ਅਸਲਾ ਨਾਲ ਲੈ ਕੇ ਨਿਕਲਿਆ। ਫੈਨਸ ਨਾਲ ਸੈਲਫੀ ਲੈਣ ਤੋਂ ਬਾਅਦ ਸਿੱਧੂ ਰਵਾਨਾ ਹੋ ਗਿਆ, ਇਸ ਗੱਲ ਤੋਂ ਅਣਜਾਣ ਕਿ ਇਹ ਸਫ਼ਰ ਉਸਦਾ ਆਖਰੀ ਸਫ਼ਰ ਬਣਨ ਜਾ ਰਿਹਾ ਸੀ। ਸੰਦੀਪ ਕੇਕੜਾ ਅਤੇ ਉਸਦੇ ਸਾਥੀ ਨੇ ਸਿੱਧੂ ਦੇ ਨਾਲ ਕਲਿੱਕ ਕੀਤੀਆਂ ਤਸਵੀਰਾਂ ਸਿੱਧੇ ਵਟਸਐਪ ਕੀਤੀਆਂ ਸਨ ਸੱਤ ਸਮੁੰਦਰ ਪਾਰ ਬੈਠੇ ਗੋਲਡੀ ਬਰਾੜ ਨੂੰ, ਜਿਸ ਦਾ ਕੋਡ ਨੇਮ ਸੀ ਡਾਕਟਰ ਸਾਹਿਬ। ਗੋਲਡੀ ਬਰਾੜ ਨੂੰ ਇਸ ਗੱਲ ਦਾ ਯਕੀਨ ਦਵਾਇਆ ਗਿਆ ਕਿ ਸਿੱਧੂ ਇਕੱਲਾ ਹੈ, ਬਿਨਾਂ ਸੁਰੱਖਿਆ ਗਾਰਡਾਂ ਦੇ ਅਤੇ ਬਿਨਾਂ ਕਿਸੇ ਵੱਡੇ ਹਥਿਆਰ ਦੇ। ਸਿੱਧੂ ਦੀ ਥਾਰ ਮਾਨਸਾ ਰੋਡ ਤੋਂ ਹੁੰਦੇ ਹੋਏ ਪਿੰਡ ਜਵਾਰਕੇ ਵੱਲ ਦਾਖਿਲ ਹੋਈ ਹੀ ਸੀ ਕਿ ਇਸ ਦੇ ਪਿੱਛੇ ਨਜ਼ਰ ਆਈਆਂ ਦੋ ਗੱਡੀਆਂ, ਇੱਕ ਸੀ ਬੁਲੈਰੋ ਅਤੇ ਦੂਜੀ ਸੀ ਕੋਰੋਲਾ। ਦੋਵੇਂ ਗੱਡੀਆਂ ਤੇਜ਼ ਰਫ਼ਤਾਰ ਤੇ ਸਨ ਤੇ ਪਿੰਡ ਜਵਾਰਕੇ ਦੀ ਫਿਰਨੀ ਤੋਂ ਅੰਦਰ ਨੂੰ ਦਾਖਿਲ ਹੋਈਆਂ ਗੱਡੀਆਂ ਦੀਆਂ ਤਸਵੀਰਾਂ ਤੋਂ ਬਾਅਦ ਇੱਕੋ ਦਮ ਸੁਣਾਈ ਦਿੱਤੀ ਗੋਲੀਆਂ ਦੀ ਆਵਾਜ਼। ਇੱਕ ਦੋ ਨਹੀਂ ਸਗੋਂ 40 ਤੋਂ ਵਧੇਰੇ ਫਾਇਰ ਦੀ ਆਵਾਜ਼ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਸੀ ਅਤੇ ਇਹਨਾਂ ਗੋਲੀਆਂ ਦਾ ਸ਼ਿਕਾਰ ਬਣ ਗਿਆ ਸੀ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ। ਪਿੰਡ ਜਵਾਹਰਕੇ ਦੇ ਲੋਕਾਂ ਨੂੰ ਇੱਕੋ ਦਮ ਤਾਂ ਸਮਝ ਹੀ ਨਹੀਂ ਆਇਆ ਕਿ ਹੋਇਆ ਕੀ ਹੈ। ਮੌਕੇ ਤੇ ਪਹੁੰਚੇ ਲੋਕਾਂ ਨੇ ਵੇਖਿਆ ਤੇ ਪਛਾਣਨ ਦੀ ਕੋਸ਼ਿਸ਼ ਕੀਤੀ ਤਾਂ ਸਿੱਧੂ ਮੂਸੇਵਾਲਾ ਦੀ ਪਛਾਣ ਹੋਈ। ਛੋਟੇ ਜਿਹੇ ਪਿੰਡ ਜਵਾਹਰਕੇ ਦੇ ਲੋਕ ਘਬਰਾ ਗਏ। ਹਫੜਾ ਦਫੜੀ ਵਿੱਚ ਸਿੱਧੂ ਨੂੰ ਲੈ ਕੇ ਉਹ ਮਾਨਸਾ ਦੇ ਸਿਵਲ ਹਸਪਤਾਲ ਪਹੁੰਚੇ, ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਸਿੱਧੂ ਦੀ ਮੌਤ ਦਾ ਐਲਾਨ ਕੀਤਾ। ਹਾਲਾਂਕਿ ਇਸ ਐਲਾਨ ਤੇ ਕੋਈ ਵੀ ਯਕੀਨ ਨਹੀਂ ਸੀ ਕਰ ਪਾ ਰਿਹਾ, ਪਰ ਇਹ ਸੱਚ ਇਸ ਸਾਲ ਦਾ ਸਭ ਤੋਂ ਕੌੜਾ ਸੱਚ ਸਿੱਧੂ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ। ਸਿੱਧੂ ਦੇ ਕਤਲ ਦੀ ਖਬਰ ਜਿਸ ਨੂੰ ਵੀ ਪਤਾ ਲੱਗੀ ਉਹ ਹੈਰਾਨ ਰਹਿ ਗਿਆ। ਇਸ ਵਾਰਦਾਤ ਨੂੰ ਅਜੇ 24 ਘੰਟੇ ਵੀ ਨਹੀਂ ਸਨ ਲੰਘੇ ਕਿ ਸੋਸ਼ਲ ਮੀਡੀਆ ਤੇ ਪਾਈ ਇੱਕ ਪੋਸਟ ਨੇ ਸਾਰਿਆਂ ਦਾ ਧਿਆਨ ਖਿੱਚਿਆ। ਪੋਸਟ ਪਾਉਣ ਵਾਲੇ ਨੇ ਖੁਦ ਨੂੰ ਗੋਲਡੀ ਬਰਾੜ ਦੱਸਿਆ ਸੀ ਤੇ ਜ਼ਿੰਮੇਵਾਰੀ ਲਈ ਸੀ ਸਿੱਧੂ ਦੇ ਕਤਲ ਦੀ। ਇੱਕ ਪਾਸੇ ਇਸ ਪੋਸਟ ਦੇ ਰਾਹੀਂ ਕਾਤਲਾਂ ਨੇ ਆਪਣੀ ਮੌਜੂਦਗੀ ਦਰਜ ਕਰਾ ਦਿੱਤੀ ਸੀ ਤਾਂ ਦੂਜੇ ਪਾਸੇ ਪੁਲਿਸ ਤੰਤਰ ਵੀ ਹਰਕਤ ਵਿੱਚ ਆ ਗਿਆ ਸੀ। ਸਿਰਫ ਪੰਜਾਬ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਸੂਬਿਆਂ ਦੀ ਪੁਲਿਸ ਨੂੰ ਵੀ ਫੌਰਨ ਇਤਲਾਹ ਕਰ ਦਿੱਤੀ ਗਈ। ਪੰਜਾਬ ਦੀ ਦੂਜੇ ਸੂਬਿਆਂ ਨਾਲ ਲੱਗਦੀਆਂ ਹੱਦਾਂ ਅਤੇ ਜ਼ਿਲ੍ਹਿਆਂ ਦੀਆਂ ਹੱਦਾਂ ਤੇ ਨਾਕੇਬੰਦੀ ਕਰ ਦਿੱਤੀ ਗਈ। ਸੀਸੀਟੀਵੀ ਫੁਟੇਜ ਨੂੰ ਕੈਪਚਰ ਕਰਨ ਅਤੇ ਖੰਗਾਲਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਦੋਵੇਂ ਸ਼ੱਕੀ ਗੱਡੀਆਂ ਦੀ ਡਿਟੇਲ ਦੇ ਆਧਾਰ ਤੇ ਜਾਂਚ ਤੇਜ਼ ਹੋਈ। ਕੋਰੋਲਾ ਗੱਡੀ ਦੇ ਮਾਲਕ ਬਾਰੇ ਪਤਾ ਲੱਗਿਆ ਕਿ ਬਠਿੰਡਾ ਦੇ ਪਿੰਡ ਭਾਗੀ ਵਾਂਦਰ ਦੇ ਨਾਲ ਉਸ ਦਾ ਸੰਬੰਧ ਹੈ। ਇਸ ਕਤਲਕਾਂਡ ਦੇ ਵਿੱਚ ਪਹਿਲੀ ਗ੍ਰਿਫਤਾਰੀ 24 ਘੰਟੇ ਦੇ ਅੰਦਰ ਹੀ ਉੱਤਰਾਖੰਡ ਦੇ ਦੇਹਰਾਦੂਨ ਤੋਂ ਹੋ ਗਈ ਸੀ। ਗ੍ਰਿਫਤਾਰ ਕੀਤੇ ਗਏ ਸ਼ਖਸ ਦਾ ਨਾਂ ਸੀ ਮਨਪ੍ਰੀਤ ਉਰਫ ਪਾਉ। ਪਾਉ ਤੇ ਇਲਜ਼ਾਮ ਸਨ ਕਾਤਲਾਂ ਨੂੰ ਗੱਡੀਆਂ ਮੁਹੱਈਆ ਕਰਾਉਣ ਦੇ। ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪਾਉ ਨੇ ਸਵੀਕਾਰਿਆ ਕਿ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਸਰਾਜ ਮਿੰਟੋ ਅਤੇ ਮਨਪ੍ਰੀਤ ਮੰਨਾ ਦੇ ਕਹਿਣ ਤੇ ਉਸਨੇ ਗੱਡੀਆਂ ਕਾਤਲਾਂ ਨੂੰ ਮੁਹੱਈਆ ਕਰਾਈਆਂ ਸਨ। ਪੁਲਿਸ ਦੇ ਹੱਥ ਦੂਜੀ ਕੜੀ ਲੱਗ ਚੁੱਕੀ ਸੀ। ਸਰਾਜ ਮਿੰਟੋ ਅਤੇ ਮਨਪ੍ਰੀਤ ਮੰਨਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਪੁਲਿਸ ਨੇ ਦੋਵਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਧਰ ਇਸੇ ਮਾਮਲੇ ਵਿੱਚ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਵੀ ਐਕਟਿਵ ਹੋ ਗਿਆ ਅਤੇ ਲਾਰੈਂਸ ਬਿਸ਼ਨੋਈ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਪੁੱਛ ਪੜਤਾਲ ਸ਼ੁਰੂ ਹੋ ਗਈ। ਇਸ ਸਭ ਦੇ ਵਿਚਾਲੇ 30 ਮਈ 2022 ਨੂੰ ਸਿੱਧੂ ਦੀ ਮ੍ਰਿਤ ਦੇਹ ਦਾ ਪੋਸਟਮਾਰਟਮ ਕੀਤਾ ਗਿਆ ਅਤੇ 31 ਮਈ ਨੂੰ ਪਿੰਡ ਮੂਸਾ ਵਿੱਚ ਹਜ਼ਾਰਾਂ ਦੇ ਇਕੱਠ ਨੇ ਹਰਦਿਲ ਅਜੀਜ਼ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ। ਸਿੱਧੂ ਦੇ ਮਾਪਿਓ ਦੇ ਹਾਲਾਤਾਂ ਨੂੰ ਨਾ ਸਿਰਫ ਉੱਥੇ ਮੌਜੂਦ ਸਿੱਧੂ ਦੇ ਫੈਨਸ ਸਗੋਂ ਦੂਰ ਦੂਰ ਤੱਕ ਬੈਠੇ ਦਰਸ਼ਕਾਂ ਨੇ ਵੀ ਮਹਿਸੂਸ ਕੀਤਾ। ਜਦੋਂ ਸਿੱਧੂ ਦੇ ਪਿਤਾ ਨੇ
अपनी दस्तार हथां विच फड़ के सिद्धू दे चाहण वालियां दा इह समर्थन कबूल किया तां हर संवेदनशील दिल जार जार रो उठिया। सिद्धू नूं दित्ती इस अंतिम विदाई तो बाद उस थां ते सिद्धू दी यादगार बना दित्ती ते सब दे विचाले पुलिस की कार्रवाई जारी सी। सिद्धू मूसेवाला दे कातलां ने उसते चाहण वालियां दे ज़हनो दिल ते खौफ तारी करन दी जड़ी कोशिश कीती सी उह सिरे नहीं चढ़ी, सगों सिद्धू दी मौत तो बाद उसते चाहण वालियां दी गिणती विच बेपनाह वाधा होया। इस सब दे विचाले पुलिस दीआं कोशिशां भी रंग लियाईआं नज़र आईआं। उन्ती मई 2022 नूं सिद्धू मूसेवाला दे कतल वेले अते कतल तो पहलां जिहड़ियां तस्वीरां सामने आईआं उन्हां च बहुता स्पष्ट नहीं सी होया कि सिद्धू नूं मारन लई आए लोग कौन सन, पर इस वारदात नूं अंजाम देण तों बाद जिस तरीके नाल कातला ने फरार होण दी कोशिश कीती उस विच इह भुल गए कि हुण गलियां दे नुक्करां अते घरां दे अंदर लगी तीजी अख कई सारियां तस्वीरां नूं जज़्ब कर लैंदी है। सिद्धू दे कातल बुलैरो अते करोला गड्डियां विच आए सन अते पिंड जवार के तो फरार होण तों बाद उह वख-वख दिशावां दे वल रवाना हो। बुलैरो दे विच फरार होए कातलां दी गड्डी पिंड जवार के तो निकलण वेले ही खराब हो गई सी अते उह उत्थों लंघ रहे रतिया दे एक परिवार तों उन्हां दी ऑल्टो गड्डी खो के भज गए। ऑल्टो विच भज रहे इन्हां कातलां दीआं तस्वीरां सीसीटीवी विच कैद होईआं अते हमलावरां दी बुलैरो गड्डी भी पुलिस ने बरामद कर ली। बुलैरो गड्डी की तलाशी लई तां उस विच मिली एक पेट्रोल पंप की परची। यह परची कतल तो पिछली रात की सी। पुलिस ने पेट्रोल पंप ते जाके उत्थे लगे सीसीटीवी जां कह लो कि तीजी अख नूं खंगालिया तां इस दीआं तस्वीरां विच पुलिस नूं नजर आया पेशेवर मुजरम प्रियव्रत फौजी। प्रियव्रत फौजी हरियाणे दा गैंगस्टर सी अते उसते पहला भी कई अपराधक मामले दर्ज सन। पुलिस दे हत्थ कातलां दी पहली कड़ी लग चुकी सी। प्रियव्रत फौजी दे नाल नजर आया सी सिरसा पिंड दा अंकित जांटी। अंकित दी पछाण हरियाणा पुलिस दे रिकॉर्ड विच शार्प शूटर दी सी। कई वारदातां विच उसदी शमूलियत दी शिकायत भी पुलिस दे कोल सी। इन्हां दोवां दी शकल सामने आई तां जिवें पुलिस दे हत्थ इक पक्का सबूत लग गया। तस्वीरां बहुत कुछ बयान कर दिंदियां ने। इन्हां तस्वीरां ने भी एक सच बयान कर दिता सी कि सिद्धू मूसेवाला दे कतल विच पेशेवर मुजरमां दी शमूलियत सी। दूजे पासे पुलिस हुण तक बरामद होए सबूतां दी जांच कर रही सी। गड्डियां दे नंबरां अते रजिस्ट्रेशन वाले पते दे आधार ते गिरफ्तारियां दा सिलसिला शुरू हो चुक्या सी। जेलां चों गैंगस्टरां अते होरनां मुलजमां नूं रिमांड ते लै जाण दा सिलसिला भी जारी सी। 3 मई 2022 नूं उत्तराखंड तों मनप्रीत भाऊ दी गिरफ्तारी तों बाद जेल तों मनप्रीत मन्ना अते सारज मिंटू नूं रिमांड ते लै लिया गया सी। इस मगरों 3 जून नूं प्रभदीप सिंह, 6 जून नूं संदीप उर्फ केकड़ा अते 10 जून नूं चरणजीत उर्फ चेतन नूं काबू कर लिया गया। इन्हां सारिआं तों होई पुछगिछ मगरों पवन बिश्नोई, नसीब अते मोनू डागर दा भी रिमांड लिया गया। इन्हां सारिआं ते इल्जाम सन लॉजिस्टिक्स यानी गड्डियां, हथियार अते पैसिआं दे नाल नाल कातलां दी रिहायश दा इंतजाम करन दे। 14 जून नूं लॉरेंस बिश्नोई अते 17 जून नूं मानसा जेल तों मनमोहन उर्फ मोना दी गिरफ्तारी ने पहलां तों गिरफ्त विच लए मुलजमां दी शमूलियत अते कतल दे लई कीती गई प्लानिंग बारे हो रहे खुलासिआं ते मोहर ला दी। पर पुलिस दे सामने एक सवाल लगातार पुछा जा रहा सी, असल कातल कदों फड़े जाण गे अते इस दा जवाब पुलिस दे सांझे ऑपरेशन राही मिलिआ 20 जून जदों प्रियव्रत फौजी, कशिश अते केशव चढ़े पुलिस दे अड़ी, जिन्हां नूं 4 जुलाई नूं पंजाब पुलिस प्रोडक्शन वारंट ते लेके आए। 26 साला प्रियव्रत ते मूसेवाला दे कतल तों पहलां भी मर्डर दे ही दो मामले चल रहे सन।
सोनीपत विच होए कतल दे मामले विच फौजी नू 2015 विच गिरफ्तार किया गया सी। पुलिस नू 2021 दे कतल दे मामले विच भी उसकी पार सी। सिद्धू दा पीछा कर रही दो गड्डियां चो प्रियव्रत बोलेरो भी सवार सी। इसे गड्डी दे विच अंकित सिरसा भी सी, जबकि कशिश इस नू चला रहा सी। प्रियव्रत कशिश ते केशव फड़े गए ता नाल ही उन्हां दे कोलों मिले मोबाइल भी, जिन्हां चो सामने आए वीडियो जिहड़े सिद्धू दा कतल करन तो बाद अते उस तो पहला हमलावरां ने बनाए सन। हत्थां विच हथियार चुके नशे विच तो एक कातल इस पक्षों बेखौफ सन के किसे दिन एक कानून दे शिकंजे विच वे फस सकते ने। तिन्ने मुलजम गुजरात दे मुंद्रा तो गिरफ्तार किए गए सन। गुजरात दे मुंद्रा पोर्ट की ही एक तस्वीर भी इन्हां दे कोलों मिली, जिस विच इन्हां तिन्ना तो अलावा बाकी मुलजम भी साफ नजर आ रहे सन। तिन्हां नूं 4 जुलाई तक पुलिस कस्टडी विच भेजा गया सी, जिस तों बाद इन्हां नूं पंजाब लिआंदा गया। 4 जुलाई नूं जदों पंजाब पुलिस प्रियव्रत फौजी कशिश अते केशव नूं लै के पंजाब आ रही सी, तां उसे दौरान दिल्ली विच कश्मीरी गेट दे नेड़ों पुलिस दे अड़ीके चढ़े सी अंकित सिरसा अते सचिन चौधरी। 3 जुलाई दी रात नूं अंकित अते सचिन नूं गिरफ्तार कर लिया गया सी। 18 सालां दा अंकित इस कतलकांड विच सब तो घट उम्र दा शार्प शूटर है। अंकित अते सचिन दे कोलों पुलिस नूं असला तां मिलिया ही, नाल ही मिलिया पुलिस दीआं वर्दियां वी। खुलासा यह होया कि सिद्धू नूं घर दे अंदर वड़ के मारन दा प्लान भी तैयार किया गया सी, अते इसे करके पुलिस दीआं वर्दियां दा इंतजाम किया गया सी। गड़ियां जुड़ रही सन, अपडेट भी पुलिस नूं लगातार मिल रही सी। संदीप उर्फ केकड़ा दा साथी निकू भी 23 जून नूं पुलिस दे अड़ीके चढ़ गया सी, जबकि 29 जून नूं तिहाड़ जेल तो ही जग्गू भगवानपुरिया दी गिरफ्तारी की गई। उस दी इस कतल दे मामले में शमूलियत दे राज भी खुलने शुरू हो गए, पर अजे 3 चेहरे अजिहे सन जिन्हां नूं गिरफ्तार करना पुलिस दे लई चुनौती बनिया होया सी। इह सन पंजाब तो निकले शार्प शूटर जगरूप रूपा अते मनु कूसा, जो सिद्धू दे बाकी कातलां दे नाल पंजाब तो बाहर नहीं सन गए। ਇਹ ਪੁਲਿਸ ਦੀ ਗ੍ਰਿਫਤ ਵਿੱਚ ਆਏ ਫੌਜੀ ਅੰਕਿਤ ਕਸ਼ਿਸ਼ ਅਤੇ ਕੇਸ਼ਵ ਨੇ ਖੁਲਾਸਾ ਕੀਤਾ ਸੀ। ਇਸ ਖੁਲਾਸੇ ਮਗਰੋਂ ਪੰਜਾਬ ਦੇ ਅੰਦਰ ਮੌਜੂਦ ਇਹਨਾਂ ਦੋਵਾਂ ਦੀ ਭਾਲ ਦੇ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ। ਅਤੇ ਫਿਰ ਆਇਆ 11 ਜੁਲਾਈ ਦਾ ਉਹ ਦਿਨ, ਜਦੋਂ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਚੀਚਾ ਅਤੇ ਪਕਨਾ ਕਲਾਂ ਦੇ ਖੇਤਾਂ ਵਿੱਚ ਬਣੀ ਇੱਕ ਬੰਦ ਪਈ ਇਮਾਰਤ ਵਿੱਚ ਦਾਖਲ ਹੋਏ ਮਨੂ ਕੂਸਾ ਅਤੇ ਜਗਰੂਪ ਰੂਪਾ ਨੂੰ ਘੇਰਾ ਪੈ ਗਿਆ। ਕੇਰਾ ਪਾਇਆ ਸੀ ਪੰਜਾਬ ਪੁਲਿਸ, AGTF, ਕਮਾਂਡੋਸ ਅਤੇ ਸਵਾਟ ਦੀਆਂ ਟੀਮਾਂ ਨੇ। ਦਰਸਲ ਪੁਲਿਸ ਨੂੰ ਇਹਨਾਂ ਦੋਵਾਂ ਦੇ ਇਸ ਇਲਾਕੇ ਵਿੱਚ ਹੋਣ ਦੀ ਇਤਲਾਹ ਮਿਲੀ ਸੀ, ਤਾਂ ਪਹਿਲਾਂ ਕੋਸ਼ਿਸ਼ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਹੋਈ। ਪੁਲਿਸ ਨੂੰ ਵੇਖ ਕੇ ਇਹਨਾਂ ਦੋਵਾਂ ਨੇ ਪੁਲਿਸ ਤੇ ਹੀ ਫਾਇਰਿੰਗ ਕਰਨੀ ਸ਼ੁਰੂ ਕੀਤੀ, ਤਾਂ ਜਵਾਬੀ ਕਾਰਵਾਈ ਲਈ ਤਿਆਰ ਪੰਜਾਬ ਪੁਲਿਸ ਨੇ ਵੀ ਘਰ ਦੇ ਅੰਦਰ ਲੁਕੇ ਇਹਨਾਂ ਦੋਵਾਂ ਨੂੰ ਨਿਸ਼ਾਨੇ ਤੇ ਲੈ ਲਿਆ। तकरीबन 5 तो 6 घंटे तक दोवें पुलिस की चेतावनी नूं अखो परोखे करके गोलियां वराउंदे रहे। पुलिस दे लई चैलेंज यह भी सी कि पिंड दे खेतां विच काम कर रहे लोगों की सुरक्षा का ख्याल भी रखा जाना सी, अते सिविलियन इलाके चों इन्हां दोवें कातलां नूं काबू भी करना सी। ते अखीर तकरीबन 6 घंटिया की कार्रवाई तो बाद दोवां दे मारे जाण दा ऐलान होया, अते सिद्धू दे कातलां चों मनु कूसा ते जगरूप रूपा अपने अंजाम तक पहुंची। अते पंजाब पुलिस एक सुनेहा देन दे विच कामयाब हुई कि गैंगस्टर जां बदमाश कोई भी हो, किते भी हो, बख्शे नहीं जाणगे। मूसेवाला दा आखरी कातल दीपक मुंडी जो आजाद घूम रहा सी, उसदे बारे इतला मिली कि ओ विदेश भजण दी फिराक विच सी। 10 सितंबर नूं सांझे ऑपरेशन दे तहत पुलिस ने तैयारी कीती ਅਤੇ ਨੇਪਾਲ ਦੇ ਬਾਰਡਰ ਤੋਂ ਫੜਿਆ ਗਿਆ ਦੀਪਕ ਮੁੰਡੀ। ਪੁਲਿਸ ਦੇ ਅੜਿੱਕੇ ਕਪਿਲ ਪੰਡਿਤ ਅਤੇ ਰਾਜਿੰਦਰ ਜੋਕਰ ਵੀ ਦੀਪਕ ਮੁੰਡੀ ਦੇ ਨਾਲ ਹੀ ਚੜੇ ਸਨ। ਸਿੱਧੂ ਦੇ ਕਾਤਲਾਂ ਦੇ ਪੁਲਿਸ ਦਾ ਸ਼ਿਕੰਜਾ ਕੱਸ ਰਿਹਾ ਸੀ। ਫਸਟ ਅਤੇ ਸੈਕਿੰਡ ਲਾਈਨ ਦੇ ਮੁਲਜ਼ਮ, ਯਾਨੀ ਉਹ ਵੀ ਜਿਨ੍ਹਾਂ ਨੇ ਗੋਲੀਆਂ ਵਰਾਈਆਂ ਸਨ ਅਤੇ ਉਹ ਵੀ ਜਿਨ੍ਹਾਂ ਨੇ ਮਦਦ ਕੀਤੀ ਸੀ, ਸਾਰੇ ਹੀ ਪੁਲਿਸ ਦੀ ਗ੍ਰਿਫਤ ਵਿੱਚ ਸਨ।
पर कुछ अजिहे चेहरे भी सन जो विदेश भजे हुए सन, उन्हां ते भी शिकंजा कसया गया। दो हजार बई विच होए सिद्धू मूसेवाला के कतल तो बाद जदों परतां खुलनिया शुरू होईयां तां एक वड्डा चक्करव्यू पुलिस दे सामने आया। जिस तरीके इस मामले नूं हल करन दे लई पंजाब पुलिस ने दूजे सूबयां दी पुलिस दे नाल सहयोग वधाया सी, पुलिस दी तफतीश दे विच हैरान करन वाला खुलासा यह होया कि विदेशां विच बैठे गैंगस्टरां दे दम ते देश दे अंदर भी वखो वख सूबयां दे गैंगस्टरां दा नैक्सस बनिया होया। सिद्धू दे कतल दे विच जिहड़े शूटरां ਅਤੇ ਗੈਂਗਸਟਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ, ਉਹਨਾਂ ਦੇ ਤਾਰ ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਜਾ ਕੇ ਜੁੜ ਰਹੇ ਸਨ। ਸਾਰੇ ਤਾਰ ਜੁੜਨ ਤੋਂ ਬਾਅਦ ਇੱਕ ਤਸਵੀਰ ਪੁਲਿਸ ਦੇ ਸਾਹਮਣੇ ਬਿਲਕੁਲ ਸਪਸ਼ਟ ਸੀ ਕਿ ਸਿੱਧੂ ਦੇ ਕਤਲ ਨੂੰ ਵਿਦੇਸ਼ ਵਿੱਚ ਬੈਠੇ ਗੋਲਡੀ ਬਰਾੜ ਦੀ ਸਾਜ਼ਿਸ਼ ਦੇ ਆਧਾਰ ਤੇ ਹਰਿਆਣਾ ਅਤੇ ਪੰਜਾਬ ਦੇ ਵੱਖੋ ਵੱਖ ਗੈਂਗਸਟਰਾਂ ਨੇ ਰਲ ਕੇ ਅੰਜਾਮ ਦਿੱਤਾ ਸੀ। ਇਹਨਾਂ ਚੋਂ ਕੁਝ ਲਾਰੈਂਸ ਬਿਸ਼ਨੋਈ ਨਾਲ ਜੁੜੇ ਸਨ ਅਤੇ ਕੁਝ ਜੱਗੂ ਭਗਵਾਨਪੁਰੀਆ ਦੇ ਨਾਲ, ਤੇ ਇਹਨਾਂ ਚੋਂ ਹੀ ਇੱਕ ਸੀ ਦੀਪਕ ਉਰਫ ਟੀਨੂ। ਲਾਰੈਂਸ ਬਿਸ਼ਨੋਈ ਦਾ ਖਾਸਮ ਖਾਸ ਮੰਨੇ ਜਾਂਦੇ ਟੀਨੂ ਦੀ ਲਾਰੈਂਸ ਦੇ ਨਾਲ ਸਾਂਝ ਕਾਲਜ ਵੇਲੇ ਤੋਂ ਹੀ ਪੈ ਗਈ ਸੀ। ਹਰਿਆਣਾ ਦੇ ਜ਼ਿਲ੍ਹਾ ਭਿਵਾਨੀ ਦੇ ਜੈਨ ਚੌਕ ਦੇ ਮੁਹੱਲਾ ਤੇਲੀਵਾੜਾ ਦਾ ਰਹਿਣ ਵਾਲਾ ਦੀਪਕ ਟੀਨੂ ਸਭ ਤੋਂ ਪਹਿਲਾਂ ਸੁਰਖੀਆਂ ਵਿੱਚ ਉਦੋਂ ਆਇਆ ਸੀ ਜਦੋਂ ਉਸ ਦੀਆਂ ਤਸਵੀਰਾਂ ਵਾਲੇ ਪੋਸਟਰ ਸ਼ਹਿਰ ਦੀਆਂ ਕੰਧਾਂ ਤੇ ਲਾਏ ਗਏ ਸਨ। ਇਹ ਸਾਲ 2018 ਦੀ ਗੱਲ ਹੈ। ਰੱਖੜੀ ਦੇ ਤਿਉਹਾਰ ਮੌਕੇ ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲੀ ਸਟੂਡੈਂਟ ਯੂਨੀਅਨ ਸੋਪੂ ਦੇ ਹਰਿਆਣਾ ਸੂਬੇ ਦੇ ਪ੍ਰਧਾਨ ਵਜੋਂ ਦੀਪਕ ਟੀਨੂ ਨੂੰ ਇਹਨਾਂ ਪੋਸਟਰਾਂ ਵਿੱਚ ਵਿਖਾਇਆ ਗਿਆ ਸੀ। ਪੰਜਾਬ ਦੇ ਵਿੱਚ ਕੋਟਕਪੂਰਾ ਦੇ ਮਸ਼ਹੂਰ ਗੈਂਗਸਟਰ ਲਵੀ ਦਿਓੜਾ ਨੂੰ ਗੈਂਗ ਵਾਰ ਦੇ ਵਿੱਚ ਕਤਲ ਕੀਤਾ ਗਿਆ ਤਾਂ ਉਸ ਮਾਮਲੇ ਵਿੱਚ ਵੀ ਦੀਪਕ ਟੀਨੂ ਦਾ ਨਾਂ ਸਾਹਮਣੇ ਆਇਆ। ਲਵੀ ਦਿਓੜਾ ਨੂੰ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਮੇਲੇ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਸੀ। ਇਸੇ ਮਾਮਲੇ ਵਿੱਚ ਦੀਪਕ ਟੀਨੂ ਦਾ ਨਾਂ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਸੀ ਅਤੇ ਉਹ ਫਰਾਰ ਚੱਲਦਾ ਰਿਹਾ। ਨਵੰਬਰ 2018 ਵਿੱਚ ਜਦੋਂ ਟੀਨੂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਖਿਲਾਫ ਦਰਜ ਮਾਮਲਿਆਂ ਦੀ ਗਿਣਤੀ 34 ਦੇ ਨੇੜੇ ਪਹੁੰਚ ਚੁੱਕੀ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ 2 ਦਿਨ ਪਹਿਲਾਂ 27 ਮਈ ਨੂੰ ਦੀਪਕ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਨੂੰ ਮਿਲਿਆ ਸੀ। ਸਿੱਧੂ ਦੇ ਕਤਲ ਮਾਮਲੇ ਵਿੱਚ ਉਸ ਨੂੰ ਗੋਇੰਦਵਾਲ ਜੇਲ੍ਹ ਤੋਂ ਮਾਨਸਾ ਲਿਆਂਦਾ ਗਿਆ ਸੀ। ਜੇਲ੍ਹ ਵਿੱਚ ਬੰਦ ਦੀਪਕ ਟੀਨੂ ਤਕਨੀਕ ਦਾਤਾ ਜਾਣਕਾਰ ਸੀ ਹੀ, ਸ਼ਾਤਿਰ ਦਿਮਾਗ ਵੀ ਸੀ। ਉਸ ਨੇ ਇਸ ਗ੍ਰਿਫਤਾਰੀ ਤੋਂ ਫਰਾਰ ਹੋਣ ਦੇ ਲਈ ਪਲਾਨਿੰਗ ਸ਼ੁਰੂ ਕਰ ਦਿੱਤੀ ਅਤੇ CIA ਸਟਾਫ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਪੈਸਿਆਂ ਦਾ ਲਾਲਚ ਅਤੇ ਚਮਕ ਦਮਕ ਵਾਲੀ ਜ਼ਿੰਦਗੀ ਦੇ ਅਜਿਹੇ ਸਬਜ਼ ਬਾਗ ਉਸਨੇ ਪ੍ਰਿਤਪਾਲ ਨੂੰ ਵਿਖਾਏ ਜਿਹੜੇ ਉਹ ਆਪਣੀ ਗਰਲਫ੍ਰੈਂਡ ਜਤਿੰਦਰ ਕੌਰ ਨੂੰ ਵੀ ਵਿਖਾਉਂਦਾ ਰਿਹਾ ਸੀ। ਜਤਿੰਦਰ ਕੌਰ ਪੇਸ਼ੇ ਤੋਂ ਮੇਕਅਪ ਆਰਟਿਸਟ ਸੀ ਅਤੇ ਉਸ ਨੂੰ ਵਿਦੇਸ਼ ਜਾ ਕੇ ਵਸਣ ਦਾ ਖੁਆਬ ਵਿਖਾਇਆ ਦੀਪਕ ਟੀਨੂ ਨੇ। ਉਸ ਦੀ ਇਸ ਡਬਲ ਗੇਮ ਦੇ ਵਿੱਚ ਦੋਵੇਂ ਬੁਰੇ ਤਰੀਕੇ ਫਸ ਗਏ। CIA ਸਟਾਫ ਦਾ ਮੁਖੀ ਹੋਣ ਦੇ ਬਾਵਜੂਦ ਪ੍ਰਿਤਪਾਲ ਦੀਪਕ ਨੂੰ ਸਿੱਧੇ ਅਸਿੱਧੇ ਤੌਰ ਤੇ ਮਦਦ ਕਰਦਾ ਰਿਹਾ ਅਤੇ ਉਸ ਤੇ ਯਕੀਨ ਕਰਕੇ ਜਦੋਂ ਉਹ ਸਰਹੱਦ ਪਾਰ ਤੋਂ ਆਏ ਹਥਿਆਰਾਂ ਦੀ ਬਰਾਮਦਗੀ ਦੇ ਲਈ ਦੀਪਕ ਨੂੰ ਲੈ ਕੇ ਜਾ ਰਿਹਾ ਸੀ ਤਾਂ 1 ਅਤੇ 2 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਦੀਪਕ ਉਸ ਦੀ ਕਸਟਡੀ ਤੋਂ ਫਰਾਰ ਹੋ ਗਿਆ। ਇਹ ਜ਼ਿਕਰ ਪੁਲਿਸ ਵੱਲੋਂ ਦਰਜ FIR ਦੇ ਵਿੱਚ ਕੀਤਾ ਗਿਆ ਹੈ। ਦੀਪਕ ਦੀ ਫਰਾਰੀ ਤੋਂ ਬਾਅਦ ਚਾਰੇ ਪਾਸੇ ਨਾਕੇਬੰਦੀ ਕਰ ਦਿੱਤੀ ਗਈ। ਪ੍ਰਿਤਪਾਲ ਨੇ ਜਿਹੜੇ ਖੁਲਾਸੇ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਸਾਹਮਣੇ ਕੀਤੇ ਉਸ ਤੋਂ ਪੁਲਿਸ ਮਹਿਕਮੇ ਵਿੱਚ ਸ਼ਾਮਿਲ ਕਾਲੀਆਂ ਭੇਡਾਂ ਦਾ ਚਿਹਰਾ ਬੇਨਕਾਬ ਹੋਇਆ। ਪਰ ਸੂਬਾ ਸਰਕਾਰ ਕਿਸੇ ਵੀ ਤਰੀਕੇ ਇਸ ਕੁਤਾਹੀ ਨੂੰ ਬਖਸ਼ਣ ਦੀ ਰੋਂ ਵਿੱਚ ਨਹੀਂ ਸੀ। ਇਸੇ ਕਰਕੇ DGP ਪੰਜਾਬ ਨੇ ਐਲਾਨ ਕਰ ਦਿੱਤਾ ਕਿ ਪ੍ਰਿਤਪਾਲ ਨੂੰ ਬਰਖਾਸਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੂਜੇ ਸੂਬਿਆਂ ਦੀ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ। ਪੁਲਿਸ ਦੀ ਸਖਤੀ ਵਧੀ ਤਾਂ ਲਾਰੈਂਸ ਦੇ ਕਰੀਬੀ ਵੱਲੋਂ ਇੱਕ ਪੋਸਟ ਫੇਸਬੁੱਕ ਤੇ ਪਾਈ ਗਈ ਜਿਸ ਦੇ ਵਿੱਚ ਹਰਿਆਣਾ ਅਤੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਗਈ ਸੀ। ਇਸ ਸਭ ਦੇ ਵਿਚਾਲੇ ਟੀਨੂ ਦੀ ਗਰਲਫ੍ਰੈਂਡ ਦੇ ਬਾਰੇ ਖੁਲਾਸਾ ਹੋਇਆ ਤਾਂ ਉਸ ਦੀ ਭਾਲ ਵੀ ਸ਼ੁਰੂ ਹੋ ਗਈ ਅਤੇ ਹਵਾਈ ਅੱਡੇ ਤੇ ਵਿਦੇਸ਼ ਜਾਣ ਵਾਲੀ ਫਲਾਈਟ ਦੇ ਟੇਕ ਆਫ ਦਾ ਇੰਤਜ਼ਾਰ ਕਰ ਰਹੀ ਜਤਿੰਦਰ ਕੌਰ ਦੀ ਲੈਂਡਿੰਗ ਹੋਈ ਸਿੱਧੀ ਪੁਲਿਸ ਦੇ ਪਿੰਜਰੇ ਵਿੱਚ, ਜਿੱਥੇ ਉਸ ਨੂੰ ਪ੍ਰਿਤਪਾਲ ਦੇ ਸਾਹਮਣੇ ਬਿਠਾ ਕੇ ਸਵਾਲ ਜਵਾਬ ਕੀਤੇ ਗਏ। ਇਸ ਸਾਰੀ ਕਾਰਵਾਈ ਨੂੰ ਬਾਕੀ ਸੂਬਿਆਂ ਦੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਨਾਲ ਵੀ ਸਾਂਝਾ ਕੀਤਾ ਗਿਆ ਸੀ। ਇਸੇ ਦੇ ਆਧਾਰ ਤੇ 19 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਦੇ ਕੇਕੜੀ ਤੋਂ ਕਾਬੂ ਕੀਤਾ ਗਿਆ ਦੀਪਕ ਟੀਨੂ। ਉਸ ਨੇ ਖੁਲਾਸੇ ਕੀਤੇ ਕਿ ਉਹ ਅਜ਼ਰਬੈਜਾਨ ਵਿੱਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ਵਿੱਚ ਸੀ। ਪੁਲਿਸ ਦੇ ਕੋਲ ਦੀਪਕ ਦੇ ਬਿਆਨ ਤੇ ਯਕੀਨ ਕਰਨ ਦਾ ਆਧਾਰ ਵੀ ਸੀ। ਦਰਅਸਲ ਇਸ ਤੋਂ ਪਹਿਲਾਂ 31 ਅਗਸਤ ਨੂੰ ਅਜ਼ਰਬੈਜਾਨ ਵਿੱਚ ਸਚਿਨ ਥਾਪਨ ਨੂੰ ਡਿਟੇਨ ਕਰਨ ਦੀਆਂ ਖਬਰਾਂ ਮਿਲੀਆਂ ਸਨ। ਸਚਿਨ ਥਾਪਨ ਦੀ ਗੱਲਬਾਤ ਲਗਾਤਾਰ ਗੋਲਡੀ ਬਰਾੜ ਦੇ ਨਾਲ ਹੋ ਰਹੀ ਸੀ, ਜਦਕਿ ਇਸ ਦੇ ਅਗਲੇ ਹੀ ਹਫ਼ਤੇ 'ਚ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਕੀਨੀਆ ਤੋਂ ਡਿਟੇਨ ਕੀਤੇ ਜਾਣ ਦੀ ਖਬਰਾਂ ਸਾਹਮਣੇ ਆਈਆਂ।
गोल्डी बराड तो अलावा अनमोल ते सचिन सिद्धू मूसेवाला कतल कांड दी साजिश करन वाले अहम किरदार सन। सो गिरफ्त तो फरार दीपक चीनू दे नाल नाल विदेश विच बैठे गैंगस्टर ते भी शिकंजा कसता होया नजर आया। ते सब तो वड्डी जानकारी ए के इस पूरे कतल कांड दा मुख साजिशकारा गोल्डी बराड भी हुन रडार ते आ चुका है। यानी नवा साल 2023 बेशक सिद्धू तो बिना सुर अते संगीत दी मिठास तोता वांझा हो गया है, पर पुलिस ने जिस तरीके दिन रात एक करके इस मामले विच अपना शिकंजा कसा है, उसने गुनाहगारां दे सलाखां पिछे पहुंचण नूं भी यकीनी बना दिता है। सिद्धू दे मापियो दा दर्द हालांकि कई बार सामने आया अते एक लौते पुत नूं गवाण दी टीस भी उन्हां दे दिलां चों निकली, पर प्रशासनिक कार्रवाई ने अजे आस जिउंदी रखी है कि सिद्धू दा हर गुनाहगार अपने कीते दी सजा जरूर भुगतेगा। सिद्धू बिना नवा साल, यह सुनना भी अपने आप विच दिल नूं दुखाण वाला है, पर यह कौड़ा सच है। 2022 दी विदाई दा अजिहा कौड़ा सच जो लंबे चिर तक सिद्धू दे फैंस नूं परेशान करता रहेगा। साड़ी इस खास पेशकश विच इन्ना ही, इजाजत दिओ, धन्यवाद। दंत कांति से हमने करोड़ों लोगों को धूप जान के पत्ते कीड़े मकोड़े का जो पत्ते झड़ जाएंगे साफ हो जाएंगे तो इन बचारा ज्यादा करेगा। उधर महारानी भी मीह नूं फसलां दे लई लाहेवंद दस्सिया है। हालांकि एक्सपर्ट्स किसानां नूं फिलहाल मीह रुकण तक फसलां दे उत्ते स्प्रे ना करन दी सलाह भी दे रहे ने। हुण अगे वधदे गल होवेगी पतंगबाजी दे सीजन दी। खूब इस समय पतंगबाजी दा सीजन है, जदों धुप निकलदी है तां बहुत सारे शहरां दे विच खूब पतंग तुहानूं आसमान च नजर आउंदे होणगे। सीजन चल रहा है तां उत्थी पंजाब पुलिस चाइना डोर वेचण वालिआं दे उत्ते शिकंजा वी कसदी। नवांशहर सिटी पुलिस ने मोहल्ला वैदा दे विच रेड कीती ते दो आकाश अते कृष्ण नाम दे मुलजमां नूं चोरी छिपे चाइना डोर वेचण दे इल्जामां च गिरफ्तार कर लिया। पुलिस नूं इन्हां दे कोलों चाइना डोर दे 212 गट्टू बरामद होए ने। सानूं जिहड़ियां 212 छोटियां दरमियानियां ते वड्डियां चाइना डोर दे गट्टू मिले आ, ते उहनां दे खिलाफ आकाश ते कृष्ण दोनों नवांशहर दे आ, उहनां दे खिलाफ असीं मुकदमा दर्ज कर दित्ता। दूजा मामला गुरदासपुर का, जिथे पुलिस अते नायब तहसीलदार दे वल्लों सांझी कार्रवाई करदे इक घर दुकान च रेड कीती गई ते रेड दौरान पुलिस दे हत्थ 7 गट्टू चाइना डोर लगी, जिस तों बाद पुलिस ने दुकानदार नूं गिरफ्तार कर लिया। हाल वाली गली च सतीश कुमार काला पुत्र हीरा लाल वासी हाल वाली गली पुराना बस स्टैंड धारीवाल 7 चाइना डोर दे गट्टू उत्थों रिकवर कीते आ। पुलिस ने मुलजमान खिलाफ धारा 188 के तहत कार्रवाई की है। दस दिए कि सरकार के वालों चाइना डोर वेचण अते वरतण दे उत्ते पूर्ण तौर पर पाबंदी लगाई गई है। बिल्कुल पाबंदी है, जेकर तुसी अपने बच्चे नूं दबा रहे हो चाइना डोर तो फिर दिक्कत हो सकती है। दूजे पासे कोशिश यही करो कि बिल्कुल चाइना डोर नूं ना कर दो, घट्टो घट किसी की जान के उत्ते डोर भारी ना पवे। उधर साउथ कोरिया के ग्वाचियान शहर के विच भयानक सड़क हादसा वापरिया। एक्सप्रेस वे टनल तो लंघ रही एक बस अचानक ट्रक दे नाल टकरा गई, इस तो बाद फौरन धमाका होया जिस दे नाल टनल दे विच ही अग लग गई। इस हादसे दे विच 6 लोगों की मौत हो गई, 37 लोग जख्मी हो गए ने। ट्रक दे विच किहड़ा किहड़ा समान सी अते बस दे विच किन्ने यात्री सवार सी, हादसे दे नाल जुड़ी वीडियो दे विच घटना वाली थां दे उत्ते धुएं दे गुबार दे विच देखिया जा सकदा है। घटना की जानकारी मिलते ही फायर ब्रिगेड दीआं गड्डियां भी मौके दे उत्ते पहुंचियां। अग दे उत्ते काबू पाउण दे लई काफ़ी मशक्कत करनी पई। उत्तरी भारत के तकरीबन सारे सूबे शीत लहर संघनी धुंद का कहर देखने को मिल रहा है, तो उसी पहाड़ी सूबे बर्फबारी का दौर शुरू हो गया। खूबसूरत दिलकश नजारा वक् वक् थावां तो श्रीनगर तो लैके हिमाचल के वक् वक् शहरों को सामने आ रहा है।
कश्मीर दे कुछ इलाकियां दे विच हल्की बर्फबारी दे नाल हिमपात दा दौर शुरू होया जो दोपहर तक तेज हो गया। शोपिया ते कुलगाम दे विच तेज बर्फबारी हुई है। गुलमर्ग दे विच हल्की बर्फबारी दी खबर है। बर्फबारी दे नाल सैलानियों दे चेहरे खिड़ उठे ने। ताजा बर्फबारी तो बाद गड्डियां दी आवाजाई दे लई इस रूट नूं बंद कर दिता गया है। उधर हिमाचल की राजधानी शिमला दे विच रिज ते कुफरी दे महासू पीक दे विच हल्की बर्फबारी हुई। बर्फबारी नूं देख के सैलानियों दे चेहरे भी खिड़ उठे। हम लकी हैं जो हम आती आज हम आए हैं, सेकंड डे है और बर्फ हो गई है। हाँ जी, हाँ जी। अच्छा लग रहा है, बहुत अच्छा। मैं इसी को देखने के लिए बनारस से प्लान करके आया था और आज ही आया और ये मतलब जिंदगी का एक अलग अनुभव है और मतलब वाकई कश्मीर को जन्नत कहते हैं वो फील हो रहा है। मौसम विभाग के मुताबिक आने वाले दो तीन दिन मौसम इस तरह का ही रहने वाला है। नवा साल मैदानी इलाकों के लिए जबरदस्त ठंड लेके आएगा। जनवरी के पहले हफ्ते च पंजाब और हरियाणा के कई इलाकों के भी टेंपरेचर 0 डिग्री तक पहुंच सकता है। फर्क तो पैंदा दे विच वेला हो चले तो दो इजाजत लैन का तुहाडे सुझावां दा सानूं इंतजार रहिंदा है। तुसीं अपने सुझाव साडे नाल सोशल मीडिया नैटवर्क के जरिए सांझे कर सकते हो क्योंकि तुहाडे सुझावां दे नाल भी फर्क तो पैंदा है। फिलहाल मैनूं इजाजत दिओ, तुसीं जुड़े रहो न्यूज 18 पंजाब हरियाणा दे। सत श्री अकाल, स्वागत है, गौरव शुक्ला मैं हाँ तुहाडे नाल। हाजर हाँ। फर्क तो पैंदा है लैके जदों बच्चे जो करीब करीब एक साल तो खूब तैयारी कर रहे होण ते उहनां नूं पता लग जावे कि फाइनल एग्जाम कदों होने ने, यानी कि डेट शीट आ जावे, फिर फर्क तो पैंदा है। शुरुआत इत्थे ही करन जा रहे हैं। CBSE दे नाल जुड़ी हुई खबर है। डेट शीट CBSE दे वल्लों जारी कर दिती गई है और CBSE ने प्रीख्यावां दा ऐलान कर दिता है। 15 फरवरी तो CBSE दे एग्जाम शुरू होण जा रहे हैं। जेकर तुहाडे बच्चे या तुहाडे परिवार दे मैंबर या तुसीं खुद 10वीं या 12वीं दे विचों तां इह खबर तुहाडे लई है। 15 फरवरी तो 10वीं दे पेपर होणगे, 12वीं दे पेपर भी शुरू हो रहे हैं। 21 मार्च नूं 10वीं दा आखिरी पेपर होएगा ते 5 अप्रैल नूं 12वीं दा आखिरी एग्जाम होवेगा। प्रायोजक वीजा गुरु गौरव तलवार, पे ऑल फी आफ्टर वीजा। साबका मुख्यमंत्री चरणजीत सिंह चन्नी नूं सता रहा गिरफ्तारी दा खदशा। न्यूज 18 दे उत्ते बोले, मैनूं अंदर करन दे सरकार लब रही तरीके, मेरे बैंक खाते ते जायदाद दी हो रही है जांच। स्थानक सरकारां विभाग ने मोहाली दे मेयर अमरजीत सिद्धू नूं अहुदे तों हटाया। सिद्धू ते अपनी कोऑपरेटिव सोसाइटी नूं विकास टेंडर देने दे इल्जाम। खुफिया अलर्ट तो बाद चप्पे चप्पे दे पुलिस दी चौकसी, सरहदी इलाकियां दे विच खास निगरानी, नाके लगा के वाहनां दी कीती जा रही चेकिंग। रिश्वत अते शोषण दे इल्जामां दे विच गिरफ्तार AIG आशीष कपूर दे खिलाफ सख्त कार्रवाई दी मंग। पीड़ित महिला ने राज्यपाल नाल कीती मुलाकात, पंजाब पुलिस ते ठीक कार्रवाई ना करन दे भी इल्जाम। हरियाणा के खेड मंत्री से छेड़छाड़ के इल्जाम लगाने वाली महिला कोच ने SSP चंडीगढ़ को दी शिकायत। मंत्री संदीप सिंह के खिलाफ कार्रवाई की मांग, कहा मैनू सोशल मीडिया के उत्ते मिल रही ने धमकियां। संदीप सिंह पहला ही इल्जामों को चुके ने नकार। भयानक सड़क हादसे के बाल बाल बचे क्रिकेटर ऋषभ पंत। रुड़की नेड़े डिवाइडर के टकराने तो बाद कार में लगी अग, पंत के सिर गोडे ते पिट दे विच लगियां सट्टां, स्थिति खतरे तो बाहर। प्रधानमंत्री मोदी की माता हीरा बा पंच तत्तां दे विच विलीन। PM ने दित्ती अग्नि, हीरा बा ने 100 साल की उम्र दे विच ले आखिरी सांस। सत श्री अकाल, स्वागत है, गौरव शुक्ला मैं हाँ तुहाडे नाल। हाजर हाँ। फर्क तो पैंदा है लैके जदों रफ्तार होवे कंट्रोल तो बाहर, फिर फर्क तो पैंदा है। वख-वख थावां तो हादसे दीआं खबरां ते तस्वीरां सामने आईआं। दिन दी वड्डी खबर दे नाल ही शुरुआत करन जा रहे हां जो जुड़ी हुई है टीम इंडिया दे विकेटकीपर बल्लेबाज
ਰਿਸ਼ਭ ਪੰਤ ਦੇ ਨਾਲ। ਰਿਸ਼ਭ ਪੰਤ ਦਿੱਲੀ ਤੋਂ ਰੁੜਕੀ ਜਾ ਰਹੇ ਸੀ ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ, ਵਲ ਵਲ ਬਚ ਗਏ। ਪਰ ਜੋ ਤਸਵੀਰਾਂ ਉਹਨਾਂ ਦੀ ਕਾਰ ਨੂੰ ਅੱਗ ਲੱਗਣ ਦੀਆਂ ਸਾਹਮਣੇ ਆਈਆਂ ਉਸਨੇ ਸਭ ਤੇ ਰੌਂਗਟੇ ਜ਼ਰੂਰ ਖੜ੍ਹੇ ਕਰ ਦਿੱਤੇ। ਅੱਗ ਇਸ ਤਰੀਕੇ ਨਾਲ ਗੱਡੀ 'ਚ ਲੱਗੀ ਹੋਈ ਸੀ ਕਿ ਜੇਕਰ ਅੱਗ ਦੇ ਵਿੱਚ ਕੋਈ ਹੁੰਦਾ ਤਾਂ ਗੱਡੀ ਦੇ ਵਿੱਚ ਕੋਈ ਹੁੰਦਾ ਤਾਂ ਬਚਣਾ ਨਾਮੁਮਕਿਨ ਵਰਗੀ ਗੱਲ ਸੀ। ਹੁਣ ਹਾਦਸਾ ਕੀ ਕੁਝ ਹੋਇਆ ਰਿਪੋਰਟ। ਚੱਪਕੀ ਲੱਗਣ ਦੀ ਵਜ੍ਹਾ ਨਾਲ ਇਹ ਹਾਦਸਾ ਹੋਇਆ। ਪੰਥ ਦੀ ਮਰਸਡੀਜ਼ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਉਸ ਦੇ ਵਿੱਚ ਅੱਗ ਲੱਗ ਗਈ ਅਤੇ ਗੱਡੀ ਪਲਟ ਗਈ। ਐਕਸੀਡੈਂਟ ਤੋਂ ਬਾਅਦ ਪੰਥ ਜਲਦੀ ਹੋਈ ਕਾਰ ਦੀ ਟਾਕੀ ਤੋੜ ਕੇ ਖੁਦ ਹੀ ਬਾਹਰ ਨਿਕਲੇ। ਹਾਦਸੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ। ਇਸ ਦੇ ਵਿੱਚ ਸਪੀਡ 'ਚ ਆਉਂਦੀ ਹੋਈ ਕਾਰ ਨਜ਼ਰ ਆ ਰਹੀ ਹੈ ਜੋ ਰੇਲਿੰਗ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ। ਹਾਦਸਾ ਸਵੇਰੇ ਕਰੀਬ 5:30 ਵਜੇ ਰੁੜਕੀ ਦੇ ਨਾਰਸਨ ਬਾਰਡਰ ਦੇ ਉੱਤੇ ਹਮਦਪੁਰ ਚਾਲ ਦੇ ਮੋੜ ਦੇ ਕੋਲ ਹੋਇਆ। ਪੰਤ ਆਪਣੀ ਕਾਰ ਖੁਦ ਹੀ ਡਰਾਈਵ ਕਰ ਰਹੇ ਸਨ। ਦੱਸਿਆ ਜਾ ਰਿਹਾ ਕਿ ਉਹ ਆਪਣੀ ਮਾਂ ਨੂੰ ਮਿਲਣ ਦੇ ਲਈ ਦਿੱਲੀ ਤੋਂ ਰੁੜਕੀ ਦੇ ਲਈ ਨਿਕਲੇ ਸੀ। ਘਰ ਤੋਂ 10 ਕਿਲੋਮੀਟਰ ਪਹਿਲਾਂ ਹੀ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਤਾਂ ਹਾਦਸੇ ਦਾ ਸ਼ਿਕਾਰ ਹੋਈ ਰਿਸ਼ਭ ਪੰਤ ਦੀ ਗੱਡੀ ਤੇ ਉਸਦੀ ਵਜ੍ਹਾ ਦੇ ਨਾਲ ਇਹ ਹਾਦਸਾ ਜਦੋਂ ਵਾਪਰਿਆ ਤਾਂ ਉਸ ਸਮੇਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਹਰਿਆਣਾ ਰੋਡਵੇਜ਼ ਦੇ ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਰਿਸ਼ਭ ਪੰਤ ਦੀ ਜਾਨ ਬਚਾਈ। ਹਾਦਸੇ ਵਾਲੀ ਥਾਂ ਤੇ ਸਭ ਤੋਂ ਪਹਿਲਾਂ ਉਹੀ ਪਹੁੰਚੇ ਸੀ। ਇਹ ਬੱਸ ਪਾਣੀਪਤ ਡਿਪੂ ਦੀ ਸੀ। ਜਿਸ ਵਕਤ ਪੰਥ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਉਸ ਵਕਤ ਸਭ ਤੋਂ ਪਹਿਲਾਂ ਡਰਾਈਵਰ ਸੁਸ਼ੀਲ ਅਤੇ ਕੰਡਕਟਰ ਪਰਮਜੀਤ ਹੀ ਕਾਰ ਦੇ ਨੇੜੇ ਪਹੁੰਚੇ। ਉਸ ਵੇਲੇ ਤੱਕ ਇਹ ਦੋਨੋਂ ਨਹੀਂ ਜਾਣਦੇ ਸਨ ਕਿ ਕਾਰ ਦੇ ਵਿੱਚ ਕੌਣ ਸਵਾਰ ਹੈ। ਉਹ ਜੈਸੇ ਡਿਵਾਈਡਰ ਕੂਦ ਕੇ 100 ਮੀਟਰ ਪਹਿਲੇ ਉਹ ਹਮਾਰੀ ਸਾਈਡ ਮੇ ਆਈ ਔਰ ਉਸਨੇ 3 ਪਲਟੇ ਖਾਏ। ਉਹ ਫਿਰ ਸਿੱਧੀ ਹੋ ਕੇ ਹਮਾਰੀ ਸਾਈਡ ਮੇ ਹੋ ਗਈ, ਬਸ ਕੀ ਸਾਈਡ ਮੇ ਆਈ। ਉਹ ਜੋ ਡਿੱਗੀ ਥੀ ਨਾ, ਕਿਉਂਕਿ ਪਿੱਛੇ ਸੇ ਚਿੰਗਾਰੀਆਂ ਹੋ ਕੇ ਰੋਡ ਸੇ ਕੀ ਸਟਕੇ ਨਾ ਪਲਟੀ ਲਾਈ ਨਾ, ਉਸ ਟਾਈਮ ਚਿੰਗਾਰੀਆਂ ਨਿਕਲ ਰਹੀ ਥੀ। ਹਮ ਤਾਂ ਸਿਰਫ ਇਨਸਾਨੀਅਤ ਕੀ ਮਦਦ ਕਰ ਰਹੇ ਥੇ, ਹਮੇ ਕੋਈ ਕ੍ਰਿਕੇਟਰ ਹੈ, ਠੀਕ ਹੈ, ਬਹੁਤ ਅੱਛੀ ਬਾਤ, ਹਮਨੇ ਇੱਕ ਦੇਸ਼ ਕੇ ਪਲੇਅਰ ਕੋ ਬਚਾਇਆ ਹੈ। ਕੰਡਕਟਰ ਪਰਮਜੀਤ ਦੱਸਦੇ ਨੇ ਕਿ ਜਿਵੇਂ ਹੀ ਪੰਥ ਦੀ ਕਾਰ ਡਿਵਾਈਡਰ ਦੇ ਨਾਲ ਟਕਰਾਈ ਉਸ ਵੇਲੇ ਹੀ ਕਾਰ ਦੀ ਡਿੱਗੀ ਦੇ ਵਿੱਚ ਅੱਗ ਲੱਗ ਚੁੱਕੀ ਸੀ ਅਤੇ ਪੰਥ ਕਾਰ ਤੋਂ ਅੱਧੇ ਬਾਹਰ ਡਿੱਗੇ ਹੋਏ ਸਨ। ਸਰ ਡਿੱਗੀ ਮੇ ਥੋੜ੍ਹੀ ਥੋੜ੍ਹੀ ਅੱਗ ਲੱਗ ਚੁੱਕੀ ਥੀ ਔਰ ਆਧਾ ਸਰੀਰ ਬਾਹਰ ਥਾ, ਆਧਾ ਅੰਦਰ ਥਾ। ਹਮਨੇ ਉਸਕੋ ਬਾਹਰ ਖਿੱਚ ਕੇ ਦੋਨੋਂ ਨੇ ਨਿਕਾਲਾ ਔਰ ਡਿਵਾਈਡਰ ਪੇ ਲਟਾਇਆ। ਉਹ ਬੋਲੇ ਮੇਰੀ ਨੀਂਦ ਕੀ ਝਪਕੀ ਲੱਗ ਗਈ ਹੈ, ਮੇਰੀ ਗਾੜੀ ਪਲਟ ਗਈ, ਮਤਲਬ ਨੀਂਦ ਕੀ ਝਪਕੀ ਲੱਗਣੇ ਸੇ ਪਲਟੀ ਹੈ। ਇਹ ਹਾਦਸਾ ਨੀਂਦ ਕੀ ਝਪਕੀ ਲੱਗਣੇ ਸੇ ਹੀ ਹੋਇਆ ਹੈ ਔਰ ਮੈਂ ਭਾਰਤੀ ਕ੍ਰਿਕੇਟਰ ਰਿਸ਼ਭ ਪੰਤ ਹੂੰ। ਦੋਵਾਂ ਦੀ ਵਜ੍ਹਾ ਨਾਲ ਹੀ ਰਿਸ਼ਭ ਪੰਤ ਦੀ ਜਾਨ ਬਚ ਸਕੀ। ਫਿਲਹਾਲ ਪੰਤ ਹਸਪਤਾਲ ਦੇ ਵਿੱਚ ਭਰਤੀ ਨੇ, ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਖੈਰ ਇਨਸਾਨੀਅਤ ਦੇ ਨਾਮ ਦੇ ਉੱਤੇ ਇਸ ਤਰੀਕੇ ਨਾਲ ਮਦਦ ਕੀਤੀ ਗਈ। ਰਿਸ਼ਭ ਪੰਤ ਉਸਦੇ ਵਿੱਚ ਗੱਡੀ ਦੇ ਵਿੱਚ ਸੀ, ਜਿਹਨਾਂ ਨੇ ਮਦਦ ਕੀਤੀ ਉਹਨਾਂ ਨੂੰ ਇਹ ਨਹੀਂ ਪਤਾ ਸੀ। ਜ਼ਰੂਰਤ ਹੈ ਕਿ ਇਨਸਾਨੀਅਤ ਦੇ ਨਾਮ ਦੇ ਉੱਤੇ ਪਹਿਲਾਂ ਸਭ ਤੋਂ ਮਦਦ ਹੋਵੇ, ਬਾਅਦ ਦੀ ਗੱਲ ਹੈ ਕਿ ਗੱਡੀ ਦੇ ਵਿੱਚ ਕੌਣ ਸੀ ਜਾਂ ਨਹੀਂ ਸੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਉੱਤਰਾਖੰਡ ਸਰਕਾਰ ਨੇ ਜਿਹਨਾਂ ਨੇ ਰਿਸ਼ਭ ਪੰਤ ਦੀ ਮਦਦ ਕੀਤੀ ਉਹਨਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਖੈਰ ਜਦੋਂ ਇਨਸਾਨੀਅਤ ਦੇ ਨਾਮ ਦੇ ਉੱਤੇ ਦੇਰ ਰਾਤ ਜਾਂ ਕਹੀਏ ਕਿ ਅੱਧੀ ਰਾਤ ਨੂੰ ਕਿਸੇ ਦੀ ਮਦਦ ਕੀਤੀ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵੱਧਦੇ ਤੇ ਗੱਲ ਨਵੇਂ ਸਾਲ ਦੀ। ਨਵੇਂ ਸਾਲ ਦੇ ਜਸ਼ਨ ਅਤੇ ਖੁਫੀਆ ਏਜੰਸੀਆਂ ਦੇ ਅਲਰਟ ਦੇ ਵਿਚਾਲੇ ਪੰਜਾਬ ਦੇ ਵਿੱਚ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਖੁਫੀਆ ਏਜੰਸੀਆਂ ਦੇ ਕੋਲ ਇਨਪੁੱਟ ਹੈ ਕਿ ਪੰਜਾਬ ਦੇ ਪੁਲਿਸ ਥਾਣਿਆਂ ਅਤੇ ਸਰਕਾਰੀ ਭਵਨਾਂ ਨੂੰ ਦਹਿਸ਼ਤਗਰਦ ਨਿਸ਼ਾਨਾ ਬਣਾ ਸਕਦੇ ਨੇ। ਇਸੇ ਦੇ ਮੱਦੇਨਜ਼ਰ ਡੇਰਾਬੱਸੀ ਦੇ ਵਿੱਚ ASP ਦਰਪਨ ਆਹਲੂਵਾਲੀਆ ਦੀ ਅਗਵਾਈ 'ਚ ਕੋਰਟ ਕੰਪਲੈਕਸ ਦੇ ਵਿੱਚ ਸਰਚ ਮੁਹਿੰਮ ਚਲਾਈ ਗਈ। ਸੈਲੀਬ੍ਰੇਸ਼ਨਸ ਦੇ ਆਪਣੇ ਮੱਦੇਨਜ਼ਰ ਰੱਖਦੇ ਹੋਏ ਤਾਂ ਕਿ ਕੋਈ ਮਾੜਾ ਅੰਸਰ ਨਾ ਹੋਵੇ ਸਾਡੇ ਜੁਰਿਸਡਿਕਸ਼ਨ 'ਚ, ਇਹਨੂੰ ਇਨਸ਼ੋਰ ਕਰਨ ਲਈ ਜਿਹੜੇ ਸਾਡੇ ਸਾਰੇ ਥਾਣੇ ਨੇ, ਕੋਰਟ ਕੰਪਲੈਕਸ ਹੋ ਗਿਆ, SDM ਸਾਹਿਬ ਦਾ ਦਫ਼ਤਰ ਹੋ ਗਿਆ, ਇਹਦੇ ਇਲਾਵਾ ਚੌਂਕੀ ਜਾਂ ਜਿਹੜੇ ਇੰਪੋਰਟੈਂਟ ਪਲੇਸਿਸ ਨੇ ਜਿਹੜੇ ਕਰਾਊਡਡ ਏਰੀਆਜ਼ ਨੇ, ਇੱਥੇ ਅਸੀਂ ਆਪਣੀ ਟੀਮਸ ਲੈ ਕੇ ਇੰਕਲੂਡਿੰਗ ਐਂਟੀ ਸੈਬੋਟਾਜ ਚੈੱਕ ਟੀਮ ਐਂਡ ਡੌਗ ਸਕੁਆਡ ਦੇ ਨਾਲ ਅਸੀਂ ਆ ਚੈੱਕ। ਉਧਰ ਮੋਹਾਲੀ 'ਚ ਚੰਡੀਗੜ੍ਹ ਦੇ ਐਂਟਰੀ ਗੇਟ ਦੇ ਉੱਤੇ ਵੀ ਪੁਲਿਸ ਨੇ ਚੈਕਿੰਗ ਮੁਹਿੰਮ ਚਲਾਈ। ਇੱਥੋਂ ਤੱਕ ਕਿ ਬੱਸਾਂ ਤੱਕ ਦੀ ਚੈਕਿੰਗ ਕੀਤੀ ਗਈ। ਇਸ ਵਿਚਾਲੇ ਪੁਲਿਸ ਦੇ ਵੱਲੋਂ ਨਿਊ ਈਅਰ ਦੇ ਦਿਨ ਲੋਕਾਂ ਨੂੰ ਵੀ ਲਾਅ ਐਂਡ ਆਰਡਰ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ। ਸਾਡੀ ਪਬਲਿਕ ਨੂੰ ਇੱਕ ਰਿਕੁਐਸਟ ਹੈ ਕਿ ਉਹ ਪੂਰਾ ਲਾਅ ਐਂਡ ਆਰਡਰ ਮੇਨਟੇਨ ਕਰਕੇ ਰੱਖਣ। ਆਪਣੇ ਨਾਕਾਬੰਦੀ ਵਧਾ ਦਿੱਤੀ ਗਈ ਹੈ, ਪੈਟਰੋਲਿੰਗ ਪਾਰਟੀਜ਼ ਵਧਾ ਦਿੱਤੀ ਗਈ ਹੈ, ਦੇਰ ਇਜ਼ ਅ ਪਰਟੀਕੁਲਰ ਸ਼ਡਿਊਲ ਵੀ ਆਰ ਗੋਇੰਗ ਟੂ ਫੋਲੋ ਕਿ ਆਰਲੀ ਚੈਕਿੰਗਸ ਹੋਊਗੀ ਅਤੇ ਕਿਸੇ ਵੀ ਤਰ੍ਹਾਂ ਦੀ ਨਿਊਸੈਂਸ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਵਾਰ। ਕੁੱਲ ਮਿਲਾ ਕੇ ਜੇਕਰ ਨਿਊ ਈਅਰ ਦੇ ਜਸ਼ਨ ਦੇ ਵਿੱਚ ਕਿਸੇ ਨੇ ਅੜਿੱਕਾ ਪਾਇਆ ਤਾਂ ਪੰਜਾਬ ਪੁਲਿਸ ਉਸ ਨੂੰ ਬਖਸ਼ਣ ਦੇ ਮੂਡ ਦੇ ਵਿੱਚ ਤਾਂ ਬਿਲਕੁਲ ਨਜ਼ਰ ਨਹੀਂ ਆ ਰਹੀ।
ਖੈਰ ਇੱਕ ਪਾਸੇ ਦੇਸ਼ ਦੇ ਦੁਸ਼ਮਣਾਂ ਦੇ ਮਨਸੂਬੇ ਹੋਣ ਜਿਸ ਦੀ ਇਤਲਾਹ ਇਨਪੁਟਸ ਹੋਣ ਏਜੰਸੀਆਂ ਦੇ ਕੋਲ ਤੇ ਦੂਜੇ ਪਾਸੇ ਪੰਜਾਬ ਪੁਲਿਸ ਤੋਂ ਲੈ ਕੇ ਪੰਜਾਬੀਆਂ ਤੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਹੋਣ ਫਿਰ ਫਰਕ ਤਾਂ ਪੈਂਦਾ ਹੈ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੀ ਗ੍ਰਿਫਤਾਰੀ ਦਾ ਖਦਸ਼ਾ ਜਤਾਇਆ ਹੈ। ਚੰਨੀ ਨੇ ਨਿਊਜ਼ 18 ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਕਿ ਸਰਕਾਰ ਮੇਰੇ ਪਿੱਛੇ ਪਈ ਹੋਈ ਹੈ, ਮੇਰੇ ਬੈਂਕ ਅਕਾਊਂਟ ਖੰਗਾਲੇ ਜਾ ਰਹੇ ਨੇ, ਮੇਰੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ, ਮੈਨੂੰ ਅੰਦਰ ਕਰਨ ਦੇ ਤਰੀਕੇ ਲੱਭੇ ਜਾ ਰਹੇ ਨੇ। ਇਹ ਵਿਜੀਲੈਂਸ ਜਿਹੜਾ ਇੱਕ ਮਾਮਲੇ ਦੀ ਜਾਂਚ ਕਰ ਰਹੀ ਹੈ, ਕਹਿ ਰਹੇ ਨੇ ਕਿ ਬੇਟੇ ਦੀ ਮੈਰਿਜ ਦਾ ਜਿਹੜਾ ਖਰਚਾ ਹੈ ਉਹ ਚੁੱਕਿਆ ਤੁਸੀਂ, ਇਸਤੇਮਾਲ ਕੀਤਾ ਸਰਕਾਰੀ ਫੰਡ ਤੋਂ, ਔਰ ਇਸ ਦੀ ਸ਼ਿਕਾਇਤ ਆਈ ਹੈ। ਇਹ ਫੰਕਸ਼ਨ ਉਸ ਤੋਂ ਇੱਕ ਮਹੀਨਾ 10 ਦਿਨ ਬਾਅਦ ਲਗਭਗ ਸੀਗਾ, ਜਦ ਮੇਰੇ ਬੇਟੇ ਦਾ ਵਿਆਹ ਹੋਇਆ ਉਦੋਂ ਇਸ ਫੰਕਸ਼ਨ ਦਾ ਨਾਂ ਤੇ ਵੀ ਨਹੀਂ ਸੀ ਕਿ ਇੱਦਾਂ ਦਾ ਕੋਈ ਫੰਕਸ਼ਨ ਵੀ ਹੋਣਾ। ਇਹ ਬਿਲਕੁਲ ਹੀ ਬੇਬੁਨਿਆਦ ਹੈ, ਐਵੇਂ ਬਿਨਾਂ ਮਤਲਬ ਤੇ ਜੋੜ ਘਸੋੜ ਕੇ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਦੇਣਾ ਚਾਹੁੰਦੇ। ਇੱਕ ਨਹੀਂ ਪਤਾ ਨਹੀਂ ਕਿੰਨੇ ਜੇ ਹੋਰ ਕੇਸ ਖੋਲਣਗੇ। ਦਰਅਸਲ ਬਠਿੰਡਾ ਦੇ ਇੱਕ ਸ਼ਖਸ ਨੇ ਟੂਰਿਜ਼ਮ ਡਿਪਾਰਟਮੈਂਟ ਦੇ ਦੋ ਅਫਸਰਾਂ ਦੇ ਖਿਲਾਫ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਪਿਛਲੇ ਸਾਲ 19 ਨਵੰਬਰ ਨੂੰ ਚਮਕੌਰ ਸਾਹਿਬ ਦੇ ਵਿੱਚ ਪ੍ਰਬੰਧਿਤ ਦਾਸਤਾਨੇ ਸ਼ਹਾਦਤ ਸਮਾਗਮ 'ਚ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਸੀ। ਇਸ ਦੌਰਾਨ ਚੰਨੀ ਸੂਬੇ ਦੇ ਮੁੱਖ ਮੰਤਰੀ ਸਨ ਅਤੇ ਟੂਰਿਜ਼ਮ ਡਿਪਾਰਟਮੈਂਟ ਵੀ ਉਹਨਾਂ ਦੇ ਹੀ ਕੋਲ ਸੀ। ਖੈਰ ਇੱਕ ਪਾਸੇ ਵਿਜੀਲੈਂਸ ਦੇ ਕੋਲ ਸ਼ਿਕਾਇਤ ਬਠਿੰਡਾ ਦੇ ਸ਼ਖਸ ਦੇ ਵੱਲੋਂ ਕਰ ਦਿੱਤੀ ਗਈ ਤੇ ਦੂਜੇ ਪਾਸੇ ਸਾਬਕਾ ਸੀਐਮ ਖਦਸ਼ਾ ਜਤਾ ਰਹੇ ਨੇ ਕਿ ਸਭ ਕੁਝ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਹੋ ਰਿਹਾ ਹੈ। ਖੈਰ ਸਿਆਸੀ ਇਲਜ਼ਾਮ ਤਰਾਸ਼ੀਆਂ ਜਦੋਂ ਹੋਣ ਤੇ ਸਾਬਕਾ ਸੀਐਮ ਕਹਿਣਗੇ ਮੈਨੂੰ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਫਿਰ ਫਰਕ ਤਾਂ ਪੈਂਦਾ ਹੈ। ਉਧਰ 1,000 ਕਰੋੜ ਤੋਂ ਜ਼ਿਆਦਾ ਦੇ ਕਥਿਤ ਸਿੰਜਾਈ ਘੁਟਾਲੇ ਦੇ ਵਿੱਚ ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਤੋਂ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ। ਸੇਖੋਂ ਨੂੰ ਮੋਹਾਲੀ ਦੇ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਸੱਦਿਆ ਗਿਆ ਸੀ। ਉਹ ਸਵੇਰੇ ਤਕਰੀਬਨ 9:30 ਵਜੇ ਪਹੁੰਚੇ ਅਤੇ ਸ਼ਾਮ ਨੂੰ ਕਰੀਬ 5:30 ਵਜੇ ਉਹ ਵਿਜੀਲੈਂਸ ਦੇ ਦਫ਼ਤਰ ਤੋਂ ਬਾਹਰ ਨਿਕਲੇ। ਪਹਿਲਾਂ ਤਾਂ ਸੇਖੋਂ ਨੇ ਪੁੱਛਗਿੱਛ ਨੂੰ ਲੈ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਪਰ ਬਾਅਦ ਵਿੱਚ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਸਾਡਾ ਜਿਹੜਾ ਮੈਟਰ ਹੈ ਸਭ ਕੁਝ ਹਾਈ ਕੋਰਟ 'ਚ ਪੈਂਡਿੰਗ ਹੈ, ਉਸ ਬਾਰੇ ਕੋਈ ਬਿਆਨ ਨਹੀਂ। ਸਰ ਤੁਸੀਂ ਕੁਛ ਤਾਂ ਕਹੋਗੇ ਆਪਣੇ ਆਪਣੇ ਲੈਵਲ ਤੇ, ਤੁਸੀਂ ਜਿਹੜੀ ਪੁੱਛਗਿੱਛ ਹੋਈ ਆਪਣੇ ਲੈਵਲ ਤੇ ਤਾਂ ਮੈਂ ਆਪਦੇ ਲੈਵਲ ਤੇ ਇਹੀ ਕਹਿ ਸਕਦਾ ਹਾਂ ਕਿ ਸਰਕਾਰਾਂ ਦੂਸਰੀਆਂ ਪਾਰਟੀਆਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਝ ਕਰ ਰਹੀਆਂ। ਯਾਨੀ ਤੁਹਾਨੂੰ ਲੱਗਦਾ ਕਿ ਇਹ ਪੋਲੀਟੀਕਲ ਇਵੈਂਟ ਹੈ ਜਿਹੜਾ ਕਰਕੇ ਪੋਲੀਟੀਕਲ ਇਵੈਂਟ ਹੈ। ਸੇਖੋਂ ਤੋਂ ਪਹਿਲਾਂ ਵਿਜੀਲੈਂਸ ਸਾਬਕਾ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਹੁਣ ਤੱਕ ਦੀ ਜਾਂਚ ਅਤੇ ਢਿੱਲੋਂ ਤੋਂ ਕੀਤੇ ਗਏ ਸਵਾਲਾਂ ਦੇ ਜਵਾਬ ਦੇ ਆਧਾਰ ਦੇ ਉੱਤੇ ਜਨਮੇਜਾ ਸਿੰਘ ਸੇਖੋਂ ਤੋਂ ਸਵਾਲ ਕੀਤੇ ਗਏ ਨੇ। ਤਾਂ ਕਈ ਘੰਟਿਆਂ ਤੱਕ ਸਾਬਕਾ ਮੰਤਰੀ ਤੋਂ ਪੁੱਛਗਿੱਛ ਕੀਤੀ ਗਈ ਹੈ, ਵਿਜੀਲੈਂਸ ਦੀ ਰਡਾਰ ਤੇ ਨਜ਼ਰ ਆਉਂਦੇ ਨੇ। ਉਧਰ ਪੰਜਾਬ ਦੇ ਸਾਬਕਾ AIG ਆਸ਼ੀਸ਼ ਕਪੂਰ ਦੇ ਉੱਤੇ ਰੇਪ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ। ਪੀੜਤ ਮਹਿਲਾ ਨੇ ਮਾਮਲੇ ਦੀ ਜਾਂਚ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਦੀ ਪੁਰਾਣੀ ਟੀਮ ਤੋਂ ਕਰਵਾਏ ਜਾਣ ਦੀ ਅਪੀਲ ਕੀਤੀ ਤਾਂ ਕਿ ਸੱਚ ਸਾਹਮਣੇ ਆ ਸਕੇ। ਪੀੜਤਾ ਨੇ ਰਾਜਪਾਲ ਨੂੰ ਦੱਸਿਆ ਕਿ ਪੰਜਾਬ ਪੁਲਿਸ ਨੇ 5 ਸਾਲ ਦੇ ਵਿੱਚ ਸਿਰਫ 1 ਕੇਸ ਦਰਜ ਕੀਤਾ, ਪਰ ਇਸ ਮਾਮਲੇ ਦੇ ਵਿੱਚ ਵੀ ਸਹੀ ਕਾਰਵਾਈ ਨਹੀਂ ਕੀਤੀ। ਜਬ ਇਹ ਹੋਇਆ ਮੈਂ ਜੇਲ੍ਹ ਕੇ ਅੰਦਰ ਸੇ ਮੈਨੇ ਕੈਪਟਨ ਸਰ ਕੋ ਵੀ ਮੇਲ ਕੀਆ, ਲੈਟਰ ਲਿਖੇ, ਹੈਂਡ ਰਿਟਨ ਲੈਟਰਸ ਹੈ ਮੇਰੇ ਕੈਪਟਨ ਅਮਰਿੰਦਰ ਸਿੰਘ CMCO। ਹਾਂਜੀ, ਔਰ ਸੁਪਰੀਮ ਕੋਰਟ, ਹਾਈ ਕੋਰਟ, DGP, ਐਵਰੀਵੇਅਰ ਸਰ ਹਰ ਚੀਜ਼ ਕੋ ਬੋਲਾ, ਲੇਕਿਨ ਵੋ ਹਰ ਚੀਜ਼ ਦਬਾ ਲੇਤਾ ਥਾ ਸਰ। ਸਰ ਮੇਰੀ 181 ਪੇ ਵੀ ਕੰਪਲੇਂਟ ਹੈ, ਜੋ ਆਪ ਇੱਕ ਵੂਮਨ ਸੈੱਲ ਹੋਤਾ ਹੈ, ਜੋ ਉਸਕੋ ਵੀ ਕੰਪਲੇਂਟ ਕੀਆ ਹੋਇਆ ਸਰ। ਜ਼ਿਕਰ ਖਾਸ ਹੈ ਕਿ ਮਹਿਲਾ ਨੇ ਇਲਜ਼ਾਮ AIG ਆਸ਼ੀਸ਼ ਕਪੂਰ ਦੇ ਉੱਤੇ ਪੁਲਿਸ ਕਸਟਡੀ ਦੇ ਵਿੱਚ ਰੇਪ ਦੇ ਲਗਾਏ ਸਨ। ਤਮਾਮ ਇਲਜ਼ਾਮਾਂ ਦੇ ਬਾਅਦ ਤੋਂ AIG ਆਸ਼ੀਸ਼ ਕਪੂਰ ਫਿਲਹਾਲ ਜੇਲ੍ਹ ਦੇ ਵਿੱਚ ਹੀ ਬੰਦ ਨੇ। ਹੁਣ ਅੱਗੇ ਵਧਦਿਆਂ ਤੇ ਖਬਰ ਲਵਾਂਗੇ ਹਰਿਆਣਾ ਦੇ ਖੇਡ ਮੰਤਰੀ ਦੇ ਨਾਲ ਜੁੜੀ ਹੋਈ। ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਦੇ ਉੱਤੇ ਛੇੜਖਾਨੀ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਚੰਡੀਗੜ੍ਹ ਪੁਲਿਸ ਦੇ ਵਿੱਚ ਸ਼ਿਕਾਇਤ ਦੇਣ ਪਹੁੰਚ ਗਈ। ਮਹਿਲਾ ਕੋਚ ਨੇ ਦੱਸਿਆ ਕਿ ਉਹਨਾਂ ਦੀ ਆਵਾਜ਼ ਚੁੱਕਣ ਤੋਂ ਬਾਅਦ ਤੋਂ ਹੀ ਉਹਨਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ, ਜਿਸ ਗੱਲ ਦੀ ਸ਼ਿਕਾਇਤ ਕਰਨ ਉਹ SSP ਚੰਡੀਗੜ੍ਹ ਦੇ ਕੋਲ ਪਹੁੰਚੇ ਨੇ। ਐਕਚੁਅਲੀ ਮੇਰੀ ਜੁਆਇਨਿੰਗ, ਜੋ ਮੇਰਾ ਅਪੋਇੰਟਮੈਂਟ ਲੈਟਰ ਥਾ OSP ਮੇ ਜੂਨੀਅਰ ਕੋਚ, ਉਹ ਮੁਝੇ ਮਿਲਾ ਹੈ ਸੈਪਟੰਬਰ ਮੇ, ਔਰ ਯੇ ਹੈ ਸਬੂਤ, ਕਿਉਂਕਿ ਮੈਂ ਅਬ ਚੀਜ਼ੇ, ਮੁਝੇ ਕਾਫੀ ਧਮਕੀਆਂ ਮਿਲ ਰਹੀਆਂ, ਮੁਝੇ ਅਭੀ ਤੱਕ ਕੋਈ ਪੁਲਿਸ ਪ੍ਰੋਟੈਕਸ਼ਨ ਨਹੀਂ ਮਿਲਾ ਹੈ। ਇਨਹੋਨੇ ਮੇਰੇ ਕੋ 13 ਮੇ ਕੋ ਇਨਹੋਨੇ ਮੁਝੇ ਜੋ ਸਨੈਪਚੈਟ ਸੇ ਜੋ ਮੁਝਸੇ ਬਾਤ ਕਰ ਰਹੇ ਥੇ, ਯੇ ਵੋ ਕੌਨਫੀਡੈਂਸ਼ੀਅਲ ਰਿਪੋਰਟ ਹੈ ਵਿਦ ਟਾਈਮਿੰਗ, ਯੇ ਵੋ ਸਕਰੀਨ ਸ਼ੋਟ ਹੈ ਜੋ ਸਨੈਪਚੈਟ IDP ਪੇ ਇਨਕਾ ਮੈਨੇ ਲਿਆ, ਔਰ ਇਨਹੋਨੇ ਮੁਝੇ ਬੋਲਾ ਥਾ ਕਿ
आप तो जॉब में कन्फर्म है। ये देखिए 13 मई की ये है। महिला कोच ने वीरवार नूं प्रेस कॉन्फ्रेंस करके खेड मंत्री दे उत्ते सरकारी रिहायश दे विच बुला के उस नाल छेड़छाड़ करन दा इल्जाम लगाया सी। महिला कोच ने यह भी कहा सी कि इस तो पहला होर भी महिला खिडारियों दे नाल खेड मंत्री गलत काम कर चुके ने। विवाद उठन तो बाद खेड मंत्री संदीप सिंह ने दावा किया कि उन्होंने खिलाफ साजिश रची गई है और उन्होंने सारे इल्जामों नूं नकार दिता सी। खैर खेड मंत्री हरियाणा के संदीप सिंह सारे इल्जामों नकार रहे हैं, पर जो मौजूदा मंत्री दे उत्ते जिन्होंने कोल वड्डा अहुदा है, खेड डिपार्टमेंट है पूरा, तो एक महिला कोच इल्जाम लगावे छेड़खानी दे, फिर फर्क तो पैंदा है। उधर टीवी अदाकारा तनीषा शर्मा की मां वनीता शर्मा ने शुजान खान के उत्ते गंभीर इल्जाम लगाए ने। बकायदा तनीषा के मदर के वलों प्रेस कॉन्फ्रेंस की गई। तुनीशा दी माता ने शिजान दे उते उनां दी बेटी दा इस्तेमाल करन दा इल्जाम लगाया। मां ने दस्या कि शिजान दे नाल ब्रेकअप तो बाद तुनीशा काफी परेशान रहिंदी सी। मेरे को तुनीशा ने बोला कि मम्मी मेरे साथ धोखा हुआ है, मेरे को यूज किया गया है, मम्मा शिजान को बोलो कि वो वापस आ जाए। मैंने शिजान से बात की, मैं क्या शिजान ये क्या है कि तुमने तुनीशा के साथ ऐसा क्यों किया? कहता आंटी सॉरी, मैं कुछ नहीं करना कर सकता, जो करना करो। इन्ना ही नहीं, वनीता शर्मा ने इल्जाम लगाया कि शिजान का परिवार उनकी बेटी के उत्ते मुस्लिम धर्म अपनाने का दबाव भी बनाता सी। क्योंकि तनीषा, मैं बताऊं, सुसाइड करने वाली नहीं थी, कुछ ना कुछ वो उस क्योंकि उसने शिजान के रूम में किया है, कुछ ना कुछ कोई ना कोई बात हुई है। शिजान को पहले नहीं पता था तनीषा की एज क्या है, उसको ये नहीं पता था इसका धर्म क्या है। शिजान को सजा होनी चाहिए, उसको छोड़ना नहीं है। 24 दिसंबर नूं मुंबई च शूटिंग दे सेट दे उत्ते ही फांसी लगा के तुनीशा ने खुदकुशी कर ली सी। 20 साल दी तुनीशा एक म्यूजिक वीडियो शूट करन वाली सी। सेट दे उत्ते लोकां ने उन्हां नूं फांसी दे उत्ते झूलदा वेख्या तां उतार के हस्पताल पहुंचाया गया, पर राह दे विच ही उन्हां दी मौत हो गई। ਤਾਂ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਆਖਿਰ ਤੁਨੀਸ਼ਾ ਨੇ ਖੁਦਕੁਸ਼ੀ ਕਿਉਂ ਕੀਤੀ। ਪਰਿਵਾਰ ਤਾਂ ਖਦਸ਼ਾ ਇੱਥੋਂ ਤੱਕ ਜਤਾ ਰਿਹਾ ਕਿ ਤੁਨੀਸ਼ਾ ਖੁਦਕੁਸ਼ੀ ਨਹੀਂ ਕਰ ਸਕਦੀ। ਖੈਰ ਜਾਂਚ ਦਾ ਵਿਸ਼ਾ ਜ਼ਰੂਰ ਹੈ, ਖੁਦਕੁਸ਼ੀ ਸੀ ਜਾਂ ਫਿਰ ਖੁਦਕੁਸ਼ੀ ਦੇ ਲਈ ਉਕਸਾਇਆ ਗਿਆ ਜਾਂ ਫਿਰ ਮਾਮਲਾ ਕੁਝ ਹੋਰ ਹੈ, ਪੁਲਿਸ ਜਾਂਚ ਕਰ ਰਹੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਸਾਲ ਦੇ ਉੱਤੇ ਲੋਕਾਂ ਨੂੰ ਦਿੱਤੇ ਗਏ ਤੋਹਫੇ ਦੇ ਨਾਲ ਜੁੜੀ ਹੋਈ ਸਮਾਲ ਸੇਵਿੰਗ ਸਕੀਮ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ। सरकार ने 1 to 5 साल की म्याद की पोस्ट ऑफिस टर्म डिपॉजिट स्कीम्स के उत्ते ब्याज दर 1 जनवरी तो 1.1% तक वधा दित्तियां ने। मंथली इनकम योजना के भी ब्याज की दर 6.7% तो वधा के 7.1% कर दिती गई है। हालांकि PPF दी ब्याज दर किसी भी तरह का बदलाव नहीं किया गया। नवी नोटिफिकेशन के मुताबिक जनवरी तो मार्च की तिमाही के लिए कुछ सेविंग स्कीम्स के उत्ते ब्याज दर 0.20 to 1.10% तक वाधा किया गया है। पब्लिक प्रोविडेंट फंड स्कीम दे ब्याज दर दे विच कोई बदलाव नहीं होया है। किसान विकास पत्र दे ब्याज दर दे विच सरकार ने इजाफा किया है 123 महीने दे लई। किसान विकास पत्र दे उत्ते दिसंबर तिमाही च 7% ब्याज दर मिल रही सी, जो हुण 7.2% मिलेगी। ਤੇ ਨਵੇਂ ਸਾਲ ਤੋਂ ਪਹਿਲਾਂ ਇੱਕ ਤੋਹਫਾ ਜ਼ਰੂਰ ਹੈ, ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਜੋ ਸੇਵਿੰਗਸ ਕਰਦੇ ਨੇ ਪੋਸਟ ਆਫਿਸ ਦੇ ਵਿੱਚ ਜਾ ਕੇ, ਜਿਨ੍ਹਾਂ ਨੇ ਸੇਵਿੰਗਸ ਕੀਤੀਆਂ ਹੋਈਆਂ ਨੇ। ਵਿਆਜ ਹੁਣ ਤੁਹਾਨੂੰ ਜ਼ਿਆਦਾ ਮਿਲੇਗਾ ਨਵੇਂ ਸਾਲ ਤੋਂ। ਅੱਗੇ ਵਧਦਿਆਂ ਤੇ ਵਾਰੀ ਅੱਜ ਦੇ ਸਵਾਲ ਦੀ। ਸਵਾਲ, ਕਿਉਂਕਿ ਨਵੇਂ ਸਾਲ ਦੇ ਉੱਤੇ ਤੋਹਫਾ ਦਿੱਤਾ ਜਾ ਰਿਹਾ ਹੈ, ਸੈਂਟਰ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ, ਇਸ ਕਰਕੇ ਕਿਉਂਕਿ RBI ਦੇ ਨਾਲ ਕਨੈਕਟਡ ਹੈ ਸਾਰਾ, ਰਿਜ਼ਰਵ ਬੈਂਕ ਆਫ ਇੰਡੀਆ ਦੇ ਨਾਲ, ਤਾਂ ਇਸ ਕਰਕੇ ਅਸੀਂ ਸਵਾਲ ਵੀ ਉਹਨਾਂ ਦੇ ਨਾਲ ਜੁੜਿਆ ਪੁੱਛ ਰਹੇ ਹਾਂ। RBI ਦੇ ਪਹਿਲੇ ਗਵਰਨਰ ਕੌਣ ਸਨ? 4 ਆਪਸ਼ਨ ਤੁਹਾਨੂੰ ਦੇ ਰਿਹਾ, ਜੇਮਸ ਬ੍ਰੇਡ ਟੇਲਰ, ਬੀ ਬੈਨੀਗਲ ਰਾਮਾ ਰਾਓ, ਜਾਂ ਫਿਰ ਆਪਸ਼ਨ ਸੀ PC ਭੱਟਾਚਾਰੇ, ਜਾਂ ਆਪਸ਼ਨ ਡੀ ਓਸਬੋਰਨ ਸਮਿਥ। ਤਾਂ 4 ਆਪਸ਼ਨਸ ਦੇ ਵਿੱਚੋਂ ਸਹੀ ਆਪਸ਼ਨ ਕਿਹੜੀ ਹੈ ਉਹ ਅਸੀਂ ਤੁਹਾਨੂੰ ਦੱਸਾਂਗੇ ਪੂਰੀ ਜਾਣਕਾਰੀ ਦੇ ਨਾਲ ਕਿ ਕਦੋਂ ਪਹਿਲੇ ਗਵਰਨਰ ਬਣੇ, ਕਦੋਂ ਤੋਂ ਲੈ ਕੇ ਕਦੋਂ ਤੱਕ ਇਹ ਗਵਰਨਰ ਰਹੇ। RBI ਦੇ ਇਹ ਪੂਰੀ ਜਾਣਕਾਰੀ ਪ੍ਰੋਗਰਾਮ ਦੇ ਦੌਰਾਨ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। अगे वध्दे ते गल पंजाब दे सरकारी स्कूलों की। पंजाब सरकार ने पंजाब दे 56 स्कूलों के नाम बदलण दे निर्देश जारी कर दिते ने। ते जिहड़े स्कूलों के नामां दे विच जाति सूचक शब्द आउंदे ने उन्हां स्कूलों के नाम बदले जाणगे, ते गुरुआं ते शहीदां दे नाम दे उत्ते इन्हां स्कूलों के नाम रखे जाणगे।
ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਅਜਿਹੇ ਹੀ ਇੱਕ ਸਕੂਲ ਦਾ ਨਿਊਜ਼ 18 ਨੇ ਜਾਇਜ਼ਾ ਲਿਆ ਜਿਸ ਦਾ ਨਾਮ ਹੈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚਮਾਰ ਛੱਪੜੀ। ਮਤਲਬ ਹੁਣ ਉਹਦਾ ਨਾਂ ਹੈਗਾ ਚਮਾਰ ਛੱਪੜੀ, ਪਰ ਉਹ ਜਿਸ ਤਰ੍ਹਾਂ ਸਹੀ ਨਹੀਂ ਲੱਗਦਾ ਹੈਗਾ, ਜਿੱਦਾਂ ਜਾਤੀ ਸੂਚਕ ਸ਼ਬਦ ਹੈਗਾ ਉਹ ਸਹੀ ਨਹੀਂ ਲੱਗਦਾ ਹੈਗਾ। ਪਹਿਲਾਂ ਵੀ ਅਸੀਂ ਮਤੇ ਪਾ ਕੇ ਦਿੱਤੇ ਆ, ਤਾਂ ਹੁਣ ਸਕੂਲ ਵੱਲੋਂ ਵੀ ਪਤਾ, ਹੁਣੇ ਥੋੜ੍ਹੇ ਕੁ ਦਿਨ ਹੋਏ, 10-15 ਦਿਨ ਹੋਏ ਆ, ਦੁਬਾਰਾ ਫਿਰ ਪਾ ਕੇ ਦਿੱਤਾ ਅਸੀਂ, ਅਤੇ ਇਹਦਾ ਵੀ ਨਾਂ ਸਾਡੇ ਸਕੂਲ ਦਾ ਨਾਂ ਵੀ ਰਾਮਨਗਰ ਰੱਖਿਆ ਜਾਵੇ। ਪਿੰਡ ਦੀ ਸਰਪੰਚ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸਰਪੰਚ ਜਸਵਿੰਦਰ ਕੌਰ ਮੁਤਾਬਕ ਉਹਨਾਂ ਨੇ ਕਈ ਵਾਰ ਸਕੂਲ ਦਾ ਨਾਮ ਬਦਲਣ ਦੇ ਲਈ ਮਤੇ ਵੀ ਪਾਏ ਸਨ। ਹਾਂਜੀ, ਅਸੀਂ ਤਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਸਰਕਾਰ ਨੇ ਜਿਹੜਾ ਡਿਸੀਜਨ ਲਿਆ ਬਹੁਤ ਵਧੀਆ ਲਿਆ ਹੈ। ਜ਼ਿਕਰ ਖਾਸ ਹੈ ਕਿ ਪੰਜਾਬ ਦੇ 28 ਸਕੂਲਾਂ ਦੇ ਨਾਵਾਂ 'ਚ ਬਸਤੀ ਬਾਜ਼ੀਗਰ ਆਉਂਦਾ ਹੈ ਅਤੇ ਹੋਰਨਾਂ ਸਕੂਲਾਂ ਦੇ ਨਾਵਾਂ 'ਚ ਜਾਤੀ ਸੂਚਕ ਸ਼ਬਦਾਂ ਦਾ ਜ਼ਿਕਰ ਮਿਲਦਾ ਹੈ ਅਤੇ ਲੋਕ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਨੇ। ਤਾਂ ਸਕੂਲਾਂ ਦੇ ਨਾਮ ਬਦਲੇ ਜਾ ਰਹੇ ਨੇ। 56 ਸਕੂਲਾਂ ਦੇ ਨਾਮ ਆਲ ਓਵਰ ਪੰਜਾਬ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਹੈ ਜਿਨ੍ਹਾਂ ਦੇ ਵਿੱਚ ਜਾਤੀ ਸੂਚਕ ਸ਼ਬਦ ਨੇ, ਉਹਨਾਂ ਨੂੰ ਬਦਲਣ ਦੇ ਆਦੇਸ਼ ਦੇ ਦਿੱਤੇ ਗਏ ਨੇ। ਅਗਲੀ ਖਬਰ ਦਾ ਰੁੱਖ ਕਰਦੇ ਹਾਂ। ਖਬਰ ਹੈ ਮੋਹਾਲੀ ਤੋਂ, ਮੋਹਾਲੀ ਦੇ ਮੇਅਰ ਨੂੰ ਹਟਾ ਦਿੱਤਾ ਗਿਆ। ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਅਮਰਜੀਤ ਸਿੱਧੂ ਦੇ ਖਿਲਾਫ, ਮੇਅਰ ਦੇ ਅਹੁਦੇ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਇਹ ਐਕਸ਼ਨ ਲਿਆ ਅਤੇ ਸਿੱਧੂ ਦੇ ਉੱਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਗਾਏ ਗਏ। ਸਿੱਧੂ ਤੇ ਆਪਣੀ ਹੀ ਕੋਆਪਰੇਟਿਵ ਸੁਸਾਇਟੀ ਨੂੰ ਮੇਅਰ ਦੇ ਅਹੁਦੇ ਉੱਤੇ ਰਹਿੰਦੇ ਹੋਏ ਟੈਂਡਰ ਅਲਾਟ ਕਰਨ ਦਾ ਇਲਜ਼ਾਮ ਲੱਗਿਆ। ਔਰ ਕਾਬਲੇ ਗੌਰ ਇਹ ਵੀ ਹੈ ਕਿ ਜੋ ਜਾਣਕਾਰੀ ਦਿੱਤੀ ਗਈ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਕਿ 19 ਨਵੰਬਰ ਨੂੰ ਸਿੱਧੂ ਨੂੰ ਨੋਟਿਸ, ਅਮਰਜੀਤ ਸਿੱਧੂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਤੁਸੀਂ 15 ਦਿਨਾਂ ਦੇ ਅੰਦਰ ਆਪਣਾ ਜਵਾਬ ਦੇਵੋ, ਯਾਨੀ ਕਿ 4-5 ਦਸੰਬਰ ਦੇ ਆਸ ਪਾਸ ਤੱਕ ਉਹਨਾਂ ਨੇ ਜਵਾਬ ਦੇਣਾ ਸੀ। ਅਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੇ ਵੱਲੋਂ ਢੁੱਕਵਾਂ ਜਵਾਬ, ਉਹਨਾਂ ਦੇ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਹੁਣ ਐਕਸ਼ਨ ਲੈ ਲਿਆ ਗਿਆ। ਇਹ ਵੀ ਤੁਹਾਨੂੰ ਦੱਸ ਦਈਏ ਕਿ ਅਮਰਜੀਤ ਸਿੰਘ ਸਿੱਧੂ ਸਾਬਕਾ ਮੰਤਰੀ, ਜੋ ਸਿਹਤ ਮੰਤਰੀ ਸੀ ਮੋਹਾਲੀ ਤੋਂ, ਵਿਧਾਇਕ ਰਹੇ ਨੇ ਸਾਬਕਾ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ। ਔਰ ਮੋਹਾਲੀ ਦੇ ਵਿੱਚ ਜਿੱਤ ਤੋਂ ਬਾਅਦ ਅਮਰਜੀਤ ਸਿੱਧੂ ਮੇਅਰ ਬਣੇ ਸੀ। ਕਾਬਲੇ ਗੌਰ ਇਹ ਵੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਬਲਬੀਰ ਸਿੰਘ ਸਿੱਧੂ ਵੀ ਬੀਜੇਪੀ ਨੂੰ ਜੁਆਇਨ ਕਰ ਚੁੱਕੇ ਨੇ ਅਤੇ ਅਮਰਜੀਤ ਸਿੱਧੂ ਨੇ ਵੀ ਬੀਜੇਪੀ ਜੁਆਇਨ ਕਰ ਲਈ ਸੀ। ਤਾਂ ਹੁਣ ਬੀਜੇਪੀ ਦੇ ਆਗੂ ਕਹਾਉਂਦੇ ਨੇ ਅਮਰਜੀਤ ਸਿੱਧੂ, ਜਿਨ੍ਹਾਂ ਦੇ ਉੱਤੇ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ। ਔਰ ਕਾਬਲੇ ਗੌਰ ਇਹ ਵੀ ਹੈ ਕਿ ਅਮਰਜੀਤ ਸਿੱਧੂ ਨੂੰ ਨਾ ਸਿਰਫ ਅਹੁਦੇ ਤੋਂ ਹਟਾਇਆ ਗਿਆ, ਯਾਨੀ ਕਿ ਨਾ ਸਿਰਫ ਮੇਅਰ ਦੇ ਅਹੁਦੇ ਤੋਂ ਹਟਾਇਆ ਗਿਆ, ਬਲਕਿ ਜੋ ਕੌਂਸਲਰ ਚੁਣ ਕੇ ਆਏ ਸੀ ਉਹਨਾਂ ਦੀ ਮੈਂਬਰਸ਼ਿਪ ਨੂੰ ਵੀ ਡਿਸਕੁਆਲੀਫਾਈ ਕਰ ਦਿੱਤਾ ਗਿਆ, ਮੈਂਬਰਸ਼ਿਪ ਤੋਂ ਵੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਮਤਲਬ ਇਹ ਹੈ ਕਿ ਜੋ ਕੁਝ ਸਮਾਂ ਪਹਿਲਾਂ ਤੱਕ ਮੋਹਾਲੀ ਦੇ ਮੇਅਰ ਸੀ, ਨਾ ਹੁਣ ਉਹ ਮੇਅਰ ਨੇ ਅਤੇ ਨਾ ਹੀ ਆਪਣੇ ਵਾਰਡ ਦੇ ਕੌਂਸਲਰ ਨੇ, ਕਿਉਂਕਿ ਉਹਨਾਂ ਨੂੰ ਹਟਾ ਦਿੱਤਾ ਗਿਆ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ। ਅਮਰਜੀਤ ਸਿੱਧੂ ਹੁਣ ਅੱਗੇ ਕੀ ਰਣਨੀਤੀ ਬਣਾਉਂਦੇ ਨੇ, ਕਿਸ ਤਰੀਕੇ ਨਾਲ ਇਸ ਫੈਸਲੇ ਨੂੰ ਲੈ ਕੇ ਅੱਗੇ ਉਹ ਕਦਮ ਵਧਾਉਂਦੇ ਨੇ, ਉਸਦੇ ਉੱਤੇ ਨਜ਼ਰ ਜ਼ਰੂਰ ਰਹੇਗੀ। ਖੈਰ, ਜਦੋਂ ਕਿਸੇ ਸ਼ਖਸ ਦੇ ਉੱਤੇ ਜੋ ਮੇਅਰ ਦੇ ਅਹੁਦੇ ਉੱਤੇ ਰਿਹਾ ਹੋਵੇ ਜਾਂ ਮੇਅਰ ਦੇ ਅਹੁਦੇ ਉੱਤੇ ਹੋਵੇ, ਇਲਜ਼ਾਮ ਲੱਗੇ ਕਿ ਆਪਣੇ ਹੀ ਚਹੇਤਿਆਂ ਨੂੰ ਜਾਂ ਫਿਰ ਕੋਆਪਰੇਟਿਵ ਸੁਸਾਇਟੀ ਜਿਸ ਦੇ ਵਿੱਚ ਉਹ ਮੈਂਬਰ ਸੀ ਉਸ ਨੂੰ ਹੀ ਟੈਂਡਰ ਦੇ ਦਿੱਤੇ ਗਏ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਪੰਚ ਤੱਤਾਂ ਦੇ ਵਿੱਚ ਵਿਲੀਨ ਹੋ ਗਏ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਮੁਖਾਗਨੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਅੰਤਿਮ ਸਫ਼ਰ ਦੇ ਵਿੱਚ ਮਾਂ ਦੀ ਮ੍ਰਿਤਕ ਦੇਹ ਨੂੰ ਮੋਢੇ ਦੇ ਉੱਤੇ ਲੈ ਕੇ ਗਾਂਧੀ ਨਗਰ ਘਰ ਤੋਂ ਨਿਕਲੇ। ਉਹ ਸ਼ਵ ਵਾਹਨ ਦੇ ਵਿੱਚ ਵੀ ਮ੍ਰਿਤਕ ਦੇਹ ਦੇ ਨੇੜੇ ਬੈਠੇ ਰਹੇ। ਹੀਰਾ ਬਾ ਮੋਦੀ ਦਾ ਤੜਕੇ ਸਵੇਰੇ 3:30 ਵਜੇ UN ਮਹਿਤਾ ਹਸਪਤਾਲ ਦੇ ਵਿੱਚ ਦੇਹਾਂਤ ਹੋਇਆ। ਉਹ 100 ਵਰਿਆਂ ਦੇ ਸਨ। ਮੰਗਲਵਾਰ ਦੇਰ ਰਾਤ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹਨਾਂ ਨੂੰ ਕਫ਼ ਦੀ ਸ਼ਿਕਾਇਤ ਵੀ ਸੀ। ਮੋਦੀ ਨੇ ਖੁਦ ਹੀ ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਟਵੀਟ ਦੇ ਜ਼ਰੀਏ ਦਿੱਤੀ। ਮੋਦੀ ਨੇ ਆਪਣਾ ਕੋਈ ਤੈਅ ਕਾਰਜਕ੍ਰਮ ਰੱਦ ਨਹੀਂ ਕੀਤਾ। ਉਹ ਅੰਤਿਮ ਸੰਸਕਾਰ ਤੋਂ ਬਾਅਦ ਸਿੱਧਾ ਅਹਿਮਦਾਬਾਦ ਦੇ ਰਾਜ ਭਵਨ ਗਏ। ਉੱਥੋਂ ਹੀ ਬੰਗਾਲ ਦੇ ਵਿੱਚ ਹੋ ਰਹੀ ਕੌਮੀ ਗੰਗਾ ਪਰਿਸ਼ਦ ਦੀ ਬੈਠਕ ਦੇ ਵਿੱਚ ਵਰਚੁਅਲੀ ਜੁੜੇ। ਉਹਨਾਂ ਨੇ ਹਾਵੜਾ ਨੂੰ ਨਿਊ ਜਲਪਾਈਗੁੜੀ ਦੇ ਨਾਲ ਜੋੜਨ ਵਾਲੀ ਵੰਦੇ ਭਾਰਤ ਟ੍ਰੇਨ ਦੀ ਸੌਗਾਤ ਵੀ ਦਿੱਤੀ। ਹੁਣ ਅੱਗੇ ਵਧਦਿਆਂ ਤੇ ਖਬਰ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ। ਸਿੱਧੂ ਮੂਸੇਵਾਲਾ ਬੇਸ਼ੱਕ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਪਰ ਮੂਸੇਵਾਲਾ ਦਾ ਕਰੇਜ਼ ਹੁਣ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ। ਪਤੰਗਬਾਜ਼ੀ ਦਾ ਸੀਜ਼ਨ ਹੈ ਅਤੇ ਇਸ ਵਾਰ ਅਸਮਾਨ ਦੇ ਵਿੱਚ ਪਤੰਗ ਗੁੱਡੀਆਂ ਚੜੀਆਂ ਨਜ਼ਰ ਆ ਰਹੀਆਂ ਨੇ ਮੂਸੇਵਾਲੇ ਦੀ।
ਤੇ ਮੂਸੇਵਾਲਾ ਦੇ ਟੈਟੂ ਟੀ ਸ਼ਰਟਾਂ ਤੋਂ ਬਾਅਦ ਹੁਣ ਬਾਜ਼ਾਰਾਂ ਦੇ ਵਿੱਚ ਮੂਸੇਵਾਲਾ ਦੀ ਫੋਟੋ ਵਾਲੇ ਵਿਕ ਰਹੇ ਨੇ ਪਤੰਗ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ ਬੱਚਿਆਂ 'ਚ ਇਹਨਾਂ ਪਤੰਗਾਂ ਨੂੰ ਖਰੀਦਣ ਦਾ ਖਾਸਾ ਕਰੇਜ਼ ਵੀ ਵੇਖਣ ਨੂੰ ਮਿਲਿਆ ਸਿੱਧੂ ਬਾਈ ਦੀਆਂ ਟੀ ਸ਼ਰਟਾਂ ਵਿਕਦੀਆਂ ਸੀ ਪੋਸਟਰ ਵਿਕਦੇ ਸੀ ਅੱਜ ਉੱਥੇ ਪਤੰਗ ਵਿਕ ਰਹੇ ਨੇ ਅਸੀਂ ਇਕੱਠੇ 10 ਪਤੰਗ ਲੈ ਕੇ ਜਾਣੇ ਆ ਤੇ ਚੜਾਉਣੇ ਆ ਅਸੀਂ ਸਿੱਧੂ ਬਾਈ ਦੇ ਪੂਰੇ ਵੱਡੇ ਫੈਨ ਆ ਮੈਂ ਉਹਦੇ ਦੁਕਾਨ ਤੋਂ ਸਿੱਧੂ ਮੂਸੇਵਾਲੇ ਦੇ ਪਤੰਗ ਲੈਣ ਆਇਆਂਗਾ ਉਹਦੇ 15-20 ਪਤੰਗ ਲੈ ਕੇ ਆਉਂਗਾ ਅਸੀਂ ਬਾਈ ਨੂੰ ਸਿੱਧੂ ਨੂੰ ਬਹੁਤ ਬਹੁਤ ਪਿਆਰ ਕਰਦੇ ਹਾਂ ਕਿੰਨੇ ਪਤੰਗ ਲੈਣਾ ਅਸੀਂ ਪਤੰਗ ਕਿੰਨੇ ਪਏ ਸਾਰੇ ਲੈਣਾ ਆਏ ਆ ਜੀ ਮੂਸੇਵਾਲਾ ਵਾਲੇ ਪਤੰਗਾਂ ਨੇ ਦੁਕਾਨਦਾਰਾਂ ਦੀ ਵਿਕਰੀ ਵੀ ਕਈ ਗੁਣਾ ਵਧਾ ਦਿੱਤੀ ਹੈ ਜਿਸ ਕਾਰਨ ਦੁਕਾਨਦਾਰ ਵੀ ਬੇਹੱਦ ਖੁਸ਼ ਨਜ਼ਰ ਆਏ ਟੋਟੀ ਮਾਨਸਾ ਤੋਂ ਸਾਰੇ ਜਵਾਕ ਉਡਾਉਂਦੇ ਜੀ ਚਾਹ ਨਾਲ ਲੈਣ ਆ ਰਹੇ ਆ ਦੋ ਜਵਾਕ ਵੀ ਆ ਰਹੇ ਉਡਾਣ ਵਾਸਤੇ ਕਿੰਨੇ ਪੀਸ ਲਏ ਵੱਡੇ ਬੁੜੇ 500,000 ਪੀਸ ਲਿਆਉਂਦੇ ਜੀ ਕਿੰਨੇ ਕੁ ਵਿਕ ਰਹੇ ਨੇ ਵਾਧੂ ਵਿਕ ਰਹੇ ਲਿਜਾ ਰਹੇ ਨੇ ਹਾਂ ਪੂਰੇ ਚਾਹ ਨਾਲ ਲੈ ਕੇ ਆਉਂਦੇ ਸਿੱਧੂ ਮੂਸੇਵਾਲੇ ਦੇ ਸ਼ਾਇਦ ਇਹੀ ਮੂਸੇਵਾਲਾ ਦੀ ਕਮਾਈ ਹੈ ਕਿ ਉਹ ਮਰ ਕੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਵੱਸ ਰਿਹਾ ਹੈ ਗੁੱਡੀ ਜਿਉਂਦੇ ਜੀ ਵੀ ਅੰਬਰਾਂ 'ਤੇ ਸੀ ਅਤੇ ਮਰ ਕੇ ਵੀ ਮੂਸੇਵਾਲਾ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਅਮਰ ਹੋ ਗਏ ਖੈਰ ਜਦੋਂ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਗੁੱਡੀ ਅਸਮਾਨੀ ਚੜ੍ਹੀ ਰਹੇ ਲੋਕ ਉਸਦਾ ਜ਼ਿਕਰ ਕਰਨ ਫਿਰ ਫਰਕ ਤਾਂ ਪੈਂਦਾ ਹੈ ਹੁਣ ਅੱਗੇ ਵੱਧਦੇ ਹਾਂ ਤੇ ਗੱਲ 30 ਦਸੰਬਰ ਦੇ ਇਤਿਹਾਸ ਦੀ 30 ਦਸੰਬਰ ਦਾ ਇਤਿਹਾਸ ਕੀ ਕਹਿੰਦਾ ਹੈ 30 ਦਸੰਬਰ ਦਾ ਇਤਿਹਾਸ ਸੁਭਾਸ਼ ਚੰਦਰ ਬੋਸ ਨੇ ਪੋਰਟ ਬਲੇਅਰ ਦੇ ਵਿੱਚ ਪਹਿਲੀ ਵਾਰ ਆਜ਼ਾਦੀ ਦਾ ਝੰਡਾ ਲਹਿਰਾਇਆ ਸੀ ਇਹ ਦੇਸ਼ ਦੀ ਆਜ਼ਾਦੀ ਦੇ ਨਾਲ ਜੁੜਿਆ ਹੋਇਆ ਦਿਨ ਹੈ 29 ਦਸੰਬਰ 1943 ਨੂੰ ਪੋਰਟ ਬਲੇਅਰ ਦੀ ਹਵਾਈ ਪੱਟੀ ਦੇ ਉੱਤੇ ਜਪਾਨੀ ਫੌਜ ਦਾ ਇੱਕ ਜਹਾਜ਼ ਉਤਰਿਆ ਜਹਾਜ਼ ਤੋਂ ਆਜ਼ਾਦ ਹਿੰਦ ਸਰਕਾਰ ਦੇ ਰਾਸ਼ਟਰ ਪ੍ਰਮੁੱਖ ਅਤੇ ਪ੍ਰਧਾਨ ਮੰਤਰੀ ਸੁਭਾਸ਼ ਚੰਦਰ ਬੋਸ 71 ਵਿਦ ਮਿਨਿਸਟਰ ਰੈਂਕ ਆਨੰਦ ਮੋਹਨ ਸਹਾਏ ADC ਕੈਪਟਨ ਰਾਵਤ ਅਤੇ ਬੋਸ ਦੇ ਡਾਕਟਰ ਕਰਨਲ DS ਰਾਜੂ ਉਤਰਦੇ ਨੇ ਅਗਲੇ ਦਿਨ 30 ਦਸੰਬਰ 1943 ਚ ਬੋਸ ਨੇ ਪੋਰਟ ਬਲੇਅਰ ਦੇ ਜਿਮਖਾਨਾ ਗਰਾਊਂਡ ਦੇ ਵਿੱਚ ਕੌਮੀ ਝੰਡਾ ਫਹਿਰਾਇਆ ਇਸ ਤਰ੍ਹਾਂ ਉਹਨਾਂ ਨੇ 1943 ਦੇ ਆਖਿਰ ਤੱਕ ਭਾਰਤ ਦੀ ਜ਼ਮੀਨ ਦੇ ਉੱਤੇ INA ਨੂੰ ਪਹੁੰਚਾਉਣ ਦਾ ਵਾਅਦਾ ਪੂਰਾ ਕਰ ਦਿੱਤਾ ਸੀ ਫਰਕ ਤਾਂ ਪੈਂਦਾ ਇਹਦੇ ਵਿੱਚ ਵੇਲਾ ਹੋ ਚੱਲਿਆ ਬਹੁਤ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕੁਝ ਹੋਰ ਅਹਿਮ ਖਬਰਾਂ ਦੇ ਨਾਲ ਕੁੱਲ ਮਿਲਾ ਕੇ 15 ਤਰੀਕ ਤੋਂ 15 ਫਰਵਰੀ ਤੋਂ ਕਰੀਬ ਕਰੀਬ 1-1.5 ਮਹੀਨਾ ਹੁਣ ਤੁਹਾਡੇ ਕੋਲ ਜਿਹੜੇ ਤਿਆਰੀ ਕਰ ਰਹੇ ਨੇ ਉਹ ਪੂਰੀ ਡਟ ਕੇ ਤਿਆਰੀ ਕਰਨ ਵਾਲੇ ਹੁਣ ਉਹ ਦਿਨ ਆ ਚੁੱਕੇ ਨੇ ਔਰ ਖਾਸ ਤੌਰ ਤੇ 10ਵੀਂ ਤੇ 12ਵੀਂ ਦੋਵੇਂ ਬਹੁਤ ਅਹਿਮ ਕਲਾਸਾਂ ਕਹੀਆਂ ਜਾਂਦੀਆਂ ਨੇ 15 ਫਰਵਰੀ ਤੋਂ 10ਵੀਂ ਦੇ ਪੇਪਰ ਹੋ ਰਹੇ ਨੇ ਤੇ ਜੋ ਜਾਣਕਾਰੀ ਹੈ ਕਿ 5 ਤਰੀਕ ਤੋਂ ਬਾਰਵੀਂ ਦਾ ਆਖਰੀ ਪੇਪਰ 5 ਅਪ੍ਰੈਲ ਨੂੰ ਹੋਵੇਗਾ ਔਰ ਕੁਝ ਡੇਟ ਸ਼ੀਟ ਵੀ ਅਸੀਂ ਤੁਹਾਨੂੰ ਦੱਸਾਂਗੇ ਕਿ ਕਦੋਂ ਤੋਂ ਕਦੋਂ ਪੇਪਰ ਨੇ ਤੇ ਉਸ ਤੋਂ ਬਾਅਦ ਕਿਹੜੇ ਦਿਨ ਕਿਹੜਾ ਪੇਪਰ ਹੋਵੇਗਾ 15 ਫਰਵਰੀ ਤੋਂ 21 ਮਾਰਚ ਤੱਕ ਐਗਜ਼ਾਮ ਹੋਣ ਜਾ ਰਹੇ ਨੇ CBSE ਦੇ 27 ਫਰਵਰੀ ਨੂੰ ਅੰਗਰੇਜ਼ੀ ਦਾ ਪੇਪਰ ਹੋਣਾ ਹੈ 4 ਮਾਰਚ ਨੂੰ ਸਾਇੰਸ ਦਾ ਤੇ 13 ਮਾਰਚ ਨੂੰ ਸੋਸ਼ਲ ਸਾਇੰਸ ਦਾ 17 ਮਾਰਚ ਨੂੰ ਹਿੰਦੀ ਦਾ ਤੇ 21 ਮਾਰਚ ਨੂੰ ਮੈਥ ਦਾ ਪੇਪਰ ਹੋਵੇਗਾ ਇਹ 10ਵੀਂ ਦੇ ਮੈਂ ਤੁਹਾਨੂੰ ਦੱਸ ਰਿਹਾ ਕਿ ਡੇਟ ਸ਼ੀਟ ਇੱਕ ਵਾਰੀ ਦੁਬਾਰਾ ਦੱਸਦੇ ਹਾਂ 10ਵੀਂ ਦੇ ਪੇਪਰ ਜਿਹੜੇ 15 ਫਰਵਰੀ ਤੋਂ 21 ਮਾਰਚ ਤੱਕ ਹੋਣੇ ਨੇ 27 ਫਰਵਰੀ ਨੂੰ ਇੰਗਲਿਸ਼ ਦਾ ਪੇਪਰ ਹੋਏਗਾ ਔਰ 4 ਮਾਰਚ ਨੂੰ ਸਾਇੰਸ ਦਾ ਪੇਪਰ ਹੋਣਾ ਹੈ 13 ਮਾਰਚ ਨੂੰ ਸੋਸ਼ਲ ਸਾਇੰਸ ਦਾ ਪੇਪਰ ਹੋਏਗਾ 17 ਮਾਰਚ ਨੂੰ ਹਿੰਦੀ ਦਾ ਐਗਜ਼ਾਮ ਹੈ ਔਰ 21 ਮਾਰਚ ਨੂੰ ਮੈਥ ਦਾ ਐਗਜ਼ਾਮ ਹੋਏਗਾ 12ਵੀਂ ਦੇ 15 ਫਰਵਰੀ ਤੋਂ 5 ਅਪ੍ਰੈਲ ਤੱਕ ਪੇਪਰ ਹੋਣਗੇ 20 ਫਰਵਰੀ ਨੂੰ ਹਿੰਦੀ ਦਾ ਪੇਪਰ ਹੈ 12ਵੀਂ ਵਾਲਿਆਂ ਦਾ 24 ਫਰਵਰੀ ਨੂੰ ਇੰਗਲਿਸ਼ ਦਾ ਹੋਏਗਾ 28 ਫਰਵਰੀ ਨੂੰ ਕੈਮਿਸਟਰੀ ਦਾ ਹੋਣਾ ਹੈ ਔਰ 2 ਮਾਰਚ ਨੂੰ ਭੂਗੋਲ ਦਾ ਪੇਪਰ ਹੋਏਗਾ 6 ਮਾਰਚ ਨੂੰ ਫਿਜ਼ਿਕਸ ਦਾ ਪੇਪਰ ਹੋਏਗਾ 11 ਮਾਰਚ ਨੂੰ ਮੈਥ ਦਾ ਐਗਜ਼ਾਮ ਹੋਏਗਾ 16 ਮਾਰਚ ਨੂੰ ਬਾਇਓਲੋਜੀ ਦਾ ਐਗਜ਼ਾਮ ਹੋਏਗਾ ਔਰ 17 ਮਾਰਚ ਨੂੰ ਇਕਨੋਮਿਕਸ ਦਾ ਪੇਪਰ ਹੋਏਗਾ 23 ਮਾਰਚ ਨੂੰ ਕੰਪਿਊਟਰ ਸਾਇੰਸ ਦਾ ਐਗਜ਼ਾਮ ਹੈ ਮੈਂ 12ਵੀਂ ਵਾਲਿਆਂ ਦਾ ਦੱਸ ਰਿਹਾ ਡੇਟ ਸ਼ੀਟ ਇਸ ਸਮੇਂ 29 ਮਾਰਚ ਨੂੰ ਹਿਸਟਰੀ ਦਾ ਪੇਪਰ ਹੋਏਗਾ ਦੁਬਾਰਾ ਇੱਕ ਵਾਰ ਫਿਰ ਤੋਂ 12ਵੀਂ ਦੀ ਡੇਟ ਸ਼ੀਟ ਜੇਕਰ ਤੁਹਾਡੇ ਤੱਕ ਨਹੀਂ ਪਹੁੰਚੀ ਤਾਂ ਜ਼ਰੂਰ ਨੋਟ ਕਰ ਲਓ 5 ਅਪ੍ਰੈਲ ਤੋਂ 20 ਫਰਵਰੀ ਤੱਕ ਜਿਹੜੇ ਐਗਜ਼ਾਮ 5 ਅਪ੍ਰੈਲ ਤੱਕ 15 ਫਰਵਰੀ ਤੋਂ 5 ਅਪ੍ਰੈਲ ਤੱਕ 12ਵੀਂ ਦੇ ਪੇਪਰ ਹੋਣੇ ਨੇ 20 ਫਰਵਰੀ ਨੂੰ 12ਵੀਂ ਵਾਲਿਆਂ ਦਾ ਹਿੰਦੀ ਦਾ ਪੇਪਰ
24 फरवरी नू अंग्रेजी का पेपर, 28 फरवरी नू बारहवीं वालों का कैमिस्ट्री का पेपर होएगा, 2 मार्च नू ज्योग्राफी का पेपर होएगा, 6 मार्च नू फिजिक्स का पेपर होएगा, 11 मार्च नू मैथ का पेपर होएगा, 16 मार्च नू बायोलॉजी का एग्जाम है और 17 मार्च नू इकोनॉमिक्स का पेपर है, 23 मार्च नू कंप्यूटर साइंस का और 29 मार्च नू हिस्ट्री का एग्जाम होगा। 10वीं से 12वीं की डेटशीट जारी हो चुकी है जो असं तक पहुंचा रहे। खैर तैयारी तो पूरा साल कितनी होंगी है, जब पता लग जाए कि 40-45 दिन बाद पेपर शुरू हो जा रहे हैं, डेटशीट आ जाए कि हिंदी का कदों, इंग्लिश का कदों, कमिस्ट्री का कदों, साइंस का कदों, मतलब तुहाडे सामने सारी रूपरेखा होवे कि हुण तैयारी किवें करनी है, फिर फर्क तो पैंदा है। डेटशीट जारी होने दे नाल भी फर्क तो पैंदा है। उधर सीआरपीएफ ने राहुल गांधी की सुरक्षा दे विच कुताही मामले च गृह मंत्रालय नूं अपना जवाब सौंप दिता। सुरक्षा नूं लैके सौंपे गए जवाब दे विच जिक्र है कि राहुल गांधी ने 2020 तो लैके हुण तक 113 वार सुरक्षा दे नियम तोड़े ने। कई वार तां उन्हां ने भारत जोड़ो यात्रा दे दौरान ही सुरक्षा दे तय निर्देशां दी उलंघना कीती। इस बारे दे विच उन्हां नूं समें समें दे उत्ते दस्या भी जांदा रिहा है। कांग्रेस ने बुधवार नूं दिल्ली दे विच राहुल गांधी दी सुरक्षा दे विच लापरवाही दे मामले च गृह मंत्री अमित शाह नूं शिकायत कीती सी। इस तों अगले ही दिन सीआरपीएफ ने इस दे उत्ते जवाब दिता। कांग्रेस ने बुधवार को केंद्र सरकार तो राहुल की सुरक्षा की मांग की थी। इस को लेकर पार्टी महासचिव केसी वेणुगोपाल ने गृह मंत्री अमित शाह को चिट्ठी लिखी जिस दे विच दिल्ली च राहुल गांधी की सुरक्षा दे विच कई बार लापरवाही का जिक्र किया गया कि दिल्ली पुलिस भीड़ को काबू करने ते ते उन्हां दे चारे पासे दे सुरक्षा दे घेरे नूं मेंटेन करन दे विच कामयाब नहीं हो सकी है। राहुल गांधी की भारत जोड़ो यात्रा जारी है, इस विचाले सुरक्षा को लेकर सवाल चुके गए तो सीआरपीएफ के वालों जो सुरक्षा च लगे हुए हैं उन्होंने अपना जवाब दे दिता है। राहुल गांधी की भारत जोड़ो यात्रा की चर्चा तो दूजे पासे नवजोत सिंह सिद्धू की जेल तो रिहाई की भी खूब चर्चा जोरों के उत्ते है। इस विचाले पंजाब की सियासत भी नवा मोड़ लैंदी नजर आ रही है। नवजोत सिद्धू ਦੇ ਨਾਲ ਕਈ ਲੀਡਰਾਂ ਦੇ ਵੱਲੋਂ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ ਤੇ ਹੁਣ ਕਾਂਗਰਸ ਦੇ ਵਿੱਚੋਂ ਕੱਢੇ ਗਏ ਸਾਬਕਾ ਵਿਧਾਇਕ ਸੁਰਜੀਤ ਧਿਮਾਨ ਨੇ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਹੈ। ਧਿਮਾਨ ਸਣੇ ਸਾਬਕਾ ਕਾਂਗਰਸ ਵਿਧਾਇਕ ਨੱਥੂ ਰਾਮ ਤੇ ਰਜਿੰਦਰ ਕੌਰ ਪੱਠਲ ਦੇ ਬੇਟੇ ਰਾਹੁਲ ਪੱਠਲ ਵੀ ਸਿੱਧੂ ਨੂੰ ਮਿਲਣ ਪਹੁੰਚੇ ਤੇ ਸਿੱਧੂ ਨਾਲ ਕਰੀਬ ਪੌਣਾ ਘੰਟਾ ਤੱਕ ਗੱਲਬਾਤ ਹੋਈ। ਦੱਸ ਦਈਏ ਕਿ 26 ਜਨਵਰੀ 2023 ਨੂੰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤਕਰੀਬਨ ਤੈਅ ਮੰਨੀ ਜਾ ਰਹੀ ਹੈ। ਸੂਤਰਾਂ ਮੁਤਾਬਕ ਖਬਰਾਂ ਨੇ ਕਿ ਕੇਂਦਰ ਦੀ ਪਾਲਿਸੀ ਦੇ ਤਹਿਤ ਚੰਗੇ ਵਿਹਾਰ ਵਾਲੇ ਕੈਦੀਆਂ ਨੂੰ 26 ਜਨਵਰੀ ਨੂੰ ਰਿਹਾਅ ਕੀਤਾ ਜਾਵੇਗਾ ਤੇ ਕੈਦੀਆਂ ਦੀ ਇਸ ਲਿਸਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਨਾਮ ਸ਼ਾਮਿਲ ਹੈ। ਉਧਰ ਖੁਫੀਆ ਏਜੰਸੀਆਂ ਦੇ ਵੱਲੋਂ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਦੇ ਵਿੱਚ ਨਾ ਅਣਗਿਣਤ ਪਲਾਂ ਦੇ ਵਿੱਚੋਂ ਜਿੱਥੇ ਤੁਸੀਂ ਅਤੇ ਅਸੀਂ ਇਕੱਠੇ ਰਹੇ ਦੇਖਾਂਗੇ ਬੀਤਦੀਆਂ ਤੇ ਬਦਲਦੀਆਂ ਤਾਰੀਖਾਂ ਨੇ ਕੀ ਬਦਲਿਆ ਤੇ ਜਾਣਾਂਗੇ ਕੀ ਦਿਖਾਵੇਗਾ ਨਵਾਂ ਸਾਲ। 2022 ਦਾ ਆਖਰੀ ਹਫਤਾ ਨਿਊਜ਼ 18 ਬਣਾਏਗਾ ਬੇਹੱਦ ਖਾਸ। ਤਾਂ ਦੇਖੋ ਬਦਲਦੇ ਹੋਏ ਸਾਲ ਨੂੰ ਕਦੇ ਨਾ ਬਦਲਣ ਵਾਲੇ ਰਿਸ਼ਤੇ ਦੇ ਨਾਲ। ਫਰਕ ਤਾਂ ਪੈਂਦਾ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਹੁਣ ਖਬਰ ਸੰਗਰੂਰ ਤੋਂ, ਸੰਗਰੂਰ ਬਠਿੰਡਾ ਹਾਈਵੇ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਉਪਲੀ ਪਿੰਡ ਦੇ ਕੋਲ ਇੱਕ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਦੇ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਬਾਈਕ ਦੇ ਉੱਤੇ ਸਵਾਰ 4 ਲੋਕਾਂ ਨੂੰ ਸਕਾਰਪੀਓ ਨੇ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ 3 ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਦਕਿ 1 ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ। ਪਟਿਆਲੇ ਰੈਫਰ ਕਰਤਾ ਸੀ ਅਤੇ ਇੱਕ ਸਵੇਰੇ ਅੱਜ ਪਤਾ ਲੱਗਿਆ ਜਦੋਂ ਪੁਲ ਤੋਂ ਮੁੜ ਕੇ ਥੱਲੇ ਨੀਚੇ ਡਿੱਗਿਆ ਹੋਇਆ ਸੀਗਾ, ਉਹਦੀ ਡੈਡ ਬੋਡੀ ਸਵੇਰੇ ਸਿਖਾਈ ਆ ਜੀ। ਕਿੰਨੀ ਉਮਰ ਦੇ ਨੌਜਵਾਨ ਸੀ? ਇਹ 29 ਸਾਲ ਦਾ, ਬਾਕੀ 20 22 ਸਾਲ ਦੇ ਨੇ। ਟੋਟਲ ਕਿੰਨੇ ਜਣੇ? 4 ਜਿਹੇ ਹੋ ਜਾਣੇ। 4 ਜਣੇ ਦੀ ਮੌਤ। ਸਕਾਰਪੀਓ ਬਠਿੰਡਾ ਵਾਲੇ ਪਾਸੇ ਤੋਂ ਆ ਰਹੀ ਸੀ ਅਤੇ ਬਾਈਕ ਜਦੋਂ ਸਰਵਿਸ ਲੇਨ ਤੋਂ ਮੇਨ ਹਾਈਵੇ ਦੇ ਉੱਤੇ ਆਇਆ ਉਸ ਵੇਲੇ ਇਹ ਹਾਦਸਾ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਨੌਜਵਾਨ ਦੀ ਦੇਹ ਸੜਕ ਤੋਂ ਕਾਫੀ ਦੂਰ ਖੇਤਾਂ ਦੇ ਵਿੱਚੋਂ ਮਿਲੀ ਹੈ।
ਤਾਂ ਦਰਦਨਾਕ ਹਾਦਸਾ ਵਾਪਰਿਆ ਔਰ ਰਫਤਾਰ ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ ਜਦੋਂ ਰਫਤਾਰ ਇੰਨੀ ਜ਼ਿਆਦਾ ਹੋਵੇ ਕਿ ਗੱਡੀ ਦੇ ਉੱਤੇ ਕੰਟਰੋਲ ਨਾ ਰਹੇ ਔਰ ਚਾਰ ਨੌਜਵਾਨ ਜਹਾਨੋਂ ਤੁਰ ਜਾਣ ਫਿਰ ਫਰਕ ਤਾਂ ਪੈਂਦਾ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਕਪੂਰਥਲਾ ਤੋਂ ਸੁਲਤਾਨਪੁਰ ਰੋਡ ਦੇ ਉੱਤੇ ਤੇਜ਼ ਰਫਤਾਰ ਨੇ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਲੈ ਲਈ ਇੱਥੇ ਜ਼ਬਰਦਸਤ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਇੱਕ ਪੇੜ ਦੇ ਨਾਲ ਜਾ ਕੇ ਟਕਰਾਈ ਤੁਸੀਂ ਤਸਵੀਰ 'ਚ ਦੇਖੋ ਪੇੜ ਤੁਹਾਨੂੰ ਅੱਧਾ ਜ਼ਮੀਨ ਦੇ ਉੱਤੇ ਨਜ਼ਰ ਆ ਰਿਹਾ ਹੋਏਗਾ ਹਾਫ ਪੇੜ ਨਜ਼ਰ ਆ ਰਿਹਾ ਹੈ ਗੱਡੀ ਦੀ ਟੱਕਰ ਦੀ ਵਜ੍ਹਾ ਦੇ ਨਾਲ ਇਹ ਟੁੱਟਿਆ ਤੇ ਪੁਲਿਸ ਮੁਲਾਜ਼ਮ ਆਕਾਸ਼ਦੀਪ ਦੀ ਕਾਰ ਇੱਕ ਦਰਖਤ ਦੇ ਨਾਲ ਜਾ ਟਕਰਾਈ ਰਫਤਾਰ ਕਿੰਨੀ ਤੇਜ਼ ਰਹੀ ਹੋਵੇਗੀ ਇਸ ਦਾ ਅੰਦਾਜ਼ਾ ਟੁੱਟੇ ਹੋਏ ਦਰਖਤ ਤੋਂ ਲਗਾਇਆ ਜਾ ਸਕਦਾ ਹੈ ਦਰਖਤ ਵਿਚਾਲਿਓਂ ਹੀ ਟੁੱਟ ਗਿਆ ਤੇ ਉਸਦਾ ਇੱਕ ਪਾਸਾ ਸੜਕ ਕੰਢੇ ਬਣੇ ਘਰ ਦੇ ਉੱਤੇ ਜਾ ਚੜਿਆ ਇਹਨੇ ਕੋ ਕਮਾਂਡੋ ਪੋਸਟ ਕਰਨ ਜਾਣਾ ਸੀ ਜਿਹੜੀ ਅਫਸਰਾਂ ਨੇ ਪੋਸਟਿੰਗ ਕੀਤੀ ਸੀ ਕਮਾਂਡੋ ਪੋਸਟ ਨੂੰ ਜਾ ਕਰਨ ਜਾਣਾ ਤੇ ਇੱਕ ਦੋ ਦਿਨ ਤੱਕ ਇਹਨੇ ਜਾਣਾ ਸੀ ਡਿਊਟੀ ਖਤਮ ਕਰਕੇ ਰਾਤ ਆ ਰਿਹਾ ਸੀਗਾ ਸਭ ਨੂੰ ਅਚਾਨਕ ਤੇ ਉਹਦਾ ਐਕਸੀਡੈਂਟ ਹੋ ਗਿਆ ਅਕਾਸ਼ਜੀਤ ਸਿੰਘ ਐਕਸਪਾਇਰ ਹੋ ਗਿਆ ਅਤੇ ਕਿੰਨਾ ਹੋਰ ਮੁੰਡਾ ਸੀਗਾ ਇਹਦੇ ਨਾਂ ਦਾ ਮੈਨੂੰ ਨਹੀਂ ਪਤਾ ਉਹ ਮੁੰਡਾ ਸੀਰੀਅਸ ਆ ਹੋਸਪਿਟਲ ਦਾ ਹਾਦਸਾ ਉਸ ਵੇਲੇ ਹੋਇਆ ਜਦੋਂ ਆਕਾਸ਼ਦੀਪ ਆਪਣੇ ਇੱਕ ਹੋਰ ਦੋਸਤ ਦੇ ਨਾਲ ਜਲੰਧਰ ਤੋਂ ਆਪਣੇ ਘਰ ਜਾ ਰਿਹਾ ਸੀ ਤੇ ਉਸਦੀ ਕਾਰ ਸੰਤੁਲਨ ਗੁਆ ਬੈਠੀ ਟੱਕਰ ਇੰਨੀ ਭਿਆਨਕ ਸੀ ਕਿ ਆਵਾਜ਼ ਸੁਣ ਅੱਧੀ ਰਾਤ ਨੂੰ ਹੀ ਲੋਕ ਘਰੋਂ ਬਾਹਰ ਆ ਗਏ ਉਹ ਡਿਊਟੀ ਖਤਮ ਕਰਕੇ ਆਪਣੇ ਘਰ ਨੂੰ ਰਾਤ ਆ ਰਿਹਾ ਸੀ ਤੇ ਇਹ ਜਿਹੜਾ ਹਾਦਸਾ ਰਾਤ ਜਿਹੜਾ ਕੈਬਨਿਕ ਐਕਸੀਡੈਂਟ ਹੋ ਗਿਆ ਤੇ ਇਹ ਜਿਹੜੇ ਆਕਾਸ਼ਦੀਪ ਆ ਇਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਮੁੰਡਾ ਨਾਲ ਗਠਜੋਧ ਸੀ ਉਹਦੇ ਸੱਟਾਂ ਲੱਗੀਆਂ ਦਾ ਉਹ ਟੁੱਟ ਗਿਆ ਗੱਡੀ ਦੇ ਵਿੱਚ ਸਵਾਰ ਆਕਾਸ਼ਦੀਪ ਦਾ ਇੱਕ ਹੋਰ ਸਾਥੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਇੱਥੇ ਵੀ ਰਫਤਾਰ ਗੁਨੇਗਾਰ ਨਜ਼ਰ ਆਉਂਦੀ ਹੈ ਉਧਰ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਪੜਨ ਗਏ ਪਟਿਆਲਾ ਦੇ ਇੱਕ ਨੌਜਵਾਨ ਦੀ ਹਾਰਟ ਅਟੈਕ ਦੀ ਵਜ੍ਹਾ ਦੇ ਨਾਲ ਮੌਤ ਤੇ ਨੌਜਵਾਨ ਹਰ ਅਸੀਸ 25 ਦਸੰਬਰ ਨੂੰ ਕੈਨੇਡਾ ਗਿਆ ਸੀ ਪਰ ਦੋ ਦਿਨ ਬਾਅਦ ਹੀ ਹਾਰਟ ਅਟੈਕ ਦੇ ਨਾਲ ਉਸਦੀ ਮੌਤ ਦੀ ਖਬਰ ਪਰਿਵਾਰ ਤੱਕ ਪਹੁੰਚੀ ਜਿਸ ਮਾਂ ਨੇ ਪੁੱਤ ਨੂੰ ਰੀਝਾਂ ਦੇ ਨਾਲ ਵਿਦੇਸ਼ ਤੋੜਿਆ ਸੀ ਉਸ ਮਾਂ ਦੀ ਚੀਖ ਹੁਣ ਸੁਣੀ ਨਹੀਂ ਜਾਂਦੀ ਮਾਂ ਨੇ ਪੰਜਾਬ ਸਰਕਾਰ ਨੂੰ ਆਪਣੇ ਨੌਜਵਾਨ ਦੀ ਲਾਸ਼ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ ਮੇਰੀ ਪੰਜਾਬ ਸਰਕਾਰ ਅੱਗੇ ਇੱਕੋ ਹੀ ਅਪੀਲ ਹੈ ਕਿ ਮੇਰਾ ਬੱਚਾ ਮੈਨੂੰ ਮੇਰਾ ਬੱਚਾ ਵਾਪਸ ਕੀਤਾ ਜਾਵੇ ਉਹਦਾ ਪਾਰਥਿਵ ਸਰੀਰ ਬੜੇ ਇੱਜ਼ਤ ਦੇ ਨਾਲ ਬੜੇ ਪਿਆਰ ਦੇ ਨਾਲ ਬੜੀ ਨਿਮਰਤਾ ਦੇ ਨਾਲ ਮੈਨੂੰ ਮੇਰਾ ਬੱਚਾ ਸੌਂਪਿਆ ਜਾਵੇ ਮੈਂ ਆਖਰੀ ਵਾਰ ਮੈਂ ਆਪਣੇ ਬੱਚੇ ਨੂੰ ਦੇਖਣਾ ਚਾਹੁੰਦੀ ਹਾਂ ਮੈਂ ਆਖਰੀ ਵਾਰ ਉਹਨੂੰ ਆਪਣੇ ਗੱਲ ਨਾਲ ਲੜਨਾ ਚਾਹੁੰਦੀ ਹਾਂ ਮੈਂ ਆਖਰੀ ਵਾਰ 25 ਸਾਲ ਦੇ ਨੌਜਵਾਨ ਹਰ ਅਸੀਸ ਪਟਿਆਲਾ ਦੇ ਅਰਬਨ ਸਟੇਟ ਇਲਾਕੇ ਦੇ ਰਹਿਣ ਵਾਲੇ ਸਨ ਤੇ ਆਇਲਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕੀਤਾ ਨਵੇਂ ਸਾਲ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਚਾਅ ਅਜਿਹਾ ਕਿ ਕਦੋਂ ਖੁਸ਼ੀਆਂ ਗਮ ਦੇ ਵਿੱਚ ਬਦਲ ਗਈਆਂ ਪਤਾ ਹੀ ਨਹੀਂ ਲੱਗਿਆ ਖੈਰ ਪਹਿਲਾਂ ਬੈਂਡ ਵਾਲੀ ਜਿਹੜੇ ਆਇਲਸ ਦੇ ਪੇਪਰ ਦੇ ਵਿੱਚ ਚਾਹੀਦੇ ਹੁੰਦੇ ਨੇ ਉਸਦੇ ਲਈ ਮਿਹਨਤ ਕੀਤੀ ਸਟੱਡੀ ਵੀਜ਼ਾ ਮਿਲਿਆ ਟਿਕਟ ਖਰੀਦੀ 25 ਤਰੀਕ ਨੂੰ ਜਹਾਜ਼ ਫੜਿਆ ਸਭ ਕੁਝ ਵਧੀਆ ਸੀ ਲੱਗ ਰਿਹਾ ਸੀ ਪਰਿਵਾਰ ਨੂੰ ਕਿ ਇਹ ਸਾਲ ਤੋਂ ਨਵੇਂ ਸਾਲ 'ਚ ਅਸੀਂ ਜਸ਼ਨ ਦੇ ਮਾਹੌਲ 'ਚ ਜਾ ਰਹੇ ਹਾਂ ਪਰ ਜਦੋਂ ਘਰ ਤੋਂ ਗਿਆ ਪੁੱਤ ਦੋ ਦਿਨਾਂ ਬਾਅਦ ਹੀ ਉਸਦੀ ਮੌਤ ਦੀ ਖਬਰ ਆ ਜਾਵੇ ਫਿਰ ਸਭ ਪੈਂਦਾ ਅੱਗੇ ਵਧਦਿਆਂ ਤੇ ਵਾਰੀ ਹੁਣ ਅੱਜ ਦੇ ਸਵਾਲ ਦੀ ਹੈ ਤੇ ਸਵਾਲ ਦਾ ਜਵਾਬ ਸਾਂਝਾ ਕਰਨ ਦਾ ਵੇਲਾ ਹੈ ਸਵਾਲ ਅਸੀਂ RBI ਦੇ ਗਵਰਨਰ ਦੇ ਨਾਲ ਜੁੜਿਆ ਹੋਇਆ ਪੁੱਛਿਆ ਇਸ ਦੀ ਵਜ੍ਹਾ ਸੀ ਕਿਉਂਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜੀਆਂ ਸਮਾਲ ਸੇਵਿੰਗ ਸਕੀਮਸ ਨੇ ਉਹਨਾਂ ਦੇ ਵਿੱਚ ਇੰਟਰਸਟ ਰੇਟ ਨੂੰ ਵਧਾ ਕੇ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ RBI ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇਸ ਕਰਕੇ RBI ਦੇ ਨਾਲ ਜੁੜਿਆ ਹੋਇਆ ਸੀ ਸਵਾਲ ਪੁੱਛਿਆ RBI ਦੇ ਪਹਿਲੇ ਗਵਰਨਰ ਕੌਣ ਸਨ ਚਾਰ ਆਪਸ਼ਨ ਤੁਹਾਨੂੰ ਦਿੱਤੀਆਂ ਏ ਜੇਮਸ ਬ੍ਰੈਡ ਟੇਲਰ ਬੀ ਬੇਨੇਗਲ ਰਾਮਾਰਾਵ CPC ਭੱਟਾਚਾਰਿਆ ਜਾਂ ਆਪਸ਼ਨ ਡੀ ਓਸਬੋਰਨ ਸਮਿਥ ਸਹੀ ਆਪਸ਼ਨ ਕੀ ਆ ਉਹ ਤੁਹਾਨੂੰ ਦੱਸਦੇ ਹਾਂ ਸਹੀ ਆਪਸ਼ਨ ਹੈ ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਔਰ ਸਹੀ ਆਪਸ਼ਨ ਹੈ ਆਪਸ਼ਨ ਡੀ ਓਸਬੋਰਨ ਸਮਿਥ ਓਸਬੋਰਨ ਸਮਿਥ 1 ਅਪ੍ਰੈਲ 1935 ਤੋਂ 30 ਜੂਨ 1937 ਤੱਕ RBI ਦੇ ਗਵਰਨਰ ਰਹੇ ਉਹ ਪਹਿਲੇ ਗਵਰਨਰ ਸੀ ਭਾਰਤੀ ਰਿਜ਼ਰਵ ਬੈਂਕ ਦੇ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ 1 ਅਪ੍ਰੈਲ 1935 ਨੂੰ ਹੀ ਹੋਈ ਸੀ ਰਿਜ਼ਰਵ ਬੈਂਕ ਦਾ ਪਹਿਲਾਂ ਕੋਲਕਾਤਾ ਦੇ ਵਿੱਚ ਉਸਨੂੰ ਸਥਾਪਿਤ ਕੀਤਾ ਗਿਆ ਜਿਸ ਨੂੰ 1937 ਦੇ ਵਿੱਚ ਮੁੰਬਈ 'ਚ ਟ੍ਰਾਂਸਫਰ ਕਰ ਦਿੱਤਾ ਗਿਆ ਸੀ ਹੁਣ ਅੱਗੇ ਵਧਦਿਆਂ ਤੇ ਖਬਰ ਫਿਰੋਜ਼ਪੁਰ ਤੋਂ ਹੈ ਫਿਰੋਜ਼ਪੁਰ ਦੇ ਵਿੱਚ ਨਸ਼ੇ ਦੇ ਖਿਲਾਫ ਪਿੰਡ ਦੀ ਪਹਿਲ ਹੈ ਤੇ ਪਿੰਡ ਮਨਸੁਰ ਦੇਵਾ ਦੇ ਵਿੱਚ ਨਸ਼ੇ ਦੀ ਵਿਕਰੀ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਤਾਂ ਨਸ਼ੇ ਦੀ ਵਿਕਰੀ ਦੇ ਖਿਲਾਫ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਪਿੰਡ ਦੇ ਵਿੱਚ ਤੰਬਾਕੂ ਬੀੜੀ ਸਿਗਰਟ
ਦੀ ਵਿਕਰੀ ਦੇ ਉੱਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਗਈ ਹੈ। ਨਸ਼ਾ ਵੇਚਣ ਤੇ ਖਰੀਦਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦਾ ਮਤਾ ਵੀ ਪਾਸ ਕਰ ਦਿੱਤਾ ਗਿਆ। ਇਹ ਹੁਣ ਵੱਖ ਵੱਖ ਪਿੰਡਾਂ ਦੇ ਵਿੱਚ ਇਸ ਸਮੇਂ ਪੰਜਾਬ ਦੇ ਵਿੱਚ ਜ਼ਰੂਰ ਇਸ ਤਰੀਕੇ ਦੇ ਮਤੇ ਪਾਏ ਜਾ ਰਹੇ ਨੇ ਤਾਂ ਕਿ ਤੰਬਾਕੂ ਨੋਸ਼ੀ ਹੈ ਜਿਹੜੀ ਉਸਨੂੰ ਪਿੰਡਾਂ ਦੇ ਵਿੱਚੋਂ ਖਤਮ ਕੀਤਾ ਜਾ ਸਕੇ। ਇਸ ਦੇ ਨਾਲ ਨਾਲ ਜਿਹੜੀ ਨਸ਼ੇ ਦਾ ਕੋਹੜ ਹੈ ਉਸਨੂੰ ਖਤਮ ਕੀਤਾ ਜਾਵੇ, ਕਿਉਂਕਿ ਨਸ਼ੇ ਦਾ ਕੋਹੜ ਸਿਰਫ ਬੀੜੀ ਸਿਗਰਟ ਜਾਂ ਫਿਰ ਇਸ ਤਰੀਕੇ ਦੇ ਤੰਬਾਕੂ ਵਾਲੀਆਂ ਚੀਜ਼ਾਂ ਤੱਕ ਸੀਮਿਤ ਨਹੀਂ ਹੈ। ਔਰ ਨਸ਼ੇ ਦਾ ਕੋਹੜ ਤਾਂ ਚਿੱਟੇ ਵਰਗਾ ਵੀ ਪੰਜਾਬ ਦੇ ਨੌਜਵਾਨਾਂ ਨੂੰ ਲੱਗਿਆ ਹੈ ਵੱਡੀ ਗਿਣਤੀ ਦੇ ਵਿੱਚ, ਤਾਂ ਉਸਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਕੀਤੀ ਜਾ ਰਹੀ। ਸਰਪੰਚ ਨੇ ਅਸੀਂ ਇੱਕ ਮਤਾ ਪਾਇਆ ਹੈ ਕਿ ਨਸ਼ੇ ਦੇ ਵਿਰੁੱਧ, ਕਿਉਂਕਿ ਪਿੰਡ ਦੇ ਵਿੱਚ ਕਾਫੀ ਟਾਈਮ ਤੋਂ ਕਾਫੀ ਪੁਲਿਸ ਅਫਸਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਅੱਜ ਤੱਕ ਕਿਸੇ ਵੀ ਅਫਸਰ ਨੇ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕਿ ਨਸ਼ਾ ਵਿਕਦਾ ਪਿਆ ਹੈ। ਅਸੀਂ ਕੱਲ੍ਹ ਇੱਕ ਪੰਚਾਇਤ ਵੱਲੋਂ ਅਤੇ ਸੰਗਤ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਅਸੀਂ ਇੱਕ ਮਤਾ ਪਾਇਆ ਕਿ ਪਿੰਡ ਦੇ ਵਿੱਚ ਕੋਈ ਵੀ ਤੰਬਾਕੂ ਬੀੜੀ ਸਿਗਰਟ ਬਿਲਕੁਲ ਨਹੀਂ ਵਿਕਣ ਦਿੱਤਾ ਜਾਵੇਗਾ। ਸਾਰੀਆਂ ਦੁਕਾਨਾਂ ਵਾਲਿਆਂ ਨੂੰ ਇਸ ਗੱਲ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜੇ ਕੋਈ ਵੀ ਇਸ ਪਹਿਲਕਦਮੀ ਕਰੂਗਾ। ਹੁਣ ਪਿੰਡਾਂ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ। ਜਦੋਂ ਆਮ ਲੋਕ ਹੀ ਨਸ਼ੇ ਦੇ ਖਿਲਾਫ਼ ਉੱਠ ਖੜੇ ਹੋਣ ਫਿਰ ਫਰਕ ਤਾਂ ਪੈਂਦਾ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਪਹਿਲ ਦੇ ਨਾਲ ਹੀ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾ ਸਕੇਗਾ। ਖੈਰ ਇੱਕ ਪਾਸੇ ਕੋਸ਼ਿਸ਼ਾਂ ਨੇ ਪਰ ਦੂਜੇ ਪਾਸੇ ਨਸ਼ੇ ਦਾ ਕਹਿਰ ਤਾਂ ਫਿਲਹਾਲ ਨਹੀਂ ਰੁਕ ਰਿਹਾ। ਚਿੱਟੇ ਨੇ ਇੱਕ ਨੌਜਵਾਨ ਦੀ ਹੋੜ ਜਾਨ ਲੈ ਲਈ। ਪਹਿਲੀਆਂ ਤਸਵੀਰਾਂ ਨੇ ਲੁਧਿਆਣਾ ਦੇ ਦੁਗਰੀ ਇਲਾਕੇ ਦੀਆਂ, ਜਿੱਥੇ ਨਸ਼ਾ 22 ਸਾਲ ਦੇ ਗੁਰਸਿਮਰਨਜੀਤ ਸਿੰਘ ਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਗਿਆ। ਪੀੜਤ ਪਰਿਵਾਰ ਨੇ ਹੁਣ ਸਰਕਾਰ ਤੋਂ ਨਸ਼ਾ ਤਸਕਰਾਂ ਦੇ ਖਿਲਾਫ਼ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ। ਮਹੱਲਿਆਂ ਦੇ ਵਿੱਚ ਨਸ਼ੇ ਵਿਕ ਰਹੇ ਨੇ, ਜਿਹੜੇ ਲੋਕ ਵੇਚ ਰਹੇ ਨੇ ਉਹਨਾਂ ਦੇ ਬੱਚੇ ਤਾਂ ਅਜੇ ਮਰਦੇ ਨਹੀਂ ਪਏ, ਮਰਦੇ ਉਹਨਾਂ ਦੇ ਪਏ ਨੇ ਜਿਹੜੇ ਕਬੀਲਦਾਰ 100-200 ਕਮਾ ਕੇ ਆਪਣੀ ਰੋਟੀ ਚਲਾ ਰਹੇ ਨੇ। ਇਸ ਕਰਕੇ ਆਪਾਂ ਤਾਂ ਮਾਨ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਜੇ ਕਿਸੇ ਤਰੀਕੇ ਨਾਲ ਹੋ ਸਕੇ ਤਾਂ ਇਸ ਦੰਗਾ ਪੀੜਤ ਕਲੋਨੀ ਨੂੰ ਨਸ਼ੇ ਤੋਂ ਬਚਾਇਆ ਜਾਵੇ। ਬਾਕੀ ਆਪਾਂ ਤਾਂ ਹੱਥ ਜੋੜ ਕੇ ਬੇਨਤੀ ਹੀ ਕਰ ਸਕਦੇ ਹਾਂ। ਅਗਲਾ ਮਾਮਲਾ ਅੰਮ੍ਰਿਤਸਰ ਦੇ ਭੰਡਾਰੀ ਪੁਲ ਨੇੜੇ ਦਾ, ਜਿੱਥੇ ਇੱਕ ਸਮਾਜ ਸੇਵੀ ਉਸ ਥਾਂ 'ਤੇ ਪਹੁੰਚਿਆ ਜਿੱਥੇ ਕੁਝ ਨੌਜਵਾਨ ਨਸ਼ਾ ਕਰ ਰਹੇ ਸਨ। ਨਸ਼ਾ ਕਰਨ ਵਾਲਿਆਂ ਦੇ ਵਿੱਚ ਇੱਕ ਉਹ ਕੁੜੀ ਵੀ ਸ਼ਾਮਲ ਸੀ ਜਿਸ ਦਾ ਇੱਕ ਬੱਚਾ ਵੀ ਹੈ। ਉਹ ਪਹਿਲਾਂ ਪਲਾਉਂਦੇ ਸੀ ਸਮਾਨ, ਉਹ ਚਿੱਟਾ ਪੀਂਦੇ ਸੀ ਪੰਨੀ ਤੇ। ਉਸ ਤੋਂ ਬਾਅਦ ਕਿਸੇ ਨੇ ਦੱਸਿਆ ਕਿ ਇਹ ਗੁਨਾ ਨੂੰ ਹੋਸਪਿਟਲ ਮੈਂ ਨਾ ਫ੍ਰੀ ਦਵਾਈ ਚਲਦੀ ਹੈ, ਖੈਰ ਬੰਦੀ ਗੋਲੀ, ਹਾਂ ਸੈਂਟਰ ਵਾਲੀ ਗੋਲੀ, ਹਾਂ ਜੋ ਜੀਪ ਨੀਚੇ ਰੱਖਦੇ, ਹਾਂ ਇਹ ਫਿਰ ਇਹ ਲਾਉਂਦੇ ਆਪਾਂ ਬਸ। ਇਸ ਦੌਰਾਨ ਪੁਲਿਸ ਨਸ਼ੇ ਦੇ ਆਦੀਆਂ ਦੀ ਤਲਾਸ਼ੀ ਲੈਂਦੀ ਨਜ਼ਰ ਆਈ, ਜਿਨ੍ਹਾਂ ਦੇ ਕੋਲੋਂ ਸਰਿੰਜਾਂ ਅਤੇ ਹੋਰ ਕਈ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ। ਤਾਂ ਇੱਕ ਪਾਸੇ ਨਸ਼ੇ ਦੀਆਂ ਵੀਡੀਓਜ਼ ਤੇ ਦੂਜੇ ਪਾਸੇ ਮੌਤ ਦੀਆਂ ਖਬਰਾਂ ਆ ਰਹੀਆਂ ਨੇ, ਤੇ ਉਧਰ ਹੀ ਨਸ਼ੇ ਦੇ ਖਿਲਾਫ਼ CIA ਸਟਾਫ ਵੀ ਐਕਸ਼ਨ ਦੇ ਵਿੱਚ ਹੈ। ਨਵਾਂ ਸ਼ਹਿਰ ਦੇ ਵਿੱਚ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ 2 ਨੌਜਵਾਨਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਵੀ ਕੀਤਾ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ਦੇ ਉੱਤੇ ਖਰੜ ਦੇ ਇੱਕ ਫਲੈਟ ਦੇ ਉੱਤੇ ਛਾਪੇਮਾਰੀ ਕੀਤੀ ਗਈ ਤੇ ਛਾਪੇਮਾਰੀ ਦੌਰਾਨ 7,51,000 ਰੁਪਏ ਵੀ ਬਰਾਮਦ ਕੀਤੇ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਵਾਂ ਸ਼ਹਿਰ ਦਾ ਕਨੈਕਸ਼ਨ ਮੋਹਾਲੀ ਤੱਕ ਨਜ਼ਰ ਆਇਆ, ਮੋਹਾਲੀ ਦੇ ਖਰੜ ਦੇ ਵਿੱਚ ਨਜ਼ਰ ਆਇਆ। ਨਵਾਂ ਸ਼ਹਿਰ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਸੀ ਤੇ ਉਸ ਤੋਂ ਬਾਅਦ ਖਰੜ ਦੇ ਇੱਕ ਫਲੈਟ ਦੇ ਵਿੱਚੋਂ ਵੀ ਜਿਹੜੀ ਇਹ ਡਰੱਗ ਮਨੀ ਬਰਾਮਦ ਕੀਤੀ ਗਈ ਹੈ, ਕਰੀਬ 7.5 ਲੱਖ ਰੁਪਇਆ। ਪੁਲਿਸ ਨੇ ਪਰਚਾ ਦਰਜ ਕਰ ਲਿਆ, ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਖਬਰ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਵਿੱਚ 2 ਪਰਿਵਾਰ ਉਸ ਵੇਲੇ ਇੱਕ ਹੁੰਦੇ ਰਹਿ ਗਏ ਜਦੋਂ ਵਿਆਹ ਤੋਂ ਠੀਕ ਪਹਿਲਾਂ ਕੁੜੀ ਨੇ ਮੁੰਡੇ ਦੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਤੇ ਦੋਵਾਂ ਦਾ 2 ਮਹੀਨੇ ਪਹਿਲਾਂ ਰਿਸ਼ਤਾ ਹੋਇਆ ਸੀ, ਸਾਰੇ ਰੀਤੀ ਰਿਵਾਜ ਰਸਮਾਂ ਹੋ ਰਹੀਆਂ ਸਨ, ਸਾਹਾ ਚਿੱਠੀ ਤੱਕ ਵੀ ਆ ਗਈ ਸੀ, ਪਰ ਇੱਕ ਦਿਨ ਪਹਿਲਾਂ ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਲਾੜੇ ਮੁਤਾਬਕ ਕੁੜੀ ਵਿਆਹ ਦੇ ਲਈ ਰਾਜ਼ੀ ਹੈ, ਪਰ ਉਸਦਾ ਪਰਿਵਾਰ ਵਿਆਹ ਤੋਂ ਇਨਕਾਰ ਕਰ ਰਿਹਾ ਹੈ। ਕੰਪੈਲ ਕੀਤਾ ਜਾ ਰਿਹਾ ਸੀ ਲੜਕੇ ਵੱਲੋਂ, ਇਹੀ ਕਿਹਾ ਜਾ ਰਿਹਾ ਸੀ ਕਿ ਮਾਂ ਪਿਓ ਦੀ ਇੱਜ਼ਤ ਹੁੰਦੀ ਹੈ ਔਰ ਰੋਕਾ ਆਪਣੇ ਭਰਾ ਦਾ ਜਿਹੜਾ ਭੈਣ ਦਾ ਕਰਾਇਆ ਉਹਦੇ 'ਤੇ ਵੀ ਮੈਨੂੰ ਪ੍ਰੈਸ਼ਰਾਈਜ਼ ਕੰਪੈਲ ਕਰਕੇ ਲੈ ਕੇ ਜਾਂਦਾ ਰਿਹਾ ਲੜਕਾ। ਜਿੱਥੇ ਵੀ ਜਾਂਦਾ ਰਿਹਾ ਮੈਨੂੰ ਹਮੇਸ਼ਾ ਇਹੀ ਕਹਿੰਦਾ ਰਿਹਾ ਕਿ ਮਾਂ ਪਿਓ ਦੀ ਇੱਜ਼ਤ ਹੈ ਅਤੇ ਤੈਨੂੰ ਵਿਆਹ ਕਰਾਉਣਾ ਹੀ ਪੈਣਾ, ਤੈਨੂੰ ਵਿਆਹ ਕਰਾਉਣਾ ਹੀ ਪੈਣਾ। ਵਿਆਹ ਦੀਆਂ ਖੁਸ਼ੀਆਂ ਦੁੱਖ ਦੇ ਵਿੱਚ ਬਦਲੀਆਂ, ਸਾਰੇ ਪ੍ਰਬੰਧ ਹੋ ਚੁੱਕੇ ਸੀ। ਹਾਲਾਂਕਿ ਲਾੜੀ ਮੁਤਾਬਕ ਉਸਦਾ ਵਿਆਹ ਧੱਕੇ ਨਾਲ ਕਰਵਾਇਆ ਜਾ ਰਿਹਾ ਸੀ ਅਤੇ ਉਹ ਪਹਿਲਾਂ ਹੀ ਵਿਆਹ ਨੂੰ ਨਾਂਹ ਕਰ ਚੁੱਕੀ ਸੀ। ਪਹਿਲਾਂ ਕੋਈ ਵਿੱਚ ਨਹੀਂ ਬੋਲਿਆ ਜਦੋਂ ਰਿਸ਼ਤਾ ਆਇਆ, ਅੱਜ ਰਿਸ਼ਤਾ ਤੋੜਨ ਵੇਲੇ ਸਾਰੇ ਗਾਂਹ ਹੋਈ ਜਾਂਦੇ ਵੀ ਸਾਡੀ ਸਾਨੂੰ ਕਹਿੰਦੇ ਸਾਨੂੰ ਲਿਖਣ ਲਿਖਤੀ ਦੇ ਦਿਓ
ਕੱਲ੍ਹ ਨੂੰ ਸਾਡੀ ਕੁੜੀ ਤੁਹਾਡੇ ਘਰ ਜਾ ਕੇ ਕੁਛ ਵੀ ਕਰ ਲਏ ਅਤੇ ਅਸੀਂ ਜ਼ਿੰਮੇਵਾਰ ਹਾਂ। ਪਤਾ ਨਹੀਂ ਸਮਝ ਨਹੀਂ ਆਉਂਦਾ ਵਾ ਭਾਅ ਜੀ ਕੀ ਚੱਕਰ ਇਹਨਾਂ ਦਾ, ਪਤਾ ਨਹੀਂ ਹੁਣ ਮੈਨੂੰ ਹੁਣ ਵੇਚਲਾ ਕਰਨ ਤਾਂ ਉਹੀ ਜਾਣਦੇ ਭਾਅ ਜੀ, ਅਸੀਂ ਨਹੀਂ ਜਾਣ ਸਕਦੇ। ਉਧਰ ਦੋਵੇਂ ਧਿਰਾਂ ਮਾਮਲੇ ਨੂੰ ਲੈ ਕੇ ਥਾਣੇ ਵੀ ਪਹੁੰਚ ਗਈਆਂ, ਪਰ ਜਦੋਂ ਇਸ ਬਾਰੇ ਪੁਲਿਸ ਦੇ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਐਪਲੀਕੇਸ਼ਨ ਅਜੇ ਸਾਡੇ ਕੋਲ ਆਈ ਨਹੀਂ ਹੈ ਜੀ, ਐਪਲੀਕੇਸ਼ਨ ਆਏ ਪਰਿਵਾਰ ਦੇ ਨਹੀਂ ਆਇਆ ਨਾ, ਪਰਿਵਾਰ ਐਪਲੀਕੇਸ਼ਨ ਦੇਖ ਕੇ ਦੇਗਾ ਸਾਨੂੰ ਪਤਾ ਲੱਗੇਗਾ। ਅਜੇ ਇਹਨਾਂ ਨੇ ਦੱਸਿਆ ਕੀ ਤੁਹਾਨੂੰ ਦੱਸਿਆ ਕੀ ਇਹਨਾਂ ਦਾ, ਅਜੇ ਐਪਲੀਕੇਸ਼ਨ ਦੇ ਜੋ ਦੇਖ ਕੇ ਦੇਣਗੇ ਫਿਰ ਉਹ ਨਹੀਂ ਇਹਨਾਂ ਦਾ ਵੈਸੇ ਹੈਗਾ ਵਿਆਹ ਦਾ ਮੈਟਰ ਹੈਗਾ ਦੱਸੋ, ਜੋ ਵੀ ਐਪਲੀਕੇਸ਼ਨ ਸਾਹਮਣੇ ਆਏਗਾ ਤੁਸੀਂ ਲੈਣੇ। ਖੈਰ ਮਾਮਲਾ ਕੁਝ ਵੀ ਰਿਹਾ ਹੋਵੇ, ਗਲਤੀ ਮੁੰਡੇ ਦੀ ਹੋਵੇ ਜਾਂ ਕੁੜੀ ਦੀ, ਵਿਆਹ ਤੋਂ ਪਹਿਲਾਂ ਦੋਵੇਂ ਪਰਿਵਾਰ ਥਾਣਿਆਂ ਦੇ ਧੱਕੇ ਖਾ ਰਹੇ ਨੇ, ਇਹ ਵੀ ਸ਼ਾਇਦ ਨਵੇਂ ਜ਼ਮਾਨੇ ਦੀ ਨਵੀਂ ਤਰ੍ਹਾਂ। ਖੈਰ ਜਦੋਂ ਵਿਆਹ ਨੂੰ ਲੈ ਕੇ ਖੂਬ ਰੀਝਾਂ ਲਗਾ ਕੇ ਤਿਆਰੀਆਂ ਕੀਤੀਆਂ ਗਈਆਂ ਹੋਣ, ਪਰ ਵਿਆਹ ਤੋਂ ਠੀਕ ਇੱਕ ਦਿਨ ਪਹਿਲਾਂ ਹੀ ਵਿਆਹ ਦੀ ਗੱਲ ਟੁੱਟ ਜਾਵੇ ਫਿਰ ਫਰਕ ਤਾਂ ਪੈਂਦਾ। ਹੁਣ ਖਬਰ ਹੁਸ਼ਿਆਰਪੁਰ ਤੋਂ, ਹੁਸ਼ਿਆਰਪੁਰ ਦੇ ਟਾਂਡਾ ਉਡਮੁੜ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦਾ 3 ਸਾਲਾ ਬੱਚਾ ਚੋਰੀ ਹੋ ਗਿਆ। ਤੇ ਪੂਰਾ ਪਰਿਵਾਰ ਰੇਲਵੇ ਟਰੈਕ ਦੇ ਉੱਤੇ ਕੰਮ ਕਰਦਾ ਹੈ ਅਤੇ ਜਦੋਂ ਆਪਣੇ ਕੰਮ ਦੇ ਉੱਤੇ ਗਏ ਹੋਏ ਸਨ ਤਾਂ ਪਿੱਛੋਂ ਰੇੜੀ ਦੇ ਉੱਤੇ ਆਏ ਇੱਕ ਮਰਦ ਅਤੇ ਔਰਤ ਨੇ ਬੱਚੇ ਨੂੰ ਚੋਰੀ ਕਰ ਲਿਆ। ਪਰਿਵਾਰ ਨੂੰ ਬੱਚਾ ਚੋਰੀ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਛੋਟੀ ਬੱਚੀ ਨੇ ਉਹਨਾਂ ਨੂੰ ਇਸ ਦੀ ਇਤਲਾਹ ਦਿੱਤੀ। बोला के चलो मेरे साथ, बच्ची रोटी दे गई काम के आए भी नहीं है। ਤੇ ਚੋਰੀ ਹੋਏ ਬੱਚੇ ਦਾ ਨਾਮ ਸ਼ਿਵਾ ਦੱਸਿਆ ਗਿਆ, ਜਿਸ ਬਾਰੇ ਹੁਣ ਪਰਿਵਾਰ ਨੇ ਰੇਲਵੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਦਕਿ ਪੁਲਿਸ ਬੱਚੇ ਨੂੰ ਲੈ ਕੇ ਜਾਣ ਵਾਲਿਆਂ ਨੂੰ ਪਰਿਵਾਰ ਦਾ ਹੀ ਰਿਸ਼ਤੇਦਾਰ ਦੱਸ ਰਹੀ ਹੈ। ਇਹ ਬੱਚਾ ਚੋਰੀ ਨਹੀਂ ਹੋਇਆ ਜੀ, ਇਹਨਾਂ ਦਾ ਹੀ ਆਪੇ ਦਾ ਹੀ ਰਿਸ਼ਤੇਦਾਰ, ਆਪਸ ਵਿੱਚ ਪਹਿਲਾਂ ਵੀ ਆਉਂਦੇ ਜਾਂਦੇ ਇਕੱਠੇ ਰਹੇ ਆ, ਕੁੱਡੇ ਕਰਾਲੇ ਮਟੇਰੀਆਂ ਜਿੱਥੇ ਵੀ ਲੇਵਰ ਦਾ ਕੰਮ ਚੱਲਦਾ ਰਿਹਾ ਉਹ ਇਹਨਾਂ ਦੇ ਨਾਲ ਹੀ ਰਹਿੰਦੇ ਰਹੇ ਆ, ਉਹ ਹੀ ਕਿਸੇ ਗਾਂਹ ਪਛਾਣ ਲਿਆ ਗਿਆ ਗਏ ਆ ਤੇ ਸਾਨੂੰ ਪਤਾ ਆ ਤੇ ਆਪ ਵੀ ਭਾਲ ਕਰਨ ਗਏ ਆ, ਉਹਨਾਂ ਨੂੰ ਪਤਾ ਵੀ ਸਾਡੇ ਰਿਸ਼ਤੇਦਾਰ ਕਿੱਥੇ ਰਹਿੰਦੇ ਆ ਉੱਥੇ ਵੀ ਦੇਖ ਪਤਾ। ਖੈਰ ਬੱਚੇ ਦੇ ਗੁਆਚਣ ਤੋਂ ਬਾਅਦ ਪਰਿਵਾਰ ਪਰੇਸ਼ਾਨ ਹੈ ਤੇ ਲਗਾਤਾਰ ਬੱਚੇ ਦੀ ਭਾਲ ਕਰ ਰਿਹਾ ਹੈ, ਪਰ ਪੁਲਿਸ ਦੇ ਦਾਅਵੇ ਕੁਝ ਹੋਰ ਕਹਿ ਰਹੇ ਨੇ, ਪਰ ਇਸ ਸਭ ਦੇ ਵਿਚਾਲੇ ਬੱਚਾ ਕਿੱਥੇ ਹੈ ਇਹ ਸਵਾਲ ਬਰਕਰਾਰ ਹੈ। ਤਾਂ ਪੁਲਿਸ ਇਸ ਸਮੇਂ ਜਾਂਚ ਜ਼ਰੂਰ ਕਰ ਰਹੀ ਹੈ। ਅਗਲੀ ਖਬਰ ਮਾਨਸਾ ਤੋਂ, ਮਾਨਸਾ ਪੁਲਿਸ ਨੇ ਇੱਕ ਸਾਬਕਾ ਕਬੱਡੀ ਖਿਡਾਰੀ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ। ਤੇ ਪੁਲਿਸ ਨੇ ਸਰਦੂਲਗੜ੍ਹ ਕੈਂਚੀ ਅਤੇ ਨਾਕੇ ਦੌਰਾਨ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਕੋਲੋਂ H-30 ਬੋਰ ਪਿਸਤੌਲ ਬਰਾਮਦ ਕੀਤਾ ਗਿਆ, ਪਰ ਬਾਅਦ ਦੇ ਵਿੱਚ ਪੁੱਛਗਿੱਛ ਦੇ ਵਿੱਚ ਰਮਨਦੀਪ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਹੋਰ ਪਿਸਤੌਲ ਵੀ ਬਰਾਮਦ ਕੀਤੇ। ਇੱਕ ਰਮਨਦੀਪ ਸਿੰਘ ਵਾਸੀ ਕੁੱਤੀਵਾਲ ਪਿੰਡ ਜ਼ਿਲ੍ਹਾ ਬਠਿੰਡਾ ਦਾ ਉੱਥੇ ਕਾਬੂ ਕੀਤਾ ਗਿਆ, ਜਿਹਦੇ ਕੋਲ ਇੱਕ ਵੈਪਨ ਰਿਕਵਰ ਕੀਤਾ ਗਿਆ 30-4 ਦਾ। ਉਸ ਤੋਂ ਬਾਅਦ ਉਹਦੀ ਰਿਮਾਂਡ ਲਈ ਗਈ, ਰਿਮਾਂਡ ਦੇ ਦੌਰਾਨ 2 ਵੈਪਨ ਹੋਰ ਰਿਕਵਰ ਕੀਤੇ ਗਏ ਨੇ, ਜਿਹਦੇ 'ਚ ਇੱਕ 30-4 ਦਾ ਵੈਪਨ ਅਤੇ ਇੱਕ 32-4 ਦਾ ਵੈਪਨ। ਮੁਲਜ਼ਮ ਰਮਨਦੀਪ ਸਿੰਘ ਤੇ ਪਹਿਲਾਂ ਵੀ ਆਰਮਸ ਐਕਟ ਦਾ ਕੇਸ ਦਰਜ ਹੈ। ਪੁਲਿਸ ਮੁਤਾਬਕ ਮੁਲਜ਼ਮ ਨੈਸ਼ਨਲ ਪੱਧਰ ਦਾ ਕਬੱਡੀ ਖਿਡਾਰੀ ਵੀ ਰਿਹਾ। ਇਹਦੇ 'ਤੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ 302 ਦਾ ਬਾਲਿਆਂਵਾਲੀ ਥਾਣੇ ਦਾ 2019 ਦਾ, ਜਿਹਦੇ ਵਿੱਚ ਇਹਨੇ ਕਤਲ ਕੀਤਾ ਸੀ, ਉਹਦੇ ਵਿੱਚ ਵੀ ਵੈਪਨ ਯੂਜ਼ ਹੋਇਆ ਸੀ, ਉਹ ਵੀ ਵੈਪਨ ਰਿਕਵਰ ਹੋਇਆ ਸੀ। ਪਲੈਨਿੰਗ ਸੀਗੀ ਜਾਂ ਇਹੋ ਜਿਹਾ ਕੋਈ ਇਹਦਾ ਸੀਗਾ ਪਲਾਨ ਐਗਜੀਕਿਊਟ ਕਰਨ ਵਾਸਤੇ ਕਿ ਕਿਸੇ ਦਾ ਨੁਕਸਾਨ ਕਰਨਾ ਸੀ। ਪੁਲਿਸ ਨੇ ਸਾਬਕਾ ਕਬੱਡੀ ਖਿਡਾਰੀ ਦੇ ਕਈ ਗੈਰ ਸਮਾਜਿਕ ਤੱਤਾਂ ਦੇ ਨਾਲ ਸੰਬੰਧਾਂ ਦਾ ਸ਼ੱਕ ਜਤਾਇਆ ਤੇ ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰਨ ਦੇ ਵਿੱਚ ਲੱਗੀ ਹੋਈ ਹੈ। ਤਾਂ ਸਾਬਕਾ ਕਬੱਡੀ ਖਿਡਾਰੀ ਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਣਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਬਠਿੰਡਾ ਦੀ ਪ੍ਰਜਾਪਤ ਕਾਲਨੀ ਦੇ ਵਿੱਚ ਲੋਕਾਂ ਨੇ ਚੋਰੀ ਦੇ ਸ਼ੱਕ ਦੇ ਵਿੱਚ ਇੱਕ ਨੌਜਵਾਨ ਨੂੰ ਬੰਧਕ ਬਣਾ ਲਿਆ, ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ, ਤਸਵੀਰਾਂ ਵੀ ਸਾਹਮਣੇ ਆਈਆਂ। ਇਲਾਕਾ ਵਾਸੀ ਮੁਹੱਲੇ ਦੇ ਵਿੱਚ ਹੋ ਰਹੀਆਂ ਚੋਰੀਆਂ ਤੋਂ ਪਰੇਸ਼ਾਨ ਸਨ ਤੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸਦੀ ਕੁੱਟਮਾਰ ਕੀਤੀ ਗਈ। ਮੁਹੱਲਾ ਵਾਸੀਆਂ ਮੁਤਾਬਕ ਫੜਿਆ ਗਿਆ ਕਥਿਤ ਚੋਰ ਅਤੇ ਉਸਦੇ ਸਾਥੀ ਕਈ ਵਾਰ ਉਹਨਾਂ ਦਾ ਹਜ਼ਾਰਾਂ ਦਾ ਨੁਕਸਾਨ ਕਰ ਚੁੱਕੇ ਨੇ। ਫੇਰ ਆਏ ਇਹ ਗੱਡੀ ਦੀ ਲਾਈਟ ਖੋਲ ਲਈ, ਬੈਟਰੀ ਕੱਢ ਕੇ ਲੈ ਗਏ, ਇਹ ਸਾਰਾ ਦੱਸ ਰਿਹਾ ਜੀ ਵੀ ਅਸੀਂ 9 ਤਰੀਕ ਨੂੰ ਹਾਂ ਬਲਾਕ ਵੀ ਲੱਗ ਗਿਆ, ਮੇਰੇ ਨਾਲ ਦੇ 2 ਜਾਣੇ ਸੀ ਉਹਨਾਂ ਦੇ ਨਾਮ ਵੀ ਦੱਸ ਰਿਹਾ, ਕਹਿੰਦਾ ਮੈਨੂੰ 200 ਰੁਪਏ ਦਿੰਦੇ ਆ, ਸਾਰੇ ਪੈਸੇ ਉਹ ਰੱਖਦੇ, ਇਹਨੇ ਕਬਾੜੀਆਂ ਦੇ ਨਾਮ ਵੀ ਲਏ ਆ, ਭੋਲਾ ਗੋਲੂ, ਕਹਿੰਦਾ 64 ਬਸਤੀ ਰਿਹਾ, ਕਹਿੰਦਾ ਮੈਂ ਲੈ ਵੀ ਚੱਲਣਾ ਤੁਹਾਨੂੰ ਉੱਥੇ। ਜਦਕਿ ਕੁੱਟਮਾਰ ਦਾ ਸ਼ਿਕਾਰ ਨੌਜਵਾਨ ਇਲਜ਼ਾਮਾਂ ਨੂੰ ਨਕਾਰ ਰਿਹਾ ਹੈ। ਨਹੀਂ ਮੈਂ ਗੱਤਾ ਹੀ ਲੈ ਕੇ ਜਾ ਰਿਹਾ ਸੀਗਾ ਜੀ, ਮੈਂ ਪਹਿਲਾਂ ਮੈਂ ਘੱਟ ਤੋਂ ਘੱਟ ਕੀਤਾ ਜੀ 7-8 ਵਾਰੀ ਕੀਤਾ ਜੀ, ਇੱਧਰੋਂ ਨਹੀਂ ਕੀਤਾ ਜੀ ਮੈਂ, ਦੂਜੇ ਮੁੰਡੇ ਕੀਤੇ ਹੋਣਗੇ ਇੱਧਰੋਂ ਜੀ, ਮੈਂ ਇੱਧਰੋਂ ਨਹੀਂ ਕੀਤਾ ਜੀ। ਉਧਰ ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਅਤੇ ਕਥਿਤ ਚੋਰ ਨੂੰ ਰਿਹਾ ਕਰਵਾ ਥਾਣੇ ਲੈ ਗਈ। ਥਾਣਾ ਸਿਵਲਿਆਂ ਤੋਂ ਆਇਆ ਜੀ, ਸਾਨੂੰ ਫੋਨ ਗਿਆ ਸੀਗਾ, ਇੱਥੋਂ ਵੀ ਚੋਰ ਫੜਿਆ ਤੇ ਉਹ ਲੈ ਕੇ ਚੱਲੇ ਥਾਣੇ 'ਚ, ਜੋ ਬਣਦੀ ਕਾਰਵਾਈ ਉਹ ਕਰਦੇ ਨੇ, ਬਸ ਜਿਹੜੀ ਬਿਆਨ ਲਿਖਾਉਣਗੇ ਲੋਕ ਉਸ ਹਿਸਾਬ ਨਾਲ ਕਾਰਵਾਈ ਕਰਦੇ ਨੇ।
ਫੜਿਆ ਗਿਆ ਨੌਜਵਾਨ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ, ਜਿਸ ਦੇ ਕੋਲੋਂ ਸਰਿੰਜ ਅਤੇ ਪੇਚਕਸ ਵੀ ਬਰਾਮਦ ਕੀਤਾ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਹਰਿਆਣਾ ਦੇ ਸੋਨੀਪਤ ਦੇ ਵਿੱਚ ਸੀਐਮ ਫਲਾਇੰਗ ਟੀਮ ਨੇ ਸ਼ਰਾਬ ਤਸਕਰੀ ਦਾ ਪਰਦਾਫਾਸ਼ ਕੀਤਾ। ਫਲਾਇੰਗ ਟੀਮ ਨੇ ਪਿੰਡ ਜਗਦੀਸ਼ਪੁਰ ਦੇ ਕੋਲ ਨਜਾਇਜ਼ ਸ਼ਰਾਬ ਦੇ ਨਾਲ ਭਰੇ ਇੱਕ ਟਰੱਕ ਨੂੰ ਕਾਬੂ ਕੀਤਾ ਤੇ ਇਹ ਸ਼ਰਾਬ ਚੰਡੀਗੜ੍ਹ ਤੋਂ ਲਿਆਂਦੀ ਜਾ ਰਹੀ ਸੀ, ਜਿਸ ਨੂੰ ਹਰਿਆਣਾ ਦੇ ਵਿੱਚ ਵੇਚਿਆ ਜਾਣਾ ਸੀ। ਤੇ ਕਾਬੂ ਕੀਤੇ ਟਰੱਕ ਨੂੰ ਰਾਈ ਥਾਣੇ ਲਿਆਂਦਾ ਗਿਆ, ਜਦਕਿ ਟਰੱਕ ਡਰਾਈਵਰ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਰਿਹਾ। ਤਕਰੀਬਨ 1000 ਪੇਟੀ ਕੇ ਆਸ ਪਾਸ ਹੈ ਜੋ ਟਰੱਕ ਕੇ ਡਾਇਮੈਂਸ਼ਨਸ ਕੋ ਦੇਖ ਕੇ ਲੱਗ ਰਹਾ ਹੈ ਔਰ ਚੰਡੀਗੜ੍ਹ ਸੇਲ ਕੀ ਸ਼ਰਾਬ ਹੈ, ਹਰਿਆਣਾ ਮੇਂ ਡਿਸਟ੍ਰੀਬਿਊਸ਼ਨ ਕੇ ਲੀਏ ਥੀ, ਜਿਸ ਪਰ ਸੰਯੁਕਤ ਟੀਮ ਹਮਾਰੀ ਐਕਸਾਈਜ ਕੀ ਸੀ ਐਮ ਫਲਾਇੰਗ ਕੀ ਪੁਲਿਸ ਕੀ ਟੀਮ ਨੇ ਰੇਡ ਕੀ ਔਰ ਇਸ ਅਵੈਧ ਸ਼ਰਾਬ ਕੋ ਜੋ ਹੈ ਪਕੜਾਇਆ। ਹਾਲਾਂਕਿ ਟਰੱਕ ਦੇ ਵਿੱਚ ਕੁੱਲ ਕਿੰਨੀਆਂ ਪੇਟੀਆਂ ਅਤੇ ਬੋਤਲਾਂ ਸੀ ਇਸ ਦੀ ਜਾਣਕਾਰੀ ਤਾਂ ਨਹੀਂ ਦਿੱਤੀ ਗਈ, ਪਰ ਫਲਾਇੰਗ ਟੀਮ ਅਤੇ ਪੁਲਿਸ ਇਸ ਨੂੰ ਵੱਡੀ ਕਾਮਯਾਬੀ ਜ਼ਰੂਰ ਮੰਨ ਰਹੀ ਹੈ। ਹੁਣ ਅੱਗੇ ਵੱਧਦੇ ਹਾਂ ਤੇ ਖਬਰ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਰਾਜਾ ਸਾਂਸੀ ਦੇ ਵਿੱਚ ਇੱਕ ਦਬੰਗ ਮਹਿਲਾ SHO ਨੇ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੀ ਜੰਮ ਕੇ ਖਬਰ ਲਈ। ਤੇ ਬੁਲਟ ਦੇ ਅੱਗੇ ਲਿਖਿਆ ਸੀ ਝੋਟਾ, ਪਰ ਝੋਟਾ ਪੁਲਿਸ ਦੇ ਅੜੀਕੇ ਚੜ ਗਿਆ। ਵੱਡੇ ਵੱਡੇ ਹੌਰਨ ਲੱਗੇ ਸਨ, ਪਰ ਅੱਗੇ ਪੁਲਿਸ ਖੜੀ ਸੀ ਤੇ ਚਲਾਨ ਵੀ ਹੋਏ ਤੇ ਪਟਾਕੇ ਪਾ ਕੇ ਵੀ ਦੇਖੇ ਗਏ। ਪੁਲਿਸ ਨੇ ਹੁਲੜਬਾਜ਼ਾਂ ਦੇ ਚਲਾਨ ਤਾਂ ਕੱਟੇ ਹੀ, ਨਾਲ ਹੀ ਗੱਡੀਆਂ ਦੇ ਸ਼ੀਸ਼ੇ ਤੇ ਕਾਲੀਆਂ ਫਿਲਮਾਂ ਚੜਾਉਣ ਵਾਲਿਆਂ ਨੂੰ ਵੀ ਚੰਗਾ ਸਬਕ ਸਿਖਾਇਆ। ਜਿਨ੍ਹਾਂ ਨੇ ਗੱਡੀਆਂ 'ਤੇ ਜੋ ਬਲੈਕ ਸ਼ੀਲਡਿੰਗ ਕੀਤੀ ਆ ਉਹਨੂੰ ਉਤਰਵਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਨ ਵਾਲੇ ਜੋ ਸੈਲੈਂਸਰ ਲਗਾਏ ਹੁੰਦੇ ਹਨ ਉਹਨਾਂ ਨੂੰ ਹਟਵਾਇਆ ਜਾ ਰਿਹਾ ਅਤੇ ਚਲਾਨ ਵੀ ਕੱਟੇ ਜਾ ਰਹੇ ਹਨ ਅਤੇ ਹਦਾਇਤਾਂ ਵੀ ਲੋਕਾਂ ਨੂੰ ਕੀਤੀਆਂ ਜਾ ਰਹੀਆਂ ਹਨ ਕਿ ਇਹਨਾਂ ਚੀਜ਼ਾਂ ਨੂੰ ਨਾ ਲਗਾਓ ਜਿਨ੍ਹਾਂ ਦੇ ਨਾਲ ਨੋਇਸ ਪੋਲਿਊਸ਼ਨ ਕ੍ਰੀਏਟ ਹੋਵੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ। ਇਹ ਕਾਰਵਾਈ ਹੋਈ ਦਬੰਗ ਲੇਡੀ ਅਫਸਰ ਰਮਨਦੀਪ ਕੌਰ ਬੰਦੇਸ਼ਾ ਦੀ ਅਗਵਾਈ ਦੇ ਵਿੱਚ, ਜਿਨ੍ਹਾਂ ਹੁਲੜਬਾਜ਼ਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚੇਤਾਵਨੀ ਵੀ ਦਿੱਤੀ ਹੈ। ਖੈਰ, ਜੇ ਬੁਲਟ ਦੇ ਪਟਾਕੇ ਪਾਏ ਤਾਂ ਚਲਾਨ ਹੋਏਗਾ, ਪੁਲਿਸ ਲਗਾਤਾਰ ਐਕਸ਼ਨ ਕਰਦੀ ਹੈ, ਪਰ ਜਿਹੜਿਆਂ ਨੇ ਬੁਲਟ ਦੇ ਉੱਤੇ ਸਲੰਸਰ ਬਦਲਵਾਏ ਹੋਏ ਨੇ ਬਾਜ਼ ਉਹ ਵੀ ਨਹੀਂ ਆਉਂਦੇ। ਖੈਰ, ਜ਼ਿਆਦਾ ਦਿਨ ਤਾਂ ਨਹੀਂ ਰਹਿ ਸਕਣਗੇ, ਚਲਾਨ ਤਾਂ ਉਹਨਾਂ ਦਾ ਵੀ ਫਿਰ ਕੱਟਿਆ ਹੀ ਜਾਣਾ। ਅੱਗੇ ਵੱਧਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਸ਼ਿਮਲਾ ਦੀ, ਜਿੱਥੇ ਉੱਪਰੀ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਦੱਸ ਦਈਏ ਕਿ ਚੰਸ਼ਲ ਘਾਟੀ, ਨਾਰਕੰਡਾ, ਫਾਗੂ, ਕੁਫਰੀ, ਠਿਓਗ ਦੇ ਵਿੱਚ ਬਰਫ਼ਬਾਰੀ ਸ਼ੁਰੂ ਹੋਈ ਹੈ, ਜਿਸ ਦੇ ਨਾਲ ਤਾਪਮਾਨ ਦੇ ਵਿੱਚ ਹੋਰ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਨਵੇਂ ਸਾਲ ਦੇ ਮੌਕੇ ਦੇ ਉੱਤੇ ਸ਼ਿਮਲਾ ਦੇ ਵਿੱਚ ਬਰਫ਼ ਦੀ ਚਿੱਟੀ ਚਾਦਰ ਵਿੱਛ ਸਕਦੀ ਹੈ, ਯਾਨੀ ਕਿ ਬਿਲਕੁਲ ਵਾਈਟ ਵਾਈਟ ਸਾਰਾ ਕੁਝ ਤੁਹਾਨੂੰ ਨਜ਼ਰ ਆ ਸਕਦਾ ਨਵੇਂ ਸਾਲ ਦੇ ਉੱਤੇ, ਖਾਸ ਤੌਰ 'ਤੇ ਜੇਕਰ ਤੁਸੀਂ ਸ਼ਿਮਲਾ ਘੁੰਮਣ ਦੇ ਲਈ ਗਏ ਹੋਏ। ਜਿਸ ਨੂੰ ਦੇਖਣ ਦੇ ਲਈ ਦੇਸ਼ ਭਰ ਤੋਂ ਸੈਲਾਨੀ ਵੀ ਪਹੁੰਚ ਰਹੇ ਨੇ। ਸ਼ਿਮਲਾ ਦਾ ਰੁੱਖ ਹਿਮਾਚਲ ਦੇ ਵੱਖ ਵੱਖ ਜਿਹੜੇ ਹਿਲ ਸਟੇਸ਼ਨਸ ਨੇ ਜਿੱਥੇ ਬਰਫ਼ਬਾਰੀ ਹੁੰਦੀ ਹੈ, ਚਾਹੇ ਉਹ ਕੁਫਰੀ ਹੋਵੇ, ਸ਼ਿਮਲਾ ਹੋਵੇ, ਮਨਾਲੀ ਹੋਵੇ, ਤਾਂ ਇਹਨਾਂ ਥਾਵਾਂ ਦੇ ਉੱਤੇ ਪਹੁੰਚਦੇ ਨੇ ਸੈਲਾਨੀ ਵੱਡੀ ਗਿਣਤੀ ਦੇ ਵਿੱਚ ਬਰਫ਼ਬਾਰੀ ਦਾ ਆਨੰਦ ਮਾਣਨ ਦੇ ਲਈ। ਨਵੇਂ ਸਾਲ ਦਾ ਮੌਕਾ ਹੈ, ਬਰਫ਼ਬਾਰੀ ਜੇ ਉੱਥੇ ਹੋ ਜਾਵੇ ਤਾਂ ਫਿਰ ਸੋਨੇ 'ਤੇ ਸੁਹਾਗੇ ਵਰ। ਨਵੇਂ ਸਾਲ ਦੇ ਮੌਕੇ ਉੱਤੇ ਜੇਕਰ ਤੁਸੀਂ ਵੀ ਪਲਾਨ ਕਰ ਰਹੇ ਹੋ ਸ਼ਿਮਲਾ ਪਹੁੰਚਣ ਦਾ, ਤਾਂ ਜ਼ਰੂਰ ਧਿਆਨ ਰੱਖਿਓ, ਟ੍ਰੈਫਿਕ ਦੇ ਨਾਲ ਵੀ 2-4 ਤੁਹਾਨੂੰ ਹੋਣਾ ਪੈ ਸਕਦਾ ਹੈ। ਫਰਕ ਤਾਂ ਪੈਂਦਾ, ਦੇ ਵਿੱਚ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੁਹਾਡੇ ਸੁਝਾਵਾਂ ਦਾ, ਤੁਹਾਡੀ ਫੀਡਬੈਕ ਦਾ ਸਾਨੂੰ ਇੰਤਜ਼ਾਰ ਰਹਿੰਦਾ ਹੈ। ਇਸ ਸ਼ੋਅ ਨੂੰ ਲੈ ਕੇ ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਕਿਉਂਕਿ ਤੁਹਾਡੀ ਫੀਡਬੈਕ ਦੇ ਨਾਲ ਵੀ ਫਰਕ ਤਾਂ ਪੈਂਦਾ ਹੈ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ। Headlines presented by पेट सफा आयुर्वेदिक चूर्ण, पेट सफा तो हर रोग दफा। Headlines presented by पेट सफा आयुर्वेदिक चूर्ण, पेट सफा तो हर रोग दफा।
ਤੇ ਖੁਫੀਆ ਜਾਣਕਾਰੀ ਦੇ ਮੁਤਾਬਿਕ ਪਾਕਿਸਤਾਨੀ ਦਹਿਸ਼ਤਵਾਦੀ ਗਰੁੱਪ ਪੁਲਿਸ ਥਾਣੇ ਤੇ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾ ਸਕਦੇ ਨੇ। ਇਨਪੁਟਸ ਇਹ ਵੀ ਨੇ ਕਿ ਇੱਕ ਥਾਣੇ ਦੀ ਰੇਕੀ ਤੱਕ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਥਾਂ ਥਾਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਜਿਸ ਤਰ੍ਹਾਂ ਅਲਰਟ ਜਿਹੜਾ ਹੈਗਾ ਉਹ ਆਇਆ ਸੀਗਾ ਕਿ 26 ਜਨਵਰੀ ਤੋਂ ਪਹਿਲਾਂ ਜਾਂ ਫਿਰ ਨਿਊ ਈਅਰ ਦੇ ਟਾਈਮ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਹੈ ਉਹ ਧਮਾਕਾ ਹੋ ਸਕਦਾ ਹੈ, ਸਾਜਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ, ਜਿਹੜਾ ਟੈਰਿਸਟ ਗਰੁੱਪ ਜਿਹੜਾ ਕੰਮ ਕਰ ਰਿਹਾ ਉਹਨੂੰ ਲੈ ਕੇ ਪੂਰੀ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ। ਮੋਹਾਲੀ ਅਤੇ ਅੰਮ੍ਰਿਤਸਰ ਦੇ ਵਿੱਚ ਪੁਲਿਸ ਦੇ ਵੱਲੋਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਤਾਂ ਪਠਾਨਕੋਟ ਦੇ ਵਿੱਚ ਪੁਲਿਸ ਨੇ ਝੁੱਗੀਆਂ ਚ ਲਈ ਅਪਲਾਈ ਕਰੋ ਬਿਨਾਂ ਆਇਲਸ ਦੇ, ਹਾਈ ਸਕਸੈਸ ਰੇਟ, ਗਵਰਨਮੈਂਟ ਅਪਰੂਵਡ ਦ ਯੈਲੋ ਲੀ। इस न्यूज हेडलाइंस के प्रायोजक कैनेडा दे पीआर लई अप्लाई करो बिना आयल्स दे, हाई सक्सेस रेट, गवर्नमेंट अप्रूव्ड द येलो ली। 67 प्लस क्रो व्यूअर ताकि कोई शक्की व्यक्ति अपने इरादियां नु अंजाम ना दे सके। आज जिन्ने भी माइग्रेंट ने बाहरों जा के ने रेडी लाई है जांच की वाले ने सारे नु चेक किया जा रहा है ना, आधार कार्ड चेक किए जा रहे ने, कदों तो रह रहे ने, सही ने के गलत ने, सारे नु वेरीफाई किया जा रहा है। ਜ਼ਿਕਰਯੋਗ ਹੈ ਕਿ ਆਰਪੀਜੀ ਦੇ ਨਾਲ 9 ਮਈ ਨੂੰ ਮੋਹਾਲੀ ਦੇ ਵਿੱਚ ਇੰਟੈਲੀਜੈਂਸ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 9 ਦਸੰਬਰ ਨੂੰ ਤਰਨ ਤਾਰਨ ਦੇ ਸਰਹਾਲੀ ਪੁਲਿਸ ਥਾਣੇ ਤੇ ਆਰਪੀਜੀ ਦੇ ਨਾਲ ਹਮਲਾ ਹੋਇਆ ਤੇ ਤੀਜਾ ਲੋਡਿਡ ਆਰਪੀਜੀ ਤਰਨ ਤਾਰਨ ਦੇ ਮੰਡ ਇਲਾਕੇ ਦੇ ਵਿੱਚੋਂ ਮਿਲਿਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਚਾਰੋ ਆਰਪੀਜੀ ਸਰਹੱਦ ਪਾਰ ਤੋਂ ਆਏ ਸਨ ਤੇ ਚੌਥਾ ਆਰਪੀਜੀ ਕਿੱਥੇ ਹੈ ਪੁਲਿਸ ਇਸ ਦੀ ਭਾਲ ਕਰ ਰਹੀ ਹੈ। ਅਲਰਟ ਤੋਂ ਬਾਅਦ ਸੁਰੱਖਿਆ ਤੇ ਦੂਜੇ ਪਾਸੇ ਚੈਕਿੰਗ ਮੁਹਿੰਮ ਪੁਲਿਸ ਜ਼ਰੂਰ ਚਲਾਉਂਦੀ ਹੋਈ ਨਜ਼ਰ ਆਈ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਬੌਧ ਧਰਮ ਗੁਰੂ ਦਲਾਈ ਲਾਮਾ ਦੀ ਜਾਸੂਸੀ ਕਰਨ ਵਾਲੀ ਮਹਿਲਾ ਨੂੰ ਬਿਹਾਰ ਦੀ ਗਿਆ ਪੁਲਿਸ ਨੇ ਲੱਭ ਲਿਆ, ਯਾਨੀ ਕਿ ਕਾਬੂ ਕਰ ਲਿਆ। ਗਿਆ ਪੁਲਿਸ ਨੇ ਸ਼ੱਕੀ ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਹੈ। ਪੁਲਿਸ ਨੂੰ ਇੱਕ ਸ਼ੱਕੀ ਚੀਨੀ ਮਹਿਲਾ ਦੇ ਹੋਣ ਦੀ ਖਬਰ ਮਿਲੀ ਸੀ। ਮਹਿਲਾ ਦੇ ਜ਼ਿਆਦਾ ਸਮੇਂ ਤੋਂ ਗਿਆ ਦੇ ਵਿੱਚ ਹੋਣ ਦੀ ਇਤਲਾਹ ਸੀ। ਪੁਲਿਸ ਨੇ ਪਹਿਲਾਂ ਹੀ ਮਹਿਲਾ ਦਾ ਸਕੈਚ ਵੀ ਜਾਰੀ ਕਰ ਦਿੱਤਾ ਸੀ, ਕਿਉਂਕਿ ਬੌਧ ਧਰਮ ਗੁਰੂ ਦਲਾਈ ਲਾਮਾ ਗਿਆ ਦੇ ਵਿੱਚ ਨੇ। ਸੂਤਰਾਂ ਦੇ ਮੁਤਾਬਿਕ ਮਹਿਲਾ 2019 ਦੇ ਵਿੱਚ ਭਾਰਤ ਆਈ ਸੀ, ਪਰ ਉਹ ਚੀਨ ਪਰਤ ਗਈ ਸੀ। ਇਸ ਤੋਂ ਬਾਅਦ ਉਹ ਦੁਬਾਰਾ ਭਾਰਤ ਆਈ ਅਤੇ ਫਿਰ ਨੇਪਾਲ ਚਲੀ ਗਈ। ਨੇਪਾਲ ਦੇ ਵਿੱਚ ਕੁਝ ਦਿਨ ਬਿਤਾਉਣ ਤੋਂ ਬਾਅਦ ਬੌਧ ਗਿਆ ਪਹੁੰਚੀ। ਉਧਰ ਦਲਾਈ ਲਾਮਾ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ। ਜਿੱਥੇ ਉਹ ਰੁਕੇ ਨੇ ਉੱਥੇ ਬੰਬ ਨਿਰੋਧਕ ਦਸਤੇ ਵੀ ਤੈਨਾਤ ਕਰ ਦਿੱਤੇ ਗਏ ਨੇ ਗਿਆ ਰੇਂਜ ਦੇ ਇਲਾਵਾ। ਪੁਲਿਸ ਹੈੱਡਕੁਆਰਟਰ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਅਲਰਟ ਨਜ਼ਰ ਆਇਆ। ਅਗਲੀ ਖਬਰ ਹਰਿਆਣਾ ਤੋਂ ਹੈ। ਹਰਿਆਣਾ ਦੀ ਇੱਕ ਮਹਿਲਾ ਐਥਲੀਟ ਕੋਚ ਨੇ ਸੂਬੇ ਦੇ ਖੇਡ ਮੰਤਰੀ ਸੰਦੀਪ ਸਿੰਘ ਦੇ ਉੱਤੇ ਛੇੜਛਾੜ ਦੇ ਇਲਜ਼ਾਮ ਲਗਾਏ। ਇਲਜ਼ਾਮ ਨੇ ਕਿ ਮੰਤਰੀ ਸੰਦੀਪ ਸਿੰਘ ਨੇ ਚੈਟਿੰਗ ਕਰਨ ਦੇ ਲਈ ਮਹਿਲਾ ਨੂੰ ਸਨੈਪਚੈਟ ਤੇ ਆਉਣ ਲਈ ਕਿਹਾ ਤੇ ਮਹਿਲਾ ਕੋਚ ਦੇ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਆਪਣੀ ਆਈਡੀ ਭੇਜ ਦਿੱਤੀ। ਮਹਿਲਾ ਕੋਚ ਮੁਤਾਬਕ ਮੰਤਰੀ ਸੰਦੀਪ ਸਿੰਘ ਨੇ ਉਸ ਨੂੰ ਆਪਣੇ ਕੈਬਿਨ ਦੇ ਵਿੱਚ ਬੁਲਾ ਕੇ ਉਸ ਦੇ ਨਾਲ ਦੁਰਵਿਵਹਾਰ ਕੀਤਾ। ਇਹਨਾਂ ਨੇ ਮੇਰੇ ਪੈਰ ਤੇ ਹੱਥ ਰੱਖਾ ਔਰ ਬੋਲੇ ਕਿ ਤੁਮ ਮੈਨੇ ਤੁਹਾਰਾ ਤੁਮੇ ਫਸਟ ਟਾਈਮ ਦੇਖਾ ਤਾਂ ਤੁਮ ਮੁਝੇ ਤਬ ਸੇ ਕਾਫੀ ਅੱਛੀ ਲੱਗਦੀ ਹੋ ਔਰ ਮੈਂ ਤੁਮੇ ਸਪੌਂਸਰ ਕਰਾਉਂਗਾ ਔਰ ਤੁਮ ਕਿਉਂ ਪੰਗੇ ਕਰ ਰਹੀ ਹੋ ਇਹ ਹੱਥ ਪੈਰ ਤੁੜਾ ਰਹੀ ਹੋ ਤੁਮ ਮੁਝੇ ਖੁਸ਼ ਰੱਖੋ ਮੈਂ ਤੁਮੇ ਖੁਸ਼ ਰੱਖੂੰਗਾ ਔਰ ਇਹਨਾਂ ਨੇ ਮੇਰੇ ਸਾਥ ਉਸ ਟਾਈਮ ਮਿਸਬਿਹੇਵ ਕਰਨੇ ਕੀ ਕੋਸ਼ਿਸ਼ ਕੀ ਲਾਈਕ ਛੀਨਾ ਝਪੱਟੀ ਔਰ ਇਹਨਾਂ ਨੇ ਮੇਰਾ ਟੀ ਸ਼ਰਟ ਵੀ ਫਾੜ ਦਿਆ ਉਸ ਟਾਈਮ। ਇਲਜ਼ਾਮਾਂ ਦੇ ਵਿੱਚ ਘਿਰੇ ਖੇਡ ਮੰਤਰੀ ਸੰਦੀਪ ਸਿੰਘ ਨੇ ਵੀ ਸਫਾਈ ਦਿੱਤੀ ਅਤੇ ਮਹਿਲਾ ਨੂੰ ਮਾਣਹਾਨੀ ਦੇ ਕੇਸ ਦੀ ਚੇਤਾਵਨੀ ਵੀ ਦਿੱਤੀ ਹੈ। ਮੰਤਰੀ ਮੁਤਾਬਕ ਮਹਿਲਾ ਕੋਚ ਪੰਚਕੂਲਾ ਦੇ ਵਿੱਚ ਮਨਪਸੰਦ ਪੋਸਟਿੰਗ ਚਾਹੁੰਦੀ ਸੀ। ਬੇਸਲੈਸ ਔਰ ਕਿਸਕਾ ਆਧਾਰ ਨਹੀਂ ਹੋਤਾ, ਇਹ ਰਾਜਨੀਤਿਕ ਚੀਜ਼ੇ ਹੈ, ਹੋ ਸਕਤਾ ਹੈ ਵਿਪਕਸ਼ ਜੋ ਹੈ ਉਸ ਚੀਜ਼ ਕੋ ਕਿਸੀ ਔਰ ਰੂਪ ਕੋ ਲੈ ਕੇ ਜਾਣੇ ਕੀ ਕੋਸ਼ਿਸ਼ ਕਰ ਰਹਾ ਹੋ। ਨਿਸ਼ਪਕਸ਼ ਜਾਂਚ ਹੋਣੀ ਚਾਹੀਏ ਔਰ ਜਾਂਚ ਮੈਂ ਕਰਵਾਊਂਗਾ ਵੀ, ਕਿਉਂਕਿ ਮੇਰੀ ਛਵੀ ਕੋ ਖਰਾਬ ਕੀਆ ਗਿਆ ਹੈ। ਖੈਰ ਇਸ ਮਾਮਲੇ 'ਚ ਕਿੰਨੀ ਸੱਚਾਈ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ, ਪਰ ਛੇੜਛਾੜ ਦੇ ਇਲਜ਼ਾਮਾਂ ਦੇ ਨਾਲ ਹਰਿਆਣਾ ਦੀ ਸਿਆਸਤ ਦੇ ਵਿੱਚ ਨਵਾਂ ਚੈਪਟਰ ਜ਼ਰੂਰ ਖੁੱਲ੍ਹ ਗਿਆ ਹੈ। ਹਾਲਾਂਕਿ ਇਲਜ਼ਾਮਾਂ ਨੂੰ ਨਕਾਰਿਆ ਜਾ ਰਿਹਾ ਸੰਦੀਪ ਸਿੰਘ ਦੇ ਵੱਲੋਂ। ਹਰਿਆਣਾ ਦੇ ਖੇਡ ਮੰਤਰੀ ਨੇ ਸੰਦੀਪ ਸਿੰਘ ਹਾਕੀ ਦੇ ਵੱਡੇ ਸਟਾਰ ਰਹੇ ਨੇ ਪੂਰੇ ਦੇਸ਼ ਦੇ ਲਈ, ਪਰ ਜਦੋਂ ਇੱਕ ਮਹਿਲਾ ਦੇ ਵੱਲੋਂ ਕੋਚ ਦੇ ਵੱਲੋਂ ਇਸ ਤਰੀਕੇ ਦੇ ਇਲਜ਼ਾਮ ਲਗਾਏ ਜਾਣ ਫਿਰ ਫਰਕ ਤਾਂ ਪੈਂਦਾ। ਉਧਰ ਕੋਰੋਨਾ ਦੇ ਖਤਰੇ ਦੇ ਵਿਚਾਲੇ ਚੀਨ ਸਣੇ 6 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਤੇ ਅਗਲੇ ਹਫ਼ਤੇ ਤੋਂ ਸਖ਼ਤੀ ਵਧਾਈ ਜਾਣ ਦੀ ਤਿਆਰੀ ਕਰ ਲਈ ਗਈ। ਸਿਹਤ ਮੰਤਰਾਲੇ ਨੇ ਚੀਨ, ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ, ਥਾਈਲੈਂਡ ਤੇ ਸਿੰਗਾਪੁਰ ਤੋਂ ਆਉਣ ਵਾਲੇ ਪੈਸੇਂਜਰਸ ਦੇ ਲਈ
1 जनवरी तो नेगेटिव आरटीपीसीआर दी टेस्ट रिपोर्ट जरूरी कर दी है। इन्हां पैसेंजर्स नूं यात्रा तो पहला अपनी रिपोर्ट एयर सुविधा पोर्टल दे उत्ते अपलोड करनी होगी। यह रिपोर्ट यात्रा दे दिन तो 72 घंटे पुरानी हो सकती है। खदशा जताया जा रहा है कि जनवरी दे मध्य तक भारत विच कोरोना दे मामले वध सकदे ने। पिछले ट्रेंड्स दे एनालिसिस तो बाद यह मन्या जा रहा है कि अगले 40 दिन देश दे लई मुश्किल हो सकदे ने। देश दे विच कोरोना दी एक होर लहर आ सकती है। अजिहे च सारे सूबे अते केंद्र शासित प्रदेशां दे विच सिहत सहूलतावां दी समीक्षा कीती जा रही है। दरअसल अजिहा देखिया गया कि ईस्ट एशिया नूं प्रभावित करन दे 30 तों 35 दिनां बाद ही भारत दे विच नवीं लहर पहुंची है। एक ट्रेंड रहा है जिस दे आधार दे उत्ते हुण दावा कीता जा रहा है। ਤਾਂ ਟ੍ਰੈਂਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਹਿਲੀ ਤੇ ਦੂਜੀ ਲਹਿਰ ਦਾ ਜਿਸ ਤਰੀਕੇ ਨਾਲ ਪੂਰਾ ਟ੍ਰੈਂਡ ਰਿਹਾ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਐਕਸਪਰਟਸ ਨੇ ਉਹ ਇਹ ਦੱਸ ਰਹੇ ਨੇ ਕਿ ਅਗਲੇ 40-45 ਦਿਨ ਇਸ ਨਿਊਜ਼ ਹੈਡਲਾਈਨਸ ਕੇ ਪ੍ਰਾਯੋਜਕ ਵੀਜ਼ਾ ਗੁਰੂ ਗੌਰਵ ਤਲਵਾਰ ਪੇ ਆਲ ਫੀ ਆਫਟਰ ਵੀਜ਼ਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਤਾ ਰਿਹਾ ਗ੍ਰਿਫਤਾਰੀ ਦਾ ਖਦਸ਼ਾ ਨਿਊਜ਼ ਟੀਮ ਪੇ ਬੋਲੇ ਮੈਨੂੰ ਅੰਦਰ ਕਰਨ ਦੇ ਸਰਕਾਰ ਲੱਭ ਰਹੀ ਹੈ ਤਰੀਕੇ ਮੇਰੇ ਬੈਂਕ ਖਾਤੇ ਤੇ ਜਾਇਦਾਦ ਦੀ ਵੀ ਹੋ ਰਹੀ ਹੈ ਜਾਂਚ ਸਾਬਕਾ ਮੰਤਰੀ ਤੋਂ ਜਨਮੇਜਾ ਸਿੰਘ ਸੇਖੋਂ ਤੋਂ ਵਿਜੀਲੈਂਸ ਨੇ ਕਰੀਬ 8 ਘੰਟੇ ਤੱਕ ਕੀਤੀ ਪੁੱਛ ਪੜਤਾਲ ਕਥਿਤ ਸਿੰਜਾਈ ਘੁਟਾਲੇ ਨੂੰ ਲੈ ਕੇ ਹੋਏ ਸਵਾਲ ਜਵਾਬ ਸੇਖੋਂ ਬੋਲੇ ਸਿਆਸੀ ਬਦਲਾਖੋਰੀ ਦੇ ਤਹਿਤ ਕੀਤਾ ਜਾ ਰਿਹਾ ਹੈ ਪਰੇਸ਼ਾਨ ਸਥਾਨਕ ਸਰਕਾਰਾਂ ਵਿਭਾਗ ਨੇ ਮੋਹਾਲੀ ਦੇ ਮੇਅਰ ਅਮਰਜੀਤ ਸਿੱਧੂ ਨੂੰ ਅਹੁਦੇ ਤੋਂ ਹਟਾਇਆ ਸਿੱਧੂ ਤੇ ਆਪਣੀ ਹੀ ਕੋਆਪਰੇਟਿਵ ਸੁਸਾਇਟੀ ਨੂੰ ਵਿਕਾਸ ਟੈਂਡਰ ਦੇਣ ਦੇ ਇਲਜ਼ਾਮ ਰਿਸ਼ਵਤ ਅਤੇ ਸ਼ੋਸ਼ਣ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਏ ਆਈ ਜੀ ਆਸ਼ੀਸ਼ ਕਪੂਰ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਪੀੜਤ ਮਹਿਲਾ ਨੇ ਰਾਜਪਾਲ ਦੇ ਨਾਲ ਕੀਤੀ ਮੁਲਾਕਾਤ ਪੰਜਾਬ ਪੁਲਿਸ ਤੇ ਠੀਕ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ ਹਰਿਆਣਾ ਦੇ ਖੇਡ ਮੰਤਰੀ ਤੇ ਛੇੜਛਾੜ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਨੇ ਐਸਐਸਪੀ ਚੰਡੀਗੜ੍ਹ ਨੂੰ ਦਿੱਤੀ ਸ਼ਿਕਾਇਤ ਮੰਤਰੀ ਸੰਦੀਪ ਸਿੰਘ ਦੇ ਖਿਲਾਫ਼ ਕਾਰਵਾਈ ਦੀ ਮੰਗ ਕਿਹਾ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਲ ਰਹੀਆਂ ਨੇ ਧਮਕੀਆਂ ਭਿਆਨਕ ਸੜਕ ਹਾਦਸੇ ਦੇ ਵਿੱਚ ਵਾਲ ਵਾਲ ਬਚੇ ਕ੍ਰਿਕਟਰ ਰਿਸ਼ਭ ਪੰਤ ਰੁੜਕੀ ਨੇੜੇ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ ਪੰਤ ਦੇ ਸਿਰ ਗੋਡੇ ਅਤੇ ਪਿੱਠ ਦੇ ਉੱਤੇ ਲੱਗੀਆਂ ਸੱਟਾਂ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾ ਬਾ ਪੰਜ ਤੱਤਾਂ ਦੇ ਵਿੱਚ ਵਿਲੀਨ ਪ੍ਰਧਾਨ ਮੰਤਰੀ ਨੇ ਦਿੱਤੀ ਅਗਨੀ ਹੀਰਾ ਬਾ ਨੇ 100 ਸਾਲ ਦੀ ਉਮਰ ਦੇ ਵਿੱਚ ਲਈ ਆਖਰੀ ਸਾਂਸ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਪੰਜਾਬ ਦੀ ਸਿਆਸੀ ਹਲਚਲ ਦੀ ਜੀ ਹਾਂ ਸਾਬਕਾ ਸੀਐਮ ਚੰਨੀ ਨੂੰ ਗ੍ਰਿਫਤਾਰੀ ਦਾ ਖਦਸ਼ਾ ਸਤਾ ਰਿਹਾ ਡਰ ਸਤਾ ਰਿਹਾ ਕੁਝ ਤਸਵੀਰਾਂ ਦੇ ਨਾਲ ਹੀ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਸਿਆਸੀ ਹਲਚਲ ਤਿੰਨ ਤਸਵੀਰਾਂ ਦੇ ਜ਼ਰੀਏ ਇੱਕ ਪਾਸੇ ਸਾਬਕਾ ਸੀਐਮ ਚੰਨੀ ਨੂੰ ਗ੍ਰਿਫਤਾਰੀ ਦਾ ਖਦਸ਼ਾ ਸਤਾ ਰਿਹਾ ਹੈ ਬੇਟੇ ਦਾ ਵਿਆਹ ਸਮਾਗਮ ਚਰਚਾ ਦੇ ਵਿੱਚ ਹੈ ਸਾਬਕਾ ਮੰਤਰੀ ਤੋਂ ਪੁੱਛਗਿੱਛ ਹੋਈ ਹੈ ਵਿਜੀਲੈਂਸ ਨੇ ਸੇਖੋਂ ਨੂੰ ਸਵਾਲ ਕੀਤੇ ਨੇ ਦੂਜੀ ਤਸਵੀਰ ਦਾ ਮੈਂ ਜ਼ਿਕਰ ਕਰ ਰਿਹਾ ਉਧਰ ਮੋਹਾਲੀ ਦੇ ਮੇਅਰ ਨੂੰ ਹਟਾ ਦਿੱਤਾ ਗਿਆ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖਦਸ਼ਾ ਹੈ ਕਿ ਪੰਜਾਬ ਸਰਕਾਰ ਉਹਨਾਂ ਨੂੰ ਅੰਦਰ ਕਰਨ ਦੇ ਲਈ ਵਿਉਂਤਬੰਦੀ ਕਰ ਰਹੀ ਹੈ ਚਰਨਜੀਤ ਚੰਨੀ ਦੇ ਇਸ ਡਰ ਦੇ ਪਿੱਛੇ ਦੀ ਵਜ੍ਹਾ ਹੈ ਟੂਰਿਜ਼ਮ ਵਿਭਾਗ ਦੇ ਦੋ ਅਧਿਕਾਰੀਆਂ ਦੇ ਖਿਲਾਫ ਵਿਜੀਲੈਂਸ ਦੇ ਕੋਲ ਕੀਤੀ ਗਈ ਇੱਕ ਸ਼ਿਕਾਇਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਮਰੀਕਾ ਤੋਂ ਵਾਪਸ ਆਏ ਤਾਂ ਸਿਆਸੀ ਤੌਰ ਤੇ ਕਾਫੀ ਐਕਟਿਵ ਦਿਖੇ ਮੀਡੀਆ ਦੇ ਵਿੱਚ ਚਰਚਾ ਹੋਈ ਪਰ ਹੁਣ ਇੱਕ ਹੋਰ ਮਸਲੇ ਨੂੰ ਲੈ ਕੇ ਸਾਬਕਾ ਸੀਐਮ ਚੰਨੀ ਸੁਰਖੀਆਂ ਵਿੱਚ ਨੇ ਸਾਬਕਾ ਸੀਐਮ ਨੂੰ ਖਦਸ਼ਾ ਹੈ ਕਿ ਸਰਕਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਤਾੜਨਾ ਚਾਹੁੰਦੀ ਹੈ ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਸੀਐਮ ਨੇ ਇਲਜ਼ਾਮ ਲਾਇਆ ਕਿ ਸਰਕਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਣ ਦੀਆਂ ਵਿਉਂਤਾਂ ਕੱਢ ਰਹੀ ਹੈ ਇਹ ਵਿਜੀਲੈਂਸ ਜਿਹੜਾ ਇੱਕ ਮਾਮਲੇ ਦੀ ਜਾਂਚ ਕਰ ਰਹੀ ਹੈ ਕਹਿ ਰਹੇ ਨੇ ਕਿ ਬੇਟੇ ਦੀ ਮੈਰਿਜ ਦਾ ਜਿਹੜਾ ਖਰਚਾ ਹੈ ਉਹ ਚੁੱਕਿਆ ਹੈ ਤੁਸੀਂ ਇਸਤੇਮਾਲ ਕੀਤਾ ਸਰਕਾਰੀ ਫੰਡ ਤੋਂ ਔਰ ਇਸ ਦੀ ਸ਼ਿਕਾਇਤ ਆਈ ਹੈ ਗੱਲ ਦੇ ਵਿੱਚ ਅੜਜਾਉਣ ਦੀ ਕੋਸ਼ਿਸ਼ ਹੈ ਤੇ ਕਿਸੇ ਤਰੀਕੇ ਨਾਲ ਅੰਦਰ ਦੇਣਾ ਚਾਹੁੰਦੇ ਆ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਬੇਟੇ ਦਾ ਵਿਆਹ 10 ਅਕਤੂਬਰ ਨੂੰ ਹੋਇਆ ਇਹ ਫੰਕਸ਼ਨ ਉਸ ਤੋਂ ਇੱਕ ਮਹੀਨਾ 10 ਦਿਨ ਬਾਅਦ ਲਗਭਗ ਸੀਗਾ ਜਦ ਮੇਰੇ ਬੇਟੇ ਦਾ ਵਿਆਹ ਹੋਇਆ ਉਦੋਂ ਇਸ ਫੰਕਸ਼ਨ ਦਾ ਨਾਂ ਤੇ ਵੀ ਨਹੀਂ ਸੀ
ਇਹਦਾ ਦਾ ਕੋਈ ਫੰਕਸ਼ਨ ਵੀ ਹੋਣਾ ਬਿਲਕੁਲ ਹੀ ਬੇਬੁਨਿਆਦ ਐਵੇਂ ਬਿਨਾਂ ਮਤਲਬ ਤੇ ਜੋੜ ਘਸੋੜ ਕੇ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਦੇਣਾ ਚਾਹੁੰਦੇ ਇੱਕ ਨੀ ਪਤਾ ਨੀ ਇਹੋ ਜਿਹੇ ਕਿੰਨੇ ਜੇ ਹੋਰ ਕੇਸ ਖੋਲਣਗੇ ਮੇਰੀਆਂ ਸਾਰੀਆਂ ਪ੍ਰੋਪਰਟੀਆਂ ਚੈੱਕ ਹੋ ਰਹੀਆਂ ਮੇਰੇ ਦਸਤਾਵੇਜ਼ ਚੈੱਕ ਹੋ ਰਹੇ ਆ ਮੇਰੇ ਬੈਂਕਾਂ ਦੇ ਵਿੱਚ ਘੁੰਮਦੇ ਫਿਰਦੇ ਆ ਮੇਰੇ ਇੱਥੇ ਤਹਿਸੀਲਾਂ ਕਚਹਿਰੀਆਂ ਚ ਘੁੰਮਦੇ ਫਿਰਦੇ ਮੇਰੇ ਖਿਲਾਫ਼ ਪੂਰਾ ਜਿਸ ਤਰ੍ਹਾਂ ਪੂਰੀ ਵਿਜੀਲੈਂਸ ਮੇਰੇ ਖਿਲਾਫ਼ ਲਗਾਈ ਹੋਈ ਹੈ ਤਾਂ ਕੋਈ ਐਸੀ ਗੱਲ ਨਹੀਂ ਜੇ ਅੰਦਰ ਵੀ ਕਰਨਗੇ ਤਾਂ ਮੈਂ ਉਹਦੇ ਵਾਸਤੇ ਹਰ ਤਰੀਕੇ ਨਾਲ ਤਿਆਰ ਹਾਂ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਹੋ ਹੀ ਨਹੀਂ ਸਕਦੀ ਇਹ ਸਾਰਾ ਟਪਾਂਗ ਰਚਿਆ ਗਿਆ ਸਾਬਕਾ ਸੀਐਮ ਨੂੰ ਇਹ ਖਦਸ਼ਾ ਕਿਉਂ ਹੈ ਇਸ ਪਿੱਛੇ ਵਜ੍ਹਾ ਹੈ ਵਿਜੀਲੈਂਸ ਦੇ ਕੋਲ ਪਹੁੰਚੀ ਇਹ ਸ਼ਿਕਾਇਤ ਬਠਿੰਡਾ ਦੇ ਇੱਕ ਸ਼ਖਸ ਰਾਜਵਿੰਦਰ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਹੈ ਕਿ 19 ਨਵੰਬਰ 2021 ਨੂੰ ਚਮਕੌਰ ਸਾਹਿਬ ਦੇ ਵਿੱਚ ਦਾਸਤਾਨ ਏ ਸ਼ਹਾਦਤ ਦਾ ਉਦਘਾਟਨੀ ਸਮਾਗਮ ਕੀਤਾ ਗਿਆ ਅਤੇ ਇਸ ਤੇ 1,47,00,000 ਰੁਪਏ ਖਰਚ ਦਿੱਤੇ ਗਏ ਨਿਜਮਾਂ ਨੂੰ ਅੱਖੋਂ ਪਰੋਖੇ ਕਰਕੇ ਇੱਕ ਦਿਨ ਦੇ ਵਿੱਚ ਟੈਂਡਰ ਦਿੱਤੇ ਗਏ ਅਤੇ ਬਾਜ਼ਾਰ ਦੇ ਨਾਲੋਂ 20 ਗੁਣਾ ਵੱਧ ਕੀਮਤ 'ਤੇ ਫੰਕਸ਼ਨ ਕਰਵਾਇਆ ਗਿਆ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਵੀ ਜ਼ਿਕਰ ਹੈ ਚਰਨਜੀਤ ਚੰਨੀ ਬਾਰੇ ਲਿਖਿਆ ਗਿਆ ਸਰਕਾਰੀ ਪੈਸੇ ਦੀ ਲੁੱਟ ਦੀ ਕਹਾਣੀ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਦੇ ਨਾਲ ਜੁੜਦੀ ਹੈ 10 ਅਕਤੂਬਰ 2021 ਨੂੰ ਚੰਨੀ ਦੇ ਬੇਟੇ ਦੇ ਵਿਆਹ ਦੇ ਫੰਕਸ਼ਨ ਹੋਏ ਵਿਆਹ ਦੇ ਫੰਕਸ਼ਨਾਂ ਉੱਪਰ ਹੋਏ ਖਰਚ ਨੂੰ ਐਸ ਕੇ ਚੱਡਾ ਚੀਫ ਜਨਰਲ ਮੈਨੇਜਰ ਅਤੇ ਪ੍ਰੇਮ ਚੰਦ ਐਕਸੀਅਨ ਪੰਜਾਬ ਟੂਰਿਜ਼ਮ ਦੇ ਵੱਲੋਂ ਦਾਸਤਾਨ ਏ ਸ਼ਹਾਦਤ ਦੇ 19 ਨਵੰਬਰ 2021 ਨੂੰ ਹੋਏ ਫੰਕਸ਼ਨ ਦੀ ਪੇਮੈਂਟ ਦੇ ਵਿੱਚ ਐਡਜਸਟ ਕੀਤਾ ਗਿਆ ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਸੀਐਮ ਬਣਨ ਤੋਂ ਪਹਿਲਾਂ ਟੂਰਿਜ਼ਮ ਮੰਤਰੀ ਸਨ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਟੂਰਿਜ਼ਮ ਵਿਭਾਗ ਦੇ ਦੋ ਅਧਿਕਾਰੀਆਂ ਐਸ ਕੇ ਚੱਡਾ ਅਤੇ ਪ੍ਰੇਮ ਚੰਦ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਸਿੱਧੇ ਤੌਰ 'ਤੇ ਕਾਰਵਾਈ ਦੀ ਮੰਗ ਨਹੀਂ ਕੀਤੀ ਗਈ ਪਰ ਇਸ ਸ਼ਿਕਾਇਤ ਦੇ ਵਿੱਚ ਸਾਬਕਾ ਸੀਐਮ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਚੰਡੀਗੜ੍ਹ ਤੋਂ ਪੰਕਜ ਕਪਾਹੀ ਨਿਊਜ਼ 18 ਤਾਂ ਸਾਬਕਾ ਮੁੱਖ ਮੰਤਰੀ ਨੂੰ ਡਰ ਜਤਾ ਰਿਹਾ ਜਾਂ ਕਹੀਏ ਕਿ ਖਦਸ਼ਾ ਜਤਾ ਰਹੇ ਨੇ ਕਿ ਮੈਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਤਾਂ ਦੂਜੇ ਪਾਸੇ ਸਾਬਕਾ ਮੰਤਰੀ ਤੋਂ ਵਿਜੀਲੈਂਸ ਪੁੱਛ ਪੜਤਾਲ ਕਰ ਰਹੀ ਹੈ ਲੰਬੀ ਮੈਰਾਥਨ ਪੁੱਛਗਿੱਛ ਹੋਈ ਹੈ ਸਾਬਕਾ ਮੰਤਰੀ ਨੇ ਜਨਮੇਜਾ ਸਿੰਘ ਸੇਖੋਂ ਜਿਨ੍ਹਾਂ ਤੋਂ ਪੁੱਛ ਪੜਤਾਲ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਔਰ ਇਹ ਮਾਮਲਾ ਹੈ ਕਥਿਤ ਸਿੰਚਾਈ ਘੁਟਾਲੇ ਦਾ ਕਥਿਤ ਸਿੰਚਾਈ ਘੁਟਾਲੇ ਦੇ ਵਿੱਚ ਤਕਰੀਬਨ 8 ਘੰਟੇ ਸਵਾਲ ਜਵਾਬ ਹੋਏ ਅਤੇ ਪੁੱਛਗਿੱਛ ਤੋਂ ਬਾਅਦ ਜਨਮੇਜਾ ਸਿੰਘ ਸੇਖੋਂ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਸਭ ਕੁਝ ਹੋ ਰਿਹਾ ਹੈ ਮੈਨੂੰ ਜਿਵੇਂ ਪੁੱਛਗਿੱਛ ਦੇ ਲਈ ਸੱਦਿਆ ਗਿਆ ਜਾਂ ਪੁੱਛਗਿੱਛ ਕੀਤੀ ਗਈ ਇਹ ਸਭ ਸਿਆਸੀ ਬਦਲਾਖੋਰੀ ਦਾ ਹੀ ਹਿੱਸਾ ਹੈ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਵਿੱਚ ਇਹ ਪੁੱਛ ਪੜਤਾਲ ਕੀਤੀ ਗਈ ਹੈ ਦੋ ਰਾਊਂਡ ਦੇ ਵਿੱਚ ਸਵਾਲ ਜਵਾਬ ਜਨਮੇਜਾ ਸਿੰਘ ਸੇਖੋਂ ਨੂੰ ਕੀਤੇ ਗਏ ਕੋਈ ਕਮੈਂਟ ਨਹੀਂ ਸਰ ਦੇਖੋ ਮੇਰੀ ਬੇਨਤੀ ਸੁਣੋ ਸਾਡਾ ਜਿਹੜਾ ਮੈਟਰ ਹੈ ਸਬ ਡਿਊਟੀ ਹੈ ਹਾਈ ਕੋਰਟ ਚ ਪੈਂਡਿੰਗ ਹੈ ਉਸ ਬਾਰੇ ਕੋਈ ਬਿਆਨ ਨਹੀਂ ਸਰ ਤੁਸੀਂ ਕੁਛ ਤਾਂ ਕਹੋਗੇ ਆਪਣੇ ਆਪਣੇ ਲੈਵਲ ਤੇ ਤੁਸੀਂ ਜਿਹੜੀ ਪੁੱਛਗਿੱਛ ਹੋਈ ਹੈ ਆਪਣੇ ਲੈਵਲ ਤੇ ਤਾਂ ਮੈਂ ਆਪਦੇ ਲੈਵਲ ਤੇ ਇਹੀ ਕਹਿ ਸਕਦਾ ਹਾਂ ਕਿ ਸਰਕਾਰਾਂ ਦੂਸਰੀਆਂ ਪਾਰਟੀਆਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਯਾਨੀ ਤੁਹਾਨੂੰ ਲੱਗਦਾ ਕਿ ਪੋਲੀਟੀਕਲੀ ਵੈਂਡੈਟਾ ਜਿਹੜਾ ਤਾਂ ਸਰਕਾਰਾਂ ਦੂਜੀਆਂ ਪਾਰਟੀਆਂ ਨੂੰ ਬਦਨਾਮ ਕਰਨ ਦੇ ਲਈ ਸਾਜ਼ਿਸ਼ ਘੜ ਰਹੀਆਂ ਨੇ ਇਹ ਬਿਆਨ ਜਾਂਦੇ ਜਾਂਦੇ ਆਖਿਰ ਜਨਮੇਜਾ ਸਿੰਘ ਸੇਖੋਂ ਦੇ ਵੱਲੋਂ ਜ਼ਰੂਰ ਦੇ ਦਿੱਤਾ ਗਿਆ ਅਗਲੀ ਖਬਰ ਦਾ ਰੁਖ ਕਰਦੇ ਹਾਂ ਖਬਰ ਹੈ ਮੋਹਾਲੀ ਦੇ ਮੇਅਰ ਦੇ ਨਾਲ ਜੁੜੀ ਹੋਈ ਜਿਹੜੀਆਂ 3 ਵੱਡੀਆਂ ਅਪਡੇਟ ਤੁਹਾਨੂੰ ਸਿਆਸੀ ਹਲਚਲ ਪੰਜਾਬ ਦੀਆਂ ਦਿਖਾਈਆਂ ਸੀ ਇਹ ਤੀਜੀ ਵੱਡੀ ਹਲਚਲ ਹੈ ਕਿ ਮੋਹਾਲੀ ਦੇ ਮੇਅਰ ਨੂੰ ਅਹੁਦੇ ਤੋਂ ਹਟਾਇਆ ਗਿਆ ਕੌਂਸਲਰਸ਼ਿਪ ਵੀ ਉਹਨਾਂ ਦੀ ਰੱਦ ਕਰ ਦਿੱਤੀ ਗਈ ਹੈ ਨਾਮ ਹੈ ਅਮਰਜੀਤ ਸਿੱਧੂ ਭਰਾ ਨੇ ਬਲਬੀਰ ਸਿੰਘ ਸਿੱਧੂ ਦੇ ਸਾਬਕਾ ਮੰਤਰੀ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਦੇ ਬਲਬੀਰ ਸਿੰਘ ਸਿੱਧੂ ਉਹਨਾਂ ਦੇ ਭਰਾ ਅਮਰਜੀਤ ਸਿੰਘ ਸਿੱਧੂ ਜੋ ਕਿ ਮੇਅਰ ਅਹੁਦੇ ਦੇ ਉੱਤੇ ਤੈਨਾਤ ਸੀ ਅਤੇ ਉਹਨਾਂ ਨੂੰ ਹੁਣ ਹਟਾ ਦਿੱਤਾ ਗਿਆ ਮੋਹਾਲੀ ਦੇ ਮੇਅਰ ਦੇ ਅਹੁਦੇ ਤੋਂ ਸਥਾਨਕ ਸਰਕਾਰਾਂ ਵਿਭਾਗ ਨੇ ਐਕਸ਼ਨ ਕੀਤਾ ਹੈ ਸਿੱਧੂ ਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਸਿੱਧੂ ਤੇ ਆਪਣੀ ਹੀ ਕੋਆਪਰੇਟਿਵ ਸੁਸਾਇਟੀ ਨੂੰ ਟੈਂਡਰ ਦੇਣ ਦੇ ਇਲਜ਼ਾਮ ਲੱਗੇ ਨੇ 19 ਨਵੰਬਰ ਨੂੰ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਔਰ 15 ਦਿਨ ਦੇ ਅੰਦਰ ਹੀ ਜਵਾਬ ਮੰਗਿਆ ਗਿਆ ਸੀ ਅਮਰਜੀਤ ਸਿੰਘ ਸਿੱਧੂ ਸਾਬਕਾ ਮੰਤਰੀ ਤੇ ਮੌਜੂਦਾ ਬੀਜੇਪੀ ਲੀਡਰ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ ਅਮਰਜੀਤ ਸਿੱਧੂ ਖੁਦ ਵੀ ਬੀਜੇਪੀ ਜੁਆਇਨ ਕਰ ਚੁੱਕੇ ਨੇ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਪੰਜਾਬ ਦੇ AIG ਆਸ਼ੀਸ਼ ਕਪੂਰ ਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਤਾਂ ਕਿਹਾ ਕਿ ਜਾਂਚ ਕਰਵਾਈ ਜਾਵੇ ਤਾਂ ਕਿ ਉਹਨਾਂ ਨੂੰ ਇਨਸਾਫ ਮਿਲ ਸਕੇ ਰਾਜਭਵਨ ਪੰਜਾਬ ਇਨਸਾਫ ਦੀ ਉਮੀਦ ਦੇ ਵਿੱਚ ਇੱਕ ਮਹਿਲਾ ਇੱਥੇ ਰਾਜਪਾਲ ਦੇ ਨਾਲ ਮਿਲਣ ਪਹੁੰਚੀ ਸੀ
दरअसल महिला का इल्जाम पंजाब के AIG आशीष कपूर के उत्ते है उसका कस्टोडियल रेप करन दा। मामला 2016 का है। पीड़ित के मुताबिक आशीष कपूर ने पहला उसके नाल जबरदस्ती जेल दे विच संबंध बनाए और जो प्रैगनेंट हो गई तो कपूर ने उसका अबॉर्शन करवा दिता। सर वैसे तो मामला 2016 का है जब मैं अमृतसर जेल में थी एक अंडर ट्रायल एक 420 के केस में कि वो वहाँ पे सुपरिटेंडेंट थे सर वहाँ पे इन्होंने मेरा फिजिकल टॉर्चर मेरा रेप किया एंड आई गॉट प्रेग्नेंट तो जब इनको लगा कि ये प्रेग्नेंट हो गई है तो इन्होंने ही मेरा बेल करवाया। महिला का कहना है कि जदों इस दे बारे विच उसने आवाज चुकी तो उसके सारे परिवार से झूठा केस कर दिता गया। मेरी मम्मी पे मेरे भाई पे सबके ऊपर सर उन्होंने झूठी FIR कराई सिर्फ मेरी आवाज को बंद करने के लिए। महिला का कहना है कि मामले को लेकर जेल तो लेटर लिख के भी शिकायत की गई पर कोई सुनवाई नहीं हुई। जब ये हुआ मैं जेल के अंदर से मैंने कैप्टन सर को भी मेल किया लेटर लिखे हैंड रिटन लेटर्स है मेरे कैप्टन अमरिंदर सिंह CMCO हाँ जी और सुप्रीम कोर्ट हाई कोर्ट DGP एवरीवेयर सर हर चीज को बोला लेकिन वो हर चीज दबा लेता था सर। सर मेरी 181 पे भी कंप्लेंट है जो आप एक वुमेन सेल होता है जो उसको भी कंप्लेन किया हुआ है सर। महिला मुताबिक AIG ने उसनु घर भी लेके दिता सी इस दे नाल ही महिला दे कोल करोड़ां रुपए भी और रख जांदा सी। किन्ने दिन 10 करोड़ या 15 करोड़ तुहाडे घर रहा 15 करोड़ मेरे घर रहा 3.5 करोड़ की तो कोठी भी दिलाई है जिसकी मैंने बताया हुआ है सर और उनका 26 लाख मैंने अकाउंट से मैंने यूज किया हुआ है वो सब ऑन रिकॉर्ड है सर। इस तरीके दे नाल आशीष कपूर दे संपर्क दे विच आए इल्जाम बहुत सारे लगाए ने कि घर दे अंदर 10-15 करोड़ रुपया भी रहा है और किस तरीके दे नाल कस्टोडियल रेप किया अबॉर्शन जिहड़ा होया इस वेले आशीष कपूर फिलहाल आमदन तो वध मामले दे विच पहले ही जिहड़ा ओ विजिलेंस दी रडार दे उत्ते ने जेल दे विच बंद। कैमरामैन जतिंदर सिद्धू दे नाल पंकज पाई न्यूज 18 चंडीगढ़। पंजाब सरकार ने सिक्ख्या विभाग नूं पंजाब प्राइमरी स्कूलों के नाम बदलने के निर्देश दिए ने। शहीदां ते गुरुआं दे नाम दे उत्ते रखे जाणगे जात आधारित स्कूलों के नाम। पंजाब सरकार के हुक्मां तों बाद हुशियारपुर दे विच बदलिया गया सरकारी स्कूल का नाम। सरकारी चमार छपरी स्कूल का नाम बदल के रखा गया रामनगर। पंचायत ने सरकार के फैसले का किया स्वागत। सेहत मंत्री चेतन सिंह जोड़ामाजरा ने मोहल्ला क्लीनिक का किया दौरा। मोहाली के क्लीनिक्स का सहूलतों का लिया जायजा लोगों तो भी लिया फीडबैक। ग्यारह जनवरी नूं पंजाब दे विच दाखल होगी भारत जोड़ो यात्रा। पंजाब कांग्रेस पार्टी के सीनियर आगुआ ने कहा करोना के डर तो नहीं रुकेगी यात्रा सुरक्षा की जिम्मेवारी केंद्र ते सूबा सरकार दी। अमरजीत सिंह सिद्धू नूं मोहाली के मेयर अहुदे तों गया हटाया स्थानक सरकारां विभाग ने की कार्रवाई सिद्धू ते अपने अहुदे की गलत वरतों करन दे इल्जाम। पठानकोट के ठेका मुलाजमान ने सरकार के खिलाफ खोलिया मोर्चा वादा खिलाफी के लगाए इल्जाम मंगा ना मनी जाने से संघर्ष तेज करने की चेतावनी। राजपुरा के शंभू बॉर्डर से ट्रक यूनियन का प्रदर्शन बड़ी गिनती च ट्रक ऑपरेटर ने नैशनल हाईवे किया जाम अपन मंगों को लेकर किया प्रदर्शन। रामपुरा के पिंड गिलकलां वासियों ने कला ग्रिड बाहर लगाया धरना पिंड दे विच कई घंटे बिजली ठप किए जाने का विरोध किया ग्रिड लगाने लई जमीन दिती तां पिंड नूं बिजली सप्लाई का हक भी बनता है। बरनाला दे विच ठेका मुलाजमान का DC दफ्तर के बाहर प्रदर्शन DC दफ्तर के विच 24 मुलाजमान के बर्खास्त किए जाने ते जताया रोस मुलाजमान की मुड़ बहाली की भी मांग। पे ग्रेड वधाउण नूं लैके अंबाला दे विच पटवारियों ने DC दफ्तर दे विच लगाया धरना सुनवाई ना होने ते अणमिथे समय दे लई हड़ताल दे उत्ते जाण दी चेतावनी। संगरूर बठिंडा हाईवे ते पिंड उपली नेड़े कार ने मोटरसाइकिल नूं मारी टक्कर बाइक सवार 4 नौजवानों की मौत। पंचकूला दे पिंड चंडी कोटला दे विच एक कैंटर ने बाइक नूं मारी टक्कर दो सके भरावां नूं काफी दूर तक डीस के लै गया वाहन मौके ते ही दोवां ने तोड़िया दम। कपूरथला के दरख्त के नाल टकराई तेज रफ्तार बेकाबू कार हादसे च नौजवान की मौत एक गंभीर जख्मी। फरीदाबाद के बेकाबू होकर फ्लाईओवर तो हेठां लटकिया तेज रफ्तार डंपर फ्लाईओवर की रेलिंग तोड़ के अध विचाले लटकिया क्रेन की मदद के नाल
उतारा गया। लुधियाना दे विच 22 साल नौजवान की नशे की ओवरडोज के नाल मौत। पिता ने सरकार नूं लगाई गुहार, नौजवानों नूं बचाउण दे लई चुके जान करड़े कदम। नवांशहर दे विच नाकेबंदी दौरान पोर्ट दे विचों बरामद हुई 1 किलो हैरोइन। दो नौजवान किए गए गिरफ्तार, निशानदेही ते 7.5 लाख की नकदी खरड़ तो बरामद। फिरोजपुर के पिंड मनसुर देवा वासियों की पहलकदमी, पिंड किसी भी तरह का नशा ना विकण के लिए मता किया गया पास, नशा वेचण वाले खिलाफ होगी कार्रवाई। पटियाला के नौजवान हरअसीस सिंह की कैनेडा के ब्रैम्पटन में हार्ट अटैक की वजह से मौत। 2 दिन पहले ही स्टडी वीजे के उत्ते विदेश गया सी मृतक। सोनीपत नैशनल हाईवे से बाइक सवार ने परिवार से किया हमला, पिता ते बेटा सने 4 लोग गंभीर जख्मी। इंस्टाग्राम से पाई पोस्ट को लेकर दसया जा रहा है विवाद। जलंधर के शमशान भूमि रोड से स्विफ्ट कार ने बाइक सवार की बहस तो बाद बिगड़ी सेहत, कार सवार ने बाइक को मारी टक्कर, दोवें वाहनों का होया नुकसान। बठिंडा के लोगों ने नौजवान को बनाया बंधक, खंभे के नाल बन्ह के किते कुटमार, नौजवान से चोरी करन दा लग्या सी इल्जाम। अमृतसर के जून च हुई नौजवान की हत्या के मामले च परिवार ने की प्रैस कॉन्फ्रेंस, केस वापस लैण दे लई धमकाए जाण दे लगाए इल्जाम। मुलजमां की गिरफ्तारी ना होण ते पुलिस के खिलाफ मोर्चा खोलण की चेतावनी। नवांशहर की इब्राहम पुलिस ने 2 वख-वख केसिस के 2 नौजवान किए गिरफ्तार, 2 पिस्तल ते 8 जिंदा कारतूस भी बरामद। हुशियारपुर के पुलिस ने 82 साल बुजुर्ग महिला के कतल मामले च 1 मुलजम किया गिरफ्तार, 3 की भाल जारी। कुछ दिन पहला महिला ते तेजधार हथियारों नाल कुछ लोगों ने किया जानलेवा हमला। अमृतसर के धरिया रह गई विआह दी तैयारियां, 1 दिन पहला लड़की ने विआह तो किया इनकार, किया लड़के के परिवार को 2 महीने पहला विआह ना करन दी दित्ती सी इतला। सोनीपत के सीएम फ्लाई ने स्क्वाड का एक्शन, जगदीशपुर पिंड नजायज शराब के भरिया कैंटर फड़िया, चंडीगढ़ तो लिया जा रही थी शराब। फरीदकोट के पुलिस ने हैरोइन से 1,46,000 की ड्रग मनी सने एक शख्स को किया काबू, गश्त दौरान पुलिस ने फड़िया शक्की। मानसा पुलिस ने नाकेबंदी दौरान 1 नौजवान को 3 पिस्तलों सने किया काबू, कबड्डी का नैशनल खिडारी दसिया जा रहा नौजवान, पुलिस के वलों की जा रही है जांच। गुरदासपुर के पिंड तिब्बड़ के किसानी जमीनों लैके वध्या विवाद, किसान और पुलिस आमो सामने, जमीन एक्वायर करने के लिए आई मशीनरी किसानों ने रोक के लगाया धरना। मलोट के घर च इकली औरत को बंधक बना के बदमाशा ने की 8 लाख रुपए ते सोने की लुट, इलाके दे विच दहशत दा माहौल। खन्ना दी अनाज मंडी दीयां 7-8 दुकानों के चोरी, दुकानों के शटर तोड़ के लखां दा कैश, कीमती दस्तावेज और होर समान लैके फरार हुए चोर, सीसीटीवी तस्वीर खंगाल रही हुण पुलिस। लुधियाना की मौजपुरा मार्केट के कपड़े की दुकान के लगी अग, शॉर्ट सर्किट में दसिया जा रहा वजह, दुकान दियां 4 मंजिल सड़के हुई सुआह। जलंधर के ट्रैफिक नियमों की उलंघना करने वालों के उत्ते सख्त एक्शन, वाहनों से पंजाब पुलिस का फर्जी स्टिकर लगाने वालों के भी कटे गए चलान। मोगा के बीजेपी के वलों पीएम की माता को श्रद्धांजलि की गई अर्पित, 2 मिनट का मौन रख के विछड़ी रूह शांति की की गई अरदास। जलालाबाद के सरहदी पिंड के विकास कार्यों का जायजा लैन पहुंचा जम्मू कश्मीर तो सरपंचों का वफद, बारीकी विकास कार्यों की की परख, कहा अपने इलाकों के अपनाई जाएगी अजिही विकासशीलता। रोपड़ के SP तरुण रतन ने थाना नंगल के की पब्लिक मीटिंग, नेड़े इलाकों के लोगों ने की शमूलीयत, कहा पिछले 6 महीनों शरारती अंसरों भेजा सलाखों के पिछे।
गुरदासपुर की सरकारी गौशाला का बुरा हाल, पशुओं के लिए ना चारा तो ना ही कोई शैड, बीमारियां तो सांभ संभाल ना होने कारण गौं दियां भी हो रही ने मौत। मानसा के बच्चों के नौजवानों च सिद्धू मूसेवाला का क्रेज बरकरार, धड़ाधड़ विक रहे मूसेवाला दियां तस्वीरां वाले पतंग। पंजाबी कलाकार गिप्पी गरेवाल परिवार सने सचखंड श्री हरिमंदर साहब हुए नतमस्तक, छिंदा गुरपेज गरेवाल सने भाणजे भाणजी भी नाल मौजूद, सरबत दे भले की कीती अरदास। डेरा बाबा नानक दे कस्बा कलानौर दी गुरसिमरनजीत कौर ने सरकारी स्कूल का नाम किया रोशन, नैशनल पावरलिफ्टिंग चैंपियनशिप दे विच जितया गोल्ड अते दो ब्रॉन्ज, स्कूल दे विच किया गया परमा स्वागत। शिमला के उपरी इलाकों के हुई बर्फबारी, तापमान च गिरावट आने वधी ठंड, दूर दूर तो आए सैलानियों के खिड़े चेहरे। हुण अगे वधदे कुछ होर खबरां देखांगे विस्तार दे नाल। खबर है बरनाला तो जिथे बेखौफ लुटेरियां की दहशत इस समय इलाका वासी महसूस कर रहे हैं। खबर है कि बरनाला दे विच सुनियारे दे उत्ते हथौड़े दे नाल हमला कर दिता गया। सुनियार का काम करने वाले एक शख्स के उत्ते हमला किया गया, ज्वेलरी का काम करते हैं जिन्हों के उत्ते हथौड़े नाल हमला किया गया। एक लुटेरे ने उन्होंने सिर के उत्ते वार किए ने, करीब 1.5 लाख रुपए के गहने लुट ले गए। वारदात को अंजाम दे के लुटेरे फरार हो गए। वारदात तो बाद व्यापार मंडल के वलों मीटिंग की गई, शनिवार को बाजार बंद रखने का फैसला लिया गया। बरनाला के तपा मंडी का यह पूरा मामला है। तो इस बुलेटिन के वेला हो चलिया इजाजत लैन का, तुम बने रहो न्यूज 18 पंजाब हरियाणा के नाल। लंघांगे उन्हां अनगिणत पलां दे विचों जिथे तुसी अते असी इकट्ठे रहे, देखांगे बीत दियां ते बदल दियां तारीकां ने की बदलिया, ते जानांगे की दिखावेगा नवां साल। 2022 दा आखरी हफ्ता न्यूज 18 बनाएगा बेहद खास। तब देखो बदलते हुए साल नूं कदे ना बदलण वाले रिश्ते दे नाल। एहतियात बरतण दे दिन ने। अगे वधदिआं चोण कमिशन ने घर तो दूर रहण वाले वोटर्स दे लई रिमोट वोटिंग सिस्टम तैयार कर लिया। रिमोट इलैक्ट्रॉनिक वोटिंग मशीन यानी RVM की मदद दे नाल हुण घर तो दूर किसी दूजे शहर ते सूबे दे विच रहण वाला वोटर विधानसभा ते लोकसभा चोणां दे विच वोट कर सकेगा, यानी वोटिंग दे लई उसनूं अपने घर तो नहीं जाना पएगा। कमिशन 16 जनवरी नूं सारे सियासी पार्टियां नूं इस RVM दा लाइव डेमोन्स्ट्रेशन देवेगा। कमिशन ने 16 जनवरी नूं सारियां सियासी पार्टियां नूं सद्दिया है, वह इस RVM सिस्टम नूं पार्टियां नूं दिखाएगा। इस तों बाद उन्हां दे सुझाव मंगे जाणगे ते फिर लागू करन दी प्रक्रिया अगे वधाई जाएगी। 2023 दे विच जम्मू कश्मीर तो अलावा देश दे 9 सूबियां दे विच विधानसभा चोणां होणियां ने, 2024 दे विच लोकसभा चोणां भी होणगियां। RVM सिस्टम दा लागू होना डेमो सियासी पार्टियां ते चोण प्रक्रिया नाल जुड़े लोकां दी राय दे उत्ते भी निर्भर करदा है। RVM दा इस्तेमाल दूजे सूबियां दे विच नौकरी कर रहे लोक प्रवासी मजदूर कर सकणगे। इस दा मतलब यह नहीं होगा कि वह घर बैठे वोट पा सकणगे। कमिशन दी इस सहूलत दा लाभ चुकण दे लई वोटिंग दे दिन रिमोट वोटिंग स्पॉट दे उत्ते पहुंचना होगा। देश दे विच करीब 45 करोड़ लोक अजिहे ने जो अपना घर अते शहर छड्ड के दूजे सूबियां दे विच रह रहे ने। ਤਾਂ ਜੇਕਰ ਤੁਸੀਂ ਵੀ ਕਿਸੇ ਦੂਸਰੇ ਸ਼ਹਿਰ ਦੇ ਵਿੱਚ ਨੌਕਰੀ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਪਣੇ ਵੋਟ ਹੱਕ ਦਾ ਇਸਤੇਮਾਲ ਉਸ ਸ਼ਹਿਰ ਦੇ ਵਿੱਚ ਹੀ ਰਹਿ ਕੇ ਕਰਨ ਨੂੰ ਮਿਲੇ। ਹਾਲਾਂਕਿ ਇਸ ਦੇ ਲਈ ਮਨਜ਼ੂਰੀ ਤੇ ਇੱਕ ਸਹਿਮਤੀ ਬਣਨੀ ਜ਼ਰੂਰੀ ਹੈ। ਉਧਰ ਸ਼ਿਮਲਾ ਦੀ 28 ਸਾਲ ਦੀ ਕੁੜੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਹੋਏ ਗੈਂਗ ਰੇਪ ਦੇ ਮਾਮਲੇ 'ਚ ਦੂਜੇ ਮੁਲਜ਼ਮ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ।
एक मुलजम परविंदर नूं पुलिस ने पहले ही गिरफ्तार कर लिया है। दोवां दे उत्ते इल्जाम है कि इन्होंने कुड़ी नूं नौकरी का झांसा दे के शिमला तो बुलाया सी अते फिर सैक्टर 39 दे विच अपने फ्लैट दे विच रख के उस दे नाल गैंग रेप किया। विक्टिम को इन्होंने एक तरीके से ल्योर किया था, इन्होंने जॉब के देने के बहाने जो है जो सब की उसको हमने कल पकड़ा है, इसने इसको जॉब देने के बहाने जो है इसको हिमाचल से बुलाया था और कुछ दिनों के बाद में फिर उन्होंने इस तरीके की घटना इसके साथ की। पुलिस ने सेक्टर 39 के फ्लैट तो नशे के लिए इस्तेमाल किए जाने वाला कुछ सामान भी बरामद कर लिया है। दोनों लड़के जो हमने गिरफ्तार किए हैं, जिस जगह से गिरफ्तार किए हैं वहां से कोई इस तरीके का वैसा कॉन्ट्राबैंड तो नहीं मिला है, बट कॉन्ट्राबैंड को यूज करने वाला सामान मिला है, जैसे सिरिंजेस मिली हैं, कुछ इस तरीके के एल्यूमिनियम फॉइल मिले हैं, तो ऐसा लग रहा है कि ये शायद ड्रग एडिक्ट हो सकते हैं। कुड़ी ने गैंगरेप की शिकायत 26 दिसंबर को दी थी, पहला मुलजम उसी दिन गिरफ्तार कर लिया गया सी, दोवें पंजाब के रहने वाले दसे जा रहे हैं। तो नौकरी का झांसा दे के इस रेप की वारदात को अंजाम दिता गया सी, दोवें मुलजम पुलिस की हुण गिरफ्त दे विच ने। अगली खबर फरीदाबाद तो, फरीदाबाद दे विच 7 साल की मासूम बच्ची दे नाल रेप किया गया ते उस तो बाद उसका कतल कर दिता गया। मुलजम ने बच्ची के कतल के बाद लाश नूं अरावली दे जंगल दे विच सुट दिता जिथों बरामद बच्ची की लाश की गई है। मामला 27 तारीख दा है, पुलिस नूं बच्ची दे लापता होण दी शिकायत मिली सी, जिस तो बाद पुलिस ने जांच शुरू की तां सीसीटीवी दे विच मुलजम नजर आया जिस नूं हिरासत दे विच लिया गया ते जदों पुछगिछ की गई तां उसने फिर राज उगल दिते। प्राइमरी तौर पर एक्सेप्ट किया है कि उसके साथ गलत काम किया है और सेक्शन 6 पॉक्सो एक्ट हमने इसीलिए इजाद करी है उसके अंदर, और डेड बॉडी हमने अरावली के जंगलों से उसी की निशानदेही पर मुलजम के रिकवर करी है। इस मामले च गिरफ्तार मुलजम मासूम नूं पहलां तो जानदा सी, मासूम दा परिवार कुछ दिन पहलां तक मुलजम दे घर किराए दे उत्ते रहिंदा सी, यानी कि बच्ची दा जानकार सी जिस दे उत्ते रेप दे इल्जाम लगे ने, ते बच्चियां जदों अपने जानकारां दे विचाले भी सुरक्षित ना रहण, 7 साल दी बच्ची नाल रेप हो जावे, उसका कतल कर दिता जावे, फिर फर्क तब पैंदा है। उधर लुधियाना के भीड़ भाड़ वाले समराला चौक के कुछ व्यक्तियों ने एक कार के तकरीबन 60 लाख रुपए चोरी कर ले। के प्रायोजक कैनेडा के पीआर लिए अप्लाई करो बिना आईएलटीएस के, हाई सक्सेस रेट, गवर्नमेंट अप्रूव्ड द येलो ली। इस न्यूज हेडलाइंस के प्रायोजक कैनेडा दे पीआर लई अप्लाई करो बिना आईएलटीएस दे, हाई सक्सेस रेट, गवर्नमेंट अप्रूव्ड द येलो ली। हेडलाइंस प्रेजेंटेड बाय पेट सफा आयुर्वेदिक चूर्ण, पेट सफा तो हर रोग दफा। हेडलाइंस प्रेजेंटेड बाय पेट सफा आयुर्वेदिक चूर्ण, पेट सफा तो हर रोग दफा। लंघांगे उन्हां अनगिनत पलां दे विचों जिथे तुसी अते असी इकट्ठे रहे, देखांगे बीत दियां ते बदल दियां तारीकां ने की बदलिया ते जानांगे की दिखावेगा नवां साल। 2022 दा आखरी हफ्ता न्यूज 18 बनाएगा बेहद खास। तब देखो बदल दे कोई साल नूं कदे ना बदलण वाले रिश्ते दे नाल। ते चोरां ने कार दा पिछली ताकी दा शीशा तोड़िया ते पैसे अंदर नाल भरिया बैग लैके